ਹਰ ਇੱਕ ਫੀਲਡ 'ਚ ਤੁਸੀਂ ਕਿਸੇ ਵੀ ਫੀਲਡ ਨੂੰ ਚੱਕ ਲੋ ਸ਼ਾਪ ਤੇ ਲੱਗ ਜਾਓ ਸਟੋਰ ਤੇ ਲੱਗ ਜਾਓ ਮੈਡੀਕਲ ਸਟੋਰ ਤੇ ਲੱਗ ਜਾਓ ਸਾਡੀ ਲਾਈਨ 'ਚ ਆ ਜਾਓ ਕਿਸੇ ਵੀ ਆਦਰ ਲਾਈਨ 'ਚ ਆ ਜਾਓ ਉੱਥੇ ਕੁੜੀ ਨਾਲ ਬਤਮੀਜ਼ੀ ਹੋਣੀ ਤੇ ਉਹ ਬੰਦਾ ਆਇਆ ਉਹ ਡਾਇਰੈਕਟਲੀ ਆ ਕੇ ਇਹਦੇ ਫਾਦਰ ਸਾਹਿਬ ਨੂੰ ਕਹਿੰਦਾ 14 ਸਾਲ ਦੀ ਸੀ ਕਹਿੰਦਾ ਵੀ ਜੇ ਸੁੱਤੋਂ ਪੈਸੇ ਨਹੀਂ ਦਿੱਤੇ ਜਾਂਦੇ ਨਾ ਤੁਹਾਡੀ ਕੁੜੀ ਇੱਕ ਰਾਤ ਲਈ ਮੇਰੇ ਨਾਲ ਮਤਲਬ ਭੇਜ ਦਿਓ ਭੇਜ ਦੇ ਸ਼ਬਦ ਤੋਂ ਜਿਹਦੇ ਲਈ ਧੀ ਬਹੁਤ ਜ਼ਰੂਰੀ ਹੁੰਦੀ ਆ ਉਹਨੂੰ ਇਹ ਗੱਲ ਕਹੀ ਤੇ ਉਹਦੇ ਕਿੱਥੇ ਲੱਗੇ ਉਹਨੇ ਜਾਨ ਨਾਲ ਸੁਸਾਈਡ ਕਰ ਲਈ। ਨਾਲ ਦੀਵਾਲੀ ਦਾ ਦਿਨ ਸੀ। ਮੈਨੂੰ ਪਤਾ ਮੈਂ ਆਪਣੇ ਦਿਲ ਨੂੰ ਕਿੱਦਾਂ ਸੰਭ ਕੇ ਰੱਖਦੀ ਆ। ਆਪਦੀ ਫੈਮਿਲੀ ਨੂੰ ਕਿ ਕਿੱਦਾਂ ਸੰਭਦੀ ਆ। ਯਾਦ ਤਾਂ ਮੈਨੂੰ ਵੀ ਆਉਂਦੀ ਆ। ਮੇਰੀ ਫੈਮਿਲੀ ਨੂੰ ਵੀ ਹੁੰਦੀ ਆ। ਕਾਫੀ ਟਾਈਮ ਹੁੰਦਾ ਕਿ ਜਦੋਂ ਮੈਂ ਨਾ ਸਟੇਜ ਤੇ ਹੁੰਦੀ ਆ ਡੈਡੀ ਵਾਲੇ ਗਾਣੇ ਲੱਗ ਜਾਂਦੇ ਆ। ਬਹੁਤ ਰੋਣੀਆਂ ਮੈਨੂੰ ਤੇਂਦੇ। ਕੋਈ ਨਾ ਬਣੇ। ਬਹੁਤ ਯਾਦ ਹੁੰਦੀ ਮੈਨੂੰ। ਕਿਉਂਕਿ ਪੈਸੇ ਪਿੱਛੇ ਇੱਕ ਬਣਾ ਬਾਪ ਖੋਲੇ ਡਾਂਸਿੰਗ ਵਾਲੇ ਨੂੰ ਡਾਂਸਰ ਨੂੰ ਇੱਕ ਬਹੁਤ ਮਾੜੀ ਨਿਗਾ ਨਾਲ ਦੁਨੀਆ ਦੇਖਦੀ ਹਰ ਇੱਕ ਬੰਦੇ ਦਾ ਆਪਾਂ ਮੂੰਹ ਬੰਦ ਨਹੀਂ ਕਰ ਸਕਦੇ ਪਰ ਇਸ ਕਿੱਤੇ ਨੂੰ ਪਤਾ ਹੀ ਨਹੀਂ ਕਿਉਂ ਬਦਨਾਮ ਬਹੁਤ ਕੀਤਾ ਗਿਆ ਨੀਚੋ ਬੈਡ ਕਮੈਂਟਸ ਹੋਣੇ ਕਿਹੜਾ ਇਸ਼ਾਰੇਵਾਜੀ ਹੋਣੀ ਜੇ ਕੁਝ ਪਰਸਨ ਨੱਚ ਰਹੇ ਨੇ ਨੱਚਦੇ ਨੱਚਦੇ ਸਿੱਧਾ ਡਾਇਰੈਕਟ ਇਹਦਾ ਨੰਬਰ ਦੇ ਦੇ ਇਦਾਂ ਦੇ ਤੋਡੇ ਨਾਲ ਹੋਇਆ ਨਾ ਵੀ ਹੁੰਦੀ ਪਰਚੀਆਂ ਫੜਾਉਣੀਆਂ ਨੰਬਰ ਫੜਾਉਣੇ ਕੁਝ ਇਸ ਤਰੀਕੇ ਦੀਆਂ ਚੀਜ਼ਾਂ ਗਲਤ ਤੇ ਉਹਦੇ ਵਿੱਚ 70% ਮੁੰਡੇ ਇਹ ਜਿਹੇ ਨੇ ਸੋਚਦੇ ਆ ਕਿ ਜੋ ਕਿ ਮੈਰਿਟ ਨਹੀਂ ਕਾਫੀ ਮੈਰਿਟ ਵੀ ਆ ਅੱਛਾ ਤੇ ਕਾਫੀ ਬਜ਼ੁਰਗ ਵੀ ਆ ਬਜ਼ੁਰਗ ਵੀ ਹਾਂ ਸਾਡੇ ਪਿਓ ਦੀ ਉਮਰ ਦੇ ਵੀ ਆ ਕਿ ਭਈ ਕਹ ਰਿਹਾ ਕਿ ਭਈ ਚੱਲ ਮਤਲਬ ਕਿ ਕਈ ਐਵੇਂ ਵੀ ਹੁੰਦੇ ਵੀ ਮੇਰੇ ਨਾਲ ਵਿਆਹ ਕਰਾ ਕਰਾ ਲਾ ਤੇ ਤੂੰ ਕੰਮ ਛੱਡ ਦੇ ਉਹ ਮੈਨੂੰ ਕਹਿੰਦਾ ਜਲਦੀ ਕਰ ਓਏ ਥੋੜਾ ਜਿਆ ਤੇਜ਼ ਕਰ ਮੈਂ ਕੀ ਹੋ ਗਿਆ ਕਹਿੰਦਾ ਬੜਾ ਸੋਹਣਾ ਪਟੂਲਾ ਜਾ ਰਿਹਾ ਮਾਂ ਕਰ ਤੁਹਾਡਾ ਫਰੈਂਡ ਤੁਹਾਨੂੰ ਕਹਿੰਦਾ ਮੇਰਾ ਫਰੈਂਡ ਮੈਂ ਬਾਈ ਸੌ ਲੱਗੀ ਮੈਂ ਮੋਟਰਸਾਈਕਲ ਖਿੱਚਿਆ ਜਦੋਂ ਬਰਾਬਰ ਲਾਇਆ ਬਈ ਉਹਦੀ ਭੈਣ ਨਿਕਲੀ ਵੀਰੇ ਉਹ ਜੀ ਨੇ ਦੱਸ ਰਹੇ ਨੇ ਵੀ ਤੁਸੀਂ ਤੁਹਾਡੇ ਨਾਲ ਇਸ਼ਾਰੇबाजी ਹੁੰਦੀ ਆ ਭੈਣ ਸਟੇਜ ਤੇ ਤੁਸੀਂ ਆਪਣੇ ਉਸ ਖੇਤਰ ਦੇ ਵਿੱਚੋਂ ਨੇ ਉਸ ਟਾਈਮ ਤੇ ਕਦੇ ਆਏ ਨਹੀਂ ਮੰਨ ਦੇ ਵਿੱਚ ਆਇਆ ਵੀ ਯਾਰ ਇਸ ਇਸ਼ਾਰੇबाजी ਤੋਂ ਚੰਗਾ ਵੀ ਕੋਈ ਹੋਰ ਕਿੱਤਾ ਕਰ ਲੈਣੇ ਯਾਰ ਕੁਝ ਹੋਰ ਕਰ ਲੈਣੇ ਪੈਰੋ ਜਗਾਰ ਮਿਲਿਆ ਮਾਪਿਆਂ ਦਾ ਢਿੱਡ ਭਰਿਆ ਮਾਪਿਆਂ ਨੂੰ ਹਰ ਖੁਸ਼ੀ ਦਿੱਤੀ ਐ ਇਸ ਕੰਮ ਤੋਂ ਚਲੋ ਮੈਂ ਨਾ ਮਾ ਤੁਸੀਂ ਆ ਦੇਖ ਲਓ ਵੀ ਗਰੀਬੀ ਨੇ ਇਹਦਾ ਫਾਦਰ ਸਾਹਿਬ ਤੋਂ ਇਹ ਦੁਨੀਆ ਤੋਂ ਸਾਨੂੰ ਘਰੇ ਬਲਾ ਕੇ ਮੈਨੂੰ ਕੁੱਟਿਆ ਮੇਰੀ ਮੰਮੀ ਨੇ ਕੁੱਟਿਆ ਮੰਮੀ ਨੇ ਕਾਲਾ ਕੀਤੀ ਆ ਨਾਲੇ ਮੇਰੀ ਭੈਣ ਨੇ ਕੁੱਟਿਆ ਮੇਰੀ ਮਾਸੀ ਦੀ ਕੁੜੀ ਨੇ ਮੈਨੂੰ ਭੈਣ ਤਮਲ ਬਿਕ ਨਫ਼ਰਤ ਹੀ ਹੋ ਗਈ ਮੈਨੂੰ ਉੱਥੇ ਭੈਣ ਤੋਂ ਤਾਂ ਕਈ ਵੀ ਇਹੋ ਜਿਹੀ ਭੈਣ ਤਾਂ ਰੱਬ ਦੇ ਵੀ ਨਾ ਕਿਸੇ ਥੋੜੀ ਮਦਦ ਰੋਈ ਕੁੱਟਿਆ ਹਾਂਜੀ ਉਹਨਾਂ ਨੂੰ ਕੁੱਟਣ ਦਾ ਕੀ ਮਤਲਬ ਸੀ ਗਰੀਬ ਸੀ ਵੀਰੇ ਗਰੀਬੀ ਸੱਚਖਾਲੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਵੱਲ ਕੁਦਰਤ ਪੋਡਕਾਸਟ ਵੇਖ ਰਿਹਾ ਹਾਂ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਅੱਛਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਕਹਿੰਦੇ ਉਹ ਕੰਮ ਕਰਨਾ ਚਾਹੀਦਾ ਜਿਸ ਕੰਮ ਦੇ ਵਿੱਚ ਤੁਹਾਡਾ ਇੰਟਰਸਟ ਹੁੰਦਾ ਹੈ ਇਹਨੂੰ ਪੰਜਾਬੀ ਦੇ ਵਿੱਚ ਮੈਂ ਸਮਝਾਵਾਂ ਤਾਂ ਉਹ ਕੰਮ ਕਰਨਾ ਚਾਹੀਦਾ ਕਿ ਜਿਸ ਕੰਮ ਦੇ ਵਿੱਚ ਤੁਹਾਡਾ ਮਨ ਲੱਗਦਾ ਜਿਸ ਕੰਮ ਨੂੰ ਤੁਸੀਂ ਸ਼ੌਂਕ ਨਾ ਕਰਦੇ ਹੋ ਮਜਬੂਰੀ ਚ ਕੀਤਾ ਹੋਇਆ ਕੰਮ ਕਈ ਵਾਰ ਤੁਹਾਨੂੰ ਰਹਿਂਦੀ ਉਮਰ ਤੱਕ ਇੱਕ ਕਈਆਂ ਨੇ ਵੀ ਉਹ ਇੱਕ ਚੀਜ਼ ਐਸੀ ਛੱਡ ਜਾਂਦਾ ਵੀ ਯਾਰ ਸ਼ਾਇਦ ਜੇ ਕਦੇ ਉਦੋਂ ਮੈਂ ਆਹ ਸਟੈਪ ਲੈ ਲੈਂਦਾ ਤਾਂ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਕੁਝ ਵਧੀਆ ਕਰ ਸਕਦਾ ਸੀ ਪਰ ਇਹ ਦੀ ਜੇ ਦੂਸਰੀ ਡੈਫੀਨੇਸ਼ਨ ਦੇਖੀਏ ਤਾਂ ਕਈ ਵਾਰ ਤੁਹਾਡਾ ਸ਼ੌਂਕ ਨਾਲ ਕੀਤਾ ਹੋਇਆ ਕੰਮ ਤੁਹਾਡਾ ਸ਼ਿੱਦਤ ਨਾਲ ਕੀਤਾ ਹੋਇਆ ਕੰਮ ਹੋਰਾਂ ਲੋਕਾਂ ਵਾਸਤੇ ਬੜਾ ਭੈੜਾ ਹੁੰਦਾ ਹੈ ਫਿਰ ਆਪਾਂ ਨੂੰ ਐਂ ਲੱਗਦਾ ਵੀ ਸ਼ਾਇਦ ਯਾਰ ਜੇ ਲੋਕ ਕਹਿ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਕੰਮ ਚੰਗਾ ਨਹੀਂ ਐਸਾ ਹੀ ਇੱਕ ਕੰਮ ਹੈ ਕਿ ਜਿਸ ਨੂੰ ਕਰਨ ਵਾਲੇ ਤਾਂ ਬੜੀ ਰੀਜ ਨਾਲ ਸ਼ਿੱਦਤ ਨਾਲ ਮਿਹਨਤ ਨਾਲ ਕਰਦੇ ਨੇ ਬੜਾ ਔਖਾ ਕੰਮ ਹੈ ਪਰ ਉਸ ਕੰਮ ਨੂੰ ਲੋਕਾਂ ਦੀਆਂ ਨਿਗਾਹਾਂ ਦੇ ਨਾਲ ਦੇਖਣਾ ਵੀ ਦੁਨੀਆ ਦਾ ਸਭ ਤੋਂ ਵੱਡਾ ਰੋਗ ਕੀ ਕਹਣਗੇ ਲੋਕ ਤਾਂ ਉਹ ਸਭ ਤੋਂ ਮਾੜਾ ਕੰਮ ਹੈ ਤੁਹਾਡੀ ਖੁਸ਼ੀ ਦੇ ਵਿੱਚ ਤੁਹਾਡੇ ਸ਼ਗਨਾਂ ਨੂੰ ਦੁੱਗਣਾ ਕਰਨਾ ਖਾਲਜ ਦਾ ਬੜਾ ਨਹੀਂ ਹੁੰਦਾ ਆਪ ਰੋ ਕੇ ਦੂਸਰੇ ਨੂੰ ਹਸਾਉਣਾ ਨਚਾਉਣਾ ਕੋਈ ਮੜੀ-ਮੋਟੀ ਗੱਲ ਨਹੀਂ ਪਰ ਫੇਰ ਵੀ ਇਹ ਕਿੱਤਾ ਇਨਾ ਬਦਨਾਮ ਹੈ ਮੈਨੂੰ ਨਹੀਂ ਪਤਾ ਕਿਉਂ ਅੱਜ ਮੈਂ ਓਸੇ ਫੀਲਡ ਦੀ ਬੜੀ ਸੋਹਣੀ ਜੋੜੀ ਤੇ ਬੜੀ ਘੈਂਟ ਜੋੜੀ ਜਿਨ੍ਹਾਂ ਦਾ ਖੁਦ ਮੈਂ ਪਰਸਨਲੀ ਇੱਕ ਸ਼ੋਅ ਵੀ ਦੇਖਿਆ ਹੋਇਆ ਬਲਾਸਟਰ ਜੋੜੀ ਮੇਰੇ ਨਾਲ ਹੋਊਗੀ ਬਹੁਤ ਘੱਟ ਵੈਸੇ ਤਾਂ ਕੈਮਰੇ ਅੱਗੇ ਆਉਂਦੇ ਨੇ ਬੜਾ ਲੰਬਾ ਵਖਵਾ ਹੋ ਗਿਆ ਹੁਣ ਕਹਿੰਦੇ ਕੈਮਰੇ ਗਿਆਏ ਨਹੀਂ ਸੀਗੇ ਪਰ ਅੱਜ ਦਾ ਪੌਡਕਾਸਟ ਸਾਡੇ ਸਟੂਡੀਓ ਸੈਸ਼ਨ ਦੇ ਵਿੱਚ ਸਾਡੀ ਇਸ ਕਚੈਰੀ ਦੇ ਵਿੱਚ ਬਾਈ ਹੁਣੀ ਪਹੁੰਚੇ ਨੇ ਬਾਈ ਵੀਰ ਤੇ ਕਾਜਲ ਮੈਮ ਪੈਣੇ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਹਤ ਕਿਵੇਂ ਹੈ ਪਹਿਲਾਂ ਤਾਂ ਇਹ ਦੱਸੋ ਬਹੁਤ ਘੈਂਟ ਚੜ੍ਹਦੀ ਕਲਾ ਕਿਰਪਾ ਕਿਰਪਾ ਪੈਣੇ ਤੁਹਾਡੀ ਬਿਲਕੁਲ ਵਧੀਆ ਅੱਛਾ ਮੈਨੂੰ ਇਹ ਦੱਸੋ ਮੈਂ ਸ਼ੁਰੂਆਤ ਦੇ ਵਿੱਚ ਨਾ ਕਿਉਂਕਿ ਮੇਰੇ ਜਿੰਨੇ ਪੌਡਕਾਸਟ ਨੇ ਬਾਈ ਟੋਟਲੀ ਅਨਸਕ੍ਰਿਪਟਡ ਹੁੰਦੇ ਨੇ ਨਾ ਮੈਂ ਕਦੇ ਕਿਸੇ ਚੀਜ਼ ਦੀ ਕੋਈ ਸਵਾਲ ਤਿਆਰ ਕੀਤਾ ਕਿ ਮੈਂ ਆਹ ਸਵਾਲ ਪੁੱਛੂੰਗਾ ਬਾਈ ਨੂੰ ਜਾਂ ਕੁਝ ਇਸ ਤਰੀਕੇ ਦੀਆਂ ਪਰ ਜੋ ਕੁਦਰਤੀ ਦਿਮਾਗ ਦੇ ਵਿੱਚ ਆਉਂਦਾ ਮੈਂ ਉਹ ਪੁੱਛਣ ਦੀ ਕੋਸ਼ਿਸ਼ ਕਰਦਾ ਅੱਜ ਵੀ ਆਪਾਂ ਨੇਚਰਲ ਰੱਖਾਂਗੇ ਜੀ ਜੀ ਬਾਈ ਨਾ ਆਪਾਂ ਕੋਈ ਕੰਟ੍ਰੋਵਰਸ਼ਲ ਚੀਜ਼ ਕਿਸੇ ਵੱਲ ਭੱਜਣਾ ਆਪਾਂ ਆਪਣਾ ਬਸ ਸਵਾਦ ਲੈਣਾ ਬਾਈ ਇੱਥੇ ਅੱਛਾ ਸ਼ੁਰੂਆਤ ਕਰਦੇ ਆਂ ਬਾਈ ਸਭ ਤੋਂ ਪਹਿਲੀ ਗੱਲ ਜਿਵੇਂ ਮੈਂ ਡੈਫੀਨੇਸ਼ਨ ਦਿੱਤੀ ਕਿ ਇਸ ਕੰਮ ਨੂੰ ਡਾਂਸਿੰਗ ਵਾਲੇ ਨੂੰ ਡਾਂਸਰ ਨੂੰ ਇੱਕ ਬਹੁਤ ਮਾੜੀ ਨਿਗਾ ਨਾਲ ਦੁਨੀਆ ਦੇਖਦੀ ਹੈ ਜੀ ਕਿਉਂਕਿ ਹਰ ਇੱਕ ਬੰਦੇ ਦਾ ਆਪਾਂ ਮੂੰਹ ਬੰਦ ਨਹੀਂ ਕਰ ਸਕਦੇ ਪਰ ਇਸ ਕਿੱਤੇ ਨੂੰ ਪਤਾ ਹੀ ਨਹੀਂ ਕਿਉਂ ਬਦਨਾਮ ਬਹੁਤ ਕੀਤਾ ਗਿਆ ਮਾੜਾ ਕੰਮ ਹੈ ਨਚਾਰ ਨੇ ਇਹ ਕੋਈ ਕੰਮਾਂ ਚੋਂ ਕੰਮ ਹੈ ਤੁਹਾਡਾ ਪਰਸਨਲ ਪੁਆਇੰਟ ਆਫ 뷰 ਕੀ ਹੈ ਇਹ ਇਸ ਚੀਜ਼ ਦੇ ਇਹ ਇਹ ਇਸ ਕਰਕੇ ਜਵਾਬ ਨਹੀਂ ਦੇਣਾ ਵੀ ਤੁਸੀਂ ਇਸ ਕਿਤੇ ਦੇ ਵਿੱਚੋਂ ਵੈਸੇ ਕਿਉਂ ਬਦਨਾਮ ਹੈ ਕੀਤਾ ਬਦਨਾਮ ਦੀ ਗੱਲ ਆ ਗਈ ਬ੍ਰਦਰ ਐਕਚੁਅਲੀ ਗੱਲ ਇਹ ਆ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਸਟੇਜ ਤੇ ਅਸੀਂ ਕੁਝ ਪਰਸਨ ਸਾਡੇ ਚ ਇਦਾਂ ਦੇ ਹੁੰਦੇ ਜਿਹੜੇ ਵੀ ਡਰਿੰਕਿੰਗ ਵਗੈਰਾ ਕਰਦੇ ਹੁੰਦੇ ਨੇ ਮੁੰਡੇ ਉਹ ਐਸ ਗਰੁੱਪ ਪਰ ਆਲੋ ਹਣਾ ਤੇ ਫੇਰ ਕੀ ਹੁੰਦਾ ਕੁਝ ਪਰਸਨ ਅੱਗੇ ਸਟੇਜ ਤੇ ਬੈਠੇ ਦੇਖ ਰਹੇ ਨੇ ਕੋਈ ਬੰਦਾ ਜਾਂ ਪਾਰਟੀ ਵਾਲਾ ਜਾਂ ਕੋਈ ਵੀ ਆ ਉਹ ਸਿੱਧਾ ਲੈ ਕੇ ਬੋਤਲ ਕੈਵਨ ਚ ਜਾਂਦਾ ਲਓ ਜੀ ਇਹ ਤੋੜੀ ਆ ਹਮ ਬਟ ਕੁਝ ਬੰਦੇ ਉਹਦੇ ਵਿੱਚ ਪੀਣ ਵਾਲੇ ਨਹੀਂ ਹੁੰਦੇ ਨਹੀਂ ਹੁੰਦੇ ਬਦਨਾਮ ਕਿੱਥੋਂ ਆ ਗਏ ਸਾਰੇ ਆ ਗਏ ਕਿ ਕੈਵਨ ਚ ਬੋਤਲ ਚਲ ਗਈ ਤਾਂ ਸਾਰੇ ਪੀਣ ਲੱਗ ਗਏ ਹਮ ਪਾ ਮੈਂ ਪੀਤੀ ਕਿਸੇ ਨੇ ਨਾ ਵੇ ਨਾ ਹੋਵੇ ਉਹ ਬੋਤਲ ਬੰਦ ਦੀ ਬੰਦ ਪਈ ਹੋਵੇ ਪਰ ਕੈਵਨ ਚਲੀ ਕੈਵਨ ਚ ਚਲੀ ਗਈ ਤਾਂ ਸਾਰਿਆਂ ਦੇ ਨਿਗਾ ਚ ਇਹ ਗਈ ਵੀ ਸਾਰੇ ਡੱਕ ਕੇ ਚੜਨਗੇ ਹੁਣ ਸਟੇਟ ਪਰ ਅਸਲ ਤੇ ਪਿੰਦੇ ਨੇ ਵੈਸੇ ਕੁਛ ਕੁਛ ਹਾਂ ਕੁਛ ਕੁਛ ਹੁਣ ਤੁਸੀਂ ਇਹ ਦੇਖ ਲਓ ਵੀ ਕੁਝ ਪਰਸਨ 100 ਚੋਂ 99% ਕੋਈ ਨਸ਼ਾ ਕਰਕੇ ਨਹੀਂ ਸਟੇਟ ਤੇ ਜਾਂਦਾ 99% ਨਸ਼ਾ ਨਹੀਂ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕੁਝ ਪਰਸਨ ਤੇ ਕੁਝ ਪਰਸਨ ਐਦਾਂ ਦੇ ਨੇ ਜਿਹੜੇ ਕਹਿੰਦੇ ਆ ਵੀ ਪਹਿਲਾਂ ਪੀਵਾਂਗੇ ਫੇਸਟ ਸਟੇਪ ਤੇ ਬਦਨਾਮ ਉਹ 1% ਪਿੱਛੇ 99% ਹੋ ਜਾਂਦਾ ਜੇ ਇੱਕ ਸੇਵ ਗਲਿਆ ਉਹ ਪੇਟੀ ਚ ਪਾ ਦਿੱਤਾ ਜਾਂਦਾ ਉਹ ਸਾਰੇ ਸੇਵ ਗਲ ਜਾਂਦੇ ਹਾਂ ਹਾਂ ਉਹ ਗੱਲ ਹੈ ਫਿਰ ਇਸ ਚੀਜ਼ ਦਾ ਪ੍ਰਭਾਵ ਥੋੜੀ ਨਿੱਜੀ ਜ਼ਿੰਦਗੀ ਤੇ ਕਿੰਨਾ ਕੁ ਪਿਆ ਮੇਰੀ ਜ਼ਿੰਦਗੀ ਕਾਜਲ ਦੀ ਜ਼ਿੰਦਗੀ ਤੇ ਬਹੁਤ ਨਜਾਇਜ਼ ਪਿਆ ਕਿਉਂ ਪਿਆ ਜਿੱਦਾਂ ਅਸੀਂ ਚਲੋ ਅਦਰ ਪਹਿਲਾਂ ਅੱਜ ਤੋਂ ਬੈਕ ਦੀ ਗੱਲ ਕਰੀਏ ਬਸ 4-5 ਸਾਲਾਂ ਦੀ ਸਟਾਰਟਿੰਗ ਦੀ ਗੱਲ ਕਰੀਏ ਹੂੰ ਅਸੀਂ ਸਟੇਟ ਤੇ ਜਾਂਦੇ ਅਸੀਂ ਕੰਮ ਕਰਦੇ ਸੀ ਇਕੱਠੇ ਦੋਨੇ ਠੀਕ ਹੈ ਕੁਝ ਆਡੀਅנס ਦੇ ਇਸ਼ਾਰੇ ਹੁੰਦੇ ਸੀ ਇਕੱਲੀ ਕਾਜਲ ਨੂੰ ਬੁਲਾਇਆ ਜਾਵੇ ਮੁੰਡੇ ਦਾ ਅਸੀਂ ਬਾਦੂ ਅੱਛਾ ਹਾਂਜੀ ਨੀਚੋਂ ਬੈਡ ਕਮਾਂਡ ਸੋਣੇ ਠੀਕ ਹੈ ਇਸ਼ਾਰੇबाजी ਹੋਣੀ ਤੇ ਉਸ ਤੋਂ ਬਾਅਦ ਜੇ ਕੁਝ ਪਰਸਨ ਨੱਚ ਰਹੇ ਨੇ ਨੱਚਦੇ ਨੱਚਦੇ ਸਿੱਧਾ ਡਾਇਰੈਕਟ ਕਹਿ ਦੇਣਾ ਨੰਬਰ ਦੇ ਦੇ ਇਦਾਂ ਦੇ ਦੇ ਹਣਾ ਉਦੋਂ ਥੋੜਾ ਜਿਹਾ ਆਊਟਫੀਲ ਹੁੰਦਾ ਸੀ ਕਾਜਲ ਬੈਗ ਤੇ ਆਉਂਦੀ ਰੋਂਣ ਲੱਗ ਜਾਂਦੀ ਬੈਠੀ ਬੈਠੀ ਮੈਂ ਕਹਿੰਦਾ ਨਾ ਕੀ ਹੋਇਆ ਕਹਿੰਦੀ ਯਾਰ ਉਹ ਮੁੰਡੇ ਬਹੁਤ ਗੰਦੇ ਗੰਦੇ ਇਸ਼ਾਰੇ ਕਰ ਰਹੇ ਨੇ ਮੈਂ ਕਿਹਾ ਚੱਲ ਕੋਈ ਨਹੀਂ ਕੰਟਾ ਦੋ ਘੰਟੇ ਐਡਜਸਟ ਕਰ ਸਵਰਕਾ ਲੰਘ ਜਾਣਾ ਵਕਤ ਕਿਉਂ ਉਦੋਂ ਥੋੜਾ ਜਿਹਾ ਹੁੰਦਾ ਸੀ ਵੀ ਜੇ ਉਰੋਂ ਭੱਜੇ ਜਾਂ ਜਵਾਬ ਦਿੱਤਾ ਵੀ ਅਸੀਂ ਆਉਣਾ ਨਹੀਂ ਸਟੇਜ ਤੇ ਵੀ ਆਰਗੇਨਾਈਜ਼ਰ ਕਿਤੇ ਸਾਡੀ ਪੇਮੈਂਟ ਨਾ ਦੇ ਅਸਲਾਈ ਉਹਦੇ ਕਹਿ ਨੂੰ ਢਿੱਡਦਾ ਹੁੰਦਾ ਸੀ ਹੈ ਵੀ ਜੇ ਹੁਣ ਮਿਹਨਤ ਕੀਤੀ ਆ 2 ਘੰਟੇ ਨੱਚੇ ਆ ਤਾਂ ਘੰਟੇ ਹੀ ਰਹਿ ਗਿਆ ਬਾਕੀ 1.5 ਘੰਟੇ ਹੀ ਰਹਿ ਗਿਆ ਉਹ ਵੀ ਔਖੇ ਸੌਕੇ ਕੱਟ ਲੋ ਜੇ ਨਾ ਕੱਟੀਏ ਜੇ ਐਂ ਕਹਦੀ ਵੀ ਨਹੀਂ ਅਸੀਂ ਨਹੀਂ ਜਾਣਾ ਸਟੇਜ ਤੇ ਤਾਂ ਆਰਗੇਨਾਈਜ਼ਰ ਅੱਧੀ ਪੇਮੈਂਟ ਡਾਗਦਾ ਮੈਂ ਕਦੇ ਹੋਇਆ ਪੇਮੈਂਟ ਮਾਰੀ ਹੋਏ ਮਰੀ ਹੈ ਅੱਗੋ ਵੀਰੇ ਮੈਂ ਦੱਸ ਦਿਆਂ ਗੱਲ ਅੱਗੋ ਆਰਗੇਨਾਈਜ਼ਰ ਦੀ ਵੀ ਪੇਮੈਂਟ ਦੱਬੀ ਜਾਂਦੀ ਸੀ ਕਿ ਜਦੋਂ ਕੋਈ ਬੰਦਾ ਸਟੇਜ ਤੇ ਨਹੀਂ ਆ ਰਿਹਾ ਜਾਂ ਹੁਣ ਮੈਨੂੰ ਕੋਈ ਪ੍ਰੋਬਲਮ ਹੋ ਗਈ ਮੈਂ ਸਟੇਜ ਤੇ ਨਹੀਂ ਆ ਰਹੀ ਉਹ ਚੀਜ਼ ਨੂੰ ਆਡੀਅנס ਨਹੀਂ ਸਮਝਦੀ ਕਿ ਵੀ ਉਹ ਕਿਸੇ ਪ੍ਰੋਬਲਮ ਚ ਹੋਣੀ ਜਾਂ ਕੋਈ ਦਿੱਕਤ ਪਰੇਸ਼ਾਨੀ ਹੋਣੀ ਜਾਂ ਕੋਈ ਬਿਮਾਰ ਹੋਣੀ ਆ ਉਹ ਨਹੀਂ ਸਮਝਦੇ ਉਹਨਾਂ ਨੂੰ ਬਸ ਪੇ ਕੀਤਾ ਤਾਂ ਮਲਬ ਉਹਨਾਂ ਨੂੰ ਡਾਂਸਰ ਜੋ ਵੀ ਆ ਪੰਗੜੇ ਵਾਲਾ ਕੁੜੀ ਆ ਮੁੰਡਾ ਉਹ ਸਟੇਜ ਤੇ ਚਾਹੀਦਾ ਕਿ ਵੀ ਅਸੀਂ ਪੇ ਕੀਤਾ ਉਹਨਾਂ ਨੂੰ ਤਾਂ ਉਹਨਾਂ ਨੂੰ ਬੁਲਾਉ ਸਟੇਜ ਤੇ ਸੋ ਉੱਥੇ ਆਰਗੇਨਾਈਜ਼ਰ ਦੇ ਵੀ ਪੇਮੈਂਟ ਡੁੱਬਦੀ ਆ ਉਹ ਕੱਲੀ ਸਾਡੀ ਸਾਡੀ ਨਹੀਂ ਡੁੱਬਦੀ ਉੱਥੇ ਅਸੀਂ ਸਾਰੇ ਹੀ ਘਰੇ ਜਾਂਦੇ ਆ ਜਦੋਂ ਵੀਰੇ ਹੋਣੀ ਜਿਵੇਂ ਦੱਸ ਰਹੇ ਨੇ ਵੀ ਤੁਸੀਂ ਤੁਹਾਡੇ ਨਾਲ ਇਸ਼ਾਰੇबाजी ਹੁੰਦੀ ਆ ਭੈਣੇ ਸਟੇਜ ਤੇ ਤੁਸੀਂ ਆਪਣੇ ਉਸ ਖੇਤਰ ਦੇ ਵਿੱਚ ਹੁੰਨੇ ਹੋ ਤਾਂ ਉਸ ਟਾਈਮ ਤੇ ਕਦੇ ਆਏ ਨਹੀਂ ਮੰਨ ਦੇ ਵਿੱਚ ਆਇਆ ਵੀ ਯਾਰ ਇਸ ਇਸ਼ਾਰੀਵਾਦੀ ਤੋਂ ਚੰਗਾ ਵੀ ਕੋਈ ਹੋਰ ਕਿੱਤਾ ਕਰ ਲੈਣੇ ਆ ਜਾਂ ਕੁਝ ਹੋਰ ਕਰ ਲੈਣੇ ਆ ਵੀ ਛੱਡ ਦਿੰਨੇ ਯਾਰ ਕੰਮ ਵੀ ਵੀਤ ਰਹਿਣ ਦਿੰਨੇ ਆ ਛੱਡ ਕੁਝ ਹੋਰ ਕਰਦੇ ਆ ਘੱਟੋ ਘੱਟ ਇਹ ਲੋਕਾਂ ਦੀਆਂ ਗਾਲਾਂ ਇਹ ਲੋਕਾਂ ਦੇ ਗੰਦੇ ਇਸ਼ਾਰੇ ਚੋਂ ਬਚ ਜਾਾਂਗੇ ਆਪਾਂ ਭਾਈ ਕਿਹੜੀ ਫੀਲਡ ਚੰਗੀ ਆ ਜਿਹਦੇ ਵਿੱਚ ਕੁੜੀ ਸੇਵ ਬਹੁਤ ਵੱਡਾ ਸਵਾਲ ਆ ਹੂੰ 100 ਚੋਂ 99% ਹਰ ਫੀਲਡ ਗੰਦੀ ਹੈ ਬੇਜੀ। ਮੈਨੂੰ ਇਹ ਦੱਸੋ ਵੀ ਕੁੜੀ ਕਿਹੜੀ ਚ ਸੇਵ ਆ? ਕੁੜੀਆਂ ਨਾਲ ਛੇੜਛਾੜ ਹਰ ਇੱਕ ਫੀਲਡ ਦੇ ਵਿੱਚ ਹੁੰਦੀ ਹੈ। ਅੱਜ ਕੱਲ ਕੁੜੀਆਂ ਦੇ ਰੇਪ ਹੋ ਰਿਹਾ ਉਹਦੇ ਵਿੱਚ ਇਕੱਲੀ ਕੁੜੀ ਦੀ ਤਾਂ ਗਲਤੀ ਨਹੀਂ ਹੁੰਦੀ। ਜਿੱਦਾਂ ਬੋਲ ਦਿੰਦੇ ਵੀ ਉਹਦਾ ਪਹਿਨਾਵਾ ਐ ਸੀ ਜਾਂ ਉਹਦਾ ਡਿਊਟੀ ਟਾਈਮਿੰਗ ਐ ਸੀ। ਸਾਡੇ ਕਹਿੰਦੇ ਨੇ ਡਰੈੱਸ ਐ ਜੀ ਪਾਈ ਸੀ। ਤਾਂ ਮੁੰਡੇ ਐਵੇਂ ਆ ਕੇ ਵੱਧਦੇ ਨੇ। ਕੁੜੀਆਂ ਕਾਫੀ ਸੂਟਸ ਵੀ ਪਾਉਂਦੀਆਂ ਨੇ ਜਿਹੜੀ ਡਿਊਟੀ ਤੇ ਜਾਂਦੀਆਂ ਨੇ ਉਹਨਾਂ ਨਾਲ ਵੀ ਹੁੰਦੇ ਨੇ ਰੇਤਾ। ਉਹਦੇ ਵਿੱਚ ਇਕੱਲੇ ਹਰ ਇੱਕ ਨਾਲ ਹੁੰਦੀ ਹੈ। ਹਰ ਇੱਕ ਫੀਲਡ 'ਚ ਤੁਸੀਂ ਕਿਸੇ ਵੀ ਫੀਲਡ ਨੂੰ ਚੱਕ ਲੋ ਸ਼ਾਪ ਤੇ ਲੱਗ ਜਾਓ ਸਟੋਰ ਤੇ ਲੱਗ ਜਾਓ ਮੈਡੀਕਲ ਸਟੋਰ ਤੇ ਲੱਗ ਜਾਓ ਸਾਡੀ ਲਾਈਨ 'ਚ ਆ ਜਾਓ ਕਿਸੇ ਵੀ ਆਦਰ ਲਾਈਨ 'ਚ ਆ ਜਾਓ ਉੱਥੇ ਕੁੜੀ ਨਾਲ ਬਤਮੀ ਜੀ ਹੋਣੀ ਕਿਉਂਕਿ ਸਾਨੂੰ ਵੀ ਕਾਫੀ ਫੋਨਸ ਆਏ ਜਿੱਦਾਂ ਸਾਡੇ ਇੰਟਰਵਿਊ ਸੁਣਦੇ ਹੁੰਦੇ ਸੀ ਕੁੜੀਆਂ ਤੇ ਕੁੜੀਆਂ ਮਤਲਬ ਕਿ ਉਹ ਦੱਸ ਨਹੀਂ ਸਕਦੀ ਚਲੋ ਅਸੀਂ ਕੈਮਰੇ ਦੇ ਸਾਹਮਣੇ ਆ ਗਏ ਸਾਡੇ ਕੋਲ ਮਾਈਕ ਵੀ ਆ ਤੇ ਕੈਮਰਾ ਵੀ ਆ ਤੇ ਆਡੀਅנס ਵੀ ਆ ਸੁਣਨ ਵਾਲੀ ਬਟ ਉਹਨਾਂ ਕੋਲੇ ਕੋਈ ਨਹੀਂ ਹੁੰਦਾ ਜੋ ਉਹਨਾਂ ਦੀ ਸੁਣੇ ਉਹਨਾਂ ਨੂੰ ਬਸ ਆਪਣੀ ਜੌਬ ਕਰਨੀ ਹੁੰਦੀ ਆ। ਇੱਕ ਕੁੜੀ ਨੇ ਸਾਨੂੰ ਦੱਸਿਆ ਸੀਗਾ ਫੋਨ ਤੇ ਕਿ ਵੀਰੇ ਤੁਸੀਂ ਠੀਕ ਕਹਿ ਰਹੇ ਹੋ ਵੀ ਕੁੜੀ ਕਿਤੇ ਵੀ ਸੇਫ ਨਹੀਂ ਹੈਗੀ। ਕਿਉਂਕਿ ਕਹਿੰਦੀ ਮੈਂ ਬੈਂਕ ਦੇ ਵਿੱਚ ਜੌਬ ਕਰਦੀ ਆ। ਉੱਥੇ ਜਿਹੜੇ ਮੇਰੇ ਸੀਨੀਅਰਸ ਨੇ ਉਹ ਮੈਨੂੰ ਕਹਿੰਦੇ ਵੀ ਮੇਰੇ ਨਾਲ ਗੱਲਬਾਤ ਕਰ ਲਾ। 100 ਚੋਂ 95% ਮੈਨੂੰ ਇਦਾਂ ਦੀ ਕਾਲਸ ਆਉਂਦੀ ਆ ਡੇਲੀ ਜੇ 200 ਕਾਲ ਆ ਗਈ ਤਾਂ 100 ਗਰਲਸ ਦੀ ਆ ਗਈ। ਵੀਰੇ ਅਸੀਂ ਕਿਹੜੀ ਲਾਈਨ ਯੂਜ਼ ਕਰੀਏ? ਛੋਡੇ ਵਾਲੀ 'ਚ ਅਸੀਂ ਤੁਸੀਂ ਸੇਫ ਹੋ ਤਾਂ ਕਿਸੇ ਗੱਲ ਕਰਕੇ ਸੇਫ ਹੋ ਸਕਦੇ ਜੇ ਤੁਹਾਡੀ ਲਾਈਨ ਚੁਣ ਲਈ ਅਸੀਂ। بی اے تک بی اے فائنل تک ਕੁੜੀਆਂ ਗ੍ਰੈਜੂਏਟਡ ਕੁੜੀਆਂ ਕਹਿੰਦੇ ਨੇ ਤੁਹਾਨੂੰ ਹਾਂ ਜੀ ਕਿ ਅਸੀਂ ਤੁਹਾਡੀ ਖੇਤਰ ਚ ਆ ਜਾਈਏ ਵੀ ਇੱਥੇ ਸੇਫ ਆ ਅਸੀਂ ਸੇਫ ਕਿਉਂਕਿ ਵੀਰੇ ਇਹ ਤਾਂ ਦੇਖੋ ਆਡੀਅنس ਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕਿ ਅੱਜ ਦੇ ਟਾਈਮ ਤੇ ਕੁੜੀਆਂ ਕਿਤੇ ਵੀ ਸੇਫ ਨਹੀਂ ਹੈਗੀਆਂ ਨੇ ਬਿਲਕੁਲ ਹੀ ਸੇਫ ਨਹੀਂ ਹੈਗੀਆਂ ਹਮ ਕਿਉਂਕਿ ਜੇ ਸੇਫ ਹੁੰਦੀ ਤਾਂ ਰੇਪ ਵਗੈਰਾ ਹੋਣਾ ਹੀ ਨਹੀਂ ਸੀ ਹਮ ਹੁਣ ਤਾਂ ਜਗਾ ਜਗਾ ਤੋ ਕਦੇ ਇਧਰੋਂ نیوز ਆ ਗਈ ਕਦੇ ਇਧਰੋਂ نیوز ਆ ਗਈ ਭਈ ਪਤਾ ਕੀ ਆ ਇਹ ਜ਼ਮਾਨਾ ਜਿਹੜਾ ਸਾਲਾ ਕਲਯੁਗ ਆ ਗਿਆ ਹਮ ਕਿਉਂ ਆ ਗਿਆ ਅਦਰ ਤੁਸੀਂ ਮੈਂ ਤੁਹਾਨੂੰ ਆਪਣੀ ਹਾਦਸਾ ਦੱਸਦਾ ਮੈਂ ਤੇ ਮੇਰਾ ਫਰੈਂਡ ਕਾਲਜ ਚ ਜਾ ਰਹੇ ਹਾਂ ਕਾਲਜ ਚ ਜਾ ਰਹੇ ਹਾਂ ਘਰੋਂ ਜਾ ਰਹੇ ਹਾਂ ਰਸਤੇ ਚ ਬਾਈਕ ਤੇ ਇੱਕ ਉਹਦੀ ਭੈਣ ਇੱਕ ਉਹਦਾ ਪਰੌਣਾ ਸਾਹਿਬ ਉਹਨਾਂ ਦੇ ਦੋਨੋਂ ਜਾ ਰਹੇ ਨੇ ਮੈਂ ਬਾਈਕ ਚਲਾ ਰਿਹਾ ਪਿੱਛੇ ਬੈਠਾ ਤੇ ਅਸੀਂ ਸਾਡਾ ਫਾਸਲਾ ਹੂ ਸਾਰਾ ਉਹਨਾਂ ਤੋਂ 300 ਮੀਟਰ ਦਾ ਉਹ ਮੈਨੂੰ ਕਹਿੰਦਾ ਜਲਦੀ ਕਰ ਓਏ ਥੋੜਾ ਜਿਹਾ ਤੇਜ਼ ਕਰ ਵਾ ਕੀ ਹੋ ਗਿਆ ਕਹਿੰਦਾ ਬੜਾ ਸੋਹਣਾ ਪਟੂਲਾ ਜਾ ਰਿਹਾ ਮੰਗਰਲਾ ਤੋੜਾ ਫਰੈਂਡ ਤੁਹਾਨੂੰ ਕਹਿੰਦਾ ਮੇਰਾ ਫਰੈਂਡ ਮੈਨੂੰ ਕਹਿੰਦਾ ਬਾਈ ਸੌ ਲੱਗੀ ਜਦੋਂ ਮੈਂ ਉਹਦੇ ਨਾਲ ਮੋਟਰਸਾਈਕਲ ਥੋੜਾ ਜਿਹਾ ਖਿੱਚਿਆ ਚਲੋ ਉਦੋਂ ਮੁੰਡਿਆਂ ਦੀ ਮਤਸ ਨੂੰ ਪਤਾ ਕਿਦਾਂ ਦੀ ਹੁੰਦੀ ਹੈ ਕਾਲਜ ਲੀਟ ਤੇ ਹਨਾ ਮੈਂ ਮੋਟਰਸਾਈਕਲ ਖਿੱਚਿਆ ਜਦੋਂ ਬਰਾਬਰ ਲਾਇਆ ਬਾਈ ਉਹਦੀ ਭੈਣ ਨਿਕਲੀ ਤੁਸੀਂ ਇਹ ਦੇਖੋ ਵੀ ਮੇਰੇ ਤੇ ਤਾਂ ਜਿਹੜੀ ਬੀਤ ਨਹੀਂ ਸੀ ਬੀਤੀ ਆ ਠੀਕ ਹੈ ਮੈਂ ਤਾਂ ਉਹਦਾ ਸਾਗਾ ਭਾਈ ਨਹੀਂ ਸੀ ਉਹ ਮੁੰਡੇ ਤੇ ਕੀ ਬੀਤੀ ਉਹਦਾ ਮੂੰਹ ਥੱਲੇ ਹੋ ਗਿਆ ਮੈਂ ਉਹਨੂੰ ਕਿਹਾ ਮਾਹ ਉਹ ਤਾਂ ਆਪਣੀ ਭੈਣ ਆ ਨਜ਼ਰੀਆ ਦੇਖੋ ਕੱਲ ਜੋ ਗਏ ਆਪਣੀ ਭੈਣ ਨੂੰ ਦੂਰੋਂ ਪਟੋਲਾ ਕਹਿਣਾ ਤੇ ਜਮਾ ਨਜ਼ਦੀਕ ਆ ਕੇ ਨੀਮੀ ਪੌਣੀ ਕਿੱਡੀ ਸ਼ਰਮ ਦੀ ਗੱਲ ਉਹ ਪਮਡੂ ਮੇ ਵਾਲ ਦੀ ਲਾਈਨਾਂ ਯਾਦ ਆ ਗਈਆਂ ਭੈਣ ਆਪਣੀ ਲੱਗੇ ਗੰਗਾ ਜਲ ਵਰਗੀ ਹੋਵੇ ਕਿਸੇ ਦੀ ਤੇ ਲੱਖਿਆ ਸ਼ਰਾਬ ਜਰਾ ਇਹ ਸਮਾਜ ਹੈ ਬਹੀ ਤੇ ਅਸੀਂ ਆਡੀਅנס ਨਾਲ ਨੱਚ ਰਹੇ ਹਾਂ ਠੀਕ ਹੈ ਮੰਲੋ 100 ਚੋਂ 95% ਆਡੀਅנס ਦੇ ਮੁੰਡਿਆਂ ਦੀ ਕਾਜਲ ਤੇ ਗਲਤ ਨਹੀਂਗਾ। ਹੂੰ ਠੀਕ ਹੈ ਜੀ। ਹੂੰ ਆਡੀਅנס ਦੀਆਂ ਕੁੜੀਆਂ ਆ ਗਈਆਂ ਸਾਈਡ ਤੇ। ਹੂੰ ਠੀਕ ਹੈ ਜੀ। 100 ਚੋਂ 5% ਸਾਡੀ ਆਰਟਿਸਟਾਂ ਦੀ ਕੁੜੀਆਂ ਦੇ ਗਲਤ ਨਹੀਂਗਾ ਨਹੀਂ ਜਾਂਦੀ। ਕਿਉਂ ਨਹੀਂ ਜਾਂਦੀ? ਸਾਡੇ ਨਾਲ ਵੀ ਕੁੜੀਆਂ ਆ। ਆਰਟਿਸਟ ਇੱਕ ਸਾਈਡ, ਕੁੜੀਆਂ ਇੱਕ ਸਾਈਡ, ਮੁੰਡੇ ਇੱਕ ਸਾਈਡ। ਉਹਨੇ ਉਹਨਾਂ ਮੁੰਡਿਆਂ ਦੀ ਨਿਗਾ ਸਾਡੇ ਤੇ ਗਲਤ ਹੈ। ਸਾਡੀਆਂ ਕੁੜੀਆਂ ਤੇ ਸਾਡੀ ਨਿਗਾ ਉਹਨਾਂ ਦੀਆਂ ਕੁੜੀਆਂ ਤੇ ਗਲਤ ਨਹੀਂ ਹੈਗੀ। ਤਕਰੀਬਨ ਸਾਨੂੰ ਜੇ 200 ਪਰਸਨ ਡੇਲੀ 1000 ਬੰਦਾ 500 ਬਰਾਚ ਚ ਹੁੰਦਾ ਹੀ ਹੁੰਦਾ। ਹੂੰ ਬਿਲਕੁਲ ਠੀਕ ਹੈ। ਉਹ ਚ 300 ਲੇਡੀ ਲਾ ਲਓ। 300 ਚੋਂ 100 ਕੁੜੀ ਸਾਡੇ ਨਾਲ ਬੈਕ ਤੋਂ ਆ ਕੇ ਫੋਟੋ ਕਰਾਉਂਦੀ ਆ ਠੀਕ ਹੈ ਮੈਨੂੰ ਅਦਰ ਵੀ ਪਿੱਛੋ ਘੁੱਟ ਕੇ ਨਹੀਂ ਪਾਉਣਾ ਹੁੰਦਾ ਕਿਸੇ ਨੂੰ ਫੈਨ ਨੂੰ ਵੀ ਹਾਂ ਯਾਰ ਮੈਨੂੰ ਮਿਲ ਗਿਆ ਜੱਫੀ ਪਾ ਲਈ। ਜੱਫੀ ਪਾ ਲਈ। ਤੇ ਸਾਡੇ ਮੇਰੇ ਮੂੰਹ ਚੋਂ ਜਾਂ ਸਾਡੇ ਕਿਸੇ ਵੀ ਮੁੰਡੇ ਦੇ ਮੂੰਹ ਚੋਂ ਪੈਣ ਹੀ ਨਿਕਲਦਾ। ਹੂੰ ਪੈਣੇ ਆਜੋ ਜੀ ਪੈਣੇ ਆਜੋ ਜੀ ਮੇਰੀ ਤਕਰੀਬਨ ਚਲੋ ਵੀਡੀਓਜ਼ ਹੁੰਦੀਆਂ ਨਾ ਨਾ ਕਈ ਵਾਰ ਅਸੀਂ ਵਿਦਆਊਟ ਗਾਣੇ ਤੋਂ ਪਾ ਦਨੇ ਆ ਪੈਣੇ ਆਓ ਆਓ ਆ ਪੱਕਾ ਉਹ ਤੇ ਉਹਨਾਂ ਦਾ ਸਾਡੇ ਬੰਦੀ ਰਿਸਪੌਂਸ ਇੰਨਾ ਕੁ ਹੁੰਦਾ ਉਹ ਮੇਰਾ ਖੁਦਾ ਨੰਬਰ ਲੈ ਜਾਂਦੇ ਵੀਰੇ ਅਸੀਂ ਗੱਲ ਕਰਿਆ ਕਰਾਂਗੇ ਤੁਹਾਡੇ ਨਾਲ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਐਦਾਂ ਦੇ ਇਨਸਾਨ ਜੇ ਬ੍ਰਦਰ ਅਸੀਂ ਨਾ ਆਪਣੀ ਪੀੜੀ ਥੱਲੇ ਸੋਟਾ ਮਾਰ ਰਹੇ ਆ ਉਦੋਂ ਦੁੱਖ ਲੱਗਦਾ ਜਿ ਕਿਸੇ ਦੀ ਤੇ ਮਾਰਾਂਗੇ ਉਦੋਂ ਹਾਂ ਯਾਰ ਚੰਗਾ ਬਹੁਤ ਕਾਦੀ ਕੀ ਆਪਣੀ ਸੋਚ ਗਲਤ ਆ ਤਾਂ ਕਿਸੇ ਦੀ ਤੇ ਨਾ ਰੱਖੋ ਉਹ ਕਹਿੰਦਾ ਕਿਸੇ ਤੇ ਆਪਾਂ ਆਏ ਹੁੰਦਾ ਨਾ ਵੀ ਆਪਾਂ ਇਹ ਨਹੀਂ ਦੇਖਦੇ ਵੀ ਆਪਣਾ ਵੀ ਘਰ ਕੱਚ ਦਾ ਬਣਿਆ ਹੋ ਸਕਦਾ ਵੀ ਕਿਸੇ ਦੇ ਕੱਚ ਦੇ ਘਰ ਤੇ ਪੱਥਰ ਮਾਰਨ ਨਾਲ ਪਹਨ ਇੱਕ ਵਾਰ ਸੋਚ ਲਓ ਵੀ ਜੇ ਉਹ ਕਿਤੇ ਪੱਥਰ ਉਹਨੇ ਮਾਰਤਾ ਆਪਣੇ ਕੱਚ ਤੇ ਫਿਰ ਸਹਿ ਹਾ ਨਹੀਂ ਜਾਣਾ ਸਹਿ ਹਾ ਨਹੀਂ ਜਾਣਾ ਜਰੀ ਨਹੀਂ ਜਾਂਦੀ ਫਿਰ ਜਰੀ ਨਹੀਂ ਜਾਂਦੀ ਪਿੱਛੇ ਜੇ ਕੀ ਹੋਇਆ ਕਾਜਲ ਨੇ ਕਿਹਾ ਇੱਕ ਇੰਟਰਵਿਊ ਚ ਹੂੰ ਕਹਿੰਦੀ ਵੀ ਤੁਸੀਂ ਸਾਨੂੰ ਕਹਿੰਦੇ ਹੋ ਵੀ ਤੁਸੀਂ ਨੱਚਦੀਆਂ ਨਚਾਰੋਂ ਕੁੜੀਆਂ ਹਨਾ ਹੂੰ ਨੱਚਦੀਆਂ ਤਾਂ ਤੁਹਾਡੀਆਂ ਵੀ ਨੇ ਬਟ ਫਲੋਰ ਤੇ ਨੱਚਦੀਆਂ ਅਸੀਂ ਸਟੇਜ ਤੇ ਨੱਚਦੇ ਹਾਂ ਠੀਕ ਹੈ ਉੱਥੇ ਸਾਡਾ ਕੀ ਰਿਪੀਟ ਸੀ ਉਹਨਾਂ ਨੂੰ ਤੁਸੀਂ ਰੀਲਾਂ ਬੰਦ ਕਰਾ ਦਿਓ ਨਗੇਜ਼ ਬੰਦ ਕਰਾ ਦਿਓ ਠੀਕ ਹੈ ਕੁਝ ਕੁੜੀਆਂ ਅਸੀਂ ਸਾਫ ਸੁਥਰੇ ਕੱਪੜੇ ਪਾ ਕੇ ਤਾਂ ਨੱਚਦੇ ਹਾਂ ਕੁਝ ਕੁੜੀਆਂ ਜਮੀ ਬਾਈ ਨਗੇਜ਼ ਹੋਈਆਂ ਪਈਆਂ ਨੇ ਕੀ ਕਰਾਂਗੇ ਉਹਨਾਂ ਪਈਆਂ ਨੇ ਸ਼ਰਮ ਹੋਈਆਂ ਪਈਆਂ ਨੇ ਉੱਥੇ ਕੀ ਆ ਗਿਆ ਵੀ ਨੱਚਦੀਆਂ ਤਾਂ ਤੁਹਾਡੀਆਂ ਵੀ ਨੇ ਨੱਚਦੀ ਅਸੀਂ ਵੀ ਆ ਫਰਕ ਕੀ ਆ ਅਸੀਂ ਸਟੇਜ ਤੇ ਆ ਤੁਸੀਂ ਫਲੋਰ ਤੇ ਅਸੀਂ ਢਿੱਡ ਲਈ ਨੱਚ ਰਿਆਂ ਤੇ ਤੁਸੀਂ ਸ਼ੌਂਕ ਲਈ ਨੱਚ ਰਿਆਂ ਤੁਸੀਂ ਇੰਜੋਏ ਕਰਨਾ ਚਾਹਿਆ ਕਿੱਡੀ ਵੱਡੀ ਗੱਲ ਫਰਕ ਇੰਨਾ ਹੀ ਆ ਬਸ ਕਹਿੰਦੇ ਨਾ ਜੇ ਸ਼ਾਹੂ ਕਾਰ ਦੀ ਕੁੜੀ ਬਾਹਰ ਜਾਂਦੀ ਆ ਮੰਨ ਕੇ ਚਲੋ ਲੰਬ ਮੈਰਿਜ ਕਰਾਉਂਦੀ ਆ ਤਾਂ ਬੱਚਿਆਂ ਦੀ ਮਰਜ਼ੀ ਜੇ ਕਿਸੇ ਗਰੀਬ ਦੀ ਤਾਂ ਕਹਿੰਗੇ ਨਿਕਲ ਗਈ ਨਿਕਲ ਗਈ ਹੱਥੋਂ ਨਿਕਲ ਗਈ ਹੱਥੋਂ ਨਿਕਲ ਗਈ ਭੱਜ ਗਈ ਭੱਜ ਗਈ ਗਰੀਬ ਘਰ ਦੀ ਤੀ ਜੇ ਮਾਮੇ ਦੇ ਘਰੇ ਵੀ ਚਲ ਗਈ ਤਾਂ ਉਹ ਭੱਜ ਗਈ ਤੇ ਅਮੀਰ ਘਰ ਦੀ ਜੇ ਭੱਜ ਗਈ ਤਾਂ ਵੀ ਮੰਮੀ ਦੇ ਘਰੇ ਆ ਫਰਕ ਇਹ ਹੈ ਕਿ ਗਰੀਬ ਬੰਦਾ ਤੇ ਅਮੀਰ ਦੇ ਵਿੱਚ ਬਸ ਇਹੀ ਡਿਫਰੈਂਸ ਹੁੰਦਾ ਕਿ ਭਈ ਅਮੀਰ ਕੁਝ ਵੀ ਕਰ ਸਕਦਾ ਤੇ ਗਰੀਬ ਬੰਦਾ ਕੁਝ ਵੀ ਨਹੀਂ ਕਰ ਸਕਦਾ ਉਹ ਹਰ ਇੱਕ ਚੀਜ਼ ਮਾੜੀ ਆ ਉਹ ਹਰ ਇੱਕ ਪਾਸੇ ਪਿਸਦਾ ਹੈ ਤੇ ਉਹ ساری ਰਹਿਂਦੀ ਉਮਰ ਤੱਕ ਪਿਸਦਾ ਹੈ ਘਰ ਵਾਲਿਆਂ ਨੇ ਵੀ ਮਾਰਨਾ ਉਹਨੂੰ ਉਸ ਨੂੰ ਉਹਦੇ ਰਿਸ਼ਤੇਦਾਰਾਂ ਨੇ ਵੀ ਮਾਰਨਾ ਹੈ ਉਹਨੂੰ ਦੁਨੀਆ ਨੇ ਵੀ ਮਾਰਨੇ ਉਹ ਜੀ ਨਹੀਂ ਸਕਦਾ ਅਸੀਂ ਤਾਂ ਮਰੇ ਹੋਏ ਆਂ ਬਈ ਸਾਨੂੰ ਤਾਂ ਪਤਾ ਸਾਨੂੰ ਤਾਂ ਅਸੀਂ ਤਾਂ ਆ ਚੀਜ਼ਾਂ ਚੋਂ ਨਿਕਲ ਕੇ ਆ ਚੁੱਕੇ ਹਾਂ ਅਸੀਂ ਫੈਮਿਲੀ ਨੂੰ ਸੈੱਟ ਕਰਨ ਵਾਸਤੇ ਫਿਰ ਰਹੇ ਆਂ ਵੀਰੇ ਅਸੀਂ ਆਪਦਾ ਕੁਝ ਨਹੀਂ ਸੋਚਿਆ ਵੀ ਸਾਡਾ ਕੀ ਹੋਣਾ ਪਰ ਤੁਸੀਂ ਇਸ ਇਸ ਕੰਮ ਚੋਂ ਸੈਟੀਸਫਾਈਡ ਹੋ ਦੋਨੇ ਜਣੇ ਬਹੁਤ ਬਈ ਸਾਨੂੰ ਇੱਕ ਦਾ ਰੋਜ਼ਗਾਰ ਮਿਲਿਆ ਹਾਂ ਮਾਪਿਆਂ ਦਾ ਢੇਡ ਭਰਿਆ ਮਾਪਿਆਂ ਨੂੰ ਹਰ ਖੁਸ਼ੀ ਦਿੱਤੀ ਐ ਇਸ ਕੰਮ ਤੋਂ ਚਲੋ ਮੈਂ ਨਾਮਾ ਤੁਸੀਂ ਆ ਦੇ ਕਲੋਬੀ ਗ੍ਰੀਬੀ ਨੇ ਦਾ ਫਾਦਰ ਸਾਹਿਬ ਦੋਰਦਾ ਇਹ ਦੁਨੀਆ ਤੋਂ ਇੱਕ ਗਰੀਬੀ ਨੇ ਜੇ ਇਹ ਦੇ ਘਰ ਕੋਈ ਨਾ ਬਈ ਹੌਸਲਾ ਰੱਖੋ ਤੁਸੀਂ ਕਹਿੰਦੇ ਤੁਸੀਂ ਬਹੁਤ ਵੱਡੀ ਐਗਜ਼ਾਮਪਲ ਹੋ ਯਾਰ ਨਹੀਂ ਬਈ ਪਤਾ ਕੀ ਆ ਵੀਨਾ ਜੀ ਗਰੀਬੀ ਦੇ ਕਰਨਾ ਹੁੰਦੀ ਦਾ ਫਾਦਰ ਸਾਹਿਬ ਅਜੇ ਦੀ ਬੁੱਕਲ ਚ ਹੋਣਾ ਸੀ ਕਿਸੇ ਪਰਸਨ ਦੇ ਪੈਸੇ ਦੇਣੇ ਸੀ ਕਾਜਲ ਕਹਨੇ ਤੇ ਉਹ ਬੰਦਾ ਆਇਆ ਉਹ ਡਾਇਰੈਕਟਲੀ ਆ ਕੇ ਇਹਦੇ ਫਾਦਰ ਸਾਹਿਬ ਨੂੰ ਕਹਿੰਦਾ ਸ਼ਾਇਦ 14 ਸਾਲ ਦੀ ਸੀ ਕਾ ਜਾ 13 13 ਸਾਲ ਦੀ ਉਹ ਤਾਂ 12 ਸਾਲ ਦੀ ਸੀ ਹਾਂ 12 ਸਾਲ ਦੀ ਤੇ ਕਹਿੰਦਾ ਵੀ ਜੇ ਤੁਸੋਂ ਪੈਸੇ ਨਹੀਂ ਦਿੱਤੇ ਜਾਂਦੇ ਨਾ ਛੋਟੀ ਕੁੜੀ ਇੱਕ ਰਾਤ ਲਈ ਮੇਰੇ ਨਾਲ ਤੋਂ ਮਤਲਬ ਭੇਜ ਦਿਓ ਭੇਜ ਦਿਓ ਕਿਉਂ ਪਿਓ ਤੁਸੀਂ ਇਹ ਦੇਖੋ ਵੀ ਮੈਂ ਹਜੇ ਬਹੁਤ ਦੂਰ ਹਾਂ ਜਿਹੜਾ ਪਿਓ ਦੇ ਸ਼ਬਦ ਤੋਂ ਜਿਹਦੇ ਲਈ ਧੀ ਬਹੁਤ ਜ਼ਰੂਰੀ ਹੁੰਦੀ ਆ ਉਹਨੂੰ ਇਹ ਗੱਲ ਕਹੀ ਤਾਂ ਉਹਦੇ ਕਿੱਥੇ ਲੱਗਿਉ ਉਹਨੇ ਜਾਣ ਸਾਰ ਸੁਸਾਇਡ ਕਰ ਲਿਆ ਨਾਲ ਦਿਵਾਲੀ ਦਾ ਦਿਨ ਸੀਗਾ ਤਿਹਾੜ ਦਾ ਦਿਨ ਸਾਰੇ ਸਾਰੇ ਆਲ ਆਲ ਇੰਡੀਆ ਚ ਦੀਵੇ ਜਗ ਰਹੇ ਨੇ ਸਾਡੇ ਘਰ ਦਾ ਦੀਵਾ ਬੁੱਝ ਗਿਆ ਉਹਨਾਂ ਲਈ ਕਿ ਕਿੱਡਾ ਭੈੜਾ ਦਿਨ ਹੋਊਗਾ ਦੁਨੀਆ ਮੈਂ ਸੋਚ ਵੀ ਸੋਚ ਵੀ ਨਹੀਂ ਸਕਦਾ ਹੁਣ ਵੀ ਮੇਰੇ ਨਾਲ ਮਿਲ ਕੇ ਰੋਂਟੇ ਖੜੇ ਹੋ ਰਹੇ ਨੇ ਇਸ ਗੱਲ ਸੁਣਦੇ ਹੋਏ ਵੀ ਵਿਉ ਉੱਤਨ ਸਿਬਾਬ ਜਿਹੜਾ ਸੈ ਗਿਆ ਸੈ ਗਿਆ ਮੈਨੂੰ ਲੱਗਦਾ ਸ਼ਾਇਦ ਜਿੱਤੇ ਸਾਡੇ ਵਾਲੇ ਹੁੰਦੇ ਬੰਦਾ ਵੱਡੇ ਹੁੰਦੇ ਬਾਈ ਜੀ ਉਹਦੇ ਕਹਿਣ ਨੂੰ ਆਪਣੇ ਮੇਰੇ ਗਰੀਬੀ ਹੁੰਦੀ ਆ ਗਰੀਬੀ ਮਾਰਦੀ ਆ ਨੀਰਾ ਕਿਸੇ ਦੇ ਡੇ ਹਿੰਮਤ ਨਹੀਂ ਬਾਈ ਸਾਡੀ ਕੁੜੀ ਨੂੰ ਭਾਵੇਂ ਗਲਤੀ ਵੀ ਹੈ ਨਾ ਤਾਂ ਵੀ ਕੋਈ ਮਾੜਾ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ 11 ਸਾਲ ਹੋ ਗਏ ਸਾਡੇ ਘਰੇ ਦੀਵਾ ਨਹੀਂ ਲੱਗਿਆ ਦੀਵਾਲੀ ਤੇ ਹੋਏ ਹੋਏ ਮੈਨੂੰ ਪਤਾ ਮੈਂ ਆਪਣੇ ਦਿਲ ਨੂੰ ਕਿੱਦਾਂ ਸੰਭ ਕੇ ਰੱਖਦੀ ਆ ਆਪਦੀ ਫੈਮਿਲੀ ਨੂੰ ਕਿ ਕਿੱਦਾਂ ਸੰਭਦੀ ਆ ਯਾ ਤਾਂ ਮੈਨੂੰ ਵੀ ਹੁੰਦੀ ਆ ਮੇਰੀ ਫੈਮਿਲੀ ਨੂੰ ਵੀ ਹੁੰਦੀ ਆ ਕਾਫੀ ਟਾਈਮ ਹੁੰਦਾ ਕਿ ਜਦੋਂ ਮੈਂ ਨਾ ਸਟੇਜ ਤੇ ਹੁੰਦੀ ਆ ਡੈਡੀ ਵਾਲੇ ਗਾਣੇ ਲੱਗ ਜਾਂਦੇ ਆ ਬਹੁਤ ਰੋਣੀਆਂ ਮੈਸੇ ਤੇ ਕੋਈ ਨਾ ਪੜਨੇ ਬਹੁਤ ਯਾਦ ਹੁੰਦੀ ਮੈਨੂੰ ਕਿਉਂਕਿ ਪੈਸੇ ਪਿੱਛੇ ਆਪਣਾ ਬਾਪ ਖੋលਿਆ ਇੱਕ ਸਿਰਫ ਕਰਜ਼ੇ ਪਿੱਛੇ ਜੇ ਇਹਨਾਂ ਕੋਲ ਪੈਸਾ ਹੁੰਦਾ ਕਾਹਨੂੰ ਇਹ ਕੰਮ ਕਰਦੇ ਉੱਥੇ ਪੜਨੇ ਤੇ ਅੱਜ ਵੀ ਇਹ ਸਾਰਾ ਕੁਝ ਆ ਗਿਆ ਬਸ ਪਿਓ ਨਹੀਂ ਆ ਇੰਨੀ ਮਨ ਰਭ ਨੂੰ ਇਹਨਾਂ ਕੋਸ ਦੀਆਂ ਪੈਸਾ ਘੱਟ ਦੇ ਦਿੰਦਾ ਘੱਟੋ ਫਿਓ ਤਾਂ ਦੇ ਦਿੰਦਾ ਉਹ ਕੰਮੀ ਕੋਈ ਨਹੀਂ ਪੂਰੀ ਕਰ ਸਕਦਾ ਪਰ ਮੈਂ ਨ ਇੱਕ ਇੱਕ ਚੀਜ਼ ਤੇ ਕੋਈ ਨਹੀਂ ਪੜਨਾ ਤੁਸੀਂ ਹੌਸਲਾ ਰੱਖੋ ਕਿਉਂਕਿ ਇਹ ਚੀਜ਼ਾਂ ਸਹਿਣੀਆਂ ਮੈਨੂੰ ਪਤਾ ਮੈਂ ਜਿੰਨਾ ਮਰਜੀ ਤੁਹਾਡੇ ਮੂਰੇ ਬੈਠ ਕੇ ਨਾ ਇੱਕ ਗੱਲ ਕਹੀ ਜਾਵਾਂ ਕਿ ਹੌਸਲਾ ਰੱਖੋ ਪਰ ਜਿਹੜਾ ਬੰਦਾ ਇਸ ਸੰਤਾਪ ਚੋਂ ਨਿਕਲਿਆ ਹੁੰਦਾ ਨਾ ਉਹਨੂੰ ਪਤਾ ਉਹਨੂੰ ਪਤਾ ਵੀ ਕੀ ਭਾਵਿਕਦੀ ਆ ਵੀ ਜਦ ਘਰ ਦੇ ਬੈਠੇ ਹੋਣ ਤੇ ਢੋਲੀ ਚਾਟਾ ਨਾ ਹੋਵੇ ਤਾਂ ਉਸ ਉਸ ਬੰਦੇ ਨੂੰ ਪੁੱਛ ਕੇ ਵੇਖੋ ਵੀ ਉਹਨੇ ਹੁਣ ਰਾਤ ਦੀ ਰੋਟੀ ਪਕਾਉਣੀ ਤੇ ਪਕਾਉਣੀ ਕਿਵੇਂ ਗਰੀਬੀ ਬੰਦੇ ਨੂੰ ਮਾਰਦੀ ਆ ਭਾਈ ਗਰੀਬੀ ਬੰਦੇ ਨੂੰ ਮਾਰਦੀ ਆ ਬੰਦਾ ਵੈਸੇ ਨਾ ਮਰੇ ਕਦੇ ਗਰੀਬੀ ਮਾਰਦੀ ਆ ਅੱਛਾ ਉਦੋਂ ਪਹਿਣੇ ਜ 13 ਸਾਲ ਦੀ ਉਮਰ ਸੀ ਤੁਹਾਡੇ ਫਾਦਰ ਸਾਹਿਬ ਨੇ ਇਸ ਚੀਜ਼ ਦਾ ਤੁਹਾਨੂੰ ਜ਼ਿਕਰ ਵੀ ਨਹੀਂ ਕੀਤਾ ਕਿ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਏਡੀ ਵੱਡੀ ਗੱਲ ਤੁਹਾਡੇ ਫਾਦਰ ਸਾਹਿਬ ਨੂੰ ਕਹਿ ਦਿੱਤੀ ਗਈ ਵੀਰੇ ਉਦੋਂ ਮਤਲਬ ਕਿ ਮੈਂ ਹੁੰਦਾ ਬਈ ਕੁੜੀਆਂ 'ਚ ਸਮਝਦਾਰੀ ਨਾ ਬਚਪਨ ਤੋਂ ਹੀ ਹੁੰਦੀ ਆ ਇਹ ਮੰਨੋ ਤੁਸੀਂ ਡੇਢ ਚੋਂ ਹੀ ਹੁੰਦੀਆਂ ਨੇ ਹਾਂ ਉਹਨਾਂ ਨੂੰ ਕੋਈ ਹਰ ਇੱਕ ਚੀਜ਼ ਸਮਝਾਉਂਦਾ ਨਹੀਂ ਉਹ ਆਪੇ ਸਮਝ ਜਾਂਦੀਆਂ ਨੇ ਹਾਂ ਤੇ ਨਾ ਮਤਲਬ ਸਾਡਾ ਨਾ ਛੋਟਾ ਜਿਹਾ ਘਰ ਸੀ ਉਹ ਵੀ ਸਾਡਾ ਨਹੀਂ ਸੀ ਮਤਲਬ 33 ਗੱਜ ਸੀਗਾ ਉਹਦੇ ਵਿੱਚ ਸਾਡਾ ਗੈਸ ਚੁੱਲਾ ਸਾਰਾ ਕੁਝ ਹੁੰਦਾ ਸੀ ਹਾਂ ਤੇ ਵੱਡਾ ਬ੍ਰਦਰ ਬਿਮਾਰ ਸੀ ਉਹ ਇੰਨਾ ਕੁਝ ਮਤਲਬ ਕਿ ਕਿਆੰਤੋਂ ਨਹੀਂ ਸੀ ਉਹਦਾ ਮਤਲਬ ਭਾਈ ਸੋਚੋ ਕਿ ਛੋਟਾ ਹੀ ਸੀ ਤੇ ਛੋਟਾ ਤਾਂ ਹੈ ਹੀ 8 ਸਾਲ ਦਾ ਸੀ ਤੇ ਨਾ ਉਹ ਬੰਦੇ ਦੇ ਪੈਸੇ ਦੇਣੇ ਸੀ ਉਹ ਗੱਲਾਂ ਨਾ ਘਟੋ ਘਟ ਦਿਵਾਲੀ ਤੋਂ 3-4 ਦਿਨ ਪਹਿਲਾਂ ਤੋਂ ਸਟਾਰਟ ਹੋ ਰਹੀ ਸੀ ਮੰਮੀ ਦੇ ਡੈਡੀ ਦੀ ਮੈਂ ਸੁਣਦੀ ਹੁੰਦੀ ਸੀ ਸੁਣਦਾ ਤਾਂ ਸੀਗਾ ਤੇ ਕਿਉਂਕਿ ਘਰ ਜਿੱਦਾਂ ਇੱਥੇ ਬਹਿ ਕੇ ਗੱਲ ਕਰ ਰਹੇ ਉਹ ਮੈਨੂੰ ਸੁਣੂਗੀ ਬੇਸ਼ੱਕ ਮੰਮੀ ਡੈਡੀ ਨੂੰ ਐ ਲੱਗ ਰਿਹਾ ਜੋ ਆ ਖੇਡੀ ਜਾਂਦਾ ਤੇ ਮੈਨੂੰ ਸੁਣਦੀ ਸੀ ਡੈਡੀ ਐ ਕਹਿੰਦੇ ਕਿਥੋਂ ਪੈਸੇ ਲੈ ਕੇ ਆਓਗੇ ਫਲਾਂਟਿੰਗ ਬਹੁਤ ਕੁਝ ਕਹਿੰਦੇ ਹੁੰਦੇ ਸੀ ਆਪਸ ਵਿੱਚ ਜਿਹੜੀ ਕਨਵਰਸੇਸ਼ਨ ਹੁੰਦੀ ਸੀ ਤੇ ਇੱਕ ਦਿਨ ਮम्मी ਕਹਿੰਦੀ ਚੱਲ ਕੋਈ ਨਹੀਂ ਹੋ ਜਾ ਸਾਰਾ ਕੁਝ ਤੇ ਮम्मी ਨੇ ਸੋਚਿਆ ਚੱਲ ਹੁਣ ਦੀਵਾਲੀ ਆ ਪਹਿਲੀ ਵਾਰ ਉਦੋਂ ਸਾਡੇ ਘਰ 'ਚ ਨਾ ਮਤਲਬ ਕਿ 1800 ਦੇ ਪਟਾਕੇ ਆਏ ਸੀ ਮੈਨੂੰ ਅੱਜ ਵੀ ਆਦਾ ਕਿ ਬਲਕਿ ਅਸੀਂ ਇੰਨੇ ਖੁਸ਼ ਹੋ ਗਏ ਸੀ ਕਿ ਪਹਿਲੀ ਵਾਰੀ ਪਹਿਲੀ ਦੀਵਾਲੀ ਤੇ ਸਾਡੇ ਘਰੇ ਇੰਨੇ ਜਿਆਦੇ ਪਟਾਕੇ ਆਏ ਆ ਜਵਾਕਾਂ ਨੂੰ ਚਾੜ ਜਾਂਦਾ ਹਾਂ ਅਸੀਂ ਬਹੁਤ ਖੁਸ਼ ਹੋਏ ਤੇ ਉਹ ਪਟਾਕੇ ਸਾਡੇ ਘਰੇ ਅੱਜ ਵੀ ਰੱਖੇ ਆ 11 ਸਾਲ ਹੋ ਗਏ ਉਹ ਮਲੋਂ ਹੁਣ ਵੀ ਨਾ ਅਸੀਂ ਜਵਾਕਾਂ ਨੂੰ ਬਣਦੇ ਕਭੀ ਤੁਸੀਂ ਚਲਾ ਲਓ ਤੇ ਨਾ ਮੰਮੀ ਡੈਡੀ ਦੀ ਜਦੋਂ ਗੱਲ ਸੁਣਦੀ ਸੀ ਉਹ ਪੈਸੇ ਦਾ ਮੈਟਰ ਤਾਂ ਪਤਾ ਹੀ ਸੀ ਤੇ ਡੇਲੀ ਜਦੋਂ ਨਾ ਪੈਸੇ ਲਏ ਹੋ ਸੀ ਅਸੀਂ 10 ਰੁਪਏ ਸੈਕਰੇ ਦੇ ਪੈਸੇ ਲਏ ਹੋ ਸੀ ਸਿਰਫ 10000 ਰੁਪਏ ਅੱਛਾ ਉਹਦਾ ਵਿਆਜ ਹੀ ਨਹੀਂ ਪੁੱਗਦਾ ਸੀ ਡੇਲੀ ਦੇ 150 ਰੁਪਏ ਵੀ ਜਾਂਦੇ ਸੀ ਵਿਆਜ ਦੇ ਅੱਛਾ ਤੇ ਡੈਡੀ ਔਟੋ ਚਲਾਉਂਦੇ ਹੁੰਦੇ ਸੀ ਤੇ ਸਾਨੂੰ ਪਤਾ ਉਹ 150 ਰੁਪਏ ਦੇ ਕੇ ਸਾਡੇ ਘਰੇ ਰੋਟੀ ਨੂੰ ਵੀ ਪੈਸੇ ਨਹੀਂ ਬਚਦੇ ਸੀ ਫਿਰ ਵੀ ਸਾਨੂੰ ਆਏ ਹੁੰਦਾ ਸੀ ਕਿ ਅੱਜ ਜੇ 150 ਨਹੀਂ ਦਿੱਤੇ ਨਾ ਤਾਂ ਕੱਲ ਨੂੰ 250 ਦੇਣੇ ਪੈਣੇ ਆ 100 ਰੁਪਏ ਉੱਤੇ ਲੱਗ ਜਾਂਦੇ ਸੀ ਤੇ ਨਾ ਕਿਤੇ ਨਾ ਕਿਤੋਂ ਕਰਕੇ ਅਸੀਂ ਪੈਸੇ ਦੇ ਕੇ ਆਉਂਦੇ ਸੀ ਡੇਲੀ ਮੇਰਾ ਵੱਡਾ ਭਰਾ ਦੇ ਕੇ ਆਉਂਦਾ ਸੀ ਸਾਈਕਲ ਤੇ ਜਾ ਕੇ ਸ਼ਾਇਦ ਸਾਈਕਲ ਵੀ ਨਹੀਂ ਸੀ ਉਦੋਂ ਤਾਂ ਪੈਦਲ ਹੀ ਜਾਂਦਾ ਸੀ ਤੇ ਨਾ ਉਹ ਦਿਨ ਛੋਟੀ ਦੀਵਾਲੀ ਸੀ ਡੈਡੀ ਆ ਗਏ ਘਰੇ ਤੇ ਨਾ ਮੰਮਾ ਦੀ ਫੇਵਰੇਟ ਜਿੱਦਾਂ ਸਬਜ਼ੀ ਸੀਗੀ ਗਾਜਰ ਹੂੰ ਤੇ ਡੈਡੀ ਗਾਜਰ ਲੈ ਕੇ ਆਏ ਕਹਿੰਦੇ ਅੱਜ ਤੂੰ ਆ ਬਣਾ ਲਾ ਛੋਟੀ ਦੀਵਾਲੀ ਤੇ ਮੰਮੀ ਕਹਿੰਦੀ ਐ ਇੰਨੀ ਮਹਿੰਗੀ ਗਾਜਰ ਆਨੇ 300 ਰੁਪਏ ਕਿਲੋ ਸੀਗੀ ਕਹਿੰਦੀ ਇੰਨੀ ਮਹਿੰਗੀ ਗਾਜਰ ਕਾਹ ਤੋਂ ਲੈ ਕੇ ਆਇਆ ਤੇ ਡੈਡੀ ਕਹਿੰਦੇ ਕੋਈ ਨਾ ਤੂੰ ਬਣਾ ਸਬਜੀ ਤੇ ਮੰਮੀ ਨੇ ਬਣਾ ਲਈ ਤੇ ਅਸੀਂ ਖੁਸ਼ ਸੀਗੇ ਕਿ ਭਈ ਸਾਡੇ ਘਰ ਆਲੂ ਗਾਜਰ ਬਣ ਗਿਆ ਕਿਉਂਕਿ ਬਣਦੀ ਨਹੀਂ ਹੁੰਦੀ ਸੀ ਸਬਜੀ ਕਦੇ ਤੇ ਸਬਜੀ ਬਣੀ ਤੇ ਡੈਡੀ ਨੇ ਕਿਹਾ ਕਿ ਤੂੰ ਤੁਸੀਂ ਪਟਾਕੇ ਪਟੁੱਕੇ ਜਲਾਓ ਤੇ ਮੈਂ ਆ ਗਿਆ ਤੇ ਉਸ ਤੋਂ ਪਹਿਲਾਂ ਉਹ ਡੈਡੀ ਐਨੇ ਉਦਾਸ ਜਿਹਾ ਸੀਗੇ ਡਰਿੰਕ ਕੀਤੀ ਹੋਈ ਸੀ ਤੇ ਨਾ ਉਦੋਂ ਡੈਡੀ ਨੂੰ ਛੋਟੀ ਦੀਵਾਲੀ ਦੇ ਟਾਈਮ ਦਿੱਤਾ ਹੋਇਆ ਸੀ ਪੈਸੇ ਦਾ ਬੰਦੇ ਨੇ ਕਿ ਭਈ ਪੈਸੇ ਜਾ ਤਾਂ ਮੋੜ ਦੇ ਜਾਂ ਆਪ ਦਾ ਹਿਸਾਬ ਲਾ ਲੈ ਤੇ ਡੈਡੀ ਨੇ ਕਿਹਾ ਕਿ ਭਈ ਦੀਵਾਲੀ ਤੋਂ ਬਾਅਦ ਦਾ ਟਾਈਮ ਦੇ ਦਿਓ ਸਾਨੂੰ ਅਸੀਂ ਦੇਖ ਲਾਂਗੇ ਕਹਿੰਦਾ ਤੂੰ ਨਹੀਂ ਦੇਖੇਂਗਾ ਫਿਰ ਮੈਂ ਦੇਖੂਗਾ ਉਹ ਬੰਦਾ ਕਹਿੰਦਾ ਹਾਂ ਮਤਲਬ ਮੇਰੇ ਕੰਨੀ ਐ ਕਰਕੇ ਕਿ ਤੂੰ ਨਹੀਂ ਮੈਂ ਹੀ ਦੇਖੂਗਾ ਫਿਰ ਤਾਂ ਮੰਮੀ ਥੋੜੇ ਗੁੱਸੇ ਵਾਲੇ ਸੀਗੇ ਮੰਮੀ ਨੇ ਫਿਰ ਵੀ ਕੁਝ ਨਹੀਂ ਕਿਹਾ ਕਿਉਂਕਿ ਪੈਸੇ ਦੇਣੇ ਸੀ ਆਪਾਂ ਤੇ ਡੈਡੀ ਉਹ ਦਿਨ ਨਾ ਥੋੜੇ ਜਿਹਾ ਰੋਏ ਮੰਮੀ ਅੱਗੇ ਤੇ ਛੋਟਾ ਬ੍ਰਦਰ ਬਾਰ ਸੀਗਾ ਵੱਡਾ ਧਿਆਨੀ ਤੇ ਮੈਂ ਅੰਦਰ ਸੀਗੀ ਕਿਉਂਕਿ ਗਲੀ ਚ ਨਹੀਂ ਜਾਂਦੀ ਸੀ ਮੈਂ ਤੇ ਮੰਮੀ ਡੈਡੀ ਬੈਠੇ ਮੰਮੀ ਕਹਿ ਰਹੀ ਤੂੰ ਰੋ ਨਾ ਤੇ ਪੈਸਾ ਦਾ ਹੱਲ ਹੋ ਜਾਊਗਾ ਕੋਈ ਨਾ ਕਰਦਾਂਗੇ ਆਪਾਂ ਤੇ ਨਾ ਪਾਪਾ ਦੇ ਉਹ ਗੱਲ ਲੱਗ ਰਹੀ ਸੀ ਉਹ ਬੰਦੇ ਦੀ ਕਿ ਵੀ ਮੇਰੀ ਕੁੜੀ ਬਾਰੇ ਐਂ ਕਹਿ ਕੇ ਗਿਆ ਇਹ ਤੇ ਡੈਡੀ ਨੇ ਆਪਦੇ ਫਰੈਂਡ ਦੇ ਘਰੇ ਜਾਣ ਲੱਗੇ ਤੇ ਮੰਮੀ ਨੂੰ ਪਤਾ ਸੀ ਬਈ ਇਹਦੇ ਦਿਲ ਚ ਕੁਝ ਹੈਗਾ ਦਿਮਾਗ ਚ ਕੁਝ ਚੱਲ ਰਿਹਾ ਤੇ ਮੰਮੀ ਕਹਿੰਦੇ ਨਹੀਂ ਕਿਤੇ ਨਹੀਂ ਜਾਣਾ ਡੈਡੀ ਕਹਿੰਦੇ ਨਹੀਂ ਮੈਂ ਤਾਂ ਜਾਊਂਗਾ ਤੇ ਉਹ ਜਿਹੜੇ ਮੇਰੇ ਡੈਡੀ ਦੇ ਫਰੈਂਡ ਦਾ ਘਰ ਸੀ ਉਹ ਖੇਤਾਂ 'ਚ ਸੀਗਾ ਮੰਮੀ ਨੇ ਮਨਾ ਕੀਤਾ ਨਹੀਂ ਜਾਣਾ ਫਿਰ ਡੈਡੀ ਕਹਿੰਦੇ ਕੋਈ ਨਾ ਤੂੰ ਛੋਟੇ ਮੁੰਡੇ ਨੂੰ ਨਾਲ ਭੇਜ ਦੇ ਤੇ ਮੰਮੀ ਕਹਿੰਦੀ ਚੱਲ ਫਿਰ ਠੀਕ ਆ ਤੇ ਉਹ ਛੋਟੇ ਨੂੰ ਨਾਲ ਭੇਜਦਾ ਨਾਲੇ ਮੰਮੀ ਨੇ ਇਹ ਕਿਹਾ ਬਈ ਧਿਆਨ ਰੱਖੀ ਤੇ ਉਹ ਹੁਣ ਸੀਗਾ ਜਵਾਕ 8 ਸਾਲ ਦਾ ਸੀ ਡੈਡੀ ਨੇ ਕਿਤੇ ਨਾਲ-ਨਾਲ ਤਾਂ ਉਹ ਰਿਹਾ ਤੇ ਜਦੋਂ ਡੈਡੀ ਉਹਨਾਂ ਦੇ ਘਰੋਂ ਵਾਪਸ ਆਉਣ ਲੱਗੇ ਨਾ ਤਾਂ ਵੀਰਾ ਵੀਰਾ ਨੂੰ ਰਸਤੇ 'ਚ ਆਏ ਖੇਤ 'ਚ ਆ ਕੇ ਆਇਆ ਕਿਹਾ ਕਹਿੰਦਾ ਪਾਣੀ ਲੈ ਕੇ ਮੇਰਾ ਮੂੰਹ ਸੁੱਕ ਗਿਆ ਤੇ ਉਹ ਪਾਣੀ ਲੈਣ ਚੱਲ ਗਿਆ ਉਹਨੇ ਕੱਲਾ ਤਾਂ ਨਹੀਂ ਛੱਡਿਆ ਡੇੜੇ ਨੂੰ ਪਰ ਪਾਣੀ ਲੈਣ ਤਾਂ ਜਾਣਾ ਸੀ ਉਹਨੇ ਤੇ ਐਨੇ ਚੀ ਡੈਡੀ ਨੇ ਦਵਾਈ ਖਾ ਲਈ ਖੇਚੀ ਤੇ ਜਦੋਂ ਆਇਆ ਉਹਨੇ ਉਹਨੂੰ ਡੈਡੀ ਡਿੱਗੇ ਮਿਲੇ ਤੇ ਉਹ ਵਾਪਿਸ ਭੱਜੀ ਕਿ ਉਹਨਾਂ ਦੇ ਘਰੇ ਗਿਆ ਕਿ ਆਂਟੀ ਮੇਰੇ ਡੈਡੀ ਉੱਥੇ ਡਿੱਗੇ ਬਈ ਪਤਾ ਨਹੀਂ ਕੀ ਹੋ ਗਿਆ ਫਿਰ ਉਹ ਡੈਡੀ ਨੂੰ ਆਟੋ 'ਚ ਪਾ ਕੇ ਆਪਣੀ ਹੀ ਆਟੋ 'ਚ ਪਾ ਕੇ ਸਾਨੂੰ ਫੋਨ ਕੀਤਾ ਉਹਨਾਂ ਨੇ ਇੱਕ ਫੋਨ ਸੀਗਾ ਘਰੇ ਮਤਲਬ ਗਵਾਂਢਿਆਂ 'ਤੇ ਫੋਨ ਕੀਤਾ ਤੇ ਉਹ ਸਾਨੂੰ ਦੱਸਿਆ ਉਹਨਾਂ ਨੇ ਕਿ ਵੀ ਆ ਕੁਝ ਹੋ ਗਿਆ ਮੰਮੀ ਪਹਿਲਾਂ ਹੀ ਡਰੀ ਹੋਈ ਸੀ ਫਿਰ ਮੰਮੀ ਨੇ ਕੀ ਕੀਤਾ ਮੰਮੀ ਭੱਜ ਕੇ ਗਏ ਨਾਲ ਦੀ ਨਾਲ ਮੈਂ ਭੱਜ ਗਈ ਅਸੀਂ ਦੂਜੀ ਗਲੀ ਚੋਂ ਨਿਕਲ ਕੇ ਔਟੋ 'ਚ ਬਹਿ ਕੇ ਹਸਪੀਟਲ ਚੱਲ ਗਏ ਤੇ ਹਸਪੀਟਲ ਜਾਣ ਤੋਂ ਬਾਅਦ ਵੀ ਮਤਲਬ ਪੈਸੇ ਨਹੀਂ ਸੀ ਸਾਡੇ ਕੋਲੇ ਕਿ ਬਈ ਐਂਬੂਲੈਂਸ ਵਾਲੇ ਨੂੰ ਦੇ ਦਈਏ ਉਹ ਕਹਿ ਰਹੇ ਹਸਪੀਟਾਲੇ ਵੀ ਪੈਸੇ ਜਮ੍ਹਾਂ ਕਰਾਓ ਕਿੰਨੇ ਪੈਸੇ ਕਹਿੰਦੇ ਸੀ 150 ਰੁਪਏ 150 ਰੁਪਏ ਜਮ੍ਹਾਂ ਕਰਾਓ ਹਾਂਜੀ ਉਹ ਫਿਰ 150 ਰੁਪਏ ਵੀ ਨਹੀਂ ਸੀਗਾ ਤੁਹਾਡੇ ਕੋਲ ਨਹੀਂ ਸੀਗੇ ਤੇ ਉਹਨਾਂ ਨੇ ਕਿਹਾ ਬਈ ਕਿਉਂਕਿ ਕਿਸ਼ਤੀ ਜਾ ਚੁੱਕੀ ਸੀ ਉਸ ਦਿਨ 150 ਤੋਂ ਬਾਅਦ ਸਾਡੇ ਕੋਲ ਕੁਝ ਨਹੀਂ ਬਚਦਾ ਸੀ ਉਹ 150 ਰੁਪਏ ਬਹੁਤ ਮੁਸ਼ਕਿਲ ਨਾਲ ਇਕੱਠੇ ਹੁੰਦੇ ਸੀ ਤੇ ਮੰਮੀ ਨੇ ਮਨਾ ਕਰਤਾ ਬਈ ਇਹ ਗੱਲਨ ਥੋੜੇ ਦਿਨ ਪਹਿਲਾਂ ਵੀ ਘਰੇ ਚੱਲ ਰਹੀ ਸੀ ਮੇਰੇ ਹੂੰ ਤੇ ਮੰਮੀ ਨੇ ਮਨਾ ਕੀਤਾ ਤੇ ਉਹ ਆਂਟੀ ਨੇ ਰਿਕੁਐਸਟ ਕੀਤੀ ਕਿ ਬਈ ਅਸੀਂ ਦੇ ਦਾਂਗੇ ਅਸੀਂ ਲੈ ਕੇ ਨਹੀਂ ਆਏ ਪੈਸੇ ਤੁਸੀਂ ਪਰ ਮੁੰਡੇ ਨੂੰ ਬਚਾ ਲਓ ਉਹ ਕਹਿੰਦੇ ਬਈ ਅਸੀਂ ਨਹੀਂ ਬਚਾ ਸਕਦੇ ਅਸੀਂ ਐਂਬੂਲੈਂਸ ਵਾਲੇ ਨੂੰ ਕਹਿ ਦਿੰਨੇ ਆ ਤੁਹਾਨੂੰ ਉੱਥੇ ਰੋਤਕ ਛੱਡ ਦੂ ਮਤਲਬ ਮੈਂ ਸੋਨੀਪੱਤੋ ਆ ਕਿ ਰੋਤਕ ਰੈਫਰ ਕਰਤਾ ਉਹਨਾਂ ਨੇ ਭੇਜਤਾ ਉਦੋਂ ਮੰਮੀ ਵੀ ਬਹੁਤ ਬਿਮਾਰ ਸੀ ਮਤਲਬ ਹਿੰਮਤ ਹੀ ਨਹੀਂ ਸੀ ਮੰਮੀ ਚ ਜਾਣਾ ਤਾਂ ਡੈਡੀ ਨੇ ਸੀਗਾ ਲੇਕਿਨ ਕਹਿੰਦੇ ਆਏ ਸੀ ਬਈ ਇਹਦੀ ਮੰਮੀ ਬਚਣੀ ਨਹੀਂ ਕਿਉਂਕਿ ਮੰਮੀ ਅੰਨੀ ਬਿਮਾਰ ਸੀਗੇ ਤੇ ਉਸ ਤੋਂ ਬਾਅਦ ਜਦੋਂ ਉੱਥੇ ਚੱਲ ਗਏ ਨਾ ਮੰਮੀ ਨੂੰ ਐ ਪਤਾ ਵੀ ਜਿਉਂਦੇ ਆ ਕਿ ਮਰ ਗਏ ਕੁਝ ਵੀ ਨਹੀਂ ਪਤਾ ਸੀ ਕਿਉਂਕਿ ਮੰਮੀ ਚਾਹ ਪੀ ਜਾਣ ਨਹੀਂ ਸੀ ਤੇ ਕੋਈ ਨੇੜੇ ਤੇੜੇ ਵਾਲਾ ਹੈ ਹੀ ਨਹੀਂ ਸੀ ਕੋਈ ਰਿਸ਼ਤੇਦਾਰ ਹੀ ਨਹੀਂ ਪਹੁੰਚਿਆ ਹੀ ਨਹੀਂ ਸੀ ਨਾਲੇ ਪਤਾ ਸਾਰਿਆਂ ਨੂੰ ਕਿ ਬਈ ਆਹ ਕੁਝ ਹੋ ਗਿਆ ਫਿਰ ਵੀ ਨਹੀਂ ਪਹੁੰਚੇ ਸੀ ਤੇ ਬਸ ਫਿਰ ਤਾਂ ਪਤਾ ਹੀ ਲੱਗਿਆ ਵੀ ਹੋ ਗਿਆ ਸਾਰਾ ਕੁਝ ਨਾਲੇ ਫੇਰ ਉਹ ਬੰਦਾ ਆਇਆ ਕਹਿੰਦਾ ਵੀ ਮੇਰੇ ਨਾਲ ਸਮਝੋਤਾ ਕਰ ਲਓ ਜਿਹੜੇ ਬੰਦੇ ਨੇ ਗੱਲ ਕਹੀ ਸੀ ਹਾਂਜੀ ਕਹਿੰਦਾ 2 ਲੱਖ 2.5 ਲੱਖ ਮੈਂ ਦੇ ਦੇਣਾ ਪਰ ਫਿਰ ਵੀ ਮੇਰੇ ਮੰਮੀ ਨੇ ਉਹਦਾ ਐ ਕਿਹਾ ਕਿ ਵੀ ਉਹ ਕੋਈ ਕੁੱਤਾ ਬਿਲ ਨਹੀਂ ਸੀ ਕਿ ਵੀ ਅਸੀਂ ਬੇਚ ਦਈਏ ਸਮਝੋਤਾ ਘੜੀ ਚੀਜ਼ ਦਾ ਪੈਸਾ ਨਾ ਕਿ ਮੈਂ ਤੁਹਾਨੂੰ ਪੈਸੇ ਦੇ ਦਿੰਨਾ ਤੁਸੀਂ ਆਗ੍ਰੀਪੋਰਟ ਵਗੈਰਾ ਵਾਪਸ ਲੈ ਲਓ ਫਿਰ ਵੀ ਉਹ ਕੇਸ ਦਾ ਕੁਝ ਨਹੀਂ ਬਣਿਆ ਕਿਉਂ ਗਰੀਬ ਸੀਗੇ ਐ ਰੁੱਲ ਗਿਆ ਸਾਰਾ ਕੁਝ ਤੁਹਾਨੂੰ ਲੱਗਦੀ ਹੈ ਵੀ ਜਿਸ ਤਰੀਕੇ ਨਾਲ ਇਹ ਤੁਹਾਡੇ ਨਾਲ ਹੋਈ ਰੋਜ਼ਮਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਬੜੇ ਲੋਕਾਂ ਨਾਲ ਹੁੰਦੀ ਹੈ ਬਹੁਤ ਬਈ ਜਿਹੜੇ ਸਿਰਫ ਵਿਚਾਰੇ ਗਰੀਬੀ ਪੱਖੋਂ ਮਾਰੇ ਜਾਂਦੇ ਨੇ ਬਿਲਕੁਲ ਬਈ ਬਹੁਤ ਬੰਦਿਆਂ ਨਾਲ ਹੁੰਦੀ ਹੈ ਕਿਉਂਕਿ ਕਹਿੰਨਾ ਜਿਹਦੇ ਸਿਰਫ ਵਿਆਜ ਵਾਲਾ ਪੈਸਾ ਹੋਵੇ ਨਾ ਉਹ ਬੰਦਾ ਕਦੇ ਉੱਤੇ ਨਹੀਂ ਜਾ ਹੀ ਨਹੀਂ ਸਕਦਾ ਹਾਂ ਕਦੇ ਵੀ ਨਹੀਂ ਜਾ ਸਕਦਾ ਮੇਰੇ ਨਾਲ ਤਾਂ ਇੰਨੀਆਂ ਬਣੀਆਂ ਨੇ ਨਾ ਕਿ ਮਤਲਬ ਮੈਂ ਆਹੀ ਸੋਚਦੀ ਆ ਕਿ ਬਈ ਕਿਸੇ ਦੇ ਸਿਰ ਤੇ ਬਸ ਕਰਜ਼ਾ ਨਾ ਹੋਵੇ ਸਾਨੂੰ ਕਾਲਸ ਆ ਜਾਂਦੀਆਂ ਬਈ ਸਾਨੂੰ ਕਹਿੰਦੇ ਆ ਵੀ 10000 ਦੇ ਦੋ ਵਿਆਜ ਲੈ ਲਿਓ ਹੂੰ ਅਸੀਂ ਉਹਨਾਂ ਨੂੰ ਕੀ ਕਹਨੇ ਆ ਵੀ ਜੇ 10000 ਹੋਵੇ ਤਾਂ ਅਸੀਂ ਕਿਉਂ ਨਾ ਚੰਗਾ ਹੀ ਲੈ ਲੈ ਵਿਆਜ ਦੇ ਕੇ ਤੁਸੀਂ ਕਿੱਥੇ ਜਾਓਗੇ ਕਿਹੜੇ ਕਰਮਾਂ ਦਾ ਅਸੀਂ ਫਲ ਭਰਾਂ ਕਿਉਂਕਿ ਅਸੀਂ ਦਿੱਤੇ ਹੋਇਆ ਵਿਆਜ ਇਹ ਬਈ ਕਹਿੰਦੇ ਨਾ ਵੀ ਵਿਆਜ ਵਾਲਾ ਪੈਸਾ ਕਰੇ ਤਾਂ ਕਦੇ ਨਿਕਲਦਾ ਗਰੀਬੀ ਵੀਰੇ ਬਹੁਤ ਮਾੜੀ ਆ ਬਸ ਗਰੀਬੀ ਨਾ ਆਵੇ ਬੰਦੇ ਤੇ ਭਾਵੇਂ ਰੋਟੀ ਘੱਟ ਖਾ ਲੇ ਬੰਦਾ ਇੱਕ ਹਸਪਤਾਲ ਇੱਕ ਕਚੈਰੀ ਇਹ ਅਮੀਰ ਨੂੰ ਤਾਂ ਬਾਦਸ਼ਾਹ ਬਣਾ ਦਿੰਦੇ ਨੇ ਗਰੀਬ ਨੂੰ ਮਾਰ ਦਿੰਦੇ ਗਰੀਬ ਨੂੰ ਮਾਰ ਦਿੰਦੇ ਅੱਛਾ ਤੁਸੀਂ ਫਿਰ ਪੜਨੇ ਇਸ ਖੇਤਰਵਾਰ ਕਿਵੇਂ ਆਉਂਦੇ ਹੋ ਉਸ ਤੋਂ ਬਾਅਦ ਹੀ ਹੁੰਦੀ ਆ ساری ਚੀਜ਼ਾਂ ਇਹ ਹਾਂਜੀ ਵੀਰੇ ਉਸ ਤੋਂ ਪਹਿਲਾਂ ਨਹੀਂ ਮੈਂ ਕਦੇ ਨਾ ਤਾਂ ਬਾਹਰ ਦੀ ਦੁਨੀਆ ਦੇਖੀ ਸੀ ਨਾ ਕਿਸੇ ਚੀਜ਼ ਦਾ ਮਤਲਬ ਪਤਾ ਹਮ ਬਸ ਇੱਕ ਉਦੋਂ ਮੈਂ 7th ਕਲਾਸ 'ਚ ਸੀਗੀ ਹਮ ਮਤਲਬ ਕਿ 8th ਮੈਂ ਡ੍ਰੋਪ ਕਰਤੀ ਸੀ ਠੀਕ ਹੈ ਕਿਉਂਕਿ ਸਟੱਡੀ 'ਚ ਵਧੀਆ ਸੀਗੀ ਤੇ ਨਾਈਟ ਚ ਹੋ ਗਈ ਮੈਂ ਨਾਲ ਦੀ ਨਾਲ ਤੇ ਉਹਦੋਂ ਨਾ ਮਤਲਬ ਕਿ ਐਗਜ਼ਾਮ ਹੀ ਦੇ ਰਹੀ ਸੀ ਮੈਂ ਤੇ ਮੰਮਾ ਨਾ ਕਿਸੇ ਦੇ ਘਰੇ ਕੰਮ ਲੱਗ ਗਏ ਮਤਲਬ ਕਿ ਥੋੜਾ ਜਿਹਾ ਟਾਈਮ ਹੋਇਆ ਸੀ ਡੈਡੀ ਨੂੰ ਬਟ ਖਾਣ ਪੀਣ ਨੂੰ ਕੁਛ ਹੈ ਨਹੀਂ ਸੀ ਬਈ ਕੰਮ ਤਾਂ ਕਰਨਾ ਹੀ ਸੀ ਫਿਰ ਕਿਸੇ ਦੇ ਘਰੇ ਕੰਮ ਲੱਗ ਗਏ ਮੰਮੀ ਕਰਨ ਮੈਂ ਸਕੂਲ ਜਾਂਦੀ ਹੁੰਦੀ ਮੇਰੀ ਬੱਸ ਲੱਗੀ ਹੋਈ ਸੀ ਮਤਲਬ ਕੁੜੀਆਂ ਦੀ ਫ੍ਰੀ ਬੱਸ ਸੀਗੀ ਮੈਂ ਬੱਸ 'ਚ ਜਾਂਦੀ ਤੇ ਮੇਰਾ ਛੋਟਾ ਬ੍ਰਦਰ ਵੀ ਜਾਂਦਾ ਤੇ ਆਉਣ ਲੱਗੇ ਨਾ ਜਿੱਥੇ ਮਤਲਬ ਮੰਮੀ ਕੰਮ ਕਰਦੇ ਸੀ ਮੈਂ ਉਹਨਾਂ ਦੇ ਘਰੇ ਉਤਰ ਜਾਂਦੀ ਸੀ ਕਿ ਮੰਮੀ ਨਾ ਸਵੇਰੇ 6 ਵਜੇ ਜਾਂਦੇ ਸੀਗੇ ਕੰਮ ਕਰਨ ਤੇ ਸ਼ਾਮ ਨੂੰ 5 ਵਜੇ ਆਉਂਦੇ ਸੀਗੇ ਤੇ 2:30 ਵਜੇ ਜਦੋਂ ਮੈਂ ਵਾਪਸ ਆਉਂਦੀ ਸੀ ਨਾ ਤੇ ਮੰਮੀ ਘਰੇ ਚੱਲ ਜਾਂਦੇ ਸੀ ਕਿ ਬਈ ਧਿਆਨ ਰੱਖ ਲੂੰਗੀ ਘਰ ਦਾ ਥੋੜਾ ਤੇ ਮੈਂ ਘਰੇ ਉਹਨਾਂ ਦੇ ਕੰਮ ਕਰਨ ਲੱਗ ਜਾਂਦੀ ਸੀ ਕਿ ਬਈ ਜਿਹੜਾ ਕੰਮ ਰਹਿਣਾ ਹੁੰਦਾ ਸੀ ਉਹ ਤੁਸੀਂ ਕਰਦੇ ਹੁੰਦੇ ਸੀ ਹਾਂ ਉਹਨਾਂ ਦੇ ਜਵਾਗ-ਜੂਗ ਜਿੱਦਾਂ ਸਾਹਮਣੇ ਹੁੰਦੇ ਸੀ ਕਿਉਂਕਿ ਮੰਮੀ ਦੀ ਨਿਤ ਤबीयत ਖਰਾਬ ਹੁੰਦੀ ਸੀ ਨਾ ਕਿਤੇ ਮੈਨੂੰ ਡਿੱਗੇ ਮਿਲਦੇ ਸੀ ਕਿਤੇ ਕੁਛ ਕਿਤੇ ਕੁਛ ਬਸ ਉਹੀ ਸੀ ਕਿ ਬਸ ਇੱਕ ਮਜਬੂਰੀ ਦੇ ਵਿੱਚ ਕੰਮ ਕਰਨਾ ਪਿਆ ਰਿਹਾ ਸੀ ਤੇ ਮੰਮੀ ਨੂੰ ਐਦਾਂ ਮੈਂ ਦੇਖ ਨਹੀਂ ਸਕਦੀ ਸੀ ਕਿਉਂਕਿ ਮਤਲਬ ਇੰਨਾ ਹੋ ਗਿਆ ਨਾ ਕੁਛ ਐ ਪਤਾ ਸੀ ਕੀ ਕੰਮ ਕਰਾਂ ਕਿਉਂਕਿ ਛੋਟੀ ਸੀ ਕਿਸੇ ਨੇ ਜੋਬ ਦੇਣੀ ਨਹੀਂ ਸੀ ਤੇ ਕਿਸੇ ਦੇ ਘਰੇ ਕੰਮ ਕਰਕੇ ਵੀ ਕਿੰਨਾ ਕਮਾ ਲੈਂਦੀ ਉਹੀ 2-4000 ਰੁਪਏ ਮੰਮੀ ਨੂੰ 5000 ਰੁਪਏ ਮਿਲਦੇ ਸੀ ਸਾਰਾ ਦਿਨ ਦੇ ਸਾਰਾ ਕੰਮ ਕਰਨ ਨਾਲੇ ਆਪਦਾ ਘਰ ਛੱਡਣਾ ਸਾਰਾ ਕੁਝ ਤੇ ਮੈਂ ਨਾ ਮਤਲਬ ਕਿ ਕੋਈ ਗਲੀ 'ਚ ਜਾਗਣ ਹੋ ਰਿਹਾ ਸੀ ਮੈਂ ਮੰਮੀ ਨੂੰ ਕਹਿ ਕੇ ਮੈਂ ਕਿ ਮੰਮੀ ਮੈਂ ਜਾਗਣ 'ਚ ਜਾਵਾਂ ਤੇ ਮੰਮੀ ਕਹਿੰਦੀ ਪੁੱਤ ਨਾ ਜਾ ਤੇ ਮੈਂ ਮ ਕਾ ਛੋਟੇ ਨੂੰ ਲੈ ਕੇ ਜਾਣੀ ਮੈਂ ਤਾਂ ਅਸੀਂ ਜਾਣੇ ਆ ਅਸੀਂ ਚੱਲ ਗਏ ਉੱਥੇ ਮੈਂ ਕਿਸੇ ਨਾਲ ਜਾ ਕਰਨ ਦੀ ਗੱਲ ਕੀਤੀ ਮੈਂ ਕਿਹਾ ਮੈਨੂੰ ਕੰਮ ਤੇ ਰੱਖ ਲਓ ਤੇ ਉਹ ਕਹਿੰਦੇ ਵੀ ਅਸੀਂ ਕੀ ਕੰਮ ਕਰਾਵਾਂਗੇ ਤੇਰੇ ਤੋਂ ਤੇ ਉਹ ਜਿਹੜੇ ਫਿਰ ਨੱਚ ਰਹੀ ਸੀ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਈਆ ਮuje ਨਾ ਕੰਮ ਤੇ ਰੱਖ ਲਓ ਔਰ ਆਪ ਜੋ ਪੈਸੇ ਦੋਗੇ ਨਾ ਮੈਂ ਰੱਖ ਲੂੰਗੀ ਤੇ ਉਹ ਕਹਿੰਦੇ ਕਿ ਤੂੰ ਇਨੀ ਛੋਟੀ ਜੀ ਤੂੰ ਕੀ ਕਰੇਂਗੀ ਮੈਂ ਕਿਹਾ ਨਹੀਂ ਮੈਂ ਕੰਮ ਕਰ ਲੂੰਗੀ ਤੇ ਉਹ ਕਹਿੰਦੇ ਪੁੱਤ ਤੂੰ ਬਹੁਤ ਛੋਟੀ ਐ ਨਾਲੇ ਆ ਲਾਈਨ ਚ ਨਾ ਆ ਤੂੰ ਕੀ ਕਰੇਂਗੀ ਤੂੰ ਤੈਨਾਂ ਹਜੇ ਕੁਝ ਪਤਾ ਨਹੀਂ ਮੈਂ ਕਿਹਾ ਨਾ ਵੀਰੇ ਮੈਂ ਤਾਂ ਕਰੂੰਗੀ ਤੇ ਮੈਂ ਉਹਨਾਂ ਦੇ ਨਾ ਡਾਂਸ ਸਿੱਖਣ ਜਾਣ ਲੱਗ ਗਈ ਤੇ ਡਾਂਸ ਮੈਨੂੰ ਜਮਾ ਹੀ ਨਹੀਂ ਆਉਂਦਾ ਸੀ ਨਾ ਮੈਨੂੰ ਸ਼ੌਂਕ ਸੀਗਾ ਅੱਛਾ ਤੇ ਸਿੱਖਦੀ ਵੀ ਹੁੰਦੀ ਸੀ ਆਉਂਦਾ ਹੀ ਨਹੀਂ ਹੁੰਦਾ ਸੀ ਕੁਝ ਤੇ ਇੱਕ ਵਾਰੀ ਤਾਂ ਬਸ ਐ ਹੋ ਗਿਆ ਕਿ ਬਈ ਕੁਝ ਹੈ ਹੀ ਨਹੀਂ ਫਿਰ ਮੈਂ ਉਹਨੂੰ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਕੰਮ ਉੱਤੇ ਲੈ ਜਾ ਮੈਂ ਕਿਹਾ ਮੈਨੂੰ ਬਸ ਤਿਆਰ ਤਿਆਰ ਕਰ ਦੇ ਮੈਂ ਆਪੇ ਨੱਚ ਲੂੰਗੀ ਕਹਿੰਦਾ ਪੱਕਾ ਨੱਚ ਲਾਂਗੀ ਮੈਂ ਕਹਾਂ ਨੱਚ ਲੂੰਗੀ ਤੇ ਉਹ ਟਾਈਮ ਨੇ ਮੈਨੂੰ ਨੱਚਣਾ ਸਿਖਾਤਾ ਤੇ ਉੱਥੇ ਮੈਨੂੰ ਮਤਲਬ ਕਿ 50 ਰੁਪਏ ਮਿਲੇ ਸੀ ਪਹਿਲੀ ਵਾਰੀ ਕੰਮ ਦੇ ਹਾਂ ਇੰਨੇ ਮਤਲਬ ਕਿ ਬਸ ਐ ਹੋ ਗਿਆ ਸੀ ਕਿ ਜੰਨਤ ਹੀ ਮਿਲ ਗਈ 5000 ਰੁਪਏ 50 ਲੱਖ ਵਰਗੇ ਹੋਣਗੇ ਹਾਂਜੀ ਤੇ ਉਹ ਵੀ ਗੱਲੀ ਵਾਲਾ ਚ ਉਹਲਾ ਮਤਲਬ ਜਿਹੜੇ ਪਿੰਡ ਵਾਲੇ ਸੀਗੇ ਉਹਨਾਂ ਤੋਂ ਲੁਕ ਲੁਕੇ ਜਾਣਾ ਅੱਛਾ ਕਿਸੇ ਨੂੰ ਨਹੀਂ ਸੀ ਪਤਾ ਨਹੀਂ 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 ਤੁਹਾਡੇ ਘਰੇ ਵੀ ਨਹੀਂ ਮੰਮੀ ਨੂੰ ਪਤਾ ਸੀ ਕੱਲੀ ਮੰਮੀ ਸੀ ਮੇਰੇ ਘਰੇ ਠੀਕ ਹੈ ਹੋਰ ਤਾਂ ਕੋਈ ਹੈ ਹੀ ਨਹੀਂ ਸੀ ਹਾਂ ਬ੍ਰਦਰ ਭਰਾਵਾਂ ਨੂੰ ਬ੍ਰਦਰ ਵੱਡਾ ਸੀ ਔਰ ਜਿੱਦਾਂ ਰੇੜੀ ਰੂੜੀ ਤੇ ਲੱਗੇ ਸੀਗੇ ਕਿ ਰੇੜੀ ਤੇ ਜਾਂਦੇ ਹੁੰਦੇ ਸੀ ਛੋਟਾ ਜਿਹਾ ਉਹ ਅਖਬਾਰ ਵਗੈਰਾ ਬੰਡਲ ਲੱਗੇ ਸੀ ਅੱਛਾ ਛੋਟਾ ਭਰਾ ਮੇਰਾ 8 ਸਾਲ ਦਾ ਸੀ ਉਦੋਂ ਤੁਸੀਂ ਕੰਮ ਕਰਨ ਲੱਗਿਆ ਸੀ ਉਹ ਵੱਡਾ ਸੀ ਉਹ ਬਚਪਨ ਤੋਂ ਹੀ ਬਿਮਾਰ ਸੀ ਅੱਜ ਵੀ ਬਿਮਾਰ ਆ ਉਹ ਫੇਰ ਵੀ ਮਤਲਬ ਕੰਮ ਮੇਰੇ ਘਰੇ ਸਾਰਾ ਕਰਦੇ ਆ ਮਤਲਬ ਕਿ ਕਿਸੇ ਵੀ ਕੰਮ ਨੂੰ ਆਏ ਨਹੀਂ ਹੈਗਾ ਵੀ ਮੇਰੇ ਬ੍ਰਦਰ ਨਹੀਂ ਕਰਦੇ ਮੈਨੂੰ ਫੈਮਲੀ ਇੰਨੀ ਵਧੀਆ ਮਿਲੀ ਹੈ ਨਾ ਬਈ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਐਹੋ ਜਿਹੀ ਫੈਮਲੀ ਜ਼ਰੂਰ ਮਿਲੇ ਜੋ ਕੁੜੀ ਨੂੰ ਇਹਨਾਂ ਸਪੋਰਟ ਕਰਦੀ ਹਰ ਰਾਤ ਤੇ ਦਿਖਾਉਂਦੇ ਕਿ ਹਾਂ ਬਈ ਸਹੀ ਆ ਹਨਾ ਤੇ ਉਹ ਪੈਸੇ ਲੈ ਕੇ ਜਦੋਂ ਮੈਂ ਘਰੇ ਆਈ ਨਾ ਤੇ ਉਹ ਮੈਨੂੰ ਫੇਰ ਬੁਲਾਉਣ ਲੱਗ ਗਏ ਕੰਮ ਤੇ ਤੇ ਮੈਂ ਜਾਣ ਲੱਗ ਗਈ ਉਹਨਾਂ ਨਾਲ ਜਾਗਰਨ ਫੇਰ ਕੰਟੀਨਿਊ ਹੋ ਗਿਆ ਉੱਥੇ ਹਾਂਜੀ ਉੱਥੇ ਬਸ ਕੰਟੀਨਿਊ ਹੋ ਗਿਆ ਫੇਰ ਉੱਥੋਂ ਕਰਦੇ ਕਰਦੇ ਕੰਮ ਸੋ ਮਿਲ ਗਏ 200 ਮਿਲ ਗਏ 150 ਮਿਲ ਗਏ ਕੋਈ ਕਿਤੇ ਕੁੜੀ ਸਮਝ ਕੇ ਵੈਸੇ ਦੇ ਜਾਂਦਾ ਸੀ ਹਾਂ ਮੈਨੂੰ ਆਏ ਹੋ ਗਿਆ ਚਲ ਰੋਟੀ ਆਉਂਦੀ ਆ ਕਰੇ ਤੇ ਮੰਮੀ ਨੇ ਕਾ ਮੈਂ ਕਾ ਮੰਮੀ ਤੁਸੀਂ ਛੱਡ ਦੋ ਕਹਿੰਦੀ ਐਨੇ ਇੱਕ ਪੈਸੇ ਨਾਲ ਕੀ ਸਰੂਗਾ ਆਪਣਾ ਤੇ ਮੰਮੀ ਵੀ ਕਰਦੇ ਸੀ ਮੈਂ ਵੀ ਕਰਦੀ ਸੀ ਬ੍ਰਦਰ ਹੋਰੇ ਵੀ ਜਾਂਦੇ ਸੀ ਬ੍ਰਦਰ ਹੋਰਾਂ ਨੂੰ ਮਿਲ ਜਾਂਦੇ ਸੀ 20 ਰੁਪਏ ਦਿੰਦੇ 30 ਰੁਪਏ ਦਿੰਦੇ 50 ਰੁਪਏ ਦਿੰਦੇ ਬੱਸ ਐਦਾਂ ਤੇ ਮੰਮਾ ਨੇ ਸਾਰੀ ਸਾਰੀ ਜਿੱਦਾਂ ਸਵੇਰੇ 3 ਵਜੇ ਅਖਬਾਰ ਵੰਡਣ ਜਾਂਦੇ ਸੀ ਮੰਮੀ ਨੇ ਐ ਬੈਠੇ ਰਹਿੰਦੇ ਸੀ ਕਿ ਵੀ ਮੇਰਾ ਛੋਟਾ ਜਿਹਾ ਮੁੰਡਾ ਬਈ ਸਟੇਸ਼ਨ ਤੋਂ ਰਾਹ ਜਾਂਦਾ ਸੀ ਉਹਦਾ ਉਹ ਸਾਈਕਲ ਤੇ ਬੈਠਾ ਬੈਠਾ ਸੋ ਜਾਂਦਾ ਸੀ अच्छा हां क्योंकि छोटा सी भाई ਚਲਾਉਂਦੇ ਚਲਾਉਂਦੇ ਨੂੰ ਨੀਂਦ ਆਏ ਹੁੰਦੀ ਸੀ ਬਦਲ ਲੱਗਦਾ ਹਾਂ ਤੇ ਮੰਮੀ ਨੂੰ ਐ ਟੈਨਸ਼ਨ ਰਹਿੰਦੀ ਮੇਰਾ ਪੁੱਤ ਗਿਆ ਹੋਇਆ ਕਿ ਵੀ ਪਤਾ ਨਹੀਂ ਮੁੜੂਗਾ ਕਿ ਨਹੀਂ ਮੁੜੂਗਾ ਬਸ ਐਨੀ ਟੈਨਸ਼ਨ ਹੁੰਦੀ ਸੀ ਤੇ ਬਸ ਫਿਰ ਮਤਲਬ ਕਿ ਜਦੋਂ ਮੈਂ ਕੰਮ ਕਰਨ ਲੱਗ ਗਈ ਤੇ ਪਿੰਡ ਵਾਲਾ ਥੋੜਾ ਗਲੀ ਆਣ ਨੂੰ ਪਤਾ ਲੱਗ ਗਿਆ ਕਿ ਵੀ ਸ਼ਾਮ ਨੂੰ ਜਾਂਦੀ ਆ ਨਾਲੇ ਮੰਮੀ ਛੱਡ ਕੇ ਆਉਂਦੀ ਸੀ ਬਹੁਤ ਦੂਰ ਛੱਡ ਕੇ ਆਉਂਦੀ ਸੀ ਕਿ ਵੀ ਕਿਸੇ ਦੇ ਅੱਗੇ ਐ ਨਾ ਹੋਵੇ ਕਿ ਵੀ ਕੁੜੀ ਕਿਸੇ ਨਾਲ ਬਹਿ ਕੇ ਗਈ ਆ ਕਿਉਂਕਿ ਉੱਥੇ ਤਾਂ ਵੀ ਮੁੰਡੇ ਵੀ ਸੀ ਕੁੜੀਆਂ ਵੀ ਹੁੰਦੀਆਂ ਸੀ ਹੂੰ ਤੇ ਫਿਰ ਵੀ ਪਤਾ ਲੱਗ ਗਿਆ ਗਲੀ ਵਾਲੇ ਤਾਂ ਕੁਝ ਨਹੀਂ ਬੋਲੇ ਲੇਕਿਨ ਰਿਸ਼ਤੇਦਾਰੀ ਚ ਫਿਰ ਪਤਾ ਲੱਗ ਗਿਆ ਕਿ ਵੀ ਇਹ ਜਾਗਨ ਕਰਦੀ ਆ ਉਹ ਕਿਵੇਂ ਪਤਾ ਲੱਗਿਆ ਉਹ ਪਤਾ ਲੱਗਿਆ ਇਦਾਂ ਕਿ ਇੱਕ ਦਿਨ ਹੈ ਨਾ ਮੇਰੀ ਮਾਸੀ ਦਾ ਪਿੰਡ ਆ ਉਹ ਪਿੰਡ ਚ ਜਿੱਦਾ ਸ਼ੋਭਾ ਯਾਤਰਾ ਹੁੰਦੀ ਹੈ ਨਾ ਹਾਂਜੀ ਹਾਂਜੀ ਗਣੇਸ਼ ਜੀ ਦੀ ਹੁੰਦੀ ਆ ਉਹ ਟਰਾਲੀ ਚ ਡਾਂਸ ਹੁੰਦਾ ਰਾਧਾ ਕਿਸ਼ਨ ਦਾ ਆ ਸ਼ੰਕਰ ਪਾਰਵਤੀ ਦਾ ਅੱਛਾ ਤੇ ਮੈਂ ਜਾ ਰਹੀ ਸੀ ਮੈਨੂੰ ਪਤਾ ਨਹੀਂ ਸੀ ਵੀ ਇਹ ਮੇਰੀ ਮਾਸੀ ਦਾ ਪਿੰਡ ਆ ਕਿਉਂਕਿ ਰਿਸ਼ਤੇਦਾਰੀ ਨਾਲ ਕਦੇ ਇੰਨਾ ਵਰਤੇ ਨਹੀਂ ਸੀ ਅੱਛਾ ਨਾ ਕਿਸੇ ਨੇ ਸਹਾਰਾ ਦਿੱਤਾ ਸੀ ਬਈ ਕਿਉਂਕਿ ਮੇਰੇ ਸਕੂਲ ਦੇ ਐਗਜ਼ਾਮ ਸੀਗੇ 9th ਕਲਾਸ 'ਚ ਤੇ 9th ਕਲਾਸ 'ਚ ਸਾਡੀ 4500 ਫੀਸ ਹੋ ਰੱਖੀ ਸੀ ਤਿੰਨ ਚਾਰ ਸਾਲਾਂ ਦੀ ਤੇ ਪ੍ਰਿੰਸੀਪਲ ਕਹਿੰਦੇ ਕਿ ਬਈ ਫੀਸ ਭਰ ਦੋ ਫਿਰ ਪੇਪਰ 'ਚ ਬਿਠਾਵਾਂਗੇ ਨਹੀਂ ਤਾਂ ਬਈ ਅਸੀਂ ਪੇਪਰ ਨਹੀਂ ਦਿਵਾ ਸਕਦੇ ਕਿਉਂਕਿ ਕਈ ਸਾਲਾਂ ਦੀ ਫੀਸ ਆ ਤੇ ਮੰਮੀ ਨੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਬਈ 4500 ਰੁਪਏ ਦੇ ਦੋ ਮੈਨੂੰ ਤੇ ਮੈਂ ਆਪਣੇ ਜਵਾਕਾ ਦੇ ਪੇਪਰ ਦਿਵਾ ਦੂੰਗੀ ਇਹਨਾਂ ਦੀ ਪੜ੍ਹਾਈ ਖਰਾਬ ਨਹੀਂ ਹੋਊਗੀ ਕਿਸੇ ਨੇ ਬਈ 4500 ਰੁਪਏ ਨਹੀਂ ਦਿੱਤੇ ਸੀ ਮੇਰੀ ਮੰਮੀ ਨੂੰ ਕਹਿੰਦੇ ਕੀ ਕਰੂਗੀ ਕੁੜੀ ਪੜ੍ਹਾਈ ਕਰਕੇ ਵਿਆਹ ਦੇ ਵਿਆ ਕਰਦੇ ਫਿਰ ਸੇ ਵੀ ਆਪ ਬੱਝੂਗੀ ਫਲਾਣਾ ਟਿਮ ਖੜਾ ਪਿਓ ਤਾਂ ਹੈ ਨਹੀਂ ਸਿਰ ਤੇ ਹੁਣ ਕੀ ਕਰੂਗੀ ਇਹ ਤੇ ਬਸ ਉਹ ਹੀ ਗੱਲਾਂ ਪਰ ਮੈਂ ਉਥੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੇ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਨੇ ਸਾਨੂੰ ਪੇਪਰ 'ਚ ਬੈਠਣ ਦਿੱਤਾ ਤੇ ਸਾਡੀ ਫੀਸ ਵੀ ਮਾਫ ਕੀਤੀ ਕਿ ਰਿਸ਼ਤੇਦਾਰਾ ਤਾਂ ਚੰਗੇ ਤਾਂ ਉਹੀ ਸੀ ਕਿ ਭਾਈ ਜਿਨੇ ਮੇਰੇ ਪੇਪਰ ਦਵਾਤੇ ਮੇਰੇ ਭਰਾਵਾਂ ਨੂੰ ਸਟੱਡੀ ਕਰਾਈ ਮੈਨੂੰ ਸਟੱਡੀ ਕਰਾਇਆ ਘਟੋ ਘਟ ਮੇਰੇ ਭੂਇਖ ਬਾਰੇ ਸੋਚਿਆ ਹਾਂਜੀ ਉਹਨਾਂ ਨੇ ਵੀ ਤਾਂ ਕਿਹਾ ਕਿ ਭਈ ਕੁੜੀ ਵਧੀਆ ਪੜਾਈ ਚ ਤੇਰੇ ਜਵਾਬ ਵਧੀਆ ਪੜਾਈ ਚ ਤਾਂ ਮੈਂ ਮੌਕਾ ਦੇ ਰਿਆ ਜੇ ਐਵੇਂ ਦੇ ਜਵਾਬ ਹੁੰਦੇ ਤਾਂ ਮੈਂ ਪੜਾਉਣੀ ਨਹੀਂ ਸੀ ਤੇ ਬਸ ਫਿਰ ਉਦਾਂ ਪਿੰਡ ਚੋਂ ਸੀ ਜਾ ਰਹੇ ਸੀ ਨਾ ਤੇ ਉਹ ਕਿਤੇ ਨਾ ਮੇਰੀ ਮਾਸੀ ਦਾ ਮੁੰਡਾ ਸੀ ਉਹ ਹਲਕੇ ਹਲਕੇ ਸ਼ਕਲ ਮੈਨੂੰ ਯਾਦ ਸੀਗੀ ਅੱਛਾ ਤੇ ਉਹ ਨਾ ਪਿੱਛੇ ਮਤਲਬ ਪਿੱਛਾ ਕਰਦਾ ਰਿਹਾ ਸਾਡਾ ਮੈਂ ਜਿੱਦਾਂ ਨੱਚੀ ਜਾਂਨੀ ਆ ਉਹਨੇ ਤੁਹਾਨੂੰ ਦੇਖ ਲਿਆ ਹਾਂ ਉਹਨੇ ਦੇਖ ਲਿਆ ਤੇ ਉਹ ਦੇਖਦਾ ਗਿਆ ਦੇਖਦਾ ਗਿਆ ਉੱਥੇ ਨੂੰ ਮੈਂ ਡਰ ਜੀ ਗਈ ਕਿ ਭਈ ਇਹ ਮੁੰਡਾ ਕੌਣ ਹੈ ਐਂ ਕਾ ਤੋ ਇੰਨਾ ਮਗਰ ਲੱਗ ਰਿਹਾ ਅਤੇ ਤੁਸੀਂ ਪਛਾਣਿਆ ਹੀ ਨਹੀਂ ਉਹਨੂੰ ਹਾਂ ਅੱਛਾ ਪਛਾਣਿਆ ਨਹੀਂ ਸੀ ਮੈਂ ਤੇ ਮੈਨੂੰ ਬਹੁਤ ਬਾਤ ਚ ਧਿਆਨ ਨਹੀਂ ਕਿ ਮੈਨੂੰ ਇਹ ਲੱਗ ਰਿਹਾ ਕਿ ਵੀ ਇਹ ਮੇਰੀ ਮਾਸੀ ਦਾ ਮੁੰਡਾ ਤੇ ਮੈਨੂੰ ਵੀਰੇ ਨੂੰ ਕਿਹਾ ਜਿਹੜਾ ਮੈਨੂੰ ਲੈ ਕੇ ਗਿਆ ਸੀ ਉਹ ਸਾਡੇ ਘਰ ਦੇ ਨੇੜੇ ਦਾ ਹੀ ਸੀ ਅੱਛਾ ਤੇ ਅਸੀਂ ਵੈਸੇ ਵੀ ਜੱਟ ਸੀ ਮਤਲਬ ਹਰਿਆਣੇ ਵਾਲੇ ਜਿਹੜੇ जाट ਹੁੰਦੇ ਨਾ ਅਸੀਂ जाट ਹਾਂ ਤੇ ਉਹ ਨਾ ਮੁੰਡਾ ਮਤਲਬ ਕਿ ਘਰੇ ਗਿਆ ਛੇਤੀ ਛੇਤੀ ਉਹਨੇ ਆਪ ਦੇ ਘਰੇ ਦੱਸਿਆ ਮੇਰੇ ਮਾਸੀ ਹੋਰਾਂ ਨੇ ਫਿਰ ਮੇਰੇ ਰਿਸ਼ਤੇਦਾਰਾਂ 'ਚ ਫੋਨ ਕੀਤਾ ਮੇਰੇ ਤਾਏ ਹੋਰਾਂ ਨੂੰ ਬੁਲਾਇਆ ਮੇਰੇ ਮਾਮਾ ਹੋਰਾਂ ਨੂੰ ਬੁਲਾਇਆ ਕਿ ਭਈ ਛੇਤੀ ਛੇਤੀ ਇੱਧਰ ਆ ਜਾ ਤੂੰ ਮੇਰੀ ਮੰਮੀ ਨੂੰ ਵੀ ਬੁਲਾਇਆ ਕਿ ਛੇਤੀ ਘਰੇ ਆ ਜਾ ਤੂੰ ਤੇ ਮੰਮੀ ਵੀ ਆ ਗਈ ਉੱਥੇ ਨਾ ਜਦੋਂ ਅਸੀਂ ਮੁੜ ਕੇ ਆਏ ਨਾ ਕਮ ਕਮ ਖਤਮ ਕਰਕੇ ਨਾਲੇ ਮੈਂ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਨਾ ਐ ਲੱਗ ਰਿਹਾ ਭਈ ਇਹ ਮੇਰਾ ਭਰਾਗਾ ਤੇ ਉਹਨੇ ਮੈਨੂੰ ਪਿੱਛੇ ਲੁਕੋਤਾ ਕਿ ਕੱਲ ਤੂੰ ਲੁੱਕ ਕੇ ਬਹਿ ਜਾ ਕਿ ਭਈ ਇਹਨਾਂ ਨੂੰ ਪਤਾ ਨਹੀਂ ਲੱਗਣਾ ਤੇ ਮੈਂ ਲੁੱਕ ਕੇ ਵੀ ਬਹਿ ਗਈ ਮੈਂ ਬੈ ਇਨੀ ਡਰ ਰਹੀ ਸੀ ਮੈਂ ਤੇ ਜਦੋਂ ਅਸੀਂ ਵਾਪਸ ਆ ਗਏ ਤਾਂ ਉਹ ਜਿਹੜੀ ਲੇਡੀ ਸੀਗੀ ਨਾ ਉਹ ਲੇਡੀਜ਼ਾਂ ਨੇ ਵੀ ਆਏ ਕਿਹਾ ਕਿ ਬਈ ਤੁਸੀਂ ਕੁੜੀ ਨੂੰ ਐ ਕਾ ਤੋ ਬੋਲ ਰਹੇ ਹੋ ਮਤਲਬ ਉਹ ਜਿੱਦਾਂ ਮੈਨੂੰ ਬੋਲੇ ਕਿ ਤੂੰ ਕੀ ਕਰਦੀ ਸੀ ਇੱਥੇ ਕੁੜੀ ਹੋ ਕੇ ਤੂੰ ਭੱਜੀ ਫਿਰਦੀ ਆ ਕਿਤੇ ਮਾਤਾ ਬਣੀ ਫਿਰਦੀ ਏ ਤੋ ਨੱਚੀ ਜਾਂਦੀ ਆ ਹੂੰ ਤੇ ਉਹਨਾਂ ਨੇ ਕਿਹਾ ਬਈ ਸਾਡੀ ਕੁੜੀ ਵਰਗੀ ਸੀ ਬਈ ਅਸੀਂ ਵੀ ਤਾਂ ਨੱਚ ਰਹੀ ਸੀ ਨਾਲੇ ਦੇ ਨਾਲੇ ਇਹ ਤਾਂ ਮਾਤਾ ਦੇ ਰੂਪ ਚ ਸੀ ਆ ਇਹ ਕਿਹੜਾ ਕੁਛ ਮਾੜਾ ਕਰ ਰਹੀ ਸੀ ਹੂੰ ਉਹਨਾਂ ਦੇ ਵੀ ਮੰਨੀ ਉਹਨਾਂ ਨੇ ਸਾਨੂੰ ਘਰੇ ਬਲਾ ਕੇ ਮੈਨੂੰ ਕੁੱਟਿਆ ਮੇਰੀ ਮੰਮੀ ਨੂੰ ਕੁੱਟਿਆ ਮੰਮੀ ਨੂੰ ਗਾਲ੍ਹਾਂ ਕੱਢੀਆਂ ਨਾਲੇ ਮੇਰੀ ਭੈਣ ਦੇ ਕੁੱਟਿਆ ਮੇਰੀ ਮਾਸੀ ਦੀ ਕੁੜੀ ਨੇ ਮੈਨੂੰ ਭੈਣ ਤਮਲ ਵਿੱਚ ਨਫ਼ਰਤ ਹੀ ਹੋ ਗਈ ਮੈਨੂੰ ਉੱਥੇ ਭੈਣ ਤੋਂ ਤਾਂ ਕਿ ਵੀ ਇਹ ਜੀ ਭੈਣ ਤਾਂ ਰੱਬ ਦੇ ਵੀ ਨਾ ਕਿਸੇ ਨੇ ਥੋੜੀ ਮਦਦ ਨੂੰ ਵੀ ਕੁੱਟਿਆ ਹਾਂਜੀ ਉਹਨਾਂ ਨੂੰ ਕੁੱਟਣ ਦਾ ਕੀ ਮਤਲਬ ਸੀ ਗਰੀਬ ਸੀ ਵੀਰੇ ਗਰੀਬੀ ਕਿ ਬੋਲ ਬੋਲ ਸਕਦੇ ਨਹੀਂ ਸੀ ਤੂੰ ਤਾਂ ਆਇਆ ਤੂੰ ਜਾ ਆਟਾ ਕੀ ਹੋ ਕੇ ਤਨੇ ਨਾ ਕਟਵਾਦੀ ਹਮਾਰੇ ਘਰ ਮੱਕ ਅੱਜ ਤੱਕ ਐਸਾ ਕੋਈ ਕੰਮ ਨਹੀਂ ਕਿਰਿਆ ਥਾ ਕਿਸੇ ਨੇ ਥਾਮਨੇ ਮਤਲਬ ਕਿ ਯੂ ਕੰਮ ਕਰਕੇ ਹਮਾਰੇ ਖਾਨਦਾਨ ਖਰਾਬ ਕਰਦੇ ਮਤਲਬ ਬਹੁਤ ਕੁਝ ਜਿੱਦਾਂ ਬੋਲਦੇ ਹੁੰਦੇ ਰਿਸ਼ਤੇਦਾਰੀਆਂ ਚ ਹਾਂ ਉੱਥੇ ਅਸੀਂ ਚੁੱਪ ਹੋ ਗਏ। ਕੁੱਟਖੱਟ ਖਾ ਕੇ ਵੀ ਘਰੇ ਚੱਲ ਗਏ। ਚੱਲ ਕੋਈ ਨਾ। ਮੰਮੀ ਨੇ ਕਿਹਾ ਵੀ ਗਲਤੀ ਹੋ ਗਈ। ਨਾਲ ਮੇਰੀ ਭੈਣ ਸੀ। ਉਹਨੇ ਮੈਨੂੰ ਭੈਣਾ ਦਾ ਮਤਲਬ ਕੀ ਬਣਦਾ ਹੈ ਕੁੱਟਣ ਦਾ। ਚਲੋ ਵੀ ਕੰਮ ਹੀ ਕਰ ਲਈਂ ਜਾਂ ਫਿਰ ਤੁਸੀਂ ਦੇ ਦਿਓ। ਘਟੋ ਘਟਾਏ ਤਾਂ ਦੇਖ ਲਓ ਵੀ ਪੜ੍ਹਾਈ ਤਾਂ ਪੂਰੀ ਹੋ ਲੈਣ ਦੋ ਜੁਆਕਾ ਦੀ। ਫਿਰ ਕੰਮ ਕਰ ਲੈਣਗੇ। ਨਾ ਤਾਂ ਕਿਸੇ ਨੇ ਦਿੱਤਾ ਕਰਕੇ, ਨਾ ਕਰਨ ਦਿੱਤਾ। ਫਿਰ ਉਸ ਤੋਂ ਬਾਅਦ ਫਿਰ ਮੇਰੇ ਘਰੇ ਪੰਚਾਇਤ ਬੈਠੀ। ਦੁਬਾਰਾ ਫੇਰ। ਹਾਂ। ਮੇਰੇ ਤਾਏ ਦੇ ਮੁੰਡੇ ਆਏ। ਮਤਲਬ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ। ਨਿੱਕੇ ਜਿਹੇ ਘਰ 'ਚ ਪੰਚਾਇਤ ਬਹੁਤ ਵੱਡੀ ਹੋ ਗਈ ਕਿ ਘਰ ਛੋਟਾ ਪੈ ਗਿਆ ਕਹਿੰਦੇ ਜਾ ਤਾਂ ਆਹ ਕੰਮ ਕਰੋਗੇ ਨਾਲੇ ਮੰਮੀ ਜਦੋਂ ਘਰ ਦਾ ਕੰਮ ਕਰਦੀ ਸੀ ਉਦੋਂ ਵੀ ਕਹਿੰਦੇ ਸੀ ਵੀ ਕਿਸੇ ਨੂੰ ਦੱਸੀ ਨਾ ਤੂੰ ਘਰ ਦਾ ਕੰਮ ਕਰਦੀ ਆ ਝਾੜੂ ਪੋਚੇ ਲਾਉਂਦੀ ਆ ਉਹ ਵੀ ਨਾ ਦੱਸੋ ਮੈਂ ਜਾਗਣ ਕਰਦੀ ਆ ਉਹ ਵੀ ਨਾ ਕਰਾਂ ਤੇ ਤੁਸੀਂ ਦੇਣਾ ਨਹੀਂ ਮੈਂ ਕਾ ਜੇ ਕਟੋਰਾ ਲੈ ਕੇ ਜੇ ਬਹਿ ਜੀ ਉਹ ਵਧੀਆ ਕੁਛ ਤਾਂ ਕਰ ਰਹੇ ਅਸੀਂ ਇੱਜ਼ਤ ਨਾਲੇ ਨਾਲੇ ਮੇਰੀ ਮੰਮੀ ਨਾਲ ਇਹ ਕਹਤਾ ਸੀ ਬਈ ਤੁਹਾਡੀ ਭੈਣ ਆ ਛੋਟੀ ਆ ਜੇ ਕਿਤੇ ਵੀ ਕੁਝ ਗਲਤ ਕਰਤਾ ਨਾ ਉੱਥੇ ਗੋਲੀ ਮਾਰ ਦਿਓ ਮੈਂ ਰੋਕਦੀ ਵੀ ਨਹੀਂ ਫੇਰ ਵੀ ਨਹੀਂ ਕਿ ਜਾਂ ਤੱਕ ਕੰਮ ਕਰੋਗੇ ਜਾਂ ਸਾਡੇ ਨਾਲ ਰਿਸ਼ਤਾ ਰੱਖੋਗੇ ਇਹ ਜਿਹੜੇ ਰਿਸ਼ਤੇ ਦਾ ਫਾਇਦਾ ਕੀ ਹੈ ਇਹ ਜਿਹੜੇ ਰਿਸ਼ਤੇ ਹੋਣ ਤੋਂ ਤਾਂ ਵਧੀਆ ਨਹੀਂ ਹੋਣ ਜਿਹੜੇ ਮਤਲਬ ਕਿ ਇੱਕ ਜਦੋਂ ਉਹਨਾਂ ਦੀ ਭੈਣ ਘਰੋਂ ਬਾਹਰ ਜਾ ਰਹੀ ਆ ਜਾਂ ਤਾਂ ਤੁਸੀਂ ਉਹਦੀ ਜ਼ਿੰਮੇਵਾਰੀ ਲੈ ਲਓ ਕਿ ਹਾਂ ਵੀ ਅਸੀਂ ਤੈਨੂੰ ਪੜ੍ਹਾਵਾਂਗੇ ਜਦੋਂ ਤੱਕ ਤੂੰ 12th ਨਿਕਲ 12th ਹੀ ਕਰਾ ਦਿੰਦੇ ਮੇਰੀ ਕਿ ਉਸ ਤੋਂ ਬਾਅਦ ਤੋਂ ਕੰਮ ਕਰ ਲਿਓ ਕਿਤੇ ਮੈਂ 5000 ਦੀ 7000 ਦੀ ਨੌਕਰੀ ਲੱਗ ਜਾਂਦੀ ਪਰ ਨਹੀਂ ਹੁਣ ਮਜਬੂਰੀ ਚ ਬਈ ਬੜਨਾ ਪੈ ਗਿਆ ਕੰਮ ਚ ਫੜਾਂਗੇ ਉਦੋਂ ਉਮਰ ਕਿੰਨੀ ਸੀ ਭੈਣੇ ਬਈ 12 12 ਤੇ 13 ਸਾਲ ਦੇ ਵਿੱਚ ਸੀ 12 13 ਸਾਲ ਦੇ ਵਿੱਚ ਹਾਂਜੀ ਉਸ ਟਾਈਮ ਦੇ ਵਿੱਚ ਬੰਦੇ ਨੂੰ ਪੂਰੀ ਸਮਝ ਹੁੰਦੀ ਆ ਹਾਂਜੀ ਤਾਂ ਉਦੋਂ ਮਨ ਦੇ ਵਿੱਚ ਉਹ ਬਦਲੇ ਵਾਲੀ ਭਾਵਨਾ ਨਹੀਂ ਆਈ ਵੀ ਕੋਈ ਨਾ ਅੱਜ ਗਰੀਬੀ ਕਰਕੇ ਤੁਸੀਂ ਸਾਨੂੰ ਇੰਨੇ ਵੱਡੇ ਤਾਣੇ ਦੇ ਰਹੇ ਹੋ ਸਾਨੂੰ ਕੁੱਟ ਰਹੇ ਹੋ ਸਾਨੂੰ ਮਾਰ ਰਹੇ ਹੋ ਕੋਈ ਨਾ ਵੀ ਜਦੋਂ ਸਮਾਂ ਆਊਗਾ ਵੀ ਤੁਹਾਡੇ ਇਹ ਵਹਿਮ ਵੀ ਕੱਢਾਂਗੇ ਕਿਉਂਕਿ ਜਿੱਥੇ ਆਪ ਦੇ ਕੁੱਟ ਪੈਰੀਏ ਬੰਦਾ ਸਹਿ ਲੈਂਦਾ ਕੋਈ ਵਕਰੀ ਕਰਨੀ ਤੂੰ ਦੋ ਵੱਧ ਮਾਰ ਲਾ ਪਰ ਜਿੱਥੇ ਮਾਪਿਓ ਦੇ ਹੱਥ ਜੁੜਦੇ ਨੇ ਨਾ ਮਾਪਿਓ ਪੈਰ ਚ ਨਿਵਦਾ ਉਹ ਚੀਜ਼ ਨਹੀਂ ਜਰੀ ਜਾਂਦੀ ਪਤਾ ਵੀਰੇ ਆਉਂਦੀ ਸੀ ਪਰ ਨਾਲ ਦੀ ਨਾਲ ਮੰਮੀ ਦਿਲ ਚੋਂ ਕੱਢ ਦਿੰਦੀ ਸੀ ਉਹ ਗੱਲਾਂ ਕਿ ਦਿਲ ਚ ਬਸ ਨਫ਼ਰਤ ਨਹੀਂ ਰੱਖਣੀ ਮੇਰਾ ਰੱਬ ਆ ਕਪੇ ਜਾ ਦੋ ਸੌ ਲੱਗੀ ਵੀਰੇ ਮੈਂ ਕਹਿੰਨੀ ਰੱਬ ਤੋਂ ਬਈ ਐਜੇ ਮਾਵਾ ਸਭ ਨੂੰ ਦੇਵੇ ਜਿਵੇਂ ਦੀ ਮੇਰੀ ਮਾਂ ਕਿ ਮਤਲਬ ਕਿ ਨਾ ਇੰਨੀ ਮੈਨੂੰ ਨਾ ਕਦੇ ਸ਼ੁਰੂ ਤੋਂ ਵੀ ਕਦੇ ਆਪਣੀ ਮੰਮੀ ਨੂੰ ਲੈ ਕੇ ਆਏ ਨਹੀਂ ਲੱਗਿਆ ਵੀ ਮੇਰੀ ਮਾਂ ਗਲਤ ਆ ਕਿਤੇ ਉਹ ਕਹਿੰਦੀ ਮੇਰੀ ਮੰਮੀ ਨੂੰ ਗਲਤ ਕਿ ਵੀ ਇਹ ਗਲਤ ਤੁਸੀਂ ਆਏ ਸੀ ਫਲਾਣਾ ਸੀ ਹਾਂ ਤੇ ਗਲਤਾਂ ਮੈਨੂੰ ਵੀ ਕਹਿੰਦੇ ਸੀ ਮੇਰੀ ਭੂਆ ਹੋਰਾਂ ਨੇ ਮਤਲਬ ਜਿਹੜੀਆਂ ਉਹ ਰਿਸ਼ਤੇਦਾਰੀਆਂ ਚ ਲੱਗਦੀਆਂ ਨੇ ਕੁੜੀ ਭੱਜੂਗੀ ਡੈਡੀ ਦੀ ਡੈਥ ਹੀ ਹੋਈ ਸੀ ਉਦੋਂ ਹਾਂ ਜਿਹੜਾ 2 2.5 ਮਹੀਨੇ ਹੁੰਦੇ ਆ ਉਹੀ ਟਾਈਮ 'ਚ ਇਹ ਭੱਜੂਗੀ ਕਿਉਂਕਿ ਜਿੱਦਾਂ ਮੇਰੀ ਹਾਈਟ ਹੋਣਾ ਨਾ ਇਹ ਹੀ ਮੇਰੀ ਉਦੋਂ ਸੀ ਮੇਰੀ ਸ਼ੁਰੂ ਜੀ ਹਾਈਟ ਵੱਧ ਗਈ ਸੀ ਭੱਜੂਗੀ ਵਿਆਹ ਕਰ ਦੋ ਰਿਸ਼ਤਾ ਕਰਤਾ ਮੇਰਾ ਮੇਰੀ ਗਲੀ ਚੋਂ ਹੀ ਮੇਰਾ ਮਤਲਬ ਕਿ ਰਿਸ਼ਤਾ ਲੈ ਕੇ ਆ ਗਏ ਸੀਗੇ ਕਿ ਉਹ ਵੀ ਜੱਟ ਸੀ ਅਸੀਂ ਵੀ ਜੱਟ ਸੀਗੇ ਉਹ ਵੀ 13 ਸਾਲ ਦੀ ਉਮਰ ਦੇ ਵਿੱਚ ਹਾਂਜੀ ਤੇ ਕਿ ਕਹਿੰਦੇ ਬਈ ਅਸੀਂ ਆਪਦੇ ਕੱਪੜਿਆਂ ਚ ਲੈ ਜਾਾਂਗੇ ਤੁਸੀਂ ਤੋੜ ਦਿਓ ਤੇ ਕਰਤਾ ਉਹਨਾਂ ਨੇ ਤਾਂ ਰਿਸ਼ਤੇਦਾਰੀਆਂ ਨੇ ਤਾਂ ਰਿਸ਼ਤਾ ਕਰਤਾ ਘਰੇ ਮੁੰਡਾ ਵੀ ਦੇਖ ਕੇ ਆਏ ਬਹੁਤ ਵਧੀਆ ਤਰੀਕੇ ਨਾਲ ਵੀ ਹਾਂ ਬਈ ਕਰਦਾ ਪਰ ਉਦੋਂ ਸਟੈਂਡ ਲਿਆ ਮੇਰੀ ਮਾਂ ਨੇ ਹਾਂ ਕਿ ਨਹੀਂ ਕਰਦੀ ਕੱਲ ਨੂੰ ਜੇ ਕੋਈ ਦੁੱਖ ਹੋ ਗਿਆ ਨਾ ਤਾਂ ਮੇਰੀ ਕੁੜੀ ਨੂੰ ਜਾਂ ਮੈਨੂੰ ਹੋਊਗਾ ਤੁਹਾਨੂੰ ਦੁੱਖ ਨਹੀਂ ਹੋਣਾ ਤੁਸੀਂ ਤਾਂ ਕਹਿ ਦੋਗੇ ਵੀ ਕਿਸਮਤ ਸੀ ਇਹਦੀ ਬਿਲਕੁਲ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਬਟ ਅੱਜ ਦੇ ਮੈਂ ਅੱਜ ਮੈਂ ਇੱਥੇ ਬੈਠੀ ਹਾਂ ਤਾਂ ਮੇਰੀ ਫੈਮਲੀ ਮੇਰੇ ਪਰਿਵਾਰ ਕਰਕੇ ਮੇਰੇ ਭਰਾ ਮਾ ਕਰਕੇ ਬੈਠੀ ਆ। ਹਮਮ ਤੇ ਉਸ ਤੋਂ ਬਾਅਦ ਜੇ ਮੇਰਾ ਕਿਸੇ ਨੇ ਸਾਥ ਦਿੱਤਾ ਤਾਂ ਇਹ ਬੰਦਾ ਜਿਹਨੇ ਮੇਰਾ ਸਾਥ ਦਿੱਤਾ ਕਿ ਇਹਨੇ ਮਤਲਬ ਕਿ ਉਹ ਟਾਈਮ ਸੀ ਬਈ ਜਦੋਂ ਆਹ ਫੀਲਡ ਦੇ ਵਿੱਚ ਮੈਂ ਆਈ ਸੀ ਇਹਨੇ ਮੈਨੂੰ ਸੰਭਿਆ ਬਈ ਮੈਨੂੰ ਇੱਕ ਦਿਖਾਇਆ ਕਿ ਬਈ ਨੀਤਾ ਆਹ ਫੀਲਡ ਦੇ ਵਿੱਚ ਆ ਕੇ ਬਈ ਇੱਕ ਫਰੀडम ਮਿਲ ਜਾਂਦੀ ਹੈ ਨਾ ਮੈਂ ਚਲੋ ਜਦੋਂ ਹਰਿਆਣੇ 'ਚ ਕੰਮ ਕਰਦੀ ਸੀ ਉਦੋਂ ਫ੍ਰੀडम ਨਹੀਂ ਸੀ ਕਿਉਂਕਿ ਮੰਮੀ ਹੋ ਰਹੇ ਸੀਗੇ ਹਨਾ ਇੱਕ ਡਰ ਸੀ ਇੱਥੇ ਆ ਕੇ ਫਿਰ ਇਹ ਹੋ ਗਿਆ ਕਿ ਵੀ ਮੰਮੀ ਨੇ ਇਹਨੂੰ ਜ਼ਿੰਮੇਵਾਰੀ ਦਿੱਤੀ ਕਿ ਵੀ ਮੇਰੀ ਧੀ ਆ ਤੂੰ ਸਾਹਮਣੀ ਆ ਕਿ ਬਈ ਮਤਲਬ ਜੇ 1% ਵੀ ਤੈਨੂੰ ਬਾਹਰ ਲੱਗਦੀ ਹੈ ਨਾ ਮੈਨੂੰ ਦੱਸੀ ਬਸ ਉੱਥੇ ਇਹਨੂੰ ਮੈਨੂੰ ਸੰਭਾਇਆ ਮੈਨੂੰ ਕੰਮ ਦਿਵਾਇਆ ਤੇ ਹਰ ਤਰੀਕੇ ਦੇ ਮੈਨੂੰ ਐ ਦੱਸਿਆ ਕਿ ਬਈ ਆ ਕਰਨਾ ਉਵੇਂ ਕਰਨਾ ਇੱਥੇ ਨਾ ਜਾਈ ਮਤਲਬ ਹਰ ਚੀਜ਼ ਬਈ ਤੁਹਾਡੇ ਤੱਕ ਆਉਣਾ ਕਿ ਕਿ ਭੈਣ ਦੀ ਜ਼ਿੰਦਗੀ ਤਾਂ ਬੜੀ ਸੰਘਰਸ਼ਪਰੀ ਹੈ ਜਿਵੇਂ ਮੈਂ ਪਹਿਲੀ ਵਾਰ ਸੁਣ ਰਿਹਾ ਇਹ ਚੀਜ਼ਾਂ ਨੂੰ ਕਿ ਅਹ ਤਾਨਾ ਪਹਿਲੀ ਗੱਲ ਤਾਂ ਉਹ ਮਾਂ ਜਿਸ ਨੇ ਇੰਨਾ ਸੰਤਾਪ ਹੰਡਾਇਆ ਇੱਕ ਅਹ ਪਾਰਟਨਰ ਨੂੰ ਪਹਿਲਾਂ ਤਾਂ ਆਪਣੀ ਲਾਈਫ ਚੋਂ ਹੋਇਆ ਉਸ ਤੋਂ ਬਾਅਦ ਲੋਕਾਂ ਦੇ ਤਾਨੇ ਮਿਹਣੇ ਰਿਸ਼ਤੇਦਾਰਾਂ ਦੇ ਤਾਨੇ ਮਿਹਣੇ ਤੱਕੀ ਕੋਟ ਵੀ ਸੀ ਬਹੁਤ ਵੱਡੀ ਗੱਲ ਕੋਈ ਨਹੀਂ ਸਹੰਦੀ ਮੈਨੂੰ ਲੱਗਦਾ ਪਰ ਉਹ ਉਹ ਜੋ ਚੀਜ਼ ਕੀਤੀਆਂ ਭੈਣੇ ਸੇ ਤੁਹਾਡੇ ਕਰਕੇ ਵੀ ਤੁਹਾਨੂੰ ਇੱਕ ਚੰਗਾ ਭਵਿੱਖ ਮਿਲ ਸਕੀ। ਅੱਜ ਕਹਨੀ ਆ ਬਈ ਮੈਂ ਅੱਜ ਕੋਈ ਜੇ ਮੇਰੀ ਮੰਮੀ ਕੰਨੀ ਆਏ ਜਾ ਕੇ ਵੀ ਗਿਆ ਨਾ ਮੈਂ ਤੇ ਮੇਰੇ ਭਰਾ ਸੋ ਲੱਗੇ ਜ਼ਿੰਦਗੀ ਖਤਮ ਕਰਨੀ ਮਨਜ਼ੂਰਾ ਆਪਦੀ ਬੰਦੇ ਨੂੰ ਵੱਡ ਦਾਂਗੇ। ਜੇ ਮੇਰੀ ਮਾਂ ਕੰਨੀ ਕੋਈ ਝਾਗ ਹੋ ਗਿਆ। ਕਿਉਂ ਉਹ ਤਾਂ ਛੋਟੇ ਸੀ ਅਸੀਂ। ਤੁਸੀਂ ਬੋਲੋ ਕੀ ਕਹਿ ਰਹੇ ਹੋ? ਗਰੀਬੀ ਸੀ ਤੇ ਛੋਟੇ ਸੀ। ਭਾਈ ਸਾਡਾ ਬਸ ਨਹੀਂ ਚੱਲਦਾ। ਭਈ ਅੱਜ ਮਿਹਨਤ ਕਰਕੇ ਨੇ ਘਰ ਪਾਇਆ। ਵਾਹ ਤੇ ਅੱਜ ਜਿਹੜੀ ਚੀਜ਼ ਇਹਦੇ ਘਰੇ ਪਈ ਆ ਉਹਨਾਂ ਨੇ 10 ਸਾਲ ਨਹੀਂ ਸੋਚਣੀ ਬਹੁ ਵੱਡੀ ਗੱਲ ਉਹੀ ਅਗਲੇ ਨੂੰ ਕੰਮ ਨਾ ਜਵਾਬ ਹੋ ਹੁਣ ਵੀ ਕਹਿੰਦੇ ਹੁਣ ਘਰ ਬਣ ਗਿਆ ਚਲੋ ਇੱਕ ਮੇਰੀ ਫੈਮਿਲੀ ਨੇ ਮਿਹਨਤ ਕੀਤੀ ਆ ਤੁਸੀਂ ਦੇਖ ਲਓ ਵੀ ਇੱਕ ਨਾ 33 ਗਜ ਦੀ ਜਗ੍ਹਾ ਸੀ ਜਿਹੜੀ ਜੀ ਇਹਨਾਂ ਦੇ ਨਾਨਾ ਜੀ ਇਹਨਾਂ ਨੂੰ ਦੇ ਗਏ ਸੀ ਜਾਂਦੇ ਹੋਏ ਠੀਕ ਹੈ ਠੀਕ ਹੈ ਉਹ ਵੀ ਖੋਲੀ ਅੱਛਾ ਉਹ ਘਰ ਚ ਬਈ ਬਹੁਤ ਯਾਦਾਂ ਸੀ ਮਤਲਬ ਕਿ ਹਜੇ ਚੱਲ ਰਹੀ ਆ ਅਜਨਾਂ ਉਹ ਘਰ ਛੱਡ ਕੇ ਨਾ ਬਈ ਇਹਨਾਂ ਨੇ ਅਲੱਗ ਤੋਂ ਪਲਾਟ ਲੈ ਕੇ ਘਰ ਪਾਇਆ ਹੁਣ ਅੱਛਾ ਤੇ ਚਲੋ ਇਹਨਾਂ ਦੀਆਂ ਯਾਦਾਂ ਸੀ ਉਹ ਚਲ ਉੱਥੇ ਇੱਕ ਛੋਟਾ ਜਿਹਾ ਪੋਰਸ਼ਨ ਹੋਰ ਪਾ ਦਾਂਗੇ ਰੈਨ ਸੈਂਡਵਿਚ ਚਲੋਂ ਨਾਨਾ ਦੇ ਕੇ ਗਿਆ ਬਟ ਉਹ ਰਜਿਸਟਰੀ ਕਿਸੇ ਤੇ ਨਾ ਹੋਰ ਬੋਲਦੀ ਸੀ ਉਹ ਵੀ ਖੋਲ ਹੀ ਨਾ ਤੇ ਹੁਣ ਸਾਨੂੰ ਛੱਡਣਾ ਪਿਆ ਉਹ ਕਿਉਂਕਿ ਉਹ ਉਹ ਤੇ ਸਾਡਾ ਨਾਮ ਹੀ ਨਹੀਂ ਸੀ ਨਾਮ ਨਹੀਂ ਸੀ ਰਜਿਸਟਰੀ ਨਹੀਂ ਸੀ ਬਟ ਹੁਣ ਵੀ ਆਏ ਸੀ ਕਿ ਬੇਸੀ ਕਿਧਰੋਂ ਨੇ ਕਿਧਰੋਂ ਕਰਤੀ ਬੰਤ ਦੇ ਦੇ ਦਿੰਨੇ ਆ ਬਟ ਸਾਡੀ ਯਾਦਾਂ ਨੇ ਕਰ ਫੇਰ ਵੀ ਸਕਦੇ ਸੀ 10 ਸਾਲਾਂ ਤੋਂ ਮੀਟਰ ਉਹਦੇ ਵਿੱਚ ਸੀ ਹਾਂ 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 ਮੀਟਰ ਮੰਮੀ ਦੇ ਨਾਲ ਲੱਗਿਆ ਹੋਇਆ ਸੀ ਠੀਕ ਹੈ ਕਾ ਜਲਦੀ ਦੇ ਠੀਕ ਹੈ ਕਰ ਕਰ ਸਕਦੇ ਸੀ ਬਟ ਇਹ ਸੀ ਵੀ ਲੋਕ ਤਮਾਸ਼ਾ ਲਾਉਣਗੇ ਪਕਾਈ ਹੋਊਗੀ ਉਹੀ ਸੋਚ ਮੇਰੀ ਮਾਂ ਦੀ ਕਿ ਪੁੱਤ ਕੋਈ ਨਾ 33 ਗਿਆ 300 ਤਾਂ ਆ ਗਿਆ ਅੱਜ 300 ਗੱਜ ਕੋਠੀ ਪਈ ਆ ਕਿੱਥੇ 33 ਗੱਜ ਕਿਸੇ 33 ਗੱਜ ਇੱਕ ਕਮਰੇ 'ਚ ਬੈਠੇ ਬਹੁਤ ਵੱਡੀ ਘਰ ਤੇ ਅੱਜ ਮੇਰੇ ਘਰੇ ਉਹ ਚੀਜ਼ਾਂ ਨੇ ਬਈ ਕਿ ਬਸ ਮਤਲਬ ਕਿ ਜੋ ਹੁਣ ਵੀ ਅਸੀਂ ਨਾ ਗੱਲਾਂ ਜਿੱਦਾਂ ਮੈਂ ਬੀਤ ਨਾਲ ਵੀ ਕਈ ਵਾਰੀ ਗੱਲਾਂ ਕਰਦੀ ਆ ਕਿ ਬੀਤ ਮੈਨੂੰ ਉਹਨੂੰ ਘਰੇ ਜਾ ਕੇ ਆਏ ਲੱਗਦਾ ਵੀ ਇਹ ਮੇਰਾ ਹੀ ਘਰ ਆ ਹੂੰ ਮਤਲਬ ਮੈਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਹਰ ਚੀਜ਼ ਮਹਿੰਗੀ ਮਹਿੰਗੀ ਦੇਖਣੀ ਹੈ ਨਾ ਡ੍ਰੀਮ ਐਡੇ ਡੇ ਸੀ ਚਲੋ ਹੋਏ ਹੌਲੀ ਹੌਲੀ ਪੂਰੇ ਆ ਜਿਵੇਂ 2 ਮਹੀਨਿਆਂ ਚ ਇੱਕ ਚੀਜ਼ ਲੈ ਲਈ ਅਗਲੇ 6 ਮਹੀਨਿਆਂ ਚ ਇੱਕ ਚੀਜ਼ ਲੈ ਲਈ ਬਟ ਬਈ ਬਣਿਆ ਸਾਰਾ ਰੀਜਨਲ ਬਣਿਆ ਦਿਲ ਤੋਂ ਬਣਿਆ ਜੇ ਮਿਹਨਤ ਉਹਦੇ ਕੇ ਨੂੰ ਮਿਹਨਤ ਕਦੇ ਤਾਂ ਰੰਗ ਲੈ ਕੇ ਆਉਂਦੀ ਹੈ ਜਿ ਕਰਾਂਗੇ ਹਾਂ ਕਦੇ ਤਾਂ ਫਲ ਮਿੱਠਾ ਮਿਲਦਾ ਤੇ ਹੁਣ ਵੀ ਗੱਲਾਂ ਕਰਦੇ ਕਿੰਨੇ ਕੁੜੀ ਹੋ ਕੇ ਕਿੰਨਾ ਅਟੈਂਪ ਕਰੂਗੀ ਅੱਛਾ ਕਿਉਂ ਨਹੀਂ ਕਰ ਸਕਦੀ ਬਈ ਮੈਨੂੰ ਇੱਕ ਗੱਲ ਦੱਸੋ ਜੇ ਮੁੰਡਾ ਸਾਰੀ ਜ਼ਿੰਦਗੀ ਆਪਣੇ ਮਾਪਿਓ ਦਾ ਕਰ ਸਕਦਾ ਤੇ ਕੁੜੀ ਕਿਉਂ ਨਹੀਂ ਕਰ ਸਕਦੀ ਬਈ ਇਹ ਸੀਨਾ ਸਾਰੀ ਸਾਡੀ ਚਲੋ ਦੋਨਾਂ ਦੀ ਫੀਲਡ ਚ ਚਲੋ ਪਰਿਵਾਰਾਂ ਚ ਚਲਾ ਲਓ ਕਦੇ ਜਹਾਜ਼ ਨਹੀਂ ਦੇਖਿਆ ਵੀ ਕਦੇ ਚੜਾਂਗੇ ਜਹਾਜ਼ ਤੇ ਸੋਚਿਆ ਤੱਕ ਨਹੀਂ ਮੈਂ ਉੱਤੋਂ ਦੀ ਲੰਘ ਜਾਣਾ ਯਾਰ ਕਿਹ ਹੈ ਜਾ ਹੋਊਗਾ ਜਹਾਜ਼ ਪਰ ਪ੍ਰਮਾਤਮਾ ਨੇ ਉਹ ਜਹਾਜ਼ ਆਏ ਕਰਤਾ ਵੀ ਤੁਸੀਂ ਚੜਨ ਵਾਲੇ ਬਣੋ ਤੁਹਾਡੇ ਪੈਰ ਜਾਣੇ ਚਾਹੀਦੇ ਆ ਬਹੁਤ ਜਹਾਜ਼ ਖੜੇ ਨੇ ਅੱਛਾ ਭਾਈ ਤੁਹਾਡੇ ਵੱਲ ਹੁਣ ਮੈਂ ਕੁਝ ਸਵਾਲ ਕਰਨਾ ਚਾਹੁੰਨਾ ਕਿਉਂਕਿ ਮੇਰੇ ਮਨ ਦੇ ਵਿੱਚ ਕਈ ਚੀਜ਼ਾਂ ਐਸੀ ਆ ਰਹੀਆਂ ਨੇ ਕਿ ਮੈਂ ਪੁੱਛਾਂ ਜੱਟਾਂ ਦਾ ਮੁੰਡਾ ਜੀ ਕਿਵੇਂ ਇਸ ਖੇਤਰ ਵੱਲ ਆਉਂਦਾ ਕਿਉਂਕਿ ਭੈਣ ਨੇ ਆਪਣੀ ਲਾਈਫ ਸਟੋਰੀ ਸਟਾਰਟ ਤੋਂ ਐਂਡ ਤੱਕ ਦੱਸਦੀ ਕਿਉਂਕਿ ਆਪਣੇ ਚ ਬਾਈ ਜੱਟ ਜਿਮੀਦਾਰਾ ਚ ਨਹੀਂ ਹੁੰਦਾ ਉਹ ਭਰਾਵਾ ਰਹਿਣ ਦੇ ਇੱਕ ਕੰਜਰ ਖਾਨਾ ਕਿਉਂਕਿ ਜਿਸ ਮੇਰੇ ਫਾਦਰ ਸਾਹਿਬ ਨੂੰ ਗਾਉਣ ਦਾ ਸ਼ੌਂਕ ਸੀਗਾ ਉਹ ਜਦ ਪਰਿਵਾਰ ਦੇ ਵਿੱਚ ਗਾਉਂਦੇ ਹੁੰਦੇ ਸੀ ਨਾ ਤਾਂ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਨੂੰ ਰੋਕ ਦਿੰਦੇ ਹੁੰਦੇ ਸੀ ਓਏ ਮਾੜਾ ਕਿ ਗਾਣ ਵਜਾਉਣ ਨੂੰ ਇਸ ਕਿੱਤੇ ਨੂੰ ਨਚਾਰ ਕਹਿੰਦੇ ਨੇ ਵੀ ਇਹ ਮਾੜੇ ਨਹੀਂ ਇਹ ਕੰਜਰ ਪੁਣਾ ਹੈ ਤੈਨੂੰ ਵੀ ਇਹ ਚੀਜ਼ਾਂ ਸੁਣਨ ਚ ਮਿਲੀਆਂ ਹੋਣਗੀਆਂ ਬਹੁਤ ਮਿਲੀਆਂ ਬਾਈ ਵੀ ਤੂੰ ਕੋਈ ਚੰਚ ਦਾ ਕੰਮ ਕਰ ਲੈ ਮੈਂ ਨਾ ਬਈ ਫੋਰਥ ਤੋਂ ਫਿਫਥ ਤੋਂ ਬ੍ਰਦਰ ਜਿੰਮ ਕਰਦਾ ਹੁੰਦਾ ਸੀ ਅੱਛਾ ਵੱਡਾ ਵੱਡਾ ਬ੍ਰਦਰ ਅੱਛਾ ਜਿੰਮ ਕਰਦਾ ਹੁੰਦਾ ਸੀ ਨਾ ਜਿੰਮ ਚ ਸ਼ਾਮ ਨੂੰ ਮੈਂ ਵੀਰੇ ਦੇ ਨਾਲ ਚੱਲ ਜਾਣਾ ਅੱਛਾ ਜਿੱਦਨ ਮੈਂ ਬੀਲਾ ਹੁੰਦਾ ਠੀਕ ਹੈ ਉੱਥੇ ਮੁੰਡੇ ਕੀ ਕਰਦੇ ਹੁੰਦੇ ਤੇ ਭੰਗੜਾ ਕਰ ਦਿੰਦੇ ਮੁੰਡੇ ਮੈਂ ਉੱਥੇ ਬੈਠੀ ਆ ਬੈਠਾ ਹੋਇਆ ਰਹਿੰਦਾ ਮੈਂ ਦੇਖੀ ਜਾਂਦਾ ਰਹਿੰਦਾ ਤੇ ਮੈਂ ਕਿਹਾ ਯਾਰ ਆਪਾਂ ਵੀ ਕਦੇ ਐਂ ਕਰਾਂਗੇ ਉਹ ਲੁੱਡੀ ਔਰ ਜੁਗਣੀਆਂ ਦੇ ਨਾਮ ਲੈਂਦੇ ਹਨਾ ਸਟੈਪ ਪਾ ਕੇ ਚਲ ਮੈਂ ਉੱਥੇ ਬੈਠਾ ਰਹਿਣਾ ਉਸ ਤੋਂ ਬਾਅਦ ਕੀ ਕਰਦਾ ਬਈ ਆਪਣੇ ਸਾਡੇ ਟੀਵੀ ਹੁੰਦਾ ਸੀ ਛੋਟਾ ਜਿਹਾ ਬਲੈਕ ਕਲਰ ਦਾ ਉਹਦੇ ਡੀਡੀ ਪੰਜਾਬੀ ਸ਼ਕਤੀਮਾਨ ਇਹੇ ਜੇ ਚੱਲਦੇ ਹੁੰਦੇ ਸੀ ਡੀਡੀ ਪੰਜਾਬੀ ਦੇ ਬਈ ਸਿੰਗਰ ਚੱਲਦੇ ਹੁੰਦੇ ਜਦੋਂ ਕਿਸਦਾ ਖਾੜਾ ਪਿੱਛੇ ਮੁੰਡੇ ਨਹੀਂ ਨੱਚਦੇ ਹੁੰਦੇ ਸੀ ਹਨਾ ਮੈਂ ਗੇਟ ਬੰਦ ਕਰਕੇ ਮੈਂ ਨਾ ਸਟੈਪ ਪਾ ਪਾ ਦੇਖਦਾ ਅੱਛਾ ਤੇ ਉਸ ਤੋਂ ਬਾਅਦ ਮੈਂ ਵੀਰੇ ਨੂੰ ਕਹਿਣ ਲੱਗ ਗਿਆ ਵੀਰੇ ਨੇ ਕਬੂਤਰ ਰੱਖੇ ਹੋਏ ਸੀ ਘਰੋਂ ਅੱਛਾ ਮੈਨੂੰ ਕਬੂਤਰ ਕੁਕੜਾਂ ਦਾ ਬਹੁਤ ਸ਼ੌਂਕ ਸੀ ਤੇ ਮੈਂ ਨਾ ਸਾਰਾ ਦਿਨ ਉਹਨੂੰ ਕਹਿੰਦਾ ਰਹਿੰਦਾ ਮੈਨੂੰ ਇੱਕ ਸਟੈਪ ਸਿਖਾ ਦੇ ਤੇਰੇ ਕਬੂਤਰਾਂ ਨੂੰ ਦਾਣੇ ਵੀ ਪਾ ਦੂੰ ਕੁਕੜਾਂ ਨੂੰ ਵੀ ਸਾਹਮਣੂ ਠੀਕ ਐ ਸਾਰਾ ਕੁਝ ਕਰ ਦੂੰ ਤੇ ਚਲੋ ਪਹਿਨਾ ਮੈਨੂੰ ਹੌਲੀ ਹੌਲੀ ਐ ਕਹਿੰਦਾ ਐਂ ਕਰ ਐਂ ਕਰ ਮੈਂ ਚਲੋ ਦੇਖਦਾ ਰਿਹਾ ਉਸ ਤੋਂ ਬਾਅਦ ਮੈਂ ਜਿੰਨਾ ਸਿੱਖਿਆ ਟੀਵੀ ਤੋਂ ਸਿੱਖਿਆ ਜਿਆਦਾ ਟੋਟਲੀ ਟੋਟਲੀ ਦੇਖ-ਦੇਖ ਕੇ ਮੇਰਾ ਕੋਈ ਉਸਤਾਦ ਨਹੀਂ ਹੈਗਾ ਭਾਈ ਪਰ ਇੱਕ ਮਾਰਾ ਜੀ ਮੇਰਾ ਅੱਜ ਉਸਤਾਦ ਹੁੰਦਾ ਮੈਂ ਇੱਥੇ ਵੀ ਨਹੀਂ ਹੋਣਾ ਸੀ ਪਤਾ ਨਹੀਂ ਕਿਤੇ ਹਮਮ ਇਹ ਜੀ ਜੀ ਮੈਂ ਸੋਚਦਾ ਚਲੋ ਬਈ ਮੈਂ ਨਾ ਕੀ ਕੀਤਾ ਪੰਜਵੀਂ ਕਲਾਸ ਚ ਸਾਡੇ ਨਾਲ ਹਾਕਮ ਵਾਲਾ ਪਿੰਡਾ ਸ਼ਾਇਦ ਤੁਸੀਂ ਸੁਣਿਆ ਹੋ ਜੱਗੂ ਹਾਕਮਾਲੀ ਦਾ ਤੇ ਉੱਥੇ ਨਾ ਸਕੂਲ ਚ ਫੰਕਸ਼ਨ ਹੁੰਦੇ ਸੀ ਕਲਾ ਮੰਚ ਜਿੱਦਾਂ ਸਕੂਲ ਵਾਲੇ ਪਾਰਟਿਸਪੇਟ ਕਰਾਉਂਦੇ ਸੀ ਮੈਂ ਨਾ ਮਸੀ ਦਾ ਬੇਟਾ ਇੱਕ ਮਸੀ ਦੇ ਬੇਟੇ ਦਾ ਯਾਰ ਦੋਸਤ ਇੱਕ ਵੀਰੇ ਦਾ ਯਾਰ ਦੋਸਤ ਉਹ ਮੈਨੂੰ ਬਈ ਤਿਆਰ ਤੁਰ ਕਰਕੇ ਮੰਮੀ ਹੋਰਾਂ ਨੇ ਮੇਰੀ ਡਰੈਸ ਉਮਾਤੀ ਸੀ ਤੀ ਤਿਆਰ ਤੁਰ ਕਰਕੇ ਫਰਲਾ ਫੁਰਲਾ ਲਾ ਕੇ ਬਈ ਮੈਨੂੰ ਲੈ ਗਏ ਉੱਥੇ ਅੱਛਾ ਮੈਨੂੰ ਕਹਿੰਦੇ ਦੇਖੀ ਕਿ ਗੱਦੇ ਫੈਸਟੀ ਕਰਾ ਦੇ ਵੀ ਤੈਨੂੰ ਲੈ ਕੇ ਤਾਂ ਆਏ ਆ ਵਾਹ ਕੋਈ ਗੱਲ ਨਹੀਂ ਉੱਥੇ ਨਾ ਇਹ ਜੱਜ ਜੱਜ ਸਹਿਵਾਨ ਸੀ ਜਿਹੜੇ ਉਦਮ ਮਾਲਵੀਰਾ ਸੀ ਅੱਛਾ ਉਹਨਾਂ ਦੇ ਗਾਣੇ ਵੀ ਆਏ ਨੇ ਬਹੁਤ ਘੈਂਟ ਬੰਦਾ ਸੀ ਸਿੰਗਰ ਵੀ ਐਜ਼ ਉਹ ਤੇ ਮੈਂ ਬਈ ਪਾਰਟਿਸਿਪੇਟ ਕੀਤਾ ਜਮੈਂ ਐਂਡ ਤੇ ਬਾਰੀ ਮੇਰੀ ਅੱਛਾ ਤੇ ਪਾਰਟਿਸਿਪੇਟ ਕੀਤਾ ਜੀ ਮੈਂ ਨਾ ਉੱਥੋਂ ਮੈਨੂੰ ਜੱਜਸ ਨੇ ਉਹਨਾਂ ਨੇ ਉੱਠਿਆ ਉਹਨਾਂ ਨੇ ਉੱਥੇ ਹੀ ਕਹਿਤਾ ਕਹਿੰਦੇ ਜਿੰਨਾ ਨਿੱਕਾ ਨਾ ਉਹਨਾਂ ਤੇਖਾ ਬਣੇਗਾ ਜਿੰਨਾ ਉੱਤੇ ਆ ਤੋਂ ਹੇ ਥੱਲੇ ਆ ਹੂੰ ਮੈਂ ਨੂੰ ਮੈਂ ਫਸਟ ਲੱਗਿਆ ਬਈ ਉਹਨਾਂ ਕਿਆ ਬਾਤ ਹੈ ਉਹ ਤਾਂ ਫਾਸਟ ਲੱਗਿਆ ਹੌਲੀ ਹੌਲੀ ਚਲੋ ਹੁਣ ਮਾਸੀ ਦੇ ਮੁੰਡੇ ਨੇ ਵੀ ਆਇਆ ਹੋ ਗਿਆ ਜੋਸ਼ ਵੀ ਅਸੀਂ ਜਵਾਕ ਲੈ ਕੇ ਆਏ ਸੀ ਨਾ ਉਦੋਂ ਟੌਰ ਜੀ ਹੁੰਦੀ ਸੀ ਵੀ ਮੈਨ ਸਾਡਾ ਵੀ ਬੰਦਾ ਕੋਈ ਲੱਗਿਆ ਨਾ ਤੇ ਫਾਸਟ ਲੱਗਿਆ ਭਈ ਨਾ ਮੈਨੂੰ ਜਿੱਥੇ ਵੀ ਕਲਾ ਮੰਚ ਹੋਇਆ ਕਰੇ ਮੈਨੂੰ ਨਾਂ ਲੈ ਜਾ ਕਰਨਾ ਅੱਛਾ ਉਹ ਮਾਰਿਆ ਕਰਨ ਥਾਪੀਆਂ ਸਾਰੇ ਪਾਸੇ ਵੀ ਅੱਜ ਲੱਗੂ ਫਾਸਟ ਉੱਥੇ ਫਾਸਟ ਲੱਗਿਆ ਕਰਨਾ ਭਈ ਮੈਂ ਫਾਸਟ ਲੱਗਦੇ ਲੱਗਦੇ ਮੈਂ 8th ਤੱਕ ਆ ਗਿਆ 10th ਤੱਕ ਆ ਗਿਆ 10th ਤੋਂ ਬਾਅਦ ਮੈਂ ਸਕੂਲ 'ਚ ਵੱਡ ਗਿਆ ਅੱਛਾ ਸਕੂਲ ਦੇ ਜਿੰਨੇ ਵੀ ਪ੍ਰੋਗਰਾਮ ਕਰਨੇ ਹਾਂ ਮੈਨੂੰ ਟੀਚਰ ਨੇ ਡਿਊਟੀ ਲਾ ਦੇਣੀ ਵੀ ਜਾ ਵੀ ਤੂੰ ਕਰਨੇ ਹਰਜਿੰਦਰ ਤੂੰ ਕਰਨੇ ਮੇਰਾ ਰੀਅਲ ਨੇਮ ਹਰਜਿੰਦਰ ਅੱਛਾ ਤੇ ਬਈ ਮੈਂ ਸਕੂਲ ਚ ਸਾਰੀਆਂ ਪਰਫਾਰਮੈਂਸਾਂ ਕਰਨ ਲੱਗ ਗਿਆ ਹਣਾ ਤੇ ਉਦੋਂ ਬਾਅਦ ਨਾ ਬਈ ਮੈਨੂੰ ਜਿਹਦੇ 15 ਅਗਸਤ 26 ਜਨਵਰੀ ਦੀਆਂ ਟੀਮਾਂ ਨਚਾਉਣ ਦਾ ਹੁਕਮ ਆ ਗਿਆ ਪ੍ਰਿੰਸੀਪਲ ਮੈਨੂੰ ਕਹਿਦਾ ਕਰਦੀ ਫੁਲਾਨੇ ਸਕੂਲ ਚ ਆ ਰਿਹਾ ਵੀ ਤੈਨੂੰ ਖਰਚਾ ਵੀ ਦੇ ਦਾਂਗੇ ਕਰ ਦੇਗਾ ਮੈਂ ਕਿਹਾ ਜੀ ਹਾਂ ਸਰ ਕੋਈ ਚੱਕਰ ਨਹੀਂ ਜਦੋਂ 500 400 ਦਾ ਨੋਟ ਆਉਂਦਾ ਸੀ ਹਾਂ ਫੇਰ ਤਾਂ ਬੱਲੇ ਬੱਲੇ ਹੁੰਦੀ ਸੀ ਨਾ ਚਲੋ ਉਹ ਕਰਦੇ ਕਰਦੇ ਬਈ ਨਾ ਸਾਡੇ ਨਾਲ ਦੇ ਪਿੰਡਾਂ ਦਾ ਮੁੰਡਾ ਗਾਉਂਦਾ ਸੀ ਹੂੰ ਗਾਉਂਦਾ ਸੀ ਉਹਦਾ ਗਾਣਾ ਆਇਆ ਸੀ ਮਿਸ ਪੂਜਾ ਨਾਲ ਪਹਿਲਾ ਅੱਛਾ ਤੇ ਉਹਨੇ ਮਿਸ ਪੂਜਾ ਦੇ ਉਹਦੇ ਕਿਨੂੰ 20 ਲੱਖ ਦਾ ਕਿਲਾ ਵਕਿਆ ਤਾਂ ਅੱਛਾ ਗਾਣੇ ਦੇ ਵਿੱਚ ਹੀ ਅੱਛਾ ਗਾਣੇ ਦੇ ਪਿੱਛੇ ਕੀ ਬਾਤ ਹੈ ਜਦੋਂ ਲੋ ਮੰਮੀ ਹੋਰਾਂ ਨੂੰ ਮੈਂ ਦੱਸਿਆ ਮਾਂ ਵੀ ਮੇਰਾ ਯਾਰ 200 ਮੁੰਡੇ ਨੇ ਗਾਣਾ ਕਰਿਆ ਮਿਸ ਪੂਜਾ ਨਾਲ ਬਹੁਤ ਚੱਲੀ ਸੀ ਬਈ ਉਦੋਂ ਅੱਛਾ ਤੇ ਮੰਮੀ ਕਹਿੰਦੀ ਵੀ ਡੈਡੀ ਕਹਿੰਦਾ ਉਹਦਾ ਕਿਲਾ ਲੱਗ ਗਿਆ ਤੇ ਕਹਿੰਦਾ ਤੂੰ ਤਾਂ ਨਹੀਂ ਸੋਚ ਰਿਹਾ ਮਾਂ ਨਾ ਡੈਡੀ ਮੈਂ ਨਹੀਂ ਕੋ ਸੋਚ ਰਿਹਾ ਉਦੇ ਨਾਲ ਭਾਈ ਦੋ ਖਾੜੇ ਪੈ ਗਏ। ਅੱਛਾ ਉਸ ਸਿੰਗਰ ਦੇ ਠੀਕ ਹੈ। ਉਹਨੂੰ ਪੰਗੜੇ ਵਾਲੇ ਚਾਹੀਦੇ ਸੀ। ਨਾਲ ਮੁੰਡੇ ਪਿੱਛੇ ਤੇ ਮੈਨੂੰ ਕਹਿੰਦਾ ਭਾਈ ਤੁਸੀਂ ਨੱਚ ਲਓਗੇ। ਭਾ ਭਾਈ ਪੈਸੇ ਦੱਸ ਕਿੰਨੇ ਲੈਣਾ। ਅੱਛਾ ਵੇਗਾ ਹੈ। ਹਾਂ ਤੇ ਕਹਣਾ ਚੰਗਾ ਫਿਰ ਇੱਕ ਮੁੰਡਾ ਹੋਰ ਤਿਆਰ ਕਰ ਲਾ। ਮੈਂ ਵੀ ਇੱਕ ਮੁੰਡਾ ਹੋਰ ਤਿਆਰ ਕੀਤਾ ਸੀ ਦੋ ਜੇ ਬਾਗੇ। ਅੱਛਾ ਸਾਨੂੰ ਰੁਪਈਆ ਉਹਨੇ ਦਿੱਤਾ ਹੱਥ ਨੇ 500 ਰੁਪਈਆ। ਅੱਛਾ ਅਸੀਂ ਤਾਂ ਆਈਏ ਬਾਗੀਆਂ ਪਾਉਂਦੇ। 250 ਬਣ ਗਿਆ ਨਾਲੇ ਵਿਆਹ ਚ ਖਾਦਾ ਪੀਤਾ ਚੰਗਾ। ਹਾਂ ਤੇ ਉਸ ਤੋਂ ਬਾਅਦ ਮੈਨੂੰ ਉਹਦੇ ਭਾਈ ਇੱਕ ਗੈਪ ਪਾ ਕੇ ਬ੍ਰੇਕ ਖੜਾ ਹੋਰ ਅੱਛਾ ਮੈਨੂੰ ਕਹਣਾ ਵੀ ਤੁਸੀਂ ਵਰਦੀਆਂ ਸੰਭਾਲੋ ਮੇਰੇ ਹੁਣ ਖਾੜੇ ਚੱਲ ਪਏ ਮੈਂ ਤਾਂ ਪੱਕੇ ਹੀ ਰੱਖ ਲਵਾਂ ਪੱਕੀ ਰੱਖ ਲਓ ਹਨਾ ਤੇ ਅਸੀਂ ਵੀ ਬਈ ਮਿੰਟ ਮਾਰਿਆ ਤੇ ਮੰਮੀ ਨੂੰ ਕਹਿ ਕੇ ਮਾਂ ਵੀ ਘਰੇ ਕਾਲ ਸਾਡਾ ਫੰਕਸ਼ਨ ਆ ਗਿਆ ਮੰਮੀ ਵੀ ਸਾਨੂੰ ਡਰੈਸ ਉਹ ਸਮਾ ਕੇ ਦੋ ਮੰਮੀ ਮੈਨੂੰ ਹਾਂ ਉਹਨੇ ਉਹਦੇ ਆਪ ਦੇ ਘਰੇ ਗਿਆ ਤਾਂ ਚਲੋ ਬਈ ਸਾਨੂੰ ਡਰੈਸ ਇੱਕੋ ਜੀ ਸੰਭੀ ਸਾਡੀ ਅਸੀਂ ਤਾਂ ਲਾਇਆ ਫੇਰ ਸਾਨੂੰ 500 ਮਿਲ ਗਿਆ ਬਈ ਅੱਛਾ ਅਸੀਂ ਫੇਰ ਖੁਸ਼ ਹਾਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਬਈ ਕੀ ਹੋਇਆ ਮੇਰੀ ਲਾਈਨ ਚ ਇੱਕ ਮੁੰਡਾ ਮਿਲ ਗਿਆ ਐ ਸੋਰੀ ਆ ਲਾਈਨ ਚ オーकेस्ट्रा ਲਾਈਟ オーकेस्ट्रा ਅੱਛਾ ਉਹ ਕਹਿੰਦਾ ਬਈ ਪੰਗੜਾ ਫਾ ਲਿਆ ਕਰੇਗਾ ਮਾ ਬਈ ਪਾਉਨੇ ਆ ਤੇ ਕਹਿੰਦਾ ਵੀ ਮੇਨ ਚਾਰਜ ਡਿਊਟ ਤੇ ਮੇਰਾ ਮਿੱਤਰੀ ਸੀ ਇੱਕ ਤਰ੍ਹਾਂ ਦਾ ਉਹ ਗਿੰਦਾ ਗਿੰਦਾ ਕਹਿੰਦੇ ਸੀ ਉਹਨੂੰ ਉਹ ਡਰਾਈਵ ਕਰਦਾ ਸੀ ਗੱਡੀ ਕੁੜੀਆਂ ਕਣੀਆਂ ਲੈ ਕੇ ਜਾਂਦਾ ਹੁੰਦਾ ਸੀ ਨਾਲੇ ਉਹ ਪ੍ਰੋਗਰਾਮ ਲਾਉਂਦਾ ਸੀ ਮੈਨੂੰ ਕਹਿੰਦਾ ਇੱਕ ਦਿਨ ਚੱਲਨੀ ਫਿਰ ਨਾਲ ਮੈਂ ਠੀਕ ਆ ਮੈਂ ਬਈ ਗਿਆ ਉਹਦੇ ਨਾਲ ਉਹਨੇ ਆਪਦੇ ਵਾਲੀ ਬੰਦੀ ਪਾਤੀ ਮੈਂ ਉਹ ਚੱਲਦੇ ਹੁੰਦੇ ਸੀ ਉਹਦੇ ਗਾਣੇ ਭਾਬੀ ਤੇਰੀ ਪਹਿਣ ਢੋਲਾ ਅੱਛਾ ਮੈਂ ਤੋ ਕਿ ਰੱਖਾਉਲਾ ਅੱਛਾ ਮੈਨੂੰ ਬਈ ਨੇ ਡਰੈਸ ਪਾ ਕੇ ਆਈ ਮੈਂ ਤੇ ਭੇਜਦਾ ਅੱਛਾ ਮਨੂੰ ਕਹਿੰਦਾ ਜੋ ਮਰਜ਼ੀ ਕਰੀ ਜਾਈਂ ਬਸ ਤੂੰ ਨੱਚੀ ਮਾਂ ਠੀਕ ਹੈ ਮੇਰੇ ਨਾਲ ਇੱਕ ਕੁੜੀ ਬਈ ਮੈਂ ਚਲ ਮਾੜੇ ਮੱਡੇ ਸ਼ਹਾਰੀ ਜੇ ਕਰੀ ਜਾਵਾਂ ਹਨਾ ਭਾਬੀ ਤੇਰੀ ਪਹਿਣ ਢੋਲਾ ਸ਼ਰਮ ਵੀ ਆਵੇ ਅੱਗੇ ਲੋਕ ਦੇਖੀ ਜਾਂਦੇ ਹਨਾ ਹਾਂ ਬਈ ਹੁਣੇ ਮੈਨੂੰ 400 ਰੁਪਏ ਦਿੱਤਾ ਹੱਥ ਨੇ ਅੱਛਾ ਨਾਲੇ ਚੰਗੇ ਰਸਗੁਲੇ ਵੱਢੇ ਹਾਂ ਘਲਾਜਮਣਾ ਵੱਢੇ ਨਾਲੇ ਪੈਸੇ ਬਣ ਗਏ ਨਾਲੇ ਪੈਸੇ ਬਣ ਗਏ ਤੇ ਮੈਂ ਕਿਹਾ ਵੀ ਆਹ ਕੰਮ ਵੀ ਲੋਟ ਹੈ ਹਾਂ ਤੇ ਉਸ ਤੋਂ ਬਾਅਦ ਮੈਂ ਨਾ ਮੈਂ ਹੌਲੀ ਹੌਲੀ ਕੀ ਕੀਤਾ ਕਰੋ ਕਿਹਾ ਗ੍ਰਾਮੇਂ ਸਕੂਲ ਜਾਣਾ ਅੱਛਾ ਉਹਦਾ ਪ੍ਰੋਗਰਾਮ ਤੇ ਚੜਜਿਆ ਕਰ ਪੰਕ ਮਾਰ ਕੇ ਪੰਕ ਮਾਰ ਕੇ ਬਈ ਤੇ 100 100 ਕਿਲੋਮੀਟਰ ਪ੍ਰੋਗਰਾਮ ਤੇ ਜਾਣਾ ਬਈ ਸ਼ਾਮ ਨੂੰ ਆਉਣਾ ਬੱਲਾ ਬੱਲਾ ਤੇ 3-400 ਰੁਪਏ ਮਿਲਣਾ ਉਦੋਂ ਖੁਸ਼ੀ ਅਜੀਬ ਜੀ ਹੁੰਦੀ ਹੈ ਵੀ ਆਪਦੇ ਕਮਾਏ ਨੇ ਨਾ ਇੱਕ ਦਿਨ ਬਈ ਵੱਡੇ ਭਰਾ ਨੇ ਫੜ ਲਿਆ ਕੀ ਵੱਟਾ ਕੀ ਵੱਡਿਆ ਭਈ ਉਹਨੇ ਉਹਨੇ ਸੋਧਈ ਨਾ ਵੀ ਕਰੇ ਅੱਛਾ ਅੱਛਾ ਉਹਨੂੰ ਕੀ ਕੀਤਾ ਨਾ ਉਹਨੇ ਮੁੰਡੇ ਨੇ ਰਸਤਾ ਕਿੰਦੇ ਨੇ ਕਹਿੰਦਾ ਸੋਡਾ ਵਾਲਾ ਦਾ ਭੰਗੜਾ ਬਹੁਤ ਸੋਹਣਾ ਪਾਉਣ ਲੱਗਿਆ ਓਨੇ ਭਈਆਂ ਕਰੰਟ ਦੀਆਂ ਤਾਰਾਂ ਰੱਖ ਲਈਆਂ ਇਹ ਕੋਲੇ ਅੱਛਾ ਆਪਣੇ ਨਾਲ ਜਵੇਂ ਦੇਸੀ ਮੀਟਰ ਨਹੀਂ ਹੁੰਦਾ ਵਾਗਲ 'ਚ ਹਾਂ ਹਾਂ ਹੈਨਾ ਇਹ ਖੁੱਲੇ ਹੀ ਲਾਇਆ ਹੁੰਦਾ ਲਾਇਆ ਹੁੰਦਾ ਉਹਨੇ ਇਹ ਤਾਰਾਂ ਚੱਕੀਆਂ ਰੱਖ ਲਈਆਂ ਕੋਲੇ ਤੇ ਕਹਿੰਦਾ ਦੱਸ ਜਾਏਗਾ ਮੈਂ ਕਹਿੰਦਾ ਨਾ ਜਦੋਂ ਤਾਰ ਦੂਰ ਕਰ ਲਿਆ ਹਾਂ ਜਾਊਂਗਾ ਪੈਸੇ ਮਿਲਦੇ ਨੇ ਓਹ ਕਹਿਰੇ ਭਈਆਂ ਇਹ ਜੇ ਕਰਦਾ ਕਹਿੰਦੇ ਜੇ ਲੋਸਤਵਾ ਬਈ ਮੈਂ ਹੌਲੀ ਹੌਲੀ ਕੀ ਕੀਤਾ ਨਾ ਸਕੂਲ ਛੱਡਣ ਦਾ ਹੁਕਮ ਮੈਂ ਕਿਹਾ ਵੀ ਮੈਂ ਪੜਨਾ ਨਹੀਂ ਅੱਛਾ ਕਿਹੜੀ ਕਲਾਸ ਆ ਮੈਂ 10th ਚ ਬਈ ਅੱਛਾ ਪਲੱਸ 1 ਚ ਮੈਂ ਬਈ ਬਿਲਕੁਲ ਹੀ ਨਹੀਂ ਪੜਿਆ ਅੱਛਾ ਗਿਆਬ ਰੱਖਿਆ ਮਮੀ ਨਵੀਂ ਸਕੂਲ ਨਾ ਜਾਏਗਾ ਜਾਣ ਕੇ ਜਾਣ ਕੇ ਵੀ ਪ੍ਰੋਗਰਾਮਾਂ ਦਾ ਮਾਰਾ ਅੱਛਾ ਮੈਂ ਹਾਂ ਜਿਆਦਾ ਮੈਨੂੰ ਜਿੱਦਨ ਵੀਰਾ ਹੋਇਆ ਕਰੇ ਬਾਹਰ ਹੂੰ ਖੇਤ ਖੂਹ ਤਬਾਗ ਜਾ ਕੇ ਉਦੋਂ ਦਾ ਮੈਂ ਭੱਜ ਜਾ ਕਰਾਂ ਮੈਂ ਡਰਦਾ ਸੀ ਵੀਰੇ ਤੋਂ ਅੱਛਾ ਡੈਡੀ ਹੁੰਦੇ ਨਹੀਂ ਸੀ ਡੈਡੀ ਕਨੈਕਟਰ ਸੀਗੇ ਠੀਕ ਹੈ ਤੇ ਭੈਣਾ ਸਕੂਲ ਹੁੰਦੀਆਂ ਸੀ ਮਮੀ ਤੋਂ ਵੀ ਮੈਂ ਘੱਟ ਡਰਦਾ ਦਰਦਾ ਬੱਢੀ ਤੁਸੀਂ ਕਿਉਂਕਿ ਉਹਨਾਂ ਸਿੱਧਾ ਹੀ ਕਰੰਟ ਨੂੰ ਪੈਂਦਾਦਾ ਜਿਆ ਡੰਡੇ ਨੂੰ ਇਹਦਾ ਬੜਾ ਤਗੜੇ ਲੈਵਲ ਦਾ ਟਾਰਚਰ ਸੀ ਜਿਵੇਂ ਮਾਰਨ ਵਾਲਾ ਕੰਮ ਕਰਦਾਦਾ ਸੀ ਮਾਰ ਦੂ ਤੈਨੂੰ ਚਲੋ ਬਈ ਨਾ ਕਾਲੇ ਪਾਣੀ ਦੀ ਜੇਲ੍ਹ ਹੀ ਘਟਾਉਂਦਾ ਸੀ ਜੇਲ੍ਹ ਘਟਾਉਂਦਾ ਤੇ ਚਲੋ ਬਈ ਨਾ ਗੱਲਾਂ ਕਰਦੇ ਕਰਦੇ ਮੈਨੂੰ ਪਲੱਸ 1 ਚ ਟੀਚਰ ਸੀ ਜਿਹੜੇ ਫਾਦਰ ਸਾਹਿਬ ਨੂੰ ਮਿਲਦੇ ਸੀ ਉਹਨਾਂ ਆਪਣੇ ਸਕੂਲ ਸਾਹਮਣੀ ਸੀਗੇ ਗਲੀ ਵਿੱਚ ਤੋਂ ਨਿਕਲਣਾ ਟੀਚਰਾਂ ਨੇ ਲੱਸੀ ਵਗੈਰਾ ਮੰਗਾਉਣੀ ਘਰੋਂ ਬਰਫ਼ ਉਹ ਮੇਰਾ ਨਾਂ ਤਾਂ ਨਹੀਂ ਨਾ ਕੱਢਦੇ ਸੀ ਅੱਛਾ ਬਿਲਾਲ ਚ ਸਿੱਖਿਆ ਹਾਂ ਲਾਲ ਚ ਸਿੱਖਿਆ ਬਰਫ਼ ਬਰਫ਼ ਮੰਗਾ ਦੇ ਬਾਦੂ ਭਾਈ ਉਸ ਤੋਂ ਬਾਅਦ ਨਾ ਇੱਕ ਦਿਨ ਬਈ ਕੀ ਕੀਤਾ ਮੈਂ ਸਕੂਲ ਪਾ ਗਿਆ ਮੈਨੂੰ ਕਹਿੰਦੇ ਤੂੰ ਕੋਈ ਚੱਕਰ ਨਹੀਂ ਕੁਛ ਮਰਜ਼ੀ ਕਰ ਤੇਰਾ ਨਾਂ ਨਹੀਂ ਕੱਢਦੇ ਠੀਕ ਹੈ ਚਲੋ ਭਾਈ ਮੈਨੂੰ ਹੌਲੀ ਹੌਲੀ ਕੀ ਹੋਇਆ ਜਿੱਦਨ ਮੈਂ ਚਲੋ ਉਸ ਵਾਰ ਮੈਂ ਪੜਿਆ ਮੈਂ ਕਿਹਾ ਯਾਰ ਪੜ੍ਹ ਲਈਏ ਪਲੱਸ 2 ਕਰ ਲਈਏ ਤੇ ਮੇਰੀ ਬਈ ਨਾ ਸੰਡੇ ਦੀ ਸੰਡੇ ਉਹ ਤੋਂ ਸ਼ੋਅ ਵਾਲੇ ਹੁੰਦੇ ਸੀ ਡਿਮਾਂਡ ਹੈਵੀ ਡੇਟ ਕਹਿੰਦੇ ਨੇ ਜੀ ਨੂੰ ਅੱਛਾ ਬੁਕਿੰਗ ਆਉਣ ਲੱਗੀਆਂ ਹਾਂ ਬੁਕਿੰਗ ਆਉਣ ਲੱਗੀਆਂ ਹਾਂ ਮੈਂ ਕਿਹਾ ਬਈ ਇੱਕ ਦਿਨ ਮੈਨੂੰ ਬੰਦੇ ਦਾ ਬਲੱਡੇ ਦਾ ਮੁੰਡਾ ਸੀ ਉਹਨੇ ਮੈਨੂੰ ਕਾਲ ਕੀਤਾ ਕਹਿੰਦਾ ਬਈ ਪ੍ਰੋਗਰਾਮ ਲਵਾਏਗਾ ਅੱਛਾ ਐਤਵਾਰ ਦਾ ਜਾਨਾ ਹਾਂ ਬਈ ਲਵਾ ਗੋ ਕਹਿੰਦਾ ਕਿੰਨੇ ਰੁਪਏ ਵਾਹ ਬਈ ਕੋਈ ਗੱਲ ਨਹੀਂ ਦੇ ਦੀ ਕਹਿੰਦਾ ਠੀਕ ਹੈ ਬਈ ਮੈਂ ਉਹਦੇ ਨਾਲ ਮਹਾ ਤੂੰ ਜੇ ਪੱਕੇ ਲਵਾ ਦਿਆ ਕਰੇਗਾ ਮੇਰੇ ਨਾਲ ਇੱਕ ਰੇਟ ਬਣ ਲਾ ਕਹਿੰਦਾ ਰੁਪਿਆ ਦਿੰ ਚਾਰ ਸੌ ਦੇ ਦਗਾ ਮੈਂ ਹੈਡ ਅਨ ਠੀਕ ਹੈ ਮਾਸ਼ੋ ਕਦਾ ਹੀ ਨਹੀਂ ਪਤਾ ਵੀ ਕਿਹ ਹਫ਼ਤਾ ਹੋਇਆ ਕਰਨ ਆ ਹੀ ਨਹੀਂ ਪਤਾ ਵੀ ਮਹੀਨੇ ਚ 5 6 ਹੋ ਗਿਆ ਕਰਨ ਮਾ ਹ ਕੋਈ ਗੱਲ ਨਹੀਂ ਮੈਂ ਹਿਸਾਬ ਜਲਾਇਆ ਵੀ 5 ਚ 20 2000 ਰੁਪਇਆ ਹੋ ਗਿਆ ਮੁਕਦਾ ਨਹੀਂ ਬਲਾ 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 ਨਿਆਰੇ ਆ ਗਈ ਹੈ ਨਾ ਤੇ ਬਈ ਉਹ ਮੈਨੂੰ ਲੈ ਗਿਆ ਪ੍ਰੋਗਰਾਮ ਤੇ ਪ੍ਰੋਗਰਾਮ ਤੇ ਲੈ ਗਿਆ ਮੇਰੇ ਨਾਲ ਬਈ ਉਦੋਂ ਫਰਲੇ ਐ ਧੁੰਨ ਕੇ ਪਾਉਂਦੇ ਹੁੰਦੇ ਸੀ ਹਾਂ ਇੱਥੇ ਹਾਂ ਪਹਿਲੇ ਦਿਨ ਬਾਈ ਉਹਨਾਂ ਨੇ ਮੈਨੂੰ 4 ਘੰਟੇ ਵਰਤੀ ਪਵਾ ਕੇ ਰੱਖੀ ਸਿਰ ਦੋਖਣ ਲੱਗ ਰਿਹਾ ਪਿੱਛੇ ਦੇ ਤੇਰੇ ਦੀ ਲਾਇ ਤੇਰੀ ਦੀ ਇਹ ਲੱਗ ਰਿਹਾ ਲੱਗ ਰਿਹਾ ਸਿਰ ਦੋਖੇ ਬਾਈ ਅੰਕ ਮੂੜਾ ਹੋ ਗਿਆ ਏਡਾ ਮਹਾ ਬੜਾ ਔਖਾ ਹੈ ਘਰੇ ਕੀ ਦੱਸਾਂਗੇ ਵੀ ਜਦਾ ਕੋਟਿਆ ਕਿਸ ਨੇ ਜੱ ਡਿੱਗਿਆ ਹੂੰ ਚਲੋ ਬਾਈ ਮੈਂ ਘਰੇ ਆਇਆ ਸ਼ਾਮ ਨੂੰ ਮੰਮੀ ਕਹਿੰਦੀ ਵੀ ਆਹਾ ਤੇ ਹੁਣ ਮੈਂ ਦੱਸਾਂ ਕੀ ਬਿਨਾਂ ਦਾ ਉਹ ਇੱਟ ਮਾਰੀ ਬੱਚੇ ਹਾਂ ਮੈਂ ਮੰਮੀ ਮੈਂ ਤਾਂ ਇਹ ਤੱਕ ਤਾ ਸਵੇਰੇ ਖੋਲਣ ਲੱਗਿਆ ਸੀ ਉਦੋਂ ਬੱਚਾ ਮੇਰੇ ਅੱਛਾ ਚਲੋ ਬੰਨ ਲਾਦਾ ਬਾਈ ਉਸ ਤੋਂ ਬਾਅਦ ਬਾਈ ਉਹਦਾ ਡਿਮਾਂਡ ਪੈ ਗਈ ਵੀ ਚਲ ਠੀਕ ਆਉਣ ਦੇ ਦੁਆ ਲੱਗਦੇ ਲੱਗਦੇ ਬਈ ਮੰਨ ਕੇ ਚਲੋ ਮੈਂ ਤੇ ਮੈਨੂੰ ਉਹ ਵੱਡੇ ਕੱਢਣ ਲੱਗੇ ਮੇਰੀ ਪੇਮੈਂਟ 400 ਤੋਂ 700 800 ਤੇ ਆ ਗਈ ਅੱਛਾ 7 800 ਤੇ ਆ ਗਈ ਜਦੋਂ ਕਰਦਿਆਂ ਨੂੰ ਵੀ ਮੰਮੀ ਨੂੰ ਵੀ ਪਤਾ ਲੱਗ ਗਿਆ ਡੈਡੀ ਨੂੰ ਵੀ ਸ਼ੋ ਹੋ ਗਿਆ ਅਸਲੀ ਤਾਂ ਵੀ ਮੰਮੀ ਦਾ ਤਾਂ ਚਲ ਛੱਡ ਲਾਣੇਦਾਰ ਦਾ ਬੜਾ ਔਖਾ ਸੀ ਹੂੰ ਲਾਣੇਦਾਰ ਲਾਉਂਦਾ ਸੀ ਬਈ ਪੈਗ ਥੋੜੇ ਜਿਹਾ ਅੱਛਾ ਆਥ ਨੇ ਜੀਦੋਂ ਡਿਊਟੀ ਤੇ ਆਉਂਦਾ ਹੂੰ ਉਹਦਾ ਮੇਰਾ ਸਾਰਾ ਕੰਜਰ ਬਣ ਗਿਆ ਹਰ ਨੂੰ ਪਤਾ ਹੈ ਨਾ ਉਦੋਂ ਬਈ ਨਾ ਡੈਡੀ ਡੈਡੀ ਦਾ ਪੈਰ ਬੜਾ ਵੱਡਾ ਹੁੰਦਾ ਬਈ ਉਹ ਪਾਉਂਦੇ ਨੇ 10 200 ਅੱਛਾ ਹਾਂ 10 ਨੰਬਰ ਆਉਂਦਾ 10 ਨੰਬਰ ਆਉਂਦਾ ਅੱਛਾ ਜੁੱਤਾ ਵੀ ਤੁਹਾਨੂੰ ਪਤਾ ਉਹ ਮੁਸ਼ਕਲ ਹੀ ਮਾਰਦੀ ਹੁੰਦੀ ਆ ਜਾਨ ਜਦੋਂ ਸਾਰਾ ਦਿਨ ਕੰਮ ਕਰਨਾ ਬਈ ਇਹਨੇ ਨਾ ਮੈਂ ਐਂ ਬੈਠਾ ਕਹਿੰਦੇ ਵੀ ਕੀ ਕਰਨਾ ਹੈ ਹੂੰ ਕਹਿੰਦੇ ਛੱਡਣਾ ਕਿ ਨਹੀਂ ਛੱਡਣਾ ਹੂੰ ਮੈਂ ਡੈਡੀ ਗੱਲ ਸੁਣੋ ਮੈਂ ਦੈਟ ਇਜ਼ ਗੱਲ ਸੁਣੋ ਨਾ ਮਾ ਜੀ ਮੈਂ ਕਿਹੜਾ ਤੁਹਾਨੂੰ ਰੁਪਏ ਮੰਗਦਾ ਤੇ ਆਬਦਾ ਖਰਚਾ ਆਪ ਚਲਾਉਣ ਲੱਗਿਆ ਸੀ ਬਈ ਉਦੋਂ ਮੈਂ ਘਰੋਂ ਪੈਸੇ ਮੰਗਣਾ ਆਂਦੇ ਨਾ ਤੇ ਫੇਰ ਕੀ ਹੋ ਗਿਆ ਮਹਾ ਜੱਟਾਂ ਦੇ ਮੁੰਡੇ ਬਥੇਰੇ ਸਿੰਗਰ ਬਣੇ ਫਿਰਦੇ ਨੇ ਜੇ ਮੈਂ ਨਚਾਰ ਮਣ ਜੂ ਬਈ ਨਚਾਰ ਤਾਂ ਕਾਹੀ ਨਹੀਂ ਦੁੱਤਾ ਫਿਰਦਾ ਆਇਆ ਸੀ ਆ ਮਰਿਆ ਭਗਾਉਣਾ ਬਈ ਐ ਇੱਥੇ ਵਜਿਆ ਮੇਰੇ ਤੇ ਉਦੋਂ ਬਾਅਦ ਬਈ ਮੈਂ ਕੀ ਕੀਤਾ ਘਰੋਂ ਭੱਜ ਲਿਆ ਅੱਛਾ ਘਰੋਂ ਭੱਜ ਲਿਆ ਮੈਂ ਨਾ ਗਵਾਂਡੀਆਂ ਦੇ ਘਰ ਸੀ ਉਦੋਂ ਆਪਾਂ ਨੂੰ ਤੁਹਾਨੂੰ ਪਤਾ ਹੁੰਦਾ ਹੈ ਨਾ ਮੈਨੂੰ ਲੱਗ ਰਹੀ ਭੁੱਖ ਮਹਾ ਬੀਬੇ ਇੱਕ ਰੋਟੀ ਤਾਂ ਦੇ ਦੇ ਕਹਿੰਦੀ ਕਿਉਂ ਕਰੇ ਤੇਰੀ ਮਾਣੇ ਤੇਰੀ ਮਹਾਨਾ ਵੀ ਡੜੀ ਦਾ ਲੜੀ ਜਾਂਦਾ ਬਈ ਮੈਂ ਇਕੱਲਾ ਘਰੇ ਉਹ ਦਿਨ ਉਹਨਾ ਨਹੀਂ ਪੈ ਗਿਆ ਮਹਾ ਯਾਰ ਮੈਂ ਤਾਂ ਛੋਟਾ ਘਰ ਬਾਲਾ ਵਧੀਆ ਲੱਗਦਾ ਛੋਟਾ ਕਿਹ ਮਜੂਰੀ ਬਣੀ ਹੁੰਦੀ ਐ ਚਲ ਮੰਮੀ ਬਈ ਬਥੇਰਾ ਲੈਣ ਆਈ ਕੋ ਨਹੀਂ ਪੁੱਤ ਤੇਰਾ ਡੈਡੀ ਮੈਨੂੰ ਡਰ ਸੀ ਮੈਂ ਕੁੱਟਣ ਕੀ ਚਲੋ ਉਹ ਕੰਮ ਹੋ ਗਏ ਉਸ ਤੋਂ ਬਾਅਦ ਨਾ ਬਈ ਵੀ ਫਾਦਰ ਸਾਮ ਨੂੰ ਵੀ ਐ ਹੋ ਗਿਆ ਵੀ ਚਲ ਆਪਦਾ ਖਰਚਾ ਕੱਢ ਲੈ ਦਾ ਇੰਜੋਏ ਯਾ ਕਾਨੂੰ ਰੋਕਣਾ ਹਣਾ ਹੂੰ ਤੇ ਦੀਦੀ ਹੋਰਾਂ ਨੂੰ ਹੋ ਗਿਆ ਬਈ ਸੈੱਟ ਹੋ ਗਿਆ ਕੰਮ ਵੀ ਚਲ ਇਹ ਮੈਨੂੰ ਰੋਕਣਾ ਹਟ ਗਈ ਮੈਨੂੰ ਕਹਿੰਦੇ ਵੀ ਪੜ੍ਹਾਈ ਵੀ ਕਰੀ ਚੱਲ ਤੂੰ ਹਟੀ ਨਾ ਮਹਾ ਜੀ ਡੰਨ ਪੜਾਈ ਵੀ ਕਰੂ ਮੈਂ ਵੀ ਪਲੱਸ 1 ਚ ਐਗਜ਼ਾਮ ਦਿੱਤੇ ਮੇਰੇ 85% ਨੰਬਰ ਆਏ। ਅੱਛਾ। ਪਲੱਸ 2 ਦੇ ਦਿੱਤੇ ਬਾਈ ਮੇਰੇ 90% ਨੰਬਰ ਆਏ। ਵਾਹ। ਠੀਕ ਹੈ। ਉਸ ਤੋਂ ਬਾਅਦ ਪਲੱਸ 2 ਤੱਕ ਬਾਈ ਮੇਰੀ 800 ਰੁਪਏ ਪੇਮੈਂਟ ਹੋ ਗਈ। ਮੇਰੇ ਕੋਲੇ ਮਾਸੀ ਸੀਗੇ ਮਾਸੀ ਨੇ ਨਾ ਵੀਰੇ ਨੂੰ ਫੈਸ਼ਨ ਪਲੱਸ ਉਹਦਾ ਮੋਟਰਸਾਈਕਲ ਚੱਲੇ ਚੱਲੇ ਸੀ। ਉਹ ਕਢਾ ਕੇ ਦਿੱਤਾ। ਕਢਾ ਕੇ ਦਿੱਤਾ ਜਦੋਂ ਮੈਨੂੰ ਸ਼ੌਂਕ ਸੀਗਾ ਮੈਂ ਵੀਰੇ ਨੂੰ ਕਹਿੰਦੇ ਨਾ 100 ਦਾ ਤੇਲ ਪਵਾਉ ਨੂੰ 50 ਦਾ ਤੇਲ ਪਵਾਉ ਨੂੰ ਮੈਨੂੰ ਕਿਹੜਾ ਦਵਾਉਂਦੇ। ਤੇ ਚਲੋ ਮੈਨੂੰ ਢੀੜਾ ਕਰਾਉਣ ਲੱਗ ਗਿਆ ਭਾਈ ਮੈਂ ਨਾ ਬੰਨ ਕੇ ਚਲੋ ਪਾਸਟੂ ਤੋਂ ਬਾਅਦ ਇੱਕ ਗੈਪ ਪਾਤਾ ਪੜਾਈ ਦਾ ਗੈਪ ਪਾਇਆ ਮੈਂ ਚਾਗੇ ਡਰੈਸਾਂ ਸੰਭਾਲ ਲੀਆਂ ਭਾਈ ਦਿਨ ਰਾਤ ਕੰਮ ਪੈਣ ਲੱਗ ਗਿਆ ਦਿਨ ਰਾਤ ਕੰਮ ਪੈਂਦਾ ਪੈਂਦਾ ਚਲੋ 2017 ਚ ਜਾ ਕੇ ਇਹ ਮੈਨੂੰ ਟੱਕਰੀ ਕਿਸੇ ਸ਼ੋਹ ਤੇ ਉਦੋਂ ਅਸੀਂ ਗਰੁੱਪ ਬਣਾ ਲਿਆ ਸੀ ਗਰੁੱਪ ਬਣਾਇਆ ਕਿ ਵੀਰੇ 2017 ਚ ਜਦੋਂ ਮੈਨੂੰ ਟੱਕਰੀ ਤੇ ਚਲੋ ਉਦੋਂ ਚੱਕਣ ਚੁਕਣ ਪੂਰਾ ਵੱਡੀ ਦਾ ਹੁੰਦਾ ਸੀ ਮੁਫਤ ਦਾ ਹੀ ਆ ਚੱਕ ਲਓ ਜਨਾ ਚੱਕਿਆ ਜਾਂਦਾ ਹਨ ਤੇ ਇਹ ਇਹਦਾ ਕਿਤੇ ਫਾਸਟ ਰੱਖਿਆ ਸੀ ਵਰਤ ਸੀ ਪਹਿਲੇ ਦਿਨ ਹੀ ਸ਼ੋਅ ਤੇ ਅੱਛਾ ਤੇ ਉਦੋਂ ਗਾਣਾ ਕਿਹੜਾ ਸੀ ਉਹ ਕਾਲ ਜੀ ਤੇ ਚੀਰਦੀ ਕਿਹੜਾ ਗਾਣਾ ਸੀ ਯਾਦ ਨਹੀਂ ਇਹਦੇ ਨਾਲ ਬਈ ਮੈਨੂੰ ਨੱਚਣ ਦਾ ਮੌਕਾ ਕੀਤਾ ਮਿਲਿਆ ਉਸ ਦਿਤੀ ਫਸਟ ਟਾਈਮ ਮਨ ਸੀਗਾ ਚਲੋ ਮੈਂ ਨੱਚ ਕੇ ਦੁਬਾਰਾ ਨਾ ਇਹ ਸੇਵ ਖਾਈ ਜਾਵੇ ਹਾਂ ਆਪਣੇ ਮੇਰੇ ਮੂੰਹ ਤੇ ਲਾਲ ਆਈ ਜਾਣਾ ਕਿ ਕਿਉਂ ਨਾ ਦਾ ਸੇਵ ਖੋਲੀ ਹੈ ਨਾ ਤੇ ਮੈਨੂੰ ਬਾਈ ਨਾ ਕਹਿੰਦੇ ਕਹਿੰਦੇ ਮੰਗੀ ਲਿਆ ਮੈਂ ਕਿਹਾ ਵੀ ਸੇਵ ਦੇ ਦੋ ਜੀ ਕਹਿੰਦੀ ਇਹ ਤਾਂ ہمارا ਜੂਠਾ ਹੈ ਹਰਿਆਣੇ ਦੀ ਅਜੇ ਹਿੰਦੀ ਜੀ ਬੋਲੇ ਹਾਂ ਹਿੰਦੀ ਚ ਹਰਿਆਣਵੀ ਜੀ ਭਾਈ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਤਾਂ ਖਾ ਲੈਣੇ ਜੂਠਾ ਜੱਠਾ ਤੇ ਕਹਿੰਦੇ ਨਹੀਂ ਨਹੀਂ ਇਹ ਤਾਂ ਜੂਠਾ ਹੈ ਮੈਂ ਕੋਈ ਨਹੀਂ ਦੇ ਦੇ ਹੂੰ ਚਲੋ ਜੀ ਇਹਨੇ ਮੈਨੂੰ ਸੇਵ ਦਿੱਤਾ ਸੇਵ ਦੇਣ ਤੋਂ ਬਾਅਦ ਉਸ ਤੋਂ ਬਾਅਦ ਨਾ ਮੇਰੇ ਨਾਲ ਦਾ ਮੁੰਡਾ ਸੀ ਮੈਨੂੰ ਕਹਿੰਦਾ ਕੁੜੀ ਨਵੀਂ ਆ ਚਲੋ ਸਾ ਨੂੰ ਫੀਲਡ ਚ ਮੇਰੇ ਐਕਸਪੀਰੀਅੰਸ ਹੋ ਗਿਆ 2-4 ਸਾਲਾਂ ਚ ਮੈਨੂੰ ਵੀ ਸਾਡੀ ਫੀਲਡ ਚ ਕੀ ਕੀ ਆ ਚਲੋ ਇਹਨੇ ਮੈਨੂੰ ਇਹੋ ਜਿਹਾ ਸੇਵ ਦਿੱਤਾ ਮੈਨੂੰ ਕਹਿਤਾ ਮਹਾ ਵੀ ਆਪ ਨਵੇਂ ਨਵੇਂ ਉਹਦੋਂ ਆ ਪੜਕਦੇ ਸੀ ਹਿੰਦੀ ਚ ਤੇ ਹਿੰਦੀ ਮੇ ਹੱਥ ਤੱਕ ਤੰਗ ਦਾ ਤੰਗ ਜਿਹਾ ਸੀ ਹੱਥ ਤੇ ਇਹ ਕਹਿੰਦੀ ਹਾਂਜੀ ਮੈਂ ਨਿਊ ਕੰਮ ਕਰਨੇ ਆਈ ਹਾਂ ਇਹ ਠੀਕ ਹੈ ਮਾ ਹਮਾਰੇ ਪਾਸ ਵੀ ਕੰਮ ਕਰਨੇ ਆ ਜਾਣਾ ਤੇ ਐ ਜੇ ਗੱਲਾਂ ਕਰਦੀ ਕਰਦੀ ਵੀ ਨਾ ਉਹ ਐਂਡ ਤੇ ਉਹ ਮੁੰਡਾ ਕਹਿੰਦਾ ਵੀ ਇਹਨੂੰ ਨੰਬਰ ਦੇ ਕੁੜੀ ਸਿਆਣੀ ਲੱਗਦੀ ਹੈ ਕਹਿੰਦਾ ਵੀ ਆਪਾਂ ਰੱਖਾਂਗੇ ਹੂੰ ਤੇ ਕੰਨ ਆ ਕੀ ਪਤਾ ਗੱਲ ਬਾਤ ਜੀ ਹੂੰ ਤੇ ਮੈਂ ਹਾਂ ਯਾਰ ਠੀਕ ਐ ਮੈਂ ਵੀ ਬਈ ਇਹਨੂੰ ਨੰਬਰ ਦੇ ਕੇ ਤੱਕੇ ਨਾਲ ਇਹਦੀ ਜੇਬ ਚ ਪਾਤਾ ਹੂੰ ਉਹਦੇ ਇਹਦੇ ਪੈਂਟ ਪਾਈ ਦੀ ਜਾਣ ਦਾ ਟਾਈਮ ਸੀ ਮੈਂ ਕਿਹਾ ਵੀ ਤੁਸੀਂ ਇੱਕ ਵਾਰ ਕੰਮ ਦੇ ਤੌਰ ਤੇ ਫੋਨ ਕਰ ਲਿਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਹੂੰ ਇਹਨੇ ਵੀ ਤੀਜੇ ਦਿਨ ਮੈਨੂੰ ਫੋਨ ਕੀਤਾ ਹੂੰ ਤੀਜੇ ਦਿਨ ਫੋਨ ਕੀਤਾ ਕਹਿੰਦੀ ਹਾਲੋ ਕੌਣ ਜੀ ਕਹਿੰਦੀ ਆਪ ਬੀਤ ਤੋ ਬੋਲ ਰਹੇ ਹੋ ਮੈਂ ਕਿਹਾ ਜੀ ਨਹੀਂ ਦੋ ਤਿੰਨ ਵਾਰੀ ਤਾਂ ਮੇਰੇ ਫੋਨ ਕੱਟਿਆ ਸੀ ਕੱਟਦਾ ਸੀ ਇਹਨੇ ਕੀ ਕੀਤਾ ਗਲਤ ਦੱਸ ਰਹੇ ਨੇ ਹਨਾ ਨਹੀਂ ਨਹੀਂ ਮੈਂ ਡਰ ਗਈ ਸੀ ਹਿੰਮਤ ਨਹੀਂ ਆ ਰਹੀ ਸੀ ਗੱਲ ਕਰਨ ਦੀ ਅੱਛਾ ਅੱਛਾ ਕਹਿੰਦੀ ਜਦੋਂ ਕਿਹਾ ਕਹਿੰਦੀ ਮੈਂ ਆਪਕਾ ਨਹੀਂ ਕਹਿੰਦੀ ਰੋਂਗ ਨੰਬਰ ਇਹਨੇ ਕੱਟਦਾ ਜੀ ਅੱਛਾ ਕੱਟਦਾ ਜਦੋਂ ਇਹਨੇ 10 ਕਿ ਮਿੰਟ ਬਾਅਦ ਫੇਰ ਆਇਆ ਤੇ ਅਸੀਂ ਖਾਈ ਜਾਂਦੇ ਸੀ ਚਿਕਨ ਚੁਕਣ ਬੈਠੇ ਮੈਂ ਤੇ ਜਾਲ ਮੁੰਡੇ ਮੁੰਡੇ ਤੇ ਮੈਂ ਉਹਨਾਂ ਨਾਲ ਇਹ ਕਿਹਾ ਹੋਇਆ ਸੀ ਮਾਹ ਜੇ ਉਹ ਕੁੜੀ ਦਾ ਫੋਨ ਆ ਗਿਆ ਸਾਨੂੰ ਇੱਕ ਬੋਤਲ ਦਾ ਉਹ ਕੁਦਰਤੀ ਦੂਜੀ 10 ਕਮਿੰਟਾਂ ਬਾਅਦ ਇਹਦਾ ਫੋਨ ਆ ਗਿਆ ਹਮ ਬੋਤਲ ਬਣ ਗਏ ਉਹਨਾਂ ਦੀ ਬੋਤਲ ਬਣ ਗਈ ਉਹਦਾ ਖੁਸ਼ ਹੁੰਦੇ ਫਿਰਨ ਭਈ ਚਲੋ ਖੁਸ਼ੀ ਤਾਂ ਮੇਰੀ ਵੀ ਚਲੋ ਵੀ ਆਪਣੇ ਕੋਈ ਕਾਰਟਿਸਟ ਆਊਗਾ ਸਾਨੂੰ ਲੋੜ ਸੀ ਵੀ ਤੋ ਕੁੜੀ ਦੀ ਜ਼ਰੂਰ ਕਿਉਂਕਿ ਉਹਦੋਂ ਵੈਲਿਊ ਹਾਂ ਜੋੜੀ ਨਹੀਂ ਨਹੀਂ ਗਰੁੱਪ ਵਿੱਚ ਵੀਰੇ ਗਰੁੱਪ ਵਿੱਚ ਵੈਲਿਊ ਉਹਦੋਂ ਕੁੜੀ ਦੀ ਬਹੁਤ ਸੀ ਅੱਛਾ 6 ਮੁੰਡਿਆਂ ਨਾਲ ਕੁੜੀ ਮੇਨ ਚ ਕੰਮ ਕਰਦੀ ਸੀ ਤਾਂ ਉਹਦੋਂ ਗਰੁੱਪ ਦੀ ਵੈਲਿਊ ਇਹ ਸੀ ਵੀ ਉਹਨਾਂ ਨਾਲ ਮੇਨ ਚ ਕੁੜੀ ਕੰਮ ਕਰਦਾ ਕੱਲੇ ਮੁੰਡਿਆਂ ਦੀ ਵੈਲਿਊ ਨਹੀਂ ਸੀ ਹੂੰ ਬੀ ਇੱਕੋ ਜੇ ਸਟੈਪ ਹਨਾ ਚਲੋ ਸਾਨੂੰ ਕੀ ਆ ਇਹਦੇ ਨਾਲ ਗੱਲਬਾਤ ਹੋਈ ਇਹਦੀ ਮੰਮੀ ਨੇ ਕਿਹਾ ਕਿੰਦੀ ਵੀ ਮੈਨੂੰ ਕਾਲ ਆ ਕਹਿੰਦੀ ਬੇਟਾ ਵੀ ਸਾਡੀ ਕੁੜੀ ਨਵੀਂ ਐ ਇਹਨੂੰ ਕੁਝ ਪਤਾ ਨਹੀਂ ਮੈਨੂੰ ਇੱਕ ਐਜ਼ੇ ਮਦਰ ਆਖਿਆ ਮਹਾਮਾਤਾ ਜੀ ਤੁਸੀਂ ਟੈਨਸ਼ਨ ਨਾ ਲਓ ਸਾਡੇ ਕੋਲੇ ਬਹੁਤ ਕੁੜੀਆਂ ਰਹਿੰਦੀਆਂ ਨੇ ਵੀ ਰਹਿੰਦੀਆਂ ਵੀ ਸੀ ਜਿਹੜੇ ਮੁੰਡੇ ਕੋਲੇ ਮੈਂ ਕੰਮ ਕਰਦਾ ਸੀ ਉਹਦੇ ਕੋਲੇ ਆਰਟਿਸਟ ਰੱਖੇ ਹੋਏ ਸੀ ਕੁੜੀਆਂ ਮਹਾ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਤੁਸੀਂ ਅੱਧੀ ਰਾਤ ਆ ਕੇ ਮਿਲ ਸਕਦੇ ਓਨੂੰ ਅਣਾ ਚਲੋ ਵੀ ਇਹਨੇ ਮੇਰੇ ਤੇ ਬਲੀਵ ਕੀਤਾ ਵੀਰੇ ਇਹ 7-8 ਦਿਨਾਂ ਬਾਅਦ ਆ ਗਈ। ਇਹਨਾਂ ਨੇ ਮੈਨੂੰ ਕਿਹਾ ਕਿ ਵੀ ਅਸੀਂ ਤੁਹਾਨੂੰ ਨਾ ਘਰੋਂ ਲੈਣਾਵਾਂਗੇ ਸਮਾਨ ਸਭੋਂ ਤੁਹਾਡਾ ਅਸੀਂ ਆਪੇ ਲਿਆਵਾਂਗੇ। ਮੈਂ ਕਿਹਾ ਮੇਰੇ ਘਰੇ ਨਾ ਆਇਓ। ਹੂੰ। ਕਿ ਭਈ ਮੈਂ ਆਪੇ ਆਉਂਗੀ ਬਸ ਕਹਿੰਦੇ ਤੁਸੀਂ ਇੰਨਾ ਸਮਾਨ ਬੈਗ ਚ ਕਿਵੇਂ ਲੈ ਕੇ ਆਓਗੇ। ਮੈਂ ਕਿਹਾ ਮੈਂ ਤਾਂ ਆਪੇ ਆ ਜੂੰਗੀ ਪਰ ਮੈਂ ਕਿਹਾ ਮੇਰੇ ਸ਼ਹਿਰ ਚ ਵੀ ਨਾ ਬੜਿਓ ਕਿ ਵੀ ਕੋਈ ਦੇਖ ਨਾ ਲਵੇ ਹੈ ਨਾ ਕਿ ਭਈ ਬੈਗ ਲੈ ਕੇ ਗਈ ਸੀ। ਜੀ। ਮਤਲਬ ਇੱਕ ਡਰ ਸੀਗਾ। ਹੂੰ। ਕਿ ਬਸ ਮੈਂ ਤਾਂ ਆਪੇ ਆ ਜੂੰਗੀ ਫਿਰ ਮੈਂ ਸੋਨੀਪੱਤੋਂ ਰਤਿਆ ਆਪੇ ਕੱਲੀ ਆਈ ਸੀ। ਕੱਲੀ ਆਈ ਸੀ ਭਈ। ਉਸ ਤੋਂ ਬਾਅਦ ਮੇਰਾ ਕੰਮ ਹੋਇਆ ਬਈ ਹਨਾ ਚਲ ਇਹਦੀ ਮਦਰ ਨੂੰ ਆਪਣੀ ਤੇ ਇੰਨਾ ਕੰਪਲੀਬ ਹੋ ਗਿਆ ਵੀ ਪਤਾ ਲੱਗ ਗਿਆ ਤੇ ਇਹਦੇ ਪੈਸੇ ਜੋੜਨ ਲੱਗੇ ਬਈ ਆਪਾਂ ਪੈਸੇ ਜੋੜ ਕੇ ਜਿੰਨਾ ਵੀ ਜਿਹੜਾ ਕੰਮ ਲਾਇਆ ਕਰੀ ਮੈਨੂੰ ਤੋਂ 1000 ਰੁਪਏ ਦਿੰਦਾ ਸੀ ਹੂੰ ਤੇ ਅੱਗੋਂ ਜਿਹੜਾ ਆਰਗੇਨਾਈਜ਼ਰ ਸੀ ਉਹਨੂੰ 1200 1500 ਆਏ ਮਿਲਦਾ ਚਲੋ ਹਰ ਇੱਕ ਕਮਾਈ ਕਰਦਾ ਹਨਾ ਹੂੰ ਚਲੋ ਬਈ ਨਾ ਉੱਥੇ ਉਹ ਬੰਦੇ ਨੂੰ ਥੋੜੀ ਥੋੜੀ ਨਾ ਜੈਲਸੀ ਹੋਣ ਲੱਗੀ ਪਹਿਲਾਂ ਤਾਂ ਉਹਦੀ ਵਾਈਫ ਸਾਡੀ ਗਰੁੱਪ ਚ ਕੰਮ ਕਰਦੀ ਸੀ ਹੂੰ ਜਦੋਂ ਜੈਲਸੀ ਹੋਣ ਲੱਗੀ ਕਾਜ਼ਲ ਉਹਦੇ ਬਰਾਬਰ ਕੰਮ ਕਰਨ ਲੱਗੀ ਕਿਉਂਕਿ ਘਰੇ ਆਉਣਾ ਇਹਨੇ ਮੈਥੋਂ ਦੇਖਣਾ ਵੀ ਇਹ ਕਿਵੇਂ ਕਰਦਾ ਨੱਚਦਾ ਆਂਦਾ ਨਾ ਸਾਰੇ ਸਟੈਪ ਬਾਈ ਸਟੈਪ ਕੀ ਹੋਇਆ ਬਈ ਮੇਰੇ ਲਿੰਕ ਸੀ ਮੈਂ ਅੱਗੇ ਅਗਲੇ ਨੂੰ ਇਹ ਕੰਨ ਲੱਗ ਗਿਆ ਸੀ ਜਿੱਥੇ ਗਰੁੱਪ ਨਾਲ ਪਹਿਲਾਂ ਇੱਕ ਸਿੰਗਲ ਕੁੜੀ ਕਹਿੰਦਾ ਸੀ ਮੈਂ ਉਥੇ ਦੋ ਕਰਤੀ ਮੈਂ ਕਿਹਾ ਬਈ ਮੈਂ ਦੋ ਕੁੜੀਆਂ ਲੈ ਕੇ ਆਇਆ ਗਾ ਉਥੇ ਜ਼ਿਆਦਾ ਡਿਮਾਂਡ ਇਹਦੀ ਆਉਣ ਲੱਗੀ ਵੀ ਗਰੁੱਪ ਵਿੱਚ ਵੀ ਇੱਕ ਕਾਜਲ ਰੱਖ ਤੂੰ ਉਹ ਕੁੜੀ ਨੂੰ ਸਾਥ ਦੇ ਛੱਡ ਦੋ ਜਦੋਂ ਮੈਂ ਉਹਨੂੰ ਕਿਹਾ ਕਰਾਂ ਮਾਂ ਬਈ ਵੀ ਅੱਜ ਕਾਜਲ ਨੂੰ ਲੈ ਕੇ ਜਾਣਾ ਉਹਦੇ ਮਨ ਚ ਥੋੜਾ ਥੋੜਾ ਕਰੋੜ ਆਉਣ ਲੱਗੇ ਉਹਨੇ ਬਈ ਸਾਥ ਨੂੰ ਨਾ ਐਗਰੀਮੈਂਟ ਸਾਈਨ ਕਰਾ ਲਿਆ ਦੋਨਾਂ ਨੇ ਕੇ ਲਈ ਐਗਰੀਮੈਂਟ ਐਗਰੀਮੈਂਟ ਚ ਵੀ ਇਸ 1 ਸਾਲ ਮੇਰੇ ਕੋਲੇ ਕੰਮ ਕਰਨਗੇ ਠੀਕ ਹੈ ਨਾਲੇ ਮੈਂ 16 ਸਾਲ ਦੀ ਸੀ ਇਹ 16 ਸਾਲ ਦੀ ਸੀ ਅੱਛਾ ਜੇ ਤੋ ਆਈ ਸੀ ਇਨਾਂ ਕੋਲੇ 18 ਸਾਲ ਤੋਂ ਪਹਿਲਾਂ ਐਗਰੀਮੈਂਟ ਹੀ ਹੁੰਦਾ ਹੂੰ ਲਿਖਾ ਲਿਆ ਭਾਈ ਚਲੋ ਮੇਰੇ ਨਾਲ ਉਹਦੀ ਬੰਨੀ 800 ਰੁਪਿਆ ਪੱਕੀ ਪੇਮੈਂਟ 1000 1000 ਇੱਕ ਛੋਦੀ ਇੱਕ ਛੋਦੀ ਇਹਦੀ 1800 ਹੂੰ 1800 ਰੁਪਿਆ ਪੇਮੈਂਟ ਇੱਕ ਛੋਦੀ ਇੱਕ ਛੋਦੀ ਠੀਕ ਹੈ ਬੰਨੀ ਤੀ ਭਈ ਉਹ ਨਾ ਬੰਦਾ ਭਈ ਮਾਰਚ ਤੱਕ ਸਾਡੇ ਨਾਲ ਸਹੀ ਚੱਲਿਆ ਮਾਰਚ ਚ ਨਾ ਉਹਨੂੰ ਇਹ ਹੋ ਗਿਆ ਵੀ ਇਹ ਕਿਤੇ ਹੋਰ ਭੱਜਣੇ ਹੂੰ ਉਹ ਬਈ ਸਾਡੀ ਪੇਮੈਂਟ ਰੋਕਣ ਲੱਗ ਗਿਆ ਇਹਦਾ 22000 ਰੁਪਏ ਰੋਕ ਲਿਆ ਤੁਸੀਂ ਐਂ ਹਿਸਾਬ ਲਾ ਲਓ ਵੀ ਉਦੋਂ ਸਾਡੇ ਲਈ 22000 ਬਹੁਤ ਸੀ ਹੂੰ ਬਾਈ ਦੋ ਮਹੀਨੇ ਦੀ ਕਮਾਈ ਸੀ ਸਾਡੀ 22500 ਉਹਨੇ ਕੀ ਕੀਤਾ ਬਈ ਨਾ ਮੈਨੂੰ ਜਿਹੜੀਆਂ ਆਪ ਦੇ ਪੱਲੋਂ ਡਰੈੱਸ ਆ ਸਮਾ ਕੇ ਦਿੱਤੀਆਂ ਹੋਈਆਂ ਸੀ ਉਹ ਘਰੇ ਪਈਆਂ ਤੇ ਮੈਂ ਉਹਨੂੰ ਬਈ ਨਾ ਤਿੰਨ ਚਾਰ ਦਿਨਾਂ ਤੋਂ ਫੋਨ ਕਰਨ ਲੱਗਿਆ ਮਹਾ ਵੀ ਕਾਜਲ ਦੇ ਘਰੇ ਪੈਸੇ ਪਾਉਣੇ ਆ ਬਈ ਬਣ ਕੇ ਪੈਸੇ ਪਾ ਦੇ ਅੱਜ ਪਾਉਣਾ ਕੱਲ ਪਾਉਣਾ ਅੱਜ ਪਾਉਣਾ ਕੱਲ ਪਾਉਣਾ ਤੇ 1 April ਦੀ ਲਾਸਟ ਸਾਡੀ ਐਗਰੀਮੈਂਟ ਦੀ ਡੇਟ ਸੀ ਹੂੰ ਤੇ ਬਈ ਜਦੋਂ ਮਾਰਚ ਉਹਨੇ ਟਪਾਤਾ 1 April ਨੂੰ ਮੈਂ ਉਹਨੂੰ ਫੋਨ ਕੀਤਾ ਮਾ ਭਾਈ ਅੱਜ ਐਗਰੀਮੈਂਟ ਦੀ ਲਾਸਟ ਜਿਹੜਾ ਪੈਸੇ ਤਾਂ ਪਾ ਦੇ ਕਹਦਾ ਕੋਈ ਨਹੀਂ ਤੁਸੀਂ ਜਿਹੜਾ ਭਾਈ ਦੇ ਮਾ ਠੀਕ ਹੈ ਭਾਈ ਜਦੋਂ ਸਾਨੂੰ ਐ ਪਤਾ ਲੱਗਿਆ ਵੀ ਹੁਣ ਇਹ ਬੰਦਾ ਪੈਸੇ ਨਹੀਂ ਦਿੰਦਾ ਅਸੀਂ ਭਾਈ ਉਹਦੇ ਨਾਲ ਕਲੇਸ਼ ਕਰ ਲਿਆ ਹੂੰ ਤੋ ਪੈਸੇ ਨਹੀਂ ਦਿੰਦਾ ਕਿ ਨਹੀਂ ਦਿੰਦਾ ਦੱਸ ਉਹਨਾਂ ਭਾਈ ਇੱਕ ਬੰਦਾ ਲੈ ਕੇ ਮੈਨੂੰ ਕੁੱਟਣ ਆ ਗਿਆ ਸਾਨੂੰ ਕੰਮ ਰਹਿ ਗਿਆ ਜਿੱਥੇ ਅਸੀਂ ਰਹਿੰਦੇ ਸੀ ਉਨੇ ਹੀ ਰੱਖਿਆ ਹੋਇਆ ਸੀ ਕੋਠੀ ਲੈ ਕੇ ਕਿਰਾਏ ਤੇ ਤੋਂ ਸਾਰੇ ਰਹਿੰਦੇ ਉੱਥੇ ਇਕੱਠੇ ਤੇ ਸਾਨੂੰ ਕੁੱਟਣ ਆ ਗਿਆ ਜਦੋਂ ਮੈਂ ਮੇਰੀਆਂ ਉਹ ਡਰੈਸਾਂ ਚੱਕ ਕੇ ਲੈ ਗਿਆ ਜਦੋਂ ਡਰੈਸਾਂ ਲੈ ਗਿਆ ਮੈਨੂੰ ਆਖਿਆ ਵੀ ਮਹਾ ਆਪਾਂ ਇਕੱਲੇ ਆ ਆਪਣਾ ਬੰਨਣਾ ਵੀ ਕੁਝ ਨਹੀਂ ਤੂੰ ਐਪਲੀਕੇਸ਼ਨ 100 ਨੰਬਰ ਤੇ ਪੁਲਿਸ ਦੇ ਫੋਨ ਕਰ ਤੇ ਸਾਨੂੰ ਕਿਸੇ ਨੇ ਦਿੱਤੀ ਸੁਜੈਸ਼ਨ ਹਾਂ ਰਹਿ ਦਿੱਤੀ ਵੀ 100 ਨੰਬਰ ਤੇ ਕਾਲ ਕਰ ਉਦੋਂ ਉਹ ਕਹਿੰਦੇ ਵੀ ਕੁੜੀਆਂ ਦੀ ਬਹੁਤ ਮੰਨੀਆਂ ਜਾਂਦੀ ਸੀ ਉਹ ਹੁਣ ਵੀ ਮੰਨੀ ਜਾਂਦੀ ਹੈ ਚਲੋ ਤੇ ਇਹਨੇ ਕੀ ਕੀਤਾ 100 ਨੰਬਰ ਤੇ ਕਾਲ ਕੀਤੀ ਭਾਈ ਸਾਡਾ ਸੌ ਹਸੂ ਹਾ ਕੇ 22500 ਇਹਦਾ ਤਾਂ ਮੁੜਿਆ ਆ ਨਵੰਬਰ ਤੋਂ ਲੈ ਕੇ ਮਾਰਚ ਤੱਕ ਮੇਰਾ 41000 300 ਰੁਪਿਆ ਬਣਿਆ ਸੀ ਅੱਜ ਤੱਕ ਪਿਆ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਇਹਦੇ ਪਾਸੇ ਤੋਂ ਸਾਡੇ 45000 40000 ਵੱਧੂ ਬੰਦਿਆਂ ਨੇ ਰੋਕੇ ਹੋਏ ਆ ਰੋਕੇ ਹੋਏ ਨਹੀਂ ਭਾਈ ਉਥੋਂ ਅਸੀਂ ਕੀ ਹੋਇਆ ਅਸੀਂ ਉਥੋਂ ਮੋਟਰਸਾਈਕਲ ਚੱਕਿਆ ਸੀ ਘਰੇ ਆ ਕੇ ਬੋਹਾ ਪਹਿਲੀ ਵਾਰ ਇਹ ਮम्मी ਨੂੰ ਮਿਲੀ ਆ ਮਾਂ ਮਮੀ ਇਹ ਕੁੜੀ ਵੀ ਸੁਣਨੀ ਪਤਤਵਾ ਆਪਾਂ ਚਲੋ ਮਖੇਵੀ ਮੇਰੇ ਕਰਕੇ ਮੈਂ ਉਥੇ ਰੱਖੀ ਸੀ ਉਹ ਮੁੰਡੇ ਕੋਲੇ ਉਹ ਐ ਕਰ ਗਿਆ ਮਾਂ ਸਾਨੂੰ ਡਰ ਸੀ ਵੀ ਕੁਝ ਗਲਤ ਨਾ ਹੋ ਜੇ ਮੰਮੀ ਕਹਿੰਦੀ ਕੋਈ ਚੱਕਰ ਨਹੀਂ ਪੁੱਤ ਆਪਣੀ ਕੁੜੀ ਆ ਰਹਿਣ ਦੇ ਨੂੰ ਠੀਕ ਹੈ ਜੀ ਉਥੋਂ ਰਹਿ ਅਸੀਂ ਨਾ ਹੌਲੀ ਹੌਲੀ ਇੱਕ ਬੰਦੇ ਨਾਲ ਫੇਰ ਪੰਜਾਬ ਚ ਕਨੈਕਟ ਕੀਤਾ ਠੀਕ ਹੈ ਇੱਕ ਮੁੰਡਾ ਸੀ ਪ੍ਰਵੋ ਬਰੋਖਾ ਸ਼ਾਇਰ ਆ ਵੀ ਮੈਂ ਉਹਦੇ ਨਾਲ ਗੱਲ ਕੀਤਾ ਉਹਨੇ ਸਾਡਾ ਬਈ ਪਹਿਲੇ ਦਿਨ ਸ਼ੋਅ ਲਵਾਇਆ 4500 ਰੁਪਏ ਚ ਹੂੰ ਵਿੱਦ ਗੱਡੀ ਦੋਨੇ ਜਾਣਾ ਦਾ ਅੱਛਾ ਵੀ ਤੁਸੀਂ ਆ ਜੀ ਤੇ 458 1500 ਗੱਡੀ ਆਲਾ ਲਗਿਆ ਰੁਪਇਆ ਬਾਕੀ ਆ 3000 ਤੇ 2000 ਇਹਨੂੰ ਦਿੱਤਾ 1000 ਮੇਰੇ ਕੋਲ 200 ਵਾਧਾ ਆਇਆ 200 ਮੈਨੂੰ ਵਾਧਾ ਆਇਆ ਸਾਨੂੰ ਇੰਨੀ ਖੁਸ਼ੀ ਵੀ ਯਾਰ ਅੱਜ 200 ਵਾਧਾ ਆਇਆ ਤੇ ਇੱਕ ਡਾਇਰੈਕਟ ਪਾਰਟੀ ਨੇ ਸਾਨੂੰ ਬੁਲਾਇਆ ਹੂੰ ਉਸ ਤੋਂ ਬਾਅਦ ਨਾ ਬਈ ਘਰਦਿਆਂ ਨੇ ਚਲੋ ਵਧੀਆ ਸੀ ਸਿਆਣਾ ਹੋ ਗਿਆ ਮੈਂ ਹਨਾ ਘਰਦਿਆਂ ਨੇ ਮੋਟਰਸਾਈਕਲ ਲਵਾਦਾ ਮੈਨੂੰ ਮੋਟਰਸਾਈਕਲ ਦਵਾ ਕੇ ਬਈ ਨਾ ਚਲੋ ਸਪਲੈਂਡਰ ਦੀਦੀ ਨੇ ਕਿਸ਼ਤਾਂ ਦੇ ਘੜਾਤਾ ਚਲੋ ਕਿਸ਼ਤ ਭਰਦਾ ਰਿਹਾ ਮੈਂ ਕਿਹਾ ਦੀਦੀ ਨੂੰ ਕਿਹਾ ਵੀ ਮੈਂ ਕਿਸ਼ਤ ਭਰਦਾ ਗਿਰ ਮੈਨੂੰ ਕਢਾ ਦੇਣਾ ਨਹੀਂ ਕੜਾਤਾ ਜਲੋ ਤੇ ਫਾਦਰ ਸਾਹਿਬ ਦੀ ਤੋਂ ਉਹ ਹੋ ਗਈ ਸੀ ਆਪਣਾ ਡਿਊਟੀ ਤੋਂ ਕੱਢ ਤੀ ਅੱਛਾ ਹਾਂ ਐਕਸੀਡੈਂਟ ਹੋਣ ਕਰਕੇ ਡੈਡੀ ਤੋਂ ਕੰਮ ਨਹੀਂ ਹੋਇਆ ਸੀ ਅੱਛਾ ਵੀ ਘਰ ਦੀ ਕੰਡੀਸ਼ਨ ਚੰਮੀ ਬੰਦ ਹੋ ਗਈ ਬਈ ਅੱਛਾ ਤੇ ਚਾਚੇ ਦਾਇਆ ਨੇ ਕੀ ਕੀਤਾ ਬਈ ਚਾਚਿਆਂ ਨੇ ਜਿਹੜਾ ਹਿੱਸਾ ਆਉਂਦਾ ਸੀ ਜ਼ਮੀਨ ਦਾ ਸਾਨੂੰ ਡੈਡੀ ਨੂੰ ਕਿੱਲਾ ਜ਼ਮੀਨ ਆਉਂਦੀ ਸੀ ਇਕ ਉਹਦੀ ਨਾ ਠੇਕਾ ਟੁੱਕਾ ਸੀ ਉੱਥੋਂ ਪਿੰਡੀ ਦੇ ਆਉਂਦੇ ਹੁੰਦੇ ਸੀ ਵੀ ਚਾਚੇ ਹੋਰਾਂ ਨੂੰ ਉਹਨਾਂ ਨੇ ਬਈ ਸਾਨੂੰ ਕਦੇ ਪੂਰੀ ਕਣਕ ਨਹੀਂ ਦਿੱਤੀ ਸੀ 6 ਮਹੀਨਾ ਤੇ ਕਦੇ ਠੇਕਾ ਪੂਰਾ ਨਹੀਂ ਦਿੱਤਾ ਸੀ ਵੀ ਉਹਨਾਂ ਨੂੰ ਇੱਕ ਤਾਂ ਇਹ ਸੀ ਵੀ ਇਹਨਾਂ ਕੋਲੇ ਪੈਸੇ ਬਹੁਤ ਹੋਣਗੇ ਡੈਡੀ ਸਰਕਾਰੀ ਪੀਆਟੀ ਪੀਆਰਟੀਸੀ ਦੇ ਕਨੈਕਟਰ ਸੀਗੇ ਵੀ ਬਾਲੀ ਤਨਖਾਹ ਦਾ ਡੈਡੀ ਦੀ 12000 ਰੁਪਏ ਤਨਖਾਹ ਸੀ ਤੇ ਜਦੋਂ ਡਿਊਟੀ ਤੋਂ ਵੀਰੇ ਉਹ ਰਿਟਾਇਰ ਹੋ ਗਏ ਆ ਸੌਰੀ ਉਹ ਕਰਤਾ ਡਿਊਟੀ ਦੀ ਉਦੋਂ ਡੈਡੀ ਸ਼ਰਾਬ ਪੀਂਦੇ ਹੁੰਦੇ ਸੀ ਜਾਂ ਤੇ ਇੱਕ ਦੋ ਵਾਰੀ ਚੈੱਕ ਕਰ ਕਰਕੇ ਫੜੇ ਗਏ ਤੇ ਡੈਡੀ ਨੂੰ ਡਿਸਮਿਸ ਕਰਤਾ ਉਹਨਾਂ ਨੇ ਡਿਸਮਿਸ ਕਰਤਾ ਵੀਰੇ ਵੀ ਬਹੁਤ ਔਖੀ ਕੰਡੀਸ਼ਨ ਹੋ ਗਈ ਤੇ ਮੈਂ ਨਾ ਜਿੰਨੇ ਵੀ ਚਲੋ ਮੰਮੀ ਨੂੰ ਆਇਆ ਕਰਨ ਮੈਂ ਹਫਤੇ ਚ 1200 2000 ਤੇ ਆਇਆ ਕਰਨ ਤੇ ਪੈਣਾ ਪੜਨ ਲੱਗ ਗਿਆ ਤੇ ਉਦੋਂ ਬਹੁਤ ਔਖਾ ਚੱਲਿਆ ਗੁਜ਼ਾਰਾ ਚਲੋ ਮੰਗਤੰਗ ਕੇ ਚੱਲੀ ਗਿਆ ਹਨਾ ਸੈੱਟ ਹੋ ਗਿਆ ਤੇ ਉਸ ਤੋਂ ਬਾਅਦ ਡੈਡੀ ਦਾ ਜਦੋਂ ਵੀਰੇ ਆਪਰੇਸ਼ਨ ਹੋਆ ਡੈਡੀ 3 ਕਿ ਮਹੀਨੇ ਬਾਅਦ ਸੈੱਟ ਹੋ ਗਏ ਜੋਬ ਤੇ ਫਿਰ ਚੜ ਗਏ ਤੇ ਡਾਕਟਰ ਨੇ ਇਹ ਕਿਹਾ ਸੀ ਵੀ ਤੁਸੀਂ ਸ਼ਰਾਬ ਨਾ ਪੀਓ ਤੇ ਚਲੋ ਸ਼ਰਾਬ ਡੈਡੀ ਕਿੱਥੇ ਛੱਡੀ ਜਾਂਦੀ ਹੁੰਦੀ ਹੈ ਨਾ ਸ਼ਰਾਬ ਡੈਡੀ ਨੇ ਛੱਡੀ ਨਹੀਂ ਚਲੋ ਫਿਰ ਡੈਡੀ ਦਾ ਐਕਸੀਡੈਂਟ ਹੋਇਆ ਬੱਸ ਪਲਟੀ ਡੈਡੀ ਦੇ ਨਾ ਪੱਟ ਦੇ ਵਿੱਚ ਦੀ ਰੌਣ ਲੱਗੀ ਅੱਛਾ ਰੌਣ ਲੱਗੀ ਜਦੋਂ ਤੇ ਉਦੋਂ ਜਮੀ ਡੈਡੀ ਥੱਲੇ ਆ ਗਏ ਵੀ ਜਿਹੜਾ ਚਲੋ ਪੈਸੇ ਸੀ ਸਾਮੇ ਹੋਏ ਠੀਕ ਹੈ ਉਹ ਸਾਰੇ ਲਾਸਤੇ ਲਾ ਕੇ ਤੇ ਇੱਕ ਟਾਈਮ ਕਣਕ ਵੀ ਅਸੀਂ ਮੰਗਣ ਲੱਗੇ ਸੀ ਵੀ ਜੇ ਅੱਜ 100 ਰੁਪਏ ਜਾਂ ਕੋਈ 200 ਰੁਪਏ ਦੇ ਦੇ ਤਾਂ ਰੋਟੀ ਬਣਾ ਲਈਏ ਕਰਜ਼ਾ ਦੁਕਾਨਦਾਰਾਂ ਦਾ ਵੀ ਜਿੱਥੇ ਦਾ ਨਾ ਇੱਕ ਡੈਡੀ ਦੀ ਰੈਪਿਊਟੇਸ਼ਨ ਐਨੀ ਸੀ ਵੀ ਮੈਂ ਤੁਰਿਆ ਜਾਂਦਾ ਹਾਂ ਅਸੀਂ ਮਾਰਕੀਟ 'ਚ ਤਾਂ ਲੋਕ ਕਹਿੰਦੇ ਸੀ ਵੀ ਗਾਂਧੀ ਦਾ ਮੁੰਡਾ ਜਾਂਦਾ ਓਏ ਤੇ ਮੈਂ ਤੁਰਿਆ ਜਾਂਦਾ ਭਾਵੇਂ 50000 ਦੀ ਚੀਜ਼ ਫੜਨਾ ਹੁੰਦਾ ਸੀ ਕਿੱਥੇ ਉਹ ਚੀਜ਼ ਤੇ ਆ ਗਏ ਵੀ ਆਪ ਨੂੰ ਮੂਲ ਕੋਣਾ ਪੈਂਦਾ ਸੀ ਵੀ ਉਹ ਦੁਕਾਨਦਾਰ ਦੇ ਪੈਸੇ ਦੇਣੇ ਆ ਕਿੱਥੇ ਮੰਗਣਾ ਲੱਗੇ ਸਾਰੇ ਬਾਜ਼ਾਰ 'ਚ ਇੱਥੇ ਆ ਗਏ ਉਸ ਤੋਂ ਬਾਅਦ ਬਈ ਮੈਂ ਜਮੇ ਟੀਚਰ ਰੱਖ ਲਿਆ ਬੀਏ ਫਾਈਨਲ ਦਾ ਮੈਂ ਪ੍ਰਾਈਵੇਟ ਪਰੇ ਜੋਬ ਦਾਖਲਾ ਬਿਕਮ ਕਰਨਾ ਤਾਂ ਕਰ ਨਹੀਂ ਆ ਚਲੋ ਉਸ ਤੋਂ ਬਾਅਦ ਡੈਡੀ ਦੀ ਪੈਨਸ਼ਨ ਲੱਗ ਗਈ ਪੈਨਸ਼ਨ ਲੱਗ ਗਈ ਖਿੱਚ ਤੋ ਕੇ ਪਸ਼ਪਾਰ ਸ਼ਸ਼ਪੁਰਸ਼ਾ ਪਾ ਕੇ ਲੱਗੀ ਠੀਕ ਹੈ ਪੈਨਸ਼ਨ ਲੱਗੀ 12000 ਰੁਪਏ 8000 ਰੁਪਏ 8500 ਹੋਣ ਹੋਇਆ ਗਿਆ 12000 ਚਲੋ 8500 ਰੁਪਏ ਨਾਲ ਲੱਗਿਆ ਘਰ ਦਾ ਥੋੜਾ ਥੋੜਾ ਜਿਆਦਾ ਚੱਲਣ ਲੱਗ ਗਿਆ ਭਾਈ ਚੱਲਣ ਲੱਗ ਗਿਆ ਮੈਂ ਵੀ ਬਈ ਕੰਮ ਮੇਰਾ ਵੀ ਵਧੀਆ ਚੱਲ ਪਿਆ ਠੀਕ ਹੈ ਅਸੀਂ ਦੋਨੇ ਕੰਮ ਕਰਨ ਲੱਗੇ ਅਸੀਂ ਖਰਚਾ ਮੋੜਨ ਲੱਗੇ ਉਸ ਤੋਂ ਬਾਅਦ ਭੈਣ ਨੇ ਜੋਬ ਕੀਤੀ ਵੱਡੀ ਭੈਣ ਨੇ ਕੀਤੀ ਚੈਨਲ ਦੀ ਠੀਕ ਹੈ ਨਿਊਜ਼ ਦੀ ਤੇ ਉਹਨਾਂ ਨੇ ਡਿਪਲੋਮਾ ਕੀਤਾ ਆ ਮੀਡੀਆ ਦਾ ਫਿਲਮ ਟ੍ਰੈਕਸ਼ਨ ਦਾ ਉੱਤਰ ਸੈੱਟ ਹੋ ਗਏ ਪ੍ਰਾਈਵੇਟ ਜੌਬ ਲੈ ਲਈ ਉਹਨਾਂ ਨੇ ਛੋਟੀ ਭੈਣ 2016 ਚ ਆ ਕੇ 17 ਚ ਆ ਕੇ ਭਰਤੀ ਹੋ ਗਈ ਪੰਜਾਬ ਪੁਲਿਸ ਰਿਸ਼ਤੇਦਾਰ ਨੱਕ ਮੋੜਨ ਲੱਗ ਗਏ ਸੀ ਜਿਹੜੇ ਜਮੀ ਖਤਮ ਕਰਤਾ ਸੀ ਰਿਸ਼ਤੇਦਾਰਾਂ ਨੇ ਵੀ ਇਹਨਾਂ ਦਾ ਫੋਨ ਹੀ ਨਹੀਂ ਚੱਕਣਾ ਚਲੋ ਮੰਮੀ ਹੋਰਾਂ ਨਾਲ ਤਾਂ ਗੱਲ ਕਰਦੇ ਰਹਿੰਦੇ ਠੀਕ ਹੈ ਮੇਰੇ ਨਾਲ ਦਾ ਨੰਬਰ ਮੇਰੇ ਡਿਲੀਟ ਕਰਤੇ ਸੀ ਵੀ ਇਹ ਕੰਜਨਾ ਨਾਲ ਲੱਗ ਗਿਆ ਕਿਤੇ ਕਿਸੇ ਵਿਆਹ ਚ ਜੇ ਮਿਲ ਗਿਆ ਜੇ دوست ਖੜੇ ਹੋਣ ਜਾਂ ਸਾਡੀਆਂ ਨਾਲ ਬੁੜੀਆਂ ਹੋਣ ਵੀ ਕਿਤੇ ਐ ਉਹਨਾਂ ਦੇ ਸਾਹਮਣੇ ਆ ਕੇ ਇਹ ਨਾ ਕਹਦੇ ਮਾਸੀ ਸਸਰੀ ਕਾਲ ਤਾਂ ਹੀ ਸਸਰੀ ਕਾਲ ਚਾਚਾ ਸਸਰੀ ਕਾਲ ਹਨਾ ਵੀ ਉਹ ਚੀਜ਼ ਜਮੀ ਮੇਰੇ ਉਹਨੀਆਂ ਮਰ ਗਈ ਮੇਰੇ ਵੀ ਮੈਂ ਸੋਚਦਾ ਮੇਰੀ ਮਾਸੀ ਦਾ ਮੁੰਡਾ ਜਾਂ ਮੇਰੇ ਚਾਚੇ ਦਾ ਮੁੰਡਾ ਮੈਨੂੰ ਤਾਏ ਦਾ ਮੁੰਡਾ ਕਾਲ ਕਰੇ ਤਾਂ ਕਿੰਨਾ ਖੁਸ਼ ਹੁੰਦਾ ਹਨਾ ਬੰਦਾ ਜਮੀ ਖਤਮ ਹੋ ਗਈ ਬਈ ਖਤਮ ਹੋ ਗਈ 2019 ਚ ਆ ਕੇ ਸਾਡੀ ਵੀਡੀਓ ਵਾਇਰਲ ਹੋਈ ਬਈ ਵਾਇਰਲ ਹੋਈ ਮੂਸੇ ਵਾਲੇ ਬਾਈ ਨੇ ਪਾਈ ਜੱਟ ਨੇ ਚਲੋ ਬਹੁਤ ਦੇਣਾ ਬਈ ਉਹਦੀ ਮੇਰੀ ਜ਼ਿੰਦਗੀ ਚ ਨਾ ਸਟੋਰੀ ਆਪਦੇ ਪੇਜ ਤੇ ਮੈਂਸ਼ਨ ਕਰੀ ਮੈਨੂੰ ਬਈ ਬਹੁਤ ਖੁਸ਼ੀ ਹੋਈ ਮੈਨੂੰ ਦਿਖਾਈ ਮਹਾ ਵੀ ਅੱਜ ਆਪਣੀ ਬਾ ਰੱਖੀ ਆ ਤੇ ਉਸ ਤੋਂ ਬਾਅਦ ਬਈ ਮੱਟ ਬਈ ਆ ਇੱਕ ਵਿਆਹ ਚ ਅਸੀਂ ਦੋਨੇ ਸੇਮ ਐਡਰੈਸ ਆ ਪਾਉਣ ਲੱਗ ਗੀ ਸੀ ਸੇਮ ਐਡਰੈਸ ਆ ਪਾਉਂਦੇ ਪਾਉਂਦੇ ਸੀ ਨਾ ਪਾਈ ਮੱਟ ਦੇਖ ਰਿਆ ਸਾਹਮਣੇ ਚਲੋ ਰੱਬ ਜਾਣਦਾ ਮਟ ਕਿਸ ਚੀਜ਼ ਲਈ ਆਇਆ ਜਾਂ ਉਹਨੂੰ ਇੱਕ ਵਿਵਾਂ ਦੀ ਲੋੜ ਸੀ ਜਾਂ ਕਿਸ ਚੀਜ਼ ਦੀ ਵੀ ਲੋੜ ਸੀ ਉਹ ਆਇਆ ਬਈ ਬੈਕ ਤੇ ਬੈਕ ਤੇ ਸੱਚ ਸੌਰੀ ਉਹ ਸਾਹਮਣੇ ਖੜਾ ਮੈਂ ਸਟੇਜ ਤੋਂ ਉਤਰਿਆ ਮੈਂ ਨਾ ਆਰਗੇਨਾਈਜ਼ਰ ਆਖ ਮਾ ਬਈ ਮਟ ਬਈ ਆ ਰਿਹਾ ਮੈਂ ਗਾਣਾ ਤਾ ਸੌਰੀ ਫੋਟੋ ਕਰਨੀ ਹੈ ਤੇ ਸਾਡੀ ਐਡੀ ਕਿਸਮਤ ਚੰਗੀ ਕੋਈ ਬਾਹ ਫੜਨੀ ਸੀ ਰੱਬ ਨੇ ਮਟ ਪਿੱਛੇ ਆ ਗਿਆ ਬਈ ਕਿਆ ਬਾਤ ਹੂੰ ਕਹਿੰਦਾ ਮੈਂ ਕਿਹਾ ਬਾਈ ਮੈਂ ਦੂਰ ਉਹਦੇ ਨਾਲ ਫੋਟੋਆਂ ਕਰਾਣੇ ਮਾ ਬਾਈ ਮੈਂ ਤੇਰੇ ਨਾਲ ਫੋਟੋ ਕਰਾਣੇ ਬਾਈ ਬਾਈ ਉਹ ਕਹਿੰਦਾ ਛੋਟੇ ਆ ਗਿਆ ਤੇਰੇ ਕੋਲ ਹੀ ਆ ਰਿਹਾ ਜਦੋਂ ਭਾਈ ਇੰਨਾ ਕਿਹਾ ਸਾਰੇ ਆਰਟਿਸਟ ਬੈਠੋ ਕਹਿੰਦੇ ਹੈ ਇਹਦੇ ਕੋਲੇ ਕੀ ਕਰਨ ਆਇਆ ਕਹਿੰਦਾ ਪੁੱਤ ਮੈਂ ਤੁਹਾਡੀ ਇੱਕ ਛੋਟੀ ਜੀ ਵੀਡੀਓ ਬਣਾ ਲਾਂ ਮਹਾਬਾਈ ਬਣਾ ਲੂ ਆਣਾ ਚੱਲ ਉਹਦੇ ਬਾਰੇ ਸਾਡੇ ਬਾਰੇ ਪੁੱਛਿਆ ਕਹਿੰਦਾ ਬਹੁਤ ਸੋਹਣੀ ਜੁੜੀਆਂ ਹਨ ਭਾਈ ਆਥ ਨੇ ਜਦੋਂ ਮੈਨੂੰ ਨਾ ਭਾਈ ਮੈਂ ਸਾਡੇ ਪੇਜ ਤੇ YouTube ਤੇ 10 ਸਬਸਕ੍ਰਾਈਬਰ ਸੀ ਤੇ ਜਦੋਂ ਭਾਈ ਆਥ ਨੇ ਮੈਨੂੰ ਫੋਨ ਆਉਣ ਲੱਗੇ ਲੋਕਾਂ ਦੇ ਕਹਿੰਦੇ ਭਾਈ ਤੇਰੀ ਮੱਟ ਨੇ ਵੀਡੀਓ ਪਾਦੀ ਭਾਈ Facebook ਤੇਰੀ ਮੱਠ ਨੇ ਵੀਡੀਓ ਪਾਦੀ ਮੈਂ ਕਿਹਾ ਹੈ ਮਟਨੇ ਵੀਡੀਓ ਪਾਤੀ ਬਾਈ ਉਹਨੂੰ 10000 ਵਿਊਜ਼ ਆਏ ਹੋਏ ਫੁੱਲ ਆ ਡਾ ਰਿਸਪੌਂਸ ਆ ਰਿਹਾ ਵੀ ਉਹ ਸਾਡੇ ਲਈ ਇੱਕ ਰੱਬ ਬਣ ਕੇ ਆਈ ਸੀ ਜਿੱਥੋਂ ਸਾਨੂੰ ਇੱਕ ਵਧੀਆ ਪਲੇਟਫਾਰਮ ਮਿਲਿਆ ਪਲੇਟਫਾਰਮ ਮਿਲਿਆ ਉਸ ਤੋਂ ਬਾਅਦ ਬਾਈ ਮੇਰੀ ਲਾਈਫ ਚ ਦੂਜਾ ਪਰਸਨ ਬਿੱਟੂ ਬਈਆ ਬਿੱਟੂ ਚੱਕਲਾ ਉਹਨੇ ਇੰਟਰਵਿਊਜ਼ ਕਰੀ ਮੇਰੀ ਉਹ ਪੂਰੀ ਲੈਵਲ ਤੇ ਫੁੱਲ ਚਲੋ ਸਾਨੂੰ ਫੰਕਸ਼ਨ ਪੈਣ ਲੱਗੇ ਸਾਡੀ ਪਛਾਣ ਬਣ ਗਈ ਵੀ ਹਾਂ ਇੱਕ ਜੋੜੀ ਆ ਹੂੰ ਸੇਮ ਡਰੈੱਸਾਂ ਪਾਉਣ ਲੱਗੇ ਵੀ ਜਿਵੇਂ ਆ ਕੇ ਨੇ ਇੱਕੋ ਜਿਹਾ ਕੰਮ ਕਰਨ ਲੱਗੇ ਬਾਈ ਮੈਂ ਉਸ ਤੋਂ ਬਾਅਦ ਜਿੱਥੇ ਮੈਨੂੰ ਫੰਕਸ਼ਨ ਹੋਇਆ ਕਰੇ ਜੇ ਮੈਨੂੰ ਅਗਲਾ ਕਹਿਆ ਕਰੀ ਵੀ 4000 ਦਊਂਗਾ 250 ਕਿਲੋਮੀਟਰ ਆਉਣਾ ਇਹਨੂੰ ਮੈਂ ਬਿਠਾਇਆ ਕਰਾਂ ਬੈਗ ਰੱਖਿਆ ਕਰ ਅੱਗੇ ਮੋਟਰਸਾਈਕਲ ਤੇ ਜਾਣ ਦੇ ਮੋਟਰਸਾਈਕਲ ਤੇ ਚੱਲ ਜਾਂਦੇ ਸੀ ਚੱਲ ਜਾਂਦੇ ਬਸ ਤੇ ਬਈ ਅੱਛਾ ਜੀ ਨੂੰ ਜਿੱਦਾਂ ਹੁਣ ਕਿਸੇ ਪਰਸਨ ਨੇ ਮੈਨੂੰ ਪੁੱਛ ਲਿਆ ਬਈ ਤੁਹਾਡੇ ਕੋਲੇ ਕੱਲ ਨੂੰ ਡੇਟ ਖਾਲੀ ਏ ਮੈਂ ਕਿਹਾ ਹਾਂਜੀ ਖਾਲੀ ਏ ਜੀ ਸਾਡੇ ਕੋਲ ਖਾਲੀ ਹੁੰਦੀ ਸੀ ਨਾ ਬਈ ਜੋ ਮੈਨੂੰ ਕਹਿੰਦਾ ਸੀ ਵੀ 2000 ਚਲਾਉਣੀ ਆ ਤਾਂ ਲਾਉਂਦਾ ਹੁੰਦਾ ਸੀ ਵੀ 2000 ਤਾਂ ਆਊਗਾ ਕੁਛ ਤਾਂ ਆਊਗਾ ਨਿਕਲ ਉਸ ਤੋਂ ਬਾਅਦ ਬਈ ਚੱਲਦੇ ਚੱਲਦੇ ਲੋਕਾਂ ਦੀਆਂ ਨਜ਼ਰਾਂ ਬਹੁਤ ਗੰਦੀਆਂ ਰਹੀਆਂ ਹੂੰ ਫੇਰ ਲਾਸਟ ਬਈ ਮਨ ਟੁੱਟਿਆ ਜਮਾ ਐਂਡ ਤੇ ਆ ਕੇ 2021 ਚ ਲੋ ਕਿਵੇਂ ਉਹ ਬਈ ਮੈਂ ਮਾਨਸਾ ਆਪਣੇ ਯਾਰ ਦੋਸਤ ਦੇ ਘਰੇ ਇੱਕ ਦੋ ਦਿਨ ਸਟੇ ਕੀਤਾ ਸੀ ਸਟੇ ਕੀਤਾ ਚਲ ਬਦਲੇ ਚ ਉਹਨੂੰ ਉਹਦੇ ਨਾਲ ਮੈਂ ਘਰੇ ਜੇ ਰਹਿੰਦਾ ਸੀ ਦੁੱਧ ਦੱਦ ਜਿਹੜਾ ਵੀ ਮੈਥੋਂ ਸਰਦਾ ਸੀ ਮੈਂ ਲਿਆਉਂਦਾ ਸੀ ਉਹਨਾਂ ਬਈ ਸਾਨੂੰ ਸ਼ਾਮ ਦਾ ਟਾਈਮ ਰਤੀਏ ਸਾਡਾ ਸ਼ੋਅ ਸੀ ਮੈਂ ਉਦੋਂ ਚਲੋ ਰੈਂਟ ਰੂਟ ਤੇ ਰੂਮ ਸਾਟ ਤੋਂ ਲਿਆ ਨਹੀਂ ਜਾਇਆ ਸੀ ਕਿਰਾਏ ਗੁਰੂ ਇੱਥੇ ਠੀਕ ਹੈ ਐਨੀ ਨਾਲੇ ਪਹੁੰਚ ਨਹੀਂ ਸੀ ਵੀ 2000 ਕਮਾਉਂਦੇ ਸੀ ਉਹੀ ਅਸੀਂ ਘਰੇ ਦੇ ਦਾਂਗੇ ਸੀ ਠੀਕ ਹੈ ਇਹਨੂੰ ਮੈਂ ਘਰੇ ਸੋਨੀਪੱਤ ਭੇਜ ਦਾਂਦਾ ਮੈਂ ਆਪ ਘਰੇ ਬਹਿ ਜਾਂਦਾ ਜਾਂ ਜਾਂ ਕਿਸੇ ਮੁੰਡੇ ਕੋਲ ਸਟੇ ਕਰ ਲਾਂਦੇ ਸੀ ਵੀ ਫੈਮਿਲੀ ਚ ਉਹਦੀ ਚ ਮੈਂ ਬਈ ਉਹਨੂੰ ਆਖਿਆ ਮਾਂ ਵੀ ਅਸੀਂ ਸਾਨੂੰ ਨੇਹਰਾ ਹੋ ਜਾਊਗਾ ਤੇ ਵੀ ਅਸੀਂ ਤੇਰੇ ਕੋਲੇ ਆ ਜੀ ਇਹ ਕਹਿੰਦਾ ਬਈ ਕੋਈ ਗੱਲ ਨਹੀਂ ਤੁਸੀਂ ਰਤੀ ਤੋਂ ਸਿੱਧਾ ਮਾਨਸਾ ਆ ਜਾਓ ਬਈ 7 ਵਜੇ ਮੇਰਾ ਮੋਟਰਸਾਈਕਲ ਅਸੀਂ ਫੰਕਸ਼ਨ ਤੋਂ ਚੱਲੇ ਅਸੀਂ 9:30 ਵਜੇ ਮਾਨਸਾ ਆ ਗਏ 8:30 8:30 ਮਾਨਸਾ ਜੇ ਜਦੋਂ ਵੀਰੇ ਅਸੀਂ ਉਹਨੂੰ ਫੋਨ ਕਰਨ ਲੱਗੇ ਉਹਦਾ ਫੋਨ ਬੰਦ ਸਾਨੂੰ ਬਈ ਕੈਂਚੀਆਂ ਦੇ ਖੜੀ ਖੜੀ ਅੱਧਾ ਘੰਟਾ ਹੋ ਗਿਆ ਮੈਨੂੰ ਆਖਿਆ ਕਿੱਧਰ ਜਾਵਾਂਗੇ ਉਹ ਬੰਦਾ ਆਪਣੇ ਫਾਦਰ ਸਾਹਿਬ ਨੂੰ ਅੰਦਰ ਬਿਠਾ ਕੇ ਬਾਹਰੋਂ ਲੌਕ ਝਾ ਕੇ ਲੌਕ ਲਾ ਕੇ ਜਾ ਰਿਹਾ ਵੀ ਸਾਨੂੰ ਤੂੰ ਪਹਿਲੀ ਜਵਾਬ ਦੇ ਦੇ ਸਾਡੇ ਮਨ ਚ ਇਹ ਵੀ ਸਾਡੇ ਲਈ ਤਾਂ ਰੱਬ ਆਹੋ ਜਿਹੜਾ ਸਾਨੂੰ ਜਗ੍ਹਾ ਦਊ ਅੱਜ ਰਹਿਣ ਲਈ ਬਈ ਲੌਕ ਲਾ ਕੇ ਜਾ ਰਿਹਾ ਮਾਨੂੰ ਪਥਰੇ ਪਾਉਣ ਕਿਤੇ ਉਹਨੇ ਬੰਦ ਇਹਨਾਂ ਉਨੇ ਗੇਟੋਂ ਰਿਆਂ ਖੜਕੇ ਉਹਨੇ ਬਿਰਲ ਚ ਦੇਖਿਆ ਕਿ ਨਹੀਂ ਉਹ ਤਾਂ ਬੰਦਾ ਅੰਦਰ ਆ ਗਿਆ ਨਹੀਂ ਕੋਈ ਮੈਂ ਕਿਹਾ ਨਹੀਂ ਹੋ ਨਹੀਂ ਸਕਦਾ ਅਸੀਂ ਪੇੜ ਉਥੇਰੇ ਗੇਟ ਕੁਡੂਡ ਖਾਏ ਭਾਈ ਉਸ ਤੋਂ ਬਾਅਦ ਕੀ ਅਸੀਂ ਨਾ ਬਾਹਰ ਨਿਕਲ ਨਿਕਲੇ ਜਦੋਂ ਤੇ ਅਸੀਂ ਛੜਾ ਕੁਝ ਛੱਡ ਕੇ ਵੀਰੇ ਅਸੀਂ ਸੰਗਰੂਰ ਦੇ ਨਾਲ ਪਾ ਲਿਆ ਮੈਂ ਪੁਰੇ ਮੁੰਡਾ ਸੀ ਸੰਗਰੂਰ ਦਾ ਮੈਨੂੰ ਕਾਲ ਕੀਤਾ ਮਾਂ ਭਾਈ ਮੈਂ ਤੇਰੇ ਕੋਲ ਆ ਜਾ ਕਹਿੰਦਾ ਕੋਈ ਗੱਲ ਨਹੀਂ ਪੁੱਤ ਆ ਜਾ ਤੇ ਭਾਈ ਜਦੋਂ ਅਸੀਂ ਸੰਗਰੂਰ ਦੇ ਨਾਲ ਪਾ ਲਿਆ ਮੇਰਾ ਯਾਰ ਦੋਸਤ ਤਲਵੰਡੀ ਸਾਈਡ ਤੋਂ ਉਹਦਾ ਫੋਨ ਆ ਗਿਆ ਕੁਦਰਤੀ ਹੂੰ ਕਹਿੰਦਾ ਵੀ ਕਿੱਥੇ ਆ ਮਾ ਬਈ ਮੈਂ ਆ ਗੱਲ ਹੋ ਗਈ ਸਾਡੇ ਨਾਲ ਮੁੰਡਾ ਐ ਕਰ ਗਿਆ ਯਾਰ ਵੀ ਉਹਨੇ 게ਟ ਬੰਦ ਕਰ ਰੱਖਿਆ ਜੀ ਪਰ ਉਹਦਾ ਬੰਦਾ ਅੰਦਰ ਸੀ ਮੈਨੂੰ ਕਹਿੰਦਾ ਤੂੰ ਜਾਣਾ ਨਹੀਂ ਤਿੰਨ ਕੋਣੀ ਤੋਂ ਬਈ ਕਹਿੰਦਾ ਤੂੰ ਤਲਵੰਡੀ ਨੂੰ ਮੋਟਰਸਾਈਕਲ ਮੈਂ ਤਿੰਨ ਕੋਣੀ ਤੋਂ ਬਈ ਪੌਣੇ 10 ਦਾ ਟਾਈਮ ਹੈ ਤਲਵੰਡੀ ਤੋਂ ਤਲਵੰਡੀ ਨੂੰ ਮੂਸਾ ਕੈਂਚੀਆਂ ਤੋਂ ਤਲਵੰਡੀ ਨੂੰ ਹੋ ਗਿਆ ਮੂਸਾ ਨੰਗਿਆ ਬਈ ਮੈਂ ਉਸ ਤੋਂ ਬਾਅਦ ਥਰਮਲਾ ਵਾਲਾ ਏਰੀਆ ਆਉਂਦਾ ਬਣਾੜੀ ਵਾਲਾ ਬਈ ਉੱਥੋਂ ਸਾਡੇ ਮਗਰ ਗੱਡੀ ਲੱਗਦੀ ਐ ਸਵੈਟਾ ਪਿੱਛੇ ਕਾਜਲ ਕੱਲੀ ਮੇਰੇ ਮੂਰੇ ਬੈਗ ਮੋਟਰਸਾਈਕਲ ਤੇ ਸਾਢੇ 1:10 ਦਾ ਟਾਈਮ ਬਈ ਮੈਂ ਮੋਟਰਸਾਈਕਲ ਜਾ ਬਈ 70 70 70 ਤੇ ਉਹਨਾਂ ਕੀ ਕਰ ਟਾਰਚ ਬੰਦ ਕਰ ਲਗਾ ਲਾਈਟਾਂ ਆਨ ਕਰ ਲਿਆ ਕਰਨ ਬੁਝਾ ਲਿਆ ਕਰਨ ਆਨ ਕਰ ਲਿਆ ਕਰਨ ਬੁਝਾ ਲਿਆ ਕਰਨ ਇਹ ਡਰ ਗਈ ਮੇਰੇ ਵੀ ਡਰ ਗਿਆ ਬਈ ਮਨ ਚ ਵਾਹ ਵੀ ਵੀ ਕੱਲੇ ਜਣੇ ਕੀ ਕਰਾਂਗੇ ਜੇ 19 21 ਹੋ ਗਈ ਕੁੜੀ ਨਾਲ ਹਨ ਆਪਾਂ ਇਹਦੇ ਘਰਦਿਆਂ ਨੂੰ ਕੀ ਜਵਾਬ ਦਵਾਂਗੇ ਵੀ ਇੰਨਾ ਵਿਸ਼ਵਾਸ ਕਰਿਆ ਹੋਇਆ ਬਈ ਨਾ ਮੋਟਰਸਾਈਕਲ ਹੌਲੀ ਕਰ ਲਿਆ ਮਾ ਕਈ ਵਾਰ ਉਹ ਪੀਤੀ ਪੁੱਤੀ ਹੁੰਦੇ ਆ ਉਹਨਾਂ ਨੇ ਕੋਲ ਚ ਜਾ ਕੇ ਬਈ ਉਹਨਾਂ ਨੇ ਗਲਤ ਇਸ਼ਾਰਾ ਵੀ ਬੋਲੇ ਮੈਨੂੰ ਤੇ ਬੋਲੇ ਜਦੋਂ ਮੈਂ ਬਈ ਮੋਟਰਸਾਈਕਲ ਭਜਾ ਲਿਆ ਤੁਸੀਂ ਐਸੇ ਹਾਵ ਲਾਉ ਲੋ ਵੀ ਜਿੰਨਾ ਭਜਿਆ ਉਹਨਾਂ ਭਜਾਇਆ ਵੀ ਦੇਖੀ ਜਔ ਕਿ ਹੋਊਗਾ ਜੇ ਡਿੱਗ ਪਾਂਗੇ ਮੱਧੋਬਾਦ ਮਰੀ ਜਾਵਾਂਗੇ ਤੇ ਅੱਗੇ ਪਿੰਡ ਆਉਂਦਾ ਬਈ ਰਾਪੜ ਰਾਪੜ ਦੇ ਮੈਂ ਪਿੰਡਾਂ ਚ ਬਈ ਬਾੜਤ ਭਜਾ ਕੇ ਕੇਰਾ ਮਾ ਦੇਖੀ ਜਔ ਪਿੰਡ ਚ ਚਲੋ ਕੁਦਰਤੀ ਕਿਸਮ ਚੰਗੀ ਹੋਈ ਗੱਡੀ ਉਹ ਲਾਂਗੀ ਉਹਨਾਂ ਦੀ ਸ਼ਰਾਬ ਵਾਲੀ ਪੀਤੀ ਹੋਈ ਸੀ ਜੇ ਬਈ ਉਹਨਾਂ ਦੀ ਸ਼ਰਾਬ ਘੱਟ ਪੀਤੀ ਹੁੰਦੀ ਮੜੀ ਮੋਟੀ ਜਾਂ ਡਰਾਈਵਰ ਸੋਫੀ ਹੁੰਦਾ ਫਿਰ ਅਸੀਂ ਖਿਰ ਜਾਂਦੇ ਉਸ ਤੋਂ ਬਾਅਦ ਬਈ ਉੱਥੇ ਖੜੇ ਖੜੇ ਅਸੀਂ ਹੌਂਕਾਂ ਲਾ ਗਏ ਮੈਂ ਕਿਹਾ ਵੀ ਅੱਜ ਤੋਂ ਬਾਅਦ ਕੰਮ ਨਹੀਂ ਕਰਾਂ ਅੱਛਾ ਉਹ ਦਿਨ ਇਹ ਚੀਜ਼ ਵਿਚਾਰ ਆ ਗਿਆ ਮਨ 'ਚ ਵਿਚਾਰ ਆ ਗਿਆ ਇਹ ਕੰਮ ਛੱਡ ਦੇਣਾ ਛੱਡ ਹੀ ਦੇਣਾ ਇਹਨੂੰ ਵੀ ਮੈਂ ਆਪਦੇ ਮਨ 'ਚ ਹੀ ਸੋਚੀ ਆਵਾ ਜੇ ਮਹਾ ਕੁਝ ਹੋ ਜਾਂਦਾ ਇਹਦੇ ਨਾਲ ਇਹਦੇ ਘਰ ਦੇ ਦਾ ਮਾਰ ਦਿੰਦੇ ਕਿ ਤੂੰ ਹਣੀ ਕੁੜੀ ਨਾਲ ਕੁਛ ਕਰਾਤਾ ਇੱਕ ਬੇਲਾ ਇਹੋ ਜਿਹਾ ਸੀ ਵੀ ਕੱਲੀ ਕੁੜੀ ਸੀ ਮੇਰੇ ਨਾਲ ਮੇਰੇ ਘਰ ਤੇ ਕਹਿੰਦੇ ਵੀ ਤੂੰ ਕੀ ਪਤਾ ਖਬਰ ਉਹਨਾਂ ਨਾਲ ਲੜਿਆ ਹੋਇਆ ਸੀ ਕਿਉਂਕਿ ਬਈ ਉਦੋਂ ਦਿਮਾਗ ਹੁੰਦਾ ਨਾ ਜਿਹੜਾ ਆਊਟਸਾਈਡ ਚੱਲਣ ਲੱਗ ਜਾਂਦਾ ਹਣਾ ਚਲੋ ਧੰਨਵਾਦ ਉਹ ਮੁੰਡੇ ਦਾ ਬਈ ਉਹਨਾਂ ਮੈਂ ਉਹਨੂੰ ਫੋਨ ਕਰਿਆ ਮੈਂ ਸਾਡੇ ਨੂੰ ਆ ਬਣ ਗਿਆ ਕਹਿੰਦਾ ਕੋਈ ਗੱਲ ਨਹੀਂ ਮੈਂ ਇਕੱਲੇ ਖੜਦਾ ਉਹ ਬਈ ਚੌਂਕ 'ਚ ਖੜਾ ਕਹਿੰਦਾ ਤੂੰ ਮੋਟਰਸਾਈਕਲ ਭਜਾਈ ਆ ਮੈਂ ਉੱਥੋਂ ਫੇਰ ਵੀ ਬਈ ਕੱਢਿਆ ਮੈਂ ਮੋਟਰਸਾਈਕਲ ਭਜਾ ਕੇ ਉਹਦੇ ਘਰੇ ਰੈਸਟ ਕੀਤੀ ਰਾਤ ਕਰੀ ਘਟਣ ਤੋਂ ਬਾਅਦ ਬਈ 1 2 3 ਅਸੀਂ ਦੱਸ ਦਿੰਦਾ ਗੈਪ ਆਦਾ ਸ਼ੋ ਹੀ ਨਹੀਂ ਫੜਿਆ ਕੋਈ ਡਰਨ ਲੱਗ ਗਿਆ ਸੀ ਡਰਨ ਲੱਗ ਗਿਆ ਉਸ ਤੋਂ ਬਾਅਦ ਇਹਦਾ ਮੈਨੂੰ ਫੋਨ ਆਉਂਦਾ ਮੈਨੂੰ ਕਹਿੰਦੀ ਵੀ ਮੈਨੂੰ ਕੰਮ ਕਰਨਾ ਪੈਣਾ ਵੀ ਵੀ ਤ ਦੱਸ ਤੇ ਫਿਰ ਮੇਰੇ ਮਨ ਚ ਕੀ ਆ ਬਾਈ ਮੈਂ ਜੇ ਇੱਕ ਲੀਆ ਕੰਮ ਕਰੂ ਤਾਂ ਸਾਡੀ ਲਾਈਨ ਵੀ ਥੋੜੀ ਜੀ ਗੰਦੀ ਨਜ਼ਰ ਇਕਲੀ ਕੁੜੀ ਨੂੰ ਬਹੁਤ ਆਪਸ਼ਨ ਆਉਂਦੀਆਂ ਨੇ ਠੀਕ ਹੈ ਮਾ ਵੀ ਇਹ ਤਾਂ ਆਪ ਵੀ ਕਰੋ ਜੂ ਵੀ ਇਹਨੂੰ ਖਰਾਬ ਕਰ ਦਾਨਗੇ ਠੀਕ ਹੈ ਇਹਦੀ ਬਦੌਲਤ ਬਈ ਮੈਂ ਲਾਈਨ ਚ ਉਤਰਿਆ ਦੁਆਰਾ ਦੁਆਰਾ ਮੈਂ ਆਪਦੇ ਘਰ ਨੂੰ ਵੀ ਸੈੱਟ ਕਰਿਆ ਇਹਨੂੰ ਵੀ ਸੈੱਟ ਕਰਿਆ ਅਸੀਂ ਦੋਨਾਂ ਦਾ ਸਾਡਾ ਇਹ ਜਿਹਾ ਅਟੈਚਮੈਂਟ ਹੋ ਗਈ ਵੀ ਫੰਕਸ਼ਨਲ ਲਾਉਣਾ ਤਾਂ ਲਾਉਣੀ ਹੈ ਕੁਸ਼ੀ ਹੋ ਜੇ ਕਿੱਥੇ ਮਰਜੀ ਆ 2022 ਚ ਆ ਕੇ ਬਈ ਇਹ ਜੀ ਸੁਣੀ ਰੱਬ ਨੇ ਕੀ ਬਾਤ ਹੈ ਇੰਨਾ ਕੁ ਰਿਸਪੌਂਸ ਮੈਨ ਲੱਗ ਗਿਆ ਮੇਨ ਚੀਜ਼ ਸਾਨੂੰ ਨਾ ਜਿਹੜੀ ਲੇਡੀਜ਼ ਐਂ ਕਰਕੇ ਪੈਂਦੀਆਂ ਸੀ ਉਹ ਐਂ ਕਰਾਦੇ ਭਾਈ ਸੀ। ਕੀ ਬਾਤ ਆਨਲਾਈਨ ਨੇ ਨਾ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਨੂੰ ਕਿ ਅਸੀਂ ਮਲਮਾੜਾ ਕਹਿ ਹੀ ਨਹੀਂ ਸਕਦੇ ਚਲੋ ਸੀਗਾ ਇੱਕ ਟਾਈਮ ਕਿ ਉਹ ਸਟਰਗਲ ਟਾਈਮ ਸੀ ਬਟ ਉਹ ਹਰ ਇੱਕ ਦੇ ਲਾਈਫ ਦੇ ਵਿੱਚ ਆਉਂਦਾ ਤੇ ਬਟ ਆਹ ਆ ਚੀਜ਼ ਨੇ ਨਾ ਮੈਨੂੰ ਇੰਨੀ ਜਦ ਦਿੱਤੀ ਆ ਕਿ ਦੇ ਆਪਦੇ ਪਰਿਵਾਰ ਤੋਂ ਜਾਂ ਮਤਲਬ ਚਲੋ ਇੱਕ ਫੈਮਿਲੀ ਤੋਂ ਤਾਂ ਮਿਲੀ ਹੀ ਮਿਲੀ ਮਤਲਬ ਇਹ ਰਿਸ਼ਤੇਦਾਰੀ ਚੋ ਜ ਆਪਨੇ ਕਿਸੇ ਪਾਸਿਓਂ ਨਹੀਂ ਮਿਲੀ ਸੀ ਮੈਨੂੰ ਜਿੰਨੀ ਮੈਨੂੰ ਇੱਜ਼ਤ ਇੱਥੋਂ ਮਿਲੀ 100 ਚੋਂ 90% ਪਰਸਨ ਬਈ ਜਿਹੜੇ ਸਾਨੂੰ ਮਿਲਦੇ ਆ ਉਹ ਕਾਜਲ ਨੂੰ ਭੈਣ ਕਹਿੰਦੇ ਨੇ ਕਾਜਲ ਨਹੀਂ ਕਹਿੰਦੇ ਸਾਡੀ ਲਾਈਨ 'ਚ ਵੀ ਆਡੀਅנס 'ਚ ਵੀ ਮੇਨ ਮੋਟਿਵ ਕੁੜੀਆਂ ਦੇ ਮੈਸੇਜ ਬਹੁਤ ਆਉਂਦੇ ਆ ਕੋਲ ਮੈਸੇਜ ਕੋਲ ਮੈਸੇਜ ਦੀਦੀ ਗੱਲ ਕਰ ਲਿਆ ਕਰੋ ਦੀਦੀ ਗੱਲ ਕਰ ਲਿਆ ਕਰੋ ਬੱਚਿਆਂ ਦੇ ਵੀ ਵੀਰੇ ਗੱਲ ਕਰ ਲਿਆ ਕਰੋ ਸਾਨੂੰ ਦੇਖ ਕੇ ਸੀ ਹੁੰਨੇ ਆ ਫਿਰ ਮੇਨ ਚੀਜ਼ ਹੋਰ ਵੀਰੇ 2023 ਚ ਆ ਕੇ ਸਾਡੀਆਂ ਡਰੈਸ 'ਚ ਬਣੀ ਮੇਰੀ ਫੋਕ ਕਲਚਰ ਬਿਲਕੁਲ ਪਿਓ ਕਲਚਰ ਉਹ ਮੇਰਾ ਤੇ ਕਾਜਲ ਦਾ ਦਿਮਾਗ ਸੀ ਸਾਨੂੰ ਪਤਾ ਕੀ ਹੈ ਬਈ ਮੁੰਡੇ ਕਹਾਗਾ ਨਾ ਤੁਸੀਂ ਡਰੈਸ ਕਿਹੜੀ ਬਣਾ ਲਈ ਸਾਨੂੰ ਰਿਸਪੌਂਸ ਨਹੀਂ ਮਿਲਣਾ ਇਹ ਤਾਂ ਸਾਈਡ ਵਾਲੇ ਮੁੰਡੇ ਪਾਉਂਦੇ ਨੇ ਭੰਗੜਾ ਪਾਉਂਦੇ ਨੇ ਉਹਨਾਂ ਵਾਸਤੇ ਮਾ ਤੁਸੀਂ ਦੇਖੀ ਜਾਓ ਜੀ ਸਾਡਾ ਦਿਮਾਗ ਕੰਮ ਕਰ ਗਿਆ ਭਈ ਉਹ ਡਰੈਸ ਕਰਕੇ ਸਾਨੂੰ ਇੰਨਾ ਰਿਸਪੌਂਸ ਮਿਲਿਆ ਛੱਡ ਦੋ ਫਿਰ ਕੀ ਸੋਚਿਆ ਸੀ ਮਖਾ ਵੀ ਆਪਾਂ ਕੰਮ ਹੀ ਕਲਚਰ ਕਰਨਾ ਮੈਂ ਬਈ ਨਾ ਅੱਛਾ ਗੁਰਮਖੀ ਵਾਲੀ ਡਰੈਸ ਬਣਵਾ ਲਈ ਠੀਕ ਹੈ ਜੀ ਦੀ ਇੰਨੀ ਕਿ ਡਿਮਾਂਡ ਆਈ ਛੱਡ ਦੋ ਕਲ ਕੁਝ ਲੋਕਾਂ ਨੇ ਮੁੱਦਾ ਵੀ ਚੱਕਿਆ ਸੀ ਊੜਾ ਆੜਾ ਈੜੀ ਸਸਾ ਵਾਲਾ ਹਾਂ ਹਾਂ ਠੀਕ ਹੈ ਮੈਂ ਤਾਂ ਪ੍ਰਮੋਟ ਕਰਨਾ ਸੀ ਆਪਣੀ ਭਾਸ਼ਾ ਨੂੰ ਹਾਂ ਠੀਕ ਹੈ ਕੁਝ ਪਰਸਨ ਨੇ ਕੀ ਕੀਤਾ ਵੀ ਇਹ ਨਿਚਾਰ ਹੋ ਕੇ ਕੰਜਰ ਹੋ ਕੇ ਭਾਸ਼ਾ ਦੀ ਵਿਅਤਵੀ ਕਰ ਰਹੇ ਨੇ ਸਾਡੀ ਮਾਂ ਬੋਲੀ ਸਟੇਜ ਤੱਕ ਆ ਗਈ ਮੈਂ ਦੇਖੋ ਮੈਂ ਹਰਿਆਣਾ ਤੋਂ ਬਿਲੋਂਗ ਕਰਦੀ ਹਾਂ ਠੀਕ ਹੈ ਮੈਨੂੰ ਕੀ ਲੋੜ ਹੈ ਪੰਜਾਬ ਨੂੰ ਪ੍ਰਮੋਟ ਕਰਨ ਦੀ ਬਟ ਮੈਂ ਕਿਉਂ ਕਰ ਰਹੀ ਆ ਕਿ ਭਈ ਮੈਨੂੰ ਵੀ ਪੰਜਾਬ ਨੇ ਬਹੁਤ ਕੁਝ ਦਿੱਤਾ ਸੋ ਮੈਂ ਪੰਜਾਬ ਨੂੰ ਪ੍ਰਮੋਟ ਕਰ ਰਹੀ ਹਾਂ ਇੱਕ ਹਰਿਆਣਵੀ ਹੋ ਕੇ ਮੇਰਾ ਹਰਿਆਣਾ ਤਾਂ ਮੇਰੇ ਲਈ ਸਭ ਤੋਂ ਬੈਸਟ ਆ ਬਟ ਮੈਂ ਪੰਜਾਬ ਨੂੰ ਪ੍ਰਮੋਟ ਕਰ ਰਹੀ ਹਾਂ ਸੋ ਮੈਂ ਬੀਤ ਨਾਲ ਰਲ ਕੇ ਬੀਤਨੇ ਮੈਨੂੰ ਦੱਸਿਆ ਕਿ ਵੀ ਆਪਾਂ ਐਡਾ ਡਰੈਸ ਬਣਾ ਲੈਨੇ ਆ ਮੈਂ ਕਿਹਾ ਚਲ ਠੀਕ ਆ ਮੈਂ ਉਹ ਡਰੈਸ ਬਣਵਾ ਲਈ ਨਾਲ ਉਹਦੇ ਵਿੱਚ ਕੁਝ ਦੇਖਦਾਨੀ ਕੁਝ ਮਾੜਾ ਨਹੀਂ ਫੁੱਲ ਕਵਰ ਡਰੈਸ ਹੀ ਤੇ ਉਹਦੇ ਵਿੱਚ ਇੱਕ ਨਾ ਲੇਡੀਜ਼ ਨੇ ਮੁੱਦਾ ਚੱਕਿਆ ਹੋਰ ਕਿਸੇ ਨੇ ਨਹੀਂ ਚੱਕਿਆ ਇੱਕ ਲੇਡੀਜ਼ ਨੇ ਚੱਕਿਆ ਸੀ ਜੋ ਕਿ ਆਡੀਅਨਸ ਨੂੰ ਇੰਨਾ ਪਿਆਰ ਦਿੰਦੀ ਸੀ ਵੀ ਉਹੀ ਡਰੈਸ ਪਾ ਕੇ ਆਓ ਤੇ ਅਸੀਂ ਖੁਸ਼ ਹੁੰਦੇ ਸੀਗੇ ਤੇ ਇੱਕ ਨੇ ਨਾ ਜਦੋਂ ਮੁੱਦਾ ਚ ਕਿਹਾ ਕਿ ਬਈ ਆ ਨੱਚਣ ਵਾਲੀਆਂ ਕੁੜੀਆਂ ਵੀ ਸਾਡੀ ਪੰਜਾਬੀ ਮਾਂ ਬੋਲੀ ਪਾਉਣੀ ਹੈ ਇਹ ਗੱਲ ਉਸ ਲੇਡੀ ਨੇ ਕਹੀ ਲੇਡੀ ਨੇ ਕਹੀ ਕਹਿੰਦੀ ਕਿ ਨਚਾਰ ਵੀ ਇਹ ਕੰਮ ਕਰਨ ਲੱਗੇ ਫਿਰ ਮੈਂ ਉਹਨੂੰ ਰਿਪਲਾਈ ਕੀਤਾ ਅਦਰ ਉਹਦਾ ਨਾਂ ਨਹੀਂ ਲਿਆ ਉਹ ਕੌਂਟਰੋਵਰਸੀ ਚਾਹੀਦੀ ਸੀ ਉਹਨੂੰ ਮੈਂ ਉਹਨੂੰ ਰੀਲ ਪਾਈ ਰੂੜੀਆਂ ਤੇ ਵਾ ਸਾਡੀਆਂ ਗਦਾਬਾਂ ਰੁਲੀ ਜਾਂਦੀਆਂ ਨੇ ਗੁਰਮੁਖੀ ਵਾਲੀਆਂ ਹੂੰ ਸਾਮ ਲੋ ਵਿਰਸਾ ਸਾਮ ਉਹ ਦੇ ਸਾਂਭਿਆ ਜਾਂਦਾ ਹੈ ਅਸੀਂ ਤਾਂ ਹਜ਼ਾਰ ਬੰਦੇ ਚ ਡਰੈਸ ਪਾ ਕੇ ਪ੍ਰਮੋਟ ਕਰ ਰਹੇ ਆਂ ਆਪਣੀ ਪੰਜਾਬੀ ਭਾਸ਼ਾ ਨੂੰ ਬੱਚਿਆਂ ਨੂੰ ਦਿਖਾ ਰਹੇ ਆਂ ਕਿ ਬਈ ਸਟੇਜ ਤੋਂ ਵੀ ਉਹਨਾਂ ਨੂੰ ਕੁਝ ਵਧੀਆ ਦੇਖਣ ਨੂੰ ਮਿਲੇ ਸਿਰਫ ਗੰਦ ਹੀ ਨਾ ਦਿਖੇ ਉਹਨਾਂ ਨੂੰ ਵਧੀਆ ਚੀਜ਼ ਕੁਝ ਵੀ ਚੰਗਾ ਦਾ ਦੇਖਣ ਨੂੰ ਮਿਲੇ ਵੀ ਹਾਂ ਊੜਾ ਆੜਾ ਕੀ ਸੀ ਪੁੱਛਣ ਕਿਤਾ ਸਹੀ ਜਿਹੜੇ ਅੱਜ ਕੱਲ ਇੰਗਲਿਸ਼ ਆਪਣੇ ਨਾਮ ਬੋਰਡ ਜਿਹੜੇ ਮਟਾ ਨਹੀਂ ਸਕਦੇ ਉਹ ਸਾਡੀ ਡਰੈਸ ਨੂੰ ਕਹਿੰਦੇ ਸੀ ਲਾਦੋ ਕੀ ਆਵਾਜ਼ ਅਸੀਂ ਫੇਰ ਵੀ ਨਹੀਂ ਲਾਈ ਬਾਈ ਬਹੁਤ ਵਧੀਆ ਬਹੁਤ ਵਧੀਆ ਬਾਕੀ ਦਰਸ਼ਕੋ ਤੁਸੀਂ ਕਿੱਥੋਂ ਬੈਠ ਕੇ ਸਾਡਾ ਇਹ ਪੋਡਕਾਸਟ ਸੁਣ ਰਹੇ ਹੋ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਇਧਰਲੇ ਪਾਸੇ ਸਬਸਕ੍ਰਾਈਬ ਬਟਨ ਹੈ ਉਹਨੂੰ ਦਬਦਿਓ ਨਾਲ ਹੀ ਉਹਦੇ ਬੈਲ ਆਈਕਨ ਹੈ ਉਹਦਾ ਕਤਲ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਤੁਹਾਡੇ ਫੋਨ ਤੱਕ ਪਹੁੰਚ ਜੂਗੀ ਤੇ ਭਾਈ ਕੁਦਰਤ ਵਾਲੇ ਆ ਗਏ ਇੱਕ ਨਵਾਂ ਪੋਡਕਾਸਟ ਲੈ ਕੇ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਉਹ ਚੀਜ਼ਾਂ ਉਹ ਟਾਪਿਕਸ ਤੇ ਗੱਲਬਾਤ ਲੈ ਕੇ ਸਾਹਮਣੇ ਆਈਏ ਜਿਸ ਨੂੰ ਤੁਸੀਂ ਪਰਿਵਾਰ ਸਮੇਤ ਦੇਖ ਸਕੋ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਏ ਕਿ ਸਾਨੂੰ ਵਿਊਜ਼ ਦਾ ਕੋਈ ਚੱਕਰ ਨਹੀਂ ਹੁੰਦਾ ਸਾਨੂੰ ਚਾਹੇ 4 ਲੋਕ ਦੇਖਣ ਸਾਨੂੰ 5 ਲੋਕ ਦੇਖਣ ਪਰ ਸਾਨੂੰ ਸੰਤੁਸ਼ਟੀ ਇਸ ਚੀਜ਼ ਦੀ ਹੁੰਦੀ ਹੈ ਕਿ ਉਹ 5 ਲੋਕ ਵੀ ਉਹ ਹੁੰਦੇ ਨੇ ਕਿ ਅਸੀਂ ਕੁਝ ਵੀ ਦਿਖਾਈਏ ਤਾਂ ਉਹ ਦੇਖ ਕੇ ਸਾਨੂੰ ਆਪਦੀ ਵੀ ਖੁਸ਼ੀ ਪ੍ਰਗਟਾਉਂਦੇ ਨੇ ਤੇ ਸਾਨੂੰ ਵੀ ਖੁਸ਼ ਕਰਦੇ ਨੇ ਬਾਕੀ ਕੋਸ਼ਿਸ਼ ਸਾਡੀ ਸਿਰਫ ਇੰਨੀ ਕਰਊਗੀ ਸਾਡੇ ਅੱਜ ਦੀ ਇਸ वार्तालाਪ ਦੇ ਵਿੱਚ ਅੱਜ ਦੀ ਸਾਡੀ ਇਸ ਗੱਲਬਾਤ ਦੇ ਵਿੱਚੋਂ ਕਿ ਕੁਝ ਚੰਗੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਈਏ ਕਿਉਂਕਿ ਇਸ ਕਿੱਤੇ ਨੂੰ ਬਹੁਤ ਬਦਨਾਮ ਕੀਤਾ ਗਿਆ ਇਸ ਕਿੱਤੇ ਦੇ ਪਿੱਛੇ ਬੜੀ ਕੌਂਟਰੋਵਰਸੀ ਕੀਤੀ ਗਈ ਹਾਲਾਂਕਿ ਜਿਹੜੇ ਲੋਕ ਇਸ ਕਿੱਤੇ ਦੇ ਵਿੱਚ ਪਏ ਨੇ ਉਹ ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਮਾੜੇ ਘਰੋਂ ਹੋਵੇ ਕਈ ਚੰਗੇ ਘਰਾਂ ਵਾਲੇ ਵੀ ਇਸ ਕਿੱਤੇ ਨੂੰ ਪਨਾਹ ਰਹੇ ਨੇ ਪਰ ਇਸ ਕਿੱਤੇ ਨੂੰ ਬਦਨਾਮ ਇੰਨਾ ਜ਼ਿਆਦਾ ਕਰ ਦਿੱਤਾ ਗਿਆ ਕਿ ਲੋਕਾਂ ਦੀ ਮੈਂਟੈਲਿਟੀ ਹੀ ਐਸੀ ਬਣ ਗਈ ਕਿ ਜਿਹੜਾ ਬੰਦਾ ਸਟੇਜ ਤੇ ਨੱਚ ਰਿਹਾ ਹੈ ਬਸ ਉਹ ਉਹ ਸਾਡਾ ਸਾਡਾ ਕੀ ਕਹਿੰਦੇ ਨੇ ਉਹਨੂੰ ਸਲੇਵ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਸਾਡਾ ਨੌਕਰ ਹੈ ਜੋ ਅਸੀਂ ਜਿਵੇਂ ਕਹਿਤਾ ਉਹਨੂੰ ਉਹਨੂੰ ਉਵੇਂ ਕਰਨਾ ਪਊਗਾ ਪਰ ਆਪਾਂ ਇਹ ਚੀਜ਼ ਨਹੀਂ ਦੇਖਦੇ ਕਿ ਕਈ ਵਾਰ ਐਸੀ ਚੀਜ਼ਾਂ ਵੀ ਹਾਸੋ ਹੀ ਨਹੀਂ ਹੋ ਜਾਂਦੀਆਂ ਨੇ ਕਿ ਜਿਹੜਾ ਬੰਦਾ ਉੱਪਰ ਉੱਥੇ ਸ਼ੌਂਕ ਵਜੋਂ ਨੱਚ ਰਿਹਾ ਹੁੰਦਾ ਨਾ ਉਹਦਾ ਜੀ ਘਰ ਪਰਿਵਾਰ ਦੇਖੀ ਤਾਂ ਥੋੜੇ ਪੀੜ੍ਹੀਆਂ 'ਚ ਐਸਾ ਘਰ ਪਰਿਵਾਰ ਨਹੀਂ ਹੋਊਗਾ ਕਈ ਵਾਰ ਉਹ ਐਡੇ ਤਗੜੇ ਖਾਨਦਾਨ ਤੋਂ ਹੁੰਦਾ ਪਰ ਬਸ ਇੱਕ ਸ਼ੌਂਕ ਪਗਾਉਣ ਦਾ ਮਾਰਾ ਆਪਣਾ ਉੱਥੇ ਹਾਸੋ ਹੀਣੀ ਚੀਜ਼ਾਂ ਦੇ ਵਿੱਚ ਆਪਾਂ ਇਸ ਚੀਜ਼ ਵੱਲ ਇਸ ਕਿਤੇ ਵੱਲ ਪੈ ਜਾਂਦੇ ਹਾਂ ਮੁੜ ਕੇ ਬਈ ਤੁਹਾਡੇ ਵੱਲ ਆਉਨੇ ਆ ਕਿਉਂਕਿ ਹੁਣ ਹੁਣ ਚੀਜ਼ਾਂ ਮੈਂ ਕੁਝ ਐਸੀਆਂ ਤੁਹਾਡੇ ਤੱਕ ਪੁੱਛਣੀਆਂ ਚਾਹਉਣਾ ਜੋ ਅਸਲ 'ਚ ਤੁਹਾਡੇ ਨਾਲ ਹੁੰਦੀਆਂ ਨੇ ਹੁੰਦਾ ਭਾਵੇਂ ਉੱਥੇ ਵੀ ਜਿਵੇਂ ਮੈਂ ਇਹ ਚੀਜ਼ਾਂ ਸੁਣੀਆਂ ਨੇ ਸ਼ਰਿਆਮ ਵੀ ਅ ਗਲਤ ਸ਼ਬਦਾਵਲੀ ਜਾਂ ਗਲਤ ਟੋਂਟਬਾਜ਼ੀ ਵੱਖਰੀ ਗੱਲ ਆ ਪਰ ਗਲਤ ਅਪਰੋਚ ਹੋਣੀ ਕਿਉਂਕਿ ਆਪਾਂ ਅਕਸਰ ਵੇਖਿਆ ਕਿ ਸਟੇਜਾਂ ਤੇ ਮੁੰਡੇ ਚੜ ਜਾਂਦੇ ਨੇ ਡਾਂਸਰ ਜਿਹੜੀ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਕੋਲ ਹੋ ਹੋ ਕੇ ਨੱਚਣ ਦੀ ਕੋਸ਼ਿਸ਼ ਕਰਦੇ ਨੇ ਤੇ ਜੇ ਉੱਥੇ ਕਿਤੇ ਤਕਰਾਰबाजी ਹੋ ਗਈ ਕੁਝ ਗਲਤ ਕਹਿਤਾ ਤਾਂ ਪਿੱਛੇ ਜੇ ਇੱਕ ਕਸਾ ਵੀ ਬੜਾ ਵੱਡਾ ਹੋਇਆ ਕਿ ਉਸ ਤੋਂ ਬਾਅਦ ਫਿਰ ਡਾਂਸਰ ਜੇ ਰੈਪਲਾਈ ਦੇ ਦੇਵੇ ਤੇ ਉੱਥੇ ਡਾਂਸਰ ਮਾੜੀ ਤੁਹਾਡੇ ਨਾਲ ਹੋਇਆ ਨਾ ਵੀ ਹੁੰਦੀਆਂ ਪਰਚੀਆਂ ਫੜਾਉਣੀਆਂ ਨੰਬਰ ਫੜਾਉਣੇ ਕੁਝ ਇਸ ਤਰੀਕੇ ਦੀਆਂ ਚੀਜ਼ਾਂ ਗਲਤ ਦੇਖੋ ਵੀਰੇ ਮੈਰਿਜ 'ਚ ਤੁਸੀਂ ਵੀ ਗਏ ਹੋ ਤੇ ਜਿਹੜੀ ਆਡੀਅנס ਆਪਾਂ ਨੂੰ ਦੇਖ ਰਹੀ ਆ ਉਹ ਵੀ ਗਈਆਂ ਨੇ ਬਿਲਕੁਲ ਤੇ ਉਹਦੇ ਵਿੱਚ 70% ਮੁੰਡੇ ਇਹ ਜਿਹੇ ਨੇ ਹੂੰ ਆਪਾਂ 30 ਨੂੰ ਨਹੀਂ ਕਹਿ ਰਹੇ ਸਿਰਫ 17 ਨੂੰ ਕਹਿ ਰਹੇ ਆ ਕਿ ਭਈ ਹੈਗੇ ਨੇ ਜੋ ਕਿ ਸੋਚਦੇ ਆ ਕਿ ਜੋ ਕਿ ਮੈਰਿਟ ਨਹੀਂ ਕਾਫੀ ਮੈਰਿਟ ਵੀ ਆ ਅੱਛਾ ਤੇ ਕਾਫੀ ਬਜ਼ੁਰਗ ਵੀ ਆ ਬਜ਼ੁਰਗ ਵੀ ਹਾਂ ਸਾਡੇ ਪਿਓ ਦੀ ਉਮਰ ਦੇ ਵੀ ਆ ਕਿ ਭਈ ਕਹ ਰਿਹਾ ਕਿ ਭਈ ਚੱਲ ਮਤਲਬ ਕਿ ਕਈ ਐਵੇਂ ਵੀ ਹੁੰਦੇ ਵੀ ਮੇਰੇ ਨਾਲ ਵਿਆਹ ਕਰਾ ਕਰਾ ਲਾ ਤੇ ਤੂੰ ਕੰਮ ਛੱਡ ਦੇ ਮੈਂ ਤੇਰਾ ਕੰਮ ਛੱਡਾ ਦੂੰ ਪਰ ਆਪਾਂ ਕਿਸੇ ਦੇ ਦਮ ਤੇ ਥੋੜੀ ਕਰਨਾ ਰੱਬ ਨੇ ਆਪਾਂ ਨੂੰ ਇੱਕ ਆਨਰ ਦਿੱਤਾ ਆਪਾਂ ਕਰ ਰਹੇ ਆਪਦੀ ਸਿੱਧੇ ਨੀਤ ਨਾਲ ਆਪਾਂ ਕੰਮ ਕਰ ਰਹੇ ਫਿਰ ਕਿਉਂ ਆਪਾਂ ਕਿਸੇ ਦਾ ਦਮਤੇ ਕਰੀਏ ਤੇ ਦੂਜੀ ਗੱਲ ਕਿ ਨੰਬਰ ਵੀ ਦੇ ਕੇ ਜਾਂਦੇ ਆ ਬਹੁਤ ਲਾਲਚ ਵੀ ਦਿੰਦੇ ਆ ਕਿ ਮੈਂ ਨਾਲ ਗੱਲ ਕਰ ਲਾ ਮੈਂ ਪੈਸੇ ਦੀ ਕਮੀ ਨਹੀਂ ਹੈਗੀ ਬਹੁਤ ਤਰੀਕਿਆਂ ਨਾਲ ਐਦਾਂ ਵੀ ਕਹਿ ਚੁੱਕੀ ਸੀ ਮਬੀ ਮੇਰੇ ਕੋਲ ਫੋਨ ਨਹੀਂ ਆ ਫੋਨ ਵੀ ਦਿਵਾ ਦੂੰਗਾ ਕਿਸੇ ਬੰਦੇ ਦਾ ਵੀਰੇ ਸਾਨੂੰ ਸਿੱਧਾ ਉਦੋਂ ਸਕੋਰਪਿਓ ਗੱਡੀ ਬਹੁਤ ਚੱਲੀ 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 ਮੈਂ ਲੈਵਲ ਤੇ ਨਾਲ ਸੀ ਕਿਸੇ ਬੰਦੇ ਨੇ ਮੈਨੂੰ ਸਿੱਧਾ ਇਹ ਕਿਹਾ ਸੀ ਕਿ ਕਾਜਲ ਨਾਲ ਮੇਰੀ ਗੱਲ ਕਰਾ ਦੇ ਉਹਨੂੰ ਸਕੋਰਪਿਓ ਘੜਾ ਦੇ ਗਿਫਟ ਦੇ ਦੂੰਗਾ। ਤੁਹਾਨੂੰ ਕਹਦਾ ਵਿਆਹ ਤੇ? ਨਹੀਂ ਵੈਸੀ ਆ। ਵੈਸੀ ਕਿ ਤਾਂ ਸਾਡੇ ਫਰੈਂਡ ਸਰਕਲ ਚ। ਅੱਛਾ। ਕਿਉਂਕਿ ਮੈਂ ਇਹਦੀ ਮੰਨਦੀ ਹੁੰਦੀ ਸੀ ਕਿ ਵੀ ਇਹਦੇ ਨਾਲ ਕੰਮ ਕਰਦੀ ਆ ਜਾਂ ਵੀ ਇਹਦੀ ਸੁਣਦੀ ਆ। ਕਿਉਂਕਿ ਇਹਦੇ ਪੇਰੈਂਟਸ ਮੇਰੇ ਤੇ ਬਹੁਤ ਵੱਡਾ ਵਿਸ਼ਵਾਸ ਆ। ਇਹ ਬਣਾਉਣਾ ਵੀਰੇ ਬਹੁਤ ਔਖਾ ਹੈ। ਨਹੀਂ ਅੱਜ ਕੱਲ ਆਪਦੀ ਕੁੜੀ ਨੂੰ 1 ਮਿੰਟ ਨਹੀਂ ਛੱਡਦਾ ਅਗਲਾ। ਇਹਨੂੰ 8 ਸਾਲ ਹੋ ਗਏ ਮੇਰੇ ਮੇਰੀ ਫੈਮਿਲੀ ਚ ਰਹਿੰਦੀ। ਤੇ ਵੀਰੇ ਜੇ ਚਾਹੁੰਦਾ ਤਾਂ ਇਹ ਮੇਰ ਨਾਲ ਗਲਤ ਕਰਾ ਵੀ ਸਕਦਾ ਸੀ। ਬਟ ਉਹ ਇਹਦਾ ਬੜਪਨ ਆ ਕਿ ਚੱਕਰੀਆ ਬਾਈ ਮੇਰੇ ਵੀ ਦੋ ਪਣਾ ਸੀ ਹਾਂ ਜੇ ਅੱਜ ਕਿਸੇ ਦੀ ਨਾਲ ਹੁੰਦਾ ਮੇਰੇ ਨਾਲ ਵੀ ਹੋ ਸਕਦਾ ਸੀ ਉਹੀ ਗੱਲ ਤੁਹਾਡੇ ਯਾਰ ਦੋਸਤ ਵਾਲੀ ਵੀ ਆਪਾਂ ਕਿਸੇ ਨੂੰ ਜੇ ਪਟੋਲਾ ਕਹਿ ਰਿਹਾ ਤਾਂ ਕੋਲ ਜਾ ਕੇ ਉਹ ਆਪਣੀ ਨਿਕਲੀ ਤਾਂ ਫੇਰ ਸਹੀ ਨਹੀਂ ਜਾਂਦੀ ਤੇ ਜੇ ਅੱਜ ਆਪਾਂ ਕਿਸੇ ਦੇ ਨਾਲੇ ਕਰ ਰਹੇ ਹਾਂ ਤਾਂ ਉਹ ਰੱਬ ਬੈਠਾ ਤੇ ਆਪਣੇ ਨਾਲ ਵੀ ਕਰਾਊਗਾ ਇੱਕ ਚਾ ਨਾ ਪੈਂਦਾ ਇਸ ਚਾ ਨਾ ਅੱਛਾ ਤੁਸੀਂ ਪਹਿਨੇ ਜ਼ਿਕਰ ਕੀਤਾ ਵੀ ਬਜ਼ੁਰਗ ਵੀ ਇਹ ਤਾਂ ਮੈਂ ਸੁਣ ਕੇ ਹੈਰਾਨ ਹੋ ਰਹੀ ਆ ਵੀ ਇਦਾਂ ਅਸਲ ਦੇ ਵਿੱਚ ਹੁੰਦਾ ਹੈ ਹਾਂਜੀ ਵੀਰੇ ਇਹ ਤਾਂ ਮੈਂ ਜਦੋਂ ਕੰਮ ਨਹੀਂ ਵੀ ਕਰਦੀ ਸੀ ਨਾ ਉਦੋਂ ਵੀ ਸੀ ਮੈਨੂੰ ਆਪਣੇ ਨਾ ਬਚਪਨ ਦੇ ਬਹੁਤ ਚੀਜ਼ਾਂ ਯਾਦ ਨੇ ਬਹੁਤ ਜ਼ਿਆਦਾ ਬਲਕਿ ਹੁਣ ਦੀ ਮੈਂ ਭੁੱਲ ਜਾਨੀ ਆ ਕਿਉਂਕਿ ਅੱਜ ਇੱਕ ਸੋਖਾ ਜਿਹਾ ਟਾਈਮ ਆ ਗਿਆ ਉਹ ਟਾਈਮ ਸੀਗਾ ਜਦੋਂ ਬਹੁਤ ਮਾੜਾ ਸੀਗਾ ਡੈਡੀ ਸੀ ਉਦੋਂ ਵੀ ਠੀਕ ਠੀਕ ਜਿਹਾ ਸਨਰਮਲ ਜਾਈ ਸੀ ਉਦੋਂ ਵੀ ਮੈਂ ਇੱਕ ਦਿਨ ਆਟੋ 'ਚ ਬੈਠੀ ਸੀ ਪਤਾ ਨਹੀਂ ਕੋਈ ਸਮਾਨ ਲੈ ਕੇ ਜਾ ਰਹੀ ਸੀ ਮੈਂ ਮਾਮਾ ਦੇ ਪਿੰਡ ਤੋਂ ਤੇ ਮੰਮੀ ਮਾਮੀ ਨੇ ਮੈਨੂੰ ਬਿਠਾਤਾ ਆਟੋ 'ਚ ਤੇ ਮੈਂ ਘਰੇ ਜਾਣਾ ਸੀਗਾ ਉੱਥੇ ਮੂਤਰਨਾ ਸੀ ਤੇ ਨਾ ਇੱਕ ਬੁੜਾ ਬੈਠਾ ਸੀ ਸਾਰੀਆਂ ਸਵਾਰੀਆਂ ਉੱਤਰ ਗਈਆਂ ਤੇ ਉਹ ਬੁੜਾ ਬੈਠਾ ਰਹਿ ਗਿਆ ਤੋਂ ਬੰਡਾ ਨਾ ਮਤਲਬ ਕਿ ਬਾਰੀ-ਬਾਰੀ ਮੈਨੂੰ ਇਸ਼ਾਰੇ ਕਰ ਰਿਹਾ ਨਾ ਮੈਂ ਕਿਸੇ ਨੂੰ ਕੁਝ ਕਹਿ ਸਕਦੀ ਕਿਉਂਕਿ ਬੱਚੀ ਸੀ ਡਰ ਲੱਗ ਰਿਹਾ ਸੀ ਮੈਨੂੰ ਵੀ ਮੈਨੂੰ ਉਹ ਗੱਲ ਯਾਦ ਅੱਜ ਵੀ ਕਿ ਉਹ ਬੰਦੇ ਨੇ ਵੀ ਮੈਨੂੰ ਇਸ਼ਾਰਾ ਕੀਤਾ ਸੀ ਤੇ ਉਹ ਬੰਦਾ ਨਾ ਜਾਣ ਕੇ ਉੱਥੇ ਉਤਰਿਆ ਜਿੱਥੇ ਮੈਂ ਉਤਰਨਾ ਸੀ ਉਹ ਕਿਤੇ ਨਹੀਂ ਉਤਰਿਆ ਕਿੰਨੀ ਏਜ ਕਿੰਨੀ ਕਿਸੀ ਉਹਦੀ ਬਈ ਉਹਦੀ ਹੋਣੀ 70 75 ਉਮਰ ਬਿਲਕੁਲ ਚਿੱਟੀ ਦਾੜੀ ਸੀਗੀ ਇਹ ਗੱਲ ਹਰਿਆਣੇ ਦੀ ਆ ਪੰਜਾਬ ਦੀ ਨਹੀਂ ਕਦੇ ਭਾਈ ਜਿਵੇਂ ਕਿਸੇ ਸ਼ੋਅ ਦੇ ਵਿੱਚ ਇਸ ਤਰੀਕੇ ਦੀ ਹਰਕਤ ਹੁੰਦੀ ਹੈ ਤਾਂ ਉੱਥੇ ਫਿਰ ਹੁੰਦਾ ਨਹੀਂ ਕਰੇ ਵੀ ਮੈਂ ਜਵਾਬ ਦਵਾ ਇਹਨੂੰ ਚੰਗੀ ਤਰ੍ਹਾਂ ਪੈਸੇ ਪੈਸੇ ਹੁਣ ਹਰ ਇੱਕ ਜਗ੍ਹਾ ਪੈਸਾ ਵੀ ਨਹੀਂ ਦੇਖਣਾ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਦੱਸ ਵੀ ਦੰਨਾ ਪਤਾ 4 ਸਾਲ ਪਹਿਲਾਂ 3 ਸਾਲ ਪਹਿਲਾਂ ਹੁਣ ਤਾਂ ਅਸੀਂ ਬਹੁਤ ਗੁੱਸਾ ਆਉਂਦਾ ਸੀ ਜਦੋਂ ਇਹਨੂੰ ਕੋਈ ਛੇੜਦਾ ਸੀ ਠੀਕ ਹੈ ਇਹ ਮੈਨੂੰ ਪਿੱਛੇ ਆ ਕੇ ਦੱਸਣਾ ਇਹਨੇ ਵੀ ਉਹ ਛੇੜ ਰਿਆ ਉਦੋਂ ਨਾ ਭਾਈ ਕੁਝ ਇਹ ਲੱਗਦਾ ਸੀ ਵੀ ਜੇ ਅਸੀਂ ਬੋਲੇ ਵੀ ਕੁੱਟਮਾਰ ਕਰਨਗੇ ਉਸ ਤੋਂ ਬਾਅਦ ਕੁੱਟਮਾਰ ਤੋਂ ਬਾਅਦ ਵੀ ਪੇਮੈਂਟ ਉਹਦਾ ਬਣਗੇ ਆਰਗੇਨਾਈਜ਼ਰ ਦੀ ਪੇਮੈਂਟ ਦਾ ਬਣਗੇ ਉੱਥੇ ਆਰਗੇਨਾਈਜ਼ਰ ਵੀ ਦੱਬਿਆ ਜਾਂਦਾ ਸੀ ਅਸੀਂ ਵੀ ਦੱਬੇ ਜਾਂਦੇ ਸੀ ਵੀ ਜੇ ਸੈਲੋ ਯਾਰ ਘੰਟਾ ਚੱਲ ਬੋਲ ਗਿਆ ਬੋਲ ਗਿਆ ਹੂੰ ਇਹਨੂੰ ਇਸ਼ਾਰਾ ਕਰ ਗਿਆ ਕੰਦਾ ਇਹਨੂੰ ਕਹਿ ਦਿੰਦਾ ਮੈਂ ਚੁੱਪ ਸਬਰ ਕਰ ਲੈ ਤੁਸੀਂ ਇਹ حساب ਲਾ ਲਓ ਵੀ ਇੱਕ ਸਾਲ ਤਾਂ ਨਾ ਅਸੀਂ ਲੜਾਈਆਂ ਵਾਕ ਕੀਤੀਆਂ ਨੇ ਇਹਨੇ ਅੱਛਾ ਲੜਪਨ ਲੜਪਨ ਦੀ ਸੀ ਅੱਛਾ ਵੀ ਤੂੰ ਮੇਰੇ ਮਨੀ ਆਏ ਕਿਉਂ ਕੀਤਾ ਆਏ ਫਲਾਨਾ ਫੇਰ ਵੀ ਚੱਲ ਅਸੀਂ ਕੰਟਰੋਲ ਕਰਕੇ ਇਹਨੂੰ ਪਿੱਛੇ ਲਿਆਉਂਦੇ ਹਾਂ ਨਾ ਵੀ ਚੱਲ ਚੁੱਪ ਕਰ ਜਾ ਘੰਟੇ ਬਾਅਦ ਅੱਧੇ ਘੰਟੇ ਬਾਅਦ ਇਹ ਸੈੱਟ ਹੋ ਜਾਂਦੀ ਫੇਰ ਇਹਨੂੰ ਸਟੇਜ ਤੇ ਚੜ੍ਹਨਾ ਪੈਂਦਾ ਕਿਉਂਕਿ ਲੋਕ ਨਾ ਕੁਝ ਐਦਾਂ ਨਹੀਂ ਹੁੰਦੇ ਵਿੱਚ ਮੁੰਡੇ ਜੇ ਇੱਕ ਕੁੜੀ ਸਾਫ਼ ਸੁਥਰਾ ਕੰਮ ਕਰ ਰਹੀ ਆ ਉਹਨੂੰ ਨਾ ਜਾਣ ਜਾਣ ਕੇ ਤੰਗ ਕਰਦੇ ਹੁੰਦਾ ਵੀ ਐਸੀ ੜੇ ਸ਼ਿੜੇ ਠੀਕ ਹੈ ਕੁਝ ਬੋਲੇ ਕੁਝ ਬੋਲੇ ਪਰ ਉਹ ਕੁੜੀ ਦਾ ਸਬਰ ਹੁੰਦਾ ਵੀ ਮੈਂ ਘੰਟਾ ਕੱਟਣਾ ਇਹਨਾਂ ਨੂੰ ਕੱਟ ਕੇ ਪਰਾਂ ਚੱਲ ਬੀ ਸਾਰੇ ਦਿਨ ਦੀ ਪੇਮੈਂਟ ਇਹਨਾਂ ਦੇ ਘੰਟੇ ਪਿੱਛੇ ਨਾ ਮਰ ਜੇ ਮੇਰੀ ਜਿਵੇਂ ਕੁਝ ਬੋਲਤਾ ਉਥੇ ਇਹ ਵੀ ਡਰ ਹੁੰਦਾ ਪੇਮੈਂਟ ਦਾ ਉਹ ਸਾਨੂੰ ਉਹ ਚੀਜ਼ ਸਬਰ ਰੱਖਣਾ ਪੈਂਦਾ ਅੰਦਰ ਦੱਬ ਕੇ ਜਿਵੇਂ ਤੁਸੀਂ ਰਾਤ ਦਾ ਜ਼ਿਕਰ ਕੀਤਾ ਗੱਡੀ ਤੁਹਾਡੇ ਪਿੱਛੇ ਲੱਗੀ ਇਦਾਂ ਕਰੇ ਸ਼ੋਅ ਤੋਂ ਬਾਅਦ ਹੋਇਆ ਸ਼ੋਅ ਤੋਂ ਬਾਅਦ ਹੀ ਹੋਇਆ ਬਈ ਉਹ ਉਦੋਂ ਸ਼ੋਅ ਤੋਂ ਬਾਅਦ ਹੀ ਹੋਇਆ ਸੀ ਅੱਛਾ ਮੁੰਡਿਆਂ ਦੀਆਂ ਗੱਡੀਆਂ ਬਥਰੀਆਂ ਲੱਗਦੀਆਂ ਨਹੀਂ ਸਾਡੇ ਮੇਰੇ ਸ਼ੋਅ ਦੇ ਵਿੱਚ ਜਿਹੜੇ ਤੁਹਾਡੇ ਜਿਨ੍ਹਾਂ ਨੇ ਤੁਹਾਡਾ ਸ਼ੋਅ ਦੇਖਿਆ ਹੋਵੇ ਉਹਨਾਂ ਨੇ ਤੁਹਾਡੇ ਪਿੱਛੇ ਗੱਡੀ ਗਲਤ ਵਾਲੀ ਲੱਗੀਆਂ ਬਈ ਅਛਾ ਇਹਦਾ ਵੀ ਹੁੰਦਾ ਬਹੁਤ ਗੱਡੀਆਂ ਲੱਗੀਆਂ ਉਹ ਕੱਲੀ ਸਾਡੇ ਪਿੱਛੇ ਨਹੀਂ ਉਹ ਤਾਂ ਵੀਰੇ ਸਾਰਿਆਂ ਦੇ ਪਿੱਛੇ ਲੱਗਦੀ ਆ ਕਿ ਮਤਲਬ ਹੋਰ ਵੀ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਗੱਡੀਆਂ ਚਾਹੁੰਦੀਆਂ ਨੇ ਉਹਨਾਂ ਦੇ ਮਗਰ ਵੀ ਲੱਗਦੀ ਆ ਹਮ ਪਰ ਜਦੋਂ ਹੱਥ ਕੁਛ ਨਹੀਂ ਹੁੰਦਾ ਉਦੋਂ ਉਹ ਆਪਣੇ ਰਾਹ ਗੱਡੀ ਆਪਣੇ ਰਾਹ ਉਹੀ ਗੱਲ ਆ ਗਈ ਮੈਂ ਨਾ ਕੰਮ ਕਰਨ ਦਾ ਜਰੀਆ ਜੇ ਕਿ ਕੁੜੀ ਦਾ ਕੰਮ ਕਰਨ ਦਾ ਜਰੀਆ ਸਹੀ ਆ ਦੂਜੀ ਦਾ ਥੋੜਾ ਜਿਹਾ ਗਲਤ ਆ ਤਾਂ ਇੱਕ ਮੱਝ ਨੇ ਸਾਰਿਆਂ ਨੂੰ ਲਵੇੜ ਦੇਣਾ ਤੇ ਸਾਰੀ ਆਡੀਅנס ਨੇ ਦੇਖ ਕੇ ਕਹਿਣਾ ਵੀ ਜੇ ਇਹ ਗਲਤ ਦਿਖ ਰਹੀ ਆ ਤਾਂ ਆ ਵੀ ਗਲਤ ਹੋਊਗੀ ਇਨੂੰ ਵੀ ਛੇੜ ਕੇ ਦੇਖੋ ਅੱਜ ਕੱਲ ਵੀ ਰੀਲਾਂ ਆਉਂਦੀਆਂ ਨੇ ਤੁਸੀਂ ਦੇਖਦੇ ਹੋ ਹੈਨਾ ਕੋਈ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਆਡੀਅנס ਨੂੰ ਕਿ ਭਈ ਅਸੀਂ ਠੀਕ ਆ ਜਾਂ ਉਹ ਠੀਕ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਹੈਨਾ ਬਟ ਸਾਨੂੰ ਆਪਦਾ ਪਤਾ ਨਾ ਅਸੀਂ ਕਿਸੇ ਨੂੰ ਕਹਿ ਰਹੇ ਨਾ ਕਿਸੇ ਨੂੰ ਕਹਿਣਾ ਕਿਉਂਕਿ ਰੀਲਾਂ ਦੇ ਵਿੱਚ ਅੱਜ ਕੱਲ ਨਾਰਮਲ ਘਰਾਂ ਦੀ ਕੁੜੀਆਂ ਵੀ ਤੁਸੀਂ ਦੇਖਦੇ ਹੋ ਅੱਜ ਕੱਲ ਕਾਫੀ ਇੰਸਟਾ ਤਾਂ ਬਹੁਤ ਫੇਮਸ ਆ ਜੀ ਅੱਜ ਕੱਲ ਤਾਂ ਆਪਣੇ ਜਿਹੜੇ ਬਜ਼ੁਰਗ ਸਾਡੇ ਨਾਲੋਂ ਵੱਧ ਗੰਦ ਤਾਂ ਇੰਸਟਾ ਤੇ ਹੋਰਾਂ ਨੇ ਪਾ ਰੱਖਿਆ ਘਰੇਲੂ ਪੈ ਰਹੇ ਆ ਗੱਲ ਸਹੀ ਗੱਲ ਆ ਤੇ ਮਾਪਿਆਂ ਨੂੰ ਪਤਾ ਵੀ ਆ ਕਿ ਵੀ ਸਾਡੇ ਜਵਾਕ ਆ ਕੁਛ ਕਰ ਰਹੇ ਆ। ਉਹੀ ਚੀਜ਼ ਆ ਗਈ ਵੀ ਵੱਡੇ ਘਰ ਦੀ ਇਹਦਾ ਟਾਇਲੈਂਟ ਆ। ਹਾਂ ਸਹੀ ਗੱਲ। ਤੇ ਛੋਟੇ ਦੀ ਆ ਤਾਂ ਨਚਾਰਪਣਾ। ਨਚਾਰਪਣਾ ਚਲੂਸ ਕੱਟਿਆ। ਜੇ ਅਸੀਂ ਨਚਾਰਾ ਫਿਰ ਤਾਂ ਹਰ ਇੱਕ ਘਰ ਦੇ ਵਿੱਚ ਨਚਾਰਾ ਨੇ ਬਈ। ਕਿਉਂਕਿ ਡਾਂਸ ਤਾਂ ਦੇਖੋ ਇੰਜੋਏ ਤਾਂ ਹਰ ਇੱਕ ਕਰਦਾ। ਕੋਈ ਇੰਜੋਏ ਕਰਨਾ ਮਾੜੀ ਗੱਲ ਨਹੀਂ ਹੈਗੀ। ਪਰ ਇੱਕ ਗੱਲ ਆ ਬਈ ਸਾਡੀ। ਮੇਰੀ ਫੈਮਿਲੀ ਵੀ ਇਸ ਚੀਜ਼ ਨੂੰ ਐਗਰੀ ਆ। ਇਹਦੀ ਫੈਮਿਲੀ ਵੀ ਐਗਰੀ ਆ। ਤੇ ਰਿਸ਼ਤੇਦਾਰ ਤਾਂ ਹੁਣ ਮੈਂ ਐਗਰੀ ਕਰਾ ਲਈ ੱੱਕੇ ਨਾਲ ਕਰਾਏ ਨੇ। ਹਾਂ ਐ ਜਦੋਂ ਸਲੂਟ ਪਾਇਦਾ। ਹਾਂ ਬੀ ਜਿੰਨੀ ਇੱਜ਼ਤ ਸਾਨੂੰ ਆ ਲਾਈਨ ਚ ਆ ਕੇ ਮਿਲੀ ਐ ਤਵਾ ਤਵਾ ਮੈਂ ਨਹੀਂ ਕਹਿੰਦਾ ਕਿ ਕਿਸੇ ਫੀਲਡ ਚ ਇੰਨੀ ਇੱਜ਼ਤ ਕਿਸੇ ਨੂੰ ਨਹੀਂ ਮਿਲਦੀ ਹੂੰ ਤੇ ਉਹ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਹੀ ਸਕਦੇ ਹੋ ਬਈ ਸਾਡੇ ਕਮੈਂਟ ਵੀ ਦੇਖ ਸਕਦੇ ਹੋ 100 ਚੋਂ 95% ਮੇਰੇ ਸਾਡੇ ਕਮੈਂਟ ਸਹੀ ਹੁੰਦੇ ਹੂੰ ਤੇ ਤੁਸੀਂ ਵਿਆਹ ਚ ਵੀ ਸਾਨੂੰ ਲਾਈਵ ਦੇਖਿਆ ਹੋਇਆ 5% ਕਮੈਂਟ ਸਾਨੂੰ ਪਤਾ ਕਿਹੜੇ ਗਲਤ ਆਉਣਗੇ ਜਿਨ੍ਹਾਂ ਦੀਆਂ ਫੇਕ ਐਡੀਆਂ ਬਣੀਆਂ ਨੇ ਹੂੰ ਉਹ ਗਲਤ ਆਉਣਗੇ ਜਿਹੜੇ ਚੁਬਦੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਦਾ ਵੀ ਰਿਪਲਾਈ ਅਸੀਂ ਨਹੀਂ ਕਰਦੇ ਸਾਡੀ ਜਨਤਾ ਹੀ ਕਰ ਦਿੰਦੀ ਉਹਨਾਂ ਨੂੰ ਰਿਪਲਾਈ ਹਾਂ ਮੈਂ ਅਸੀਂ ਰਿਪਲਾਈ ਨਹੀਂ ਕਰਦੇ ਉਹਨਾਂ ਨੂੰ ਸਾਡੇ ਫੈਨ ਕਰ ਦਿੰਦੇ ਵੀਨਾ ਚ ਤੁਸੀਂ ਗਲਤ ਕੀ ਦੇਖਿਆ ਪਿੱਛੇ ਜੇ ਅਸੀਂ ਨਾ ਇਹਨੇ ਸਲੇਟ ਸਲੇਟ ਬਣੀ ਹੋਈ ਸੀ ਚਲੋ ਸਾਨੂੰ ਸਨਮਾਨ ਹੋਇਆ ਸਕੂਲ ਚੋਂ ਉਡਾੜਾ ਗੁਰਮੁਖੀਆ ਉਹ ਵੀਡੀਓ ਪਾਤੀ ਉਹਦੇ ਕਮੈਂਟ ਆਇਆ ਕਹਿੰਦੇ ਇਹਨਾਂ ਦਾ ਬੜਾ ਚੱਕਰ ਜਾ ਕਦੇ ਹੀ ਕਿਹੜੀ ਚੀਜ਼ ਨੂੰ ਪ੍ਰੋਮੋਟ ਕਰਨ ਲੱਗ ਜਾਂਦੇ ਕਦੇ ਕਿਹੜੀ ਚੀਜ਼ ਉਹ ਗੁਰੂ ਉਹ ਪੰਜਾਬ ਦੀ ਬੋਲੀ ਆ ਤਾਂ ਹੂੰ ਜੇ ਅਸੀਂ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਆ ਤਾਂ ਉੱਚ ਫਾਇਦਾ ਸਾਰਿਆਂ ਦੀ ਆ ਤੁਸੀਂ ਇਹ ਤਾਂ ਦੇਖੋ ਵੀ ਸਾਡੇ ਵੀਊ ਵਧਦੇ ਆ ਜਾਂ ਕੁਝ ਹੋਰ ਵਧਦਾ ਉਹ ਚੀਜ਼ ਕੀ ਦਿਖਾ ਰਹੇ ਆ ਅਸੀਂ ਉਹ ਤਾਂ ਦੇਖ ਲਓ ਐਸੀ ਕੁਝ ਗਲਤ ਕਰਕੇ ਤਾਂ ਨਹੀਂ ਵੀਊਜ਼ ਲੈ ਰਹੇ ਕੁਝ ਚੰਗਾ ਹੀ ਕਰ ਰਹੇ ਆ ਮੇਰੀ ਮਾਤਾ ਬਈ ਤਿੰਨ ਤਿੰਨ ਘੰਟੇ ਨੱਚਣਾ ਸੋਖਾ ਨਹੀਂ ਪਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਚਿਉਣ ਲੱਗ ਜਾਂਦਾ ਬੰਦਾ ਫੇਰ ਵੀ ਕਹਿੰਦੇ ਖਾ ਕੇ ਨੱਚਦੇ ਆ ਕੋਈ ਫੇਰ ਕਹਿੰਦੇ ਖਾ ਕੇ ਨੱਚਦੇ ਆ ਸਾਚੂਰ ਕੁਛ ਹਾਂ ਹਾਂ ਵੀ ਇਹਦਾ दारू ਪੀਂਦੇ ਉਹਨਾਂ ਕਰਦੇ ਪੀਤਾ ਹੁੰਦਾ ਵੀ ਇਹ ਤਾਂ ਜੀ ਹਾਂ ਫੀਮਾ ਖਾਂਦੇ ਨੇ ਚਿੱਟਾ ਅੱਜ ਜਿਵੇਂ ਹੁਣ ਕੇਸ ਹੋਇਆ ਸੀ ਜੇ ਆਪਾਂ ਨਾਮ ਨਹੀਂ ਲੈਣਾ ਪਰ ਉਸ ਕੇਸ ਦੇ ਵਿੱਚ ਵੀ ਇਹ ਚੀਜ਼ ਬੜੀ ਵੱਡੀ ਪ੍ਰਚਲਿਤ ਕੀਤੀ ਗਈ ਉਹ ਜਿਹੜੇ ਉਹ ਸ਼ੋਅ ਵਾਲੇ ਸੀਗੇ ਉਹ ਕਹਿੰਦੇ ਵੀ ਇਹਨਾਂ ਦੇ ਪੈਗ ਲੱਗੇ ਹੋਏ ਸੀ ਇਹ ਕੁੜੀਆਂ ਪੈਗ ਲਾ ਕੇ ਚੜ੍ਹਦੀਆਂ ਨੇ ਉਹੀ ਚੀਜ਼ ਆ ਗਈ ਨਾ ਭਾਈ ਆਵਦਾ ਆਵਦੇ ਨੂੰ ਮਾਰਦਾ ਮਾਰਦਾ ਆਪਾਂ ਤਾਂ ਵੀਰੇ ਦੇਖੋ ਕਿਸੇ ਬਾਰੇ ਕੁਝ ਕਹਿੰਦੇ ਨਹੀਂ ਨਾ ਆਪਾਂ ਨੂੰ ਉਹਨਾਂ ਦਾ ਪਤਾ ਨਹੀਂ ਆਪਾਂ ਨੂੰ ਉਹਨਾਂ ਦਾ ਪਤਾ ਆਪਾਂ ਨੂੰ ਆਪਣਾ ਪਤਾ ਆਪਣਾ ਪਤਾ ਅਸੀਂ ਸਹੀ ਹਾਂ ਸਾਨੂੰ ਸਾਲਾ ਕੋਈ ਕਹਿ ਕੇ ਦਿਖਾ ਦੇ ਯਾਰ ਸਟੇਜ ਤੇ ਤੁਸੀਂ ਨਸ਼ਾ ਕਰਕੇ ਚੜਦੇ ਹੋ ਇੱਕ ਬੰਦਾ ਵੀ ਪ੍ਰੂਫ ਕਰ ਦੇ ਹੂੰ ਦੇਣਦਾਰ ਹਾਂ ਦੇਣਦਾਰ ਹਾਂ ਤੇ ਫਿਰ ਇਨੀ એનર્ਜੀ ਕਿੱਥੋਂ ਆਉਂਦੀ ਹੈ ਦੋਸਤੋ ਬਾਈ ਬੇਬੇ ਦੀਆਂ ਰੋਟੀਆਂ ਤੋਂ ਰੱਬ ਨਾ ਆਪੇ ਹਿੰਮਤ ਦੇ ਦਿੰਦਾ ਇੱਕ ਗੱਲ ਦੱਸਦਾ ਬਾਈ ਸੁਣੋ ਹੂੰ ਸ਼ਾਹੂਕਾਰ ਦੀ ਥੋਮਾ ਮੱਖਣ ਨਾਲ ਹੋਵੇ ਲਿਪੜੀ ਤੇ ਗਰੀਬ ਦੀ ਜੇ ਬੇਬੇ ਸੁੱਕੀ ਲਾ ਕੇ ਦੇ ਦੇਣਾ ਸਵੇਰ ਆ ਸ਼ਾਮ ਵਾਲੀ ਬਣੀ ਹੋਈ ਸਵੇਰੇ ਖਾਦੀ ਜਾਵੇ ਉਹ ਵੀ ਐ ਲੱਗਦਾ ਵੀ ਪਤਾ ਨਹੀਂ ਕਿੰਨਾ ਕਿਉਂ ਭਰਿਆ ਹੋਇਆ ਹੈ ਇੱਕ ਭੁੱਖੇ ਬੰਦੇ ਨੂੰ ਜੇ ਰੋਟੀ ਸੁੱਕੀ ਵੀ ਮਿਲ ਜੇ ਨਾ ਉਹਦੇ ਲਈ ਬਹੁਤ ਵੱਡੀ ਗੱਲ ਹੈ ਤੇ ਜੇ ਉਹ ਬੇਬੇ ਦੇ ਹੱਥ ਦੀ ਹੋਵੇ ਹਾਂ ਉਹਦੇ ਵਰਗਾ ਸੋਨਾ ਕੋਈ ਕੀ ਅੱਛਾ ਪਹਿਲੇ ਤੁਹਾਡਾ ਸਵਾਲ ਹੋਊਗਾ ਕਿਉਂਕਿ ਪੋਡਕਾਸਟ ਹੈ ਮੈਂ ਨਾ ਮਨ ਤੇ ਵਿੱਚ ਜਿੱਦਾਂ ਜਿੱਦਾਂ ਲੜੀਵਾਰ ਸਵਾਲ ਜੇ ਆ ਰਹੇ ਨੇ ਉਸ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕੋਈ ਇੱਕ ਚੀਜ਼ ਦਾ ਜ਼ਿੰਦਗੀ ਦੇ ਵਿੱਚ ਏ ਹੋਵੇ ਵੀ ਜਿਵੇਂ ਨਾ ਜਿਵੇਂ ਛੋਟੇ ਉਹਦੇ ਬੰਦੇ ਨੂੰ ਪੁੱਛ ਰਹੇ ਸੀ ਯਾਰ ਜੇ ਤੈਨੂੰ ਮੁੜ ਕੇ ਟਾਈਮ ਤੇ ਪਿੱਛੇ ਲੈ ਜਾ ਜਾਵੇ ਕਿਹੜੀ ਚੀਜ਼ ਕਰਨਾ ਚਾਹੇਂਗਾ ਦੁਬਾਰਾ ਜਿਵੇਂ ਮੈਨੂੰ ਪੁੱਛੂਗਾ ਨਾ ਵੀ ਤੂੰ ਜੇ ਤੇਨੂੰ ਟਾਈਮ ਮਸ਼ੀਨ 'ਚ ਬਿਠਾ ਕੇ ਪਿੱਛੇ ਲੈ ਜਾਈਏ ਤੇਰੇ ਬਚਪਨ 'ਚ ਜਾਂ ਕਿਤੇ ਤੂੰ ਕਿਹੜੀ ਚੀਜ਼ ਕਰਨਾ ਚਾਹੇਂਗਾ ਦੁਬਾਰਾ ਜਾਂ ਕੀ ਕੀ ਚੀਜ਼ਾਂ ਦੁਬਾਰਾ ਕਰਨੀ ਚਾਹੇਂਗਾ ਤਾਂ ਮੇਰਾ ਸਵਾਲ ਕੁਝ ਉਸ ਤਰੀਕੇ ਦਾ ਹੋ ਗਿਆ ਮੇਰਾ ਜਵਾਬ ਕੁਝ ਉਸ ਤਰੀਕੇ ਦਾ ਅਗਰ ਮੈਂ ਇਹ ਸਵਾਲ ਤੁਹਾਨੂੰ ਪੁੱਛਾਂ ਵੀ ਤੁਹਾਨੂੰ ਟਾਈਮ ਮਸ਼ੀਨ 'ਚ ਬਿਠਾ ਕੇ ਪਿੱਛੇ ਲੈ ਜਾਈਏ ਤਾਂ ਕੀ ਚੀਜ਼ ਤੁਸੀਂ ਚਾਹੁੰਦੇ ਵੀ ਮੈਂ ਸੈ ਕਿ ਮੇਰੀ ਲਾਈਫ ਦੇ ਦੋ ਈਮ ਸੀਗੇ ਹੁੰਦਾ ਨਾ ਕਿ ਮੈਨੂੰ ਦੱਸਿਆ ਨਹੀਂ ਸੀ ਕਿਸੇ ਨੇ ਕਿ ਵੀ ਤੂੰ ਕੀ ਕੁਝ ਬਣਨਾ ਕੀ ਨਹੀਂ ਬਣਨਾ ਬਟ ਇੱਕ ਸ਼ੁਰੂ ਤੋਂ ਹੀ ਮਨ 'ਚ ਲਗਨ ਸੀ ਕਿ ਜਾਂ ਤਾਂ ਮੈਂ 에어 호ਸਟੈਸ ਬਣਨਾ ਜਾਂ ਮੈਂ ਪੁਲਿਸ ਦੀ ਜੌਬ ਕਰਨੀ ਆ ਪੁਲਿਸ ਦੀ ਨੌਕਰੀ ਲੈਣੀ ਆ ਅੱਛਾ ਤਿਆਰੀਆਂ ਵੀ ਬਹੁਤ ਕੀਤੀਆਂ ਮੈਂ ਅੱਛਾ ਰਨਿੰਗ ਵੀ ਹਰ ਚੀਜ਼ ਕੀਤੀ ਬਟ ਉਹ ਹੁੰਦਾ ਨਾ ਇੱਕ ਆ ਫੀਲਡ ਨੇ ਮੈਨੂੰ ਮਤਲਬ ਕਿ ਉਧਰ ਜਾਣ ਹੀ ਨਹੀਂ ਦਿੱਤਾ ਹਾਂ ਕਿ ਟਾਈਮ ਹੀ ਨਹੀਂ ਦਿੱਤਾ ਹਾਂ ਕਿਉਂਕਿ ਪੈਸੇ ਦੀ ਜ਼ਰੂਰਤ ਸੀ ਉਹ ਆ ਫੀਲਡ ਹੀ ਦੇ ਸਕਦੀ ਸੀ ਹਾਂ ਜੇ ਮੈਂ ਘਰੇ ਬਹਿ ਕੇ ਤਿਆਰੀਆਂ ਕਰਦੀ ਤੋ ਹੀ ਮੁੱਖ ਮਰਦੇ ਸਾਰੇ ਹਮ ਮਤਲਬ ਕਿ ਉਹ ਬਹੁਤ ਅੱਜ ਵੀ ਮੈਨੂੰ ਆਏ ਹੁੰਦਾ ਕਿ ਕਾਸ਼ ਮੈਂ ਕੁਝ ਕਰਦੀ ਹੈ ਨਾ ਬਟ ਆ ਫੀਲਡ ਮੈਨੂੰ ਭੁਲਾਤਾ ਫਿਰ ਵੀ ਸਾਰਾ ਕੁਝ ਕਿ ਚਲ ਕੋਈ ਨਹੀਂ ਉਹ ਚੀਜ਼ ਨਹੀਂ ਤਾਂ ਮੇਰੇ ਲਈ ਸਿਰਫ ਆਹੀ ਫੀਲਡ ਬਣੀ ਸੀ ਹਮ ਜੋ ਕਿ ਜਿਹਦੇ ਵਿੱਚ ਮੈਂ ਖੁਸ਼ ਆ ਸੈਟੀਸਫਾਈਡ ਆ ਹਮ ਤੇ ਇੱਕ ਗੱਲ ਮੈਂ ਕਹਿਣਾ ਚਾਹਾਂਗੀ ਕਿ ਨਸ਼ਾ ਤਾਂ ਨਾ ਭੁੱਲ ਕੇ ਵੀ ਨਾ ਲਾਇਓ ਕਿਉਂਕਿ ਨਸ਼ਾ ਜ਼ਿੰਦਗੀ ਖਰਾਬ ਕਰ ਦਿੰਦਾ ਹਮ ਕਿਉਂਕਿ ਮੇਰੇ ਡੈਡੀ ਡਰਿੰਕ ਕਰਦੇ ਹੁੰਦੇ ਸੀ ਮਤਲਬ ਕੱਲੇ ਡਰਿੰਕ ਹੀ ਕਰਦੇ ਸੀ ਹੋਰ ਕੋਈ ਨਿਸ਼ਾਨੀ ਸੀ ਨਾਮਕਦੇ ਸੁਣਿਆ ਸੀ ਕੋਈ ਹੋਰ ਨਸ਼ਾ ਤੇ ਡਰਿੰਕ ਨੇ ਸੱਚੀ ਕਰਨ ਨੂੰ ਪਾੜ ਕੇ ਰੱਖ ਦਿੰਦੀ ਆ ਤੇ ਮੇਰਾ ਪਾੜਤਾ ਸੀ ਡਰਿੰਕ ਨੇ ਤੇ ਹੋ ਸਕੇ ਮੈਂ ਤਾਂ बस ਇੱਕ ਹੀ ਗੱਲ ਕਹਿਨੀ ਆ ਬਈ ਜੋ ਵੀ ਦੇਖਦੇ ਆ ਸੁਣਦੇ ਆ ਕਿ ਬਸ ਨਸ਼ੇ ਤੋਂ ਬਹੁਤ ਹੀ ਜ਼ਿਆਦਾ ਦੂਰ ਰਹੋ ਕਦੇ ਸ਼ੌਕ ਚ ਵੀ ਟਰਾਈ ਨਾ ਕਰੋ ਹੂੰ ਬਸ ਬਈ ਅੱਜ ਦੀ ਯਾਰੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਯਾਰੀਆਂ ਦਲਪਣਾ ਦਲਪਣਾ ਯਾਰ ਮਾਰ ਕਿੱਕ ਦਵੰਡੀ ਆ ਬਈ ਆ 70% ਬਈ ਮਤਲਬ 95% ਮੇਰੇ ਨਾਲ ਬਈ ਆ ਗੱਲ ਹੋਇਆ ਤੁਸੀਂ ਮੰਨੋਗੇ 7 ਸਾਲਾਂ ਚ ਮੈਂ ਉਨਾ ਆਪ ਨਹੀਂ ਕਮਾਇਆ ਜਿੰਨਾ ਲੋਕਾਂ ਨੂੰ ਕਮਾ ਕੇ ਦਿੱਤਾ ਅੱਜ ਮੈਂ ਬਈ ਰੈਂਟਰ ਤੇ ਬੈਠਾ ਮੇਰੇ ਕੋਲੇ ਆਪਦਾ ਘਰ ਨਹੀਂ ਹੈਗਾ ਬੇਬੇ ਬਾਪੂ ਮੇਰੇ ਕੋਲ ਨੇ ਪਰ ਹੌਸਲਾ ਇੰਨਾ ਕਾ ਸਬਰ ਇੰਨਾ ਕਾ ਮੇਰੇ ਮਾਪੇ ਨੇ ਮੈਨੂੰ ਖੜਾ ਕੀਤਾ ਖਾਣ ਲਈ ਤੇ ਮੇਰੇ ਹੱਥ ਇੰਨੇ ਗਏ ਮੈਂ ਉਹਨਾਂ ਨੂੰ ਦਿਹਾੜੀ ਕਰਕੇ ਵੀ ਖਵਾ ਸਕਦਾ ਹੂੰ। ਹੂੰ। ਧੋਕੇ ਨੇ ਘਾਰੇ। ਧੋਕੇ ਬਾਈ। ਇੱਕ ਥਾਲੀ ਚ ਖਾਣ ਵਾਲਾ ਬੰਦਾ ਮੇਰੇ ਨਾਲ। ਜਿਹੜੇ ਬੰਦੇ ਨੂੰ ਮੈਂ ਕਹਿੰਦਾ ਹੁੰਦਾ ਜੀ ਵੀ ਜਿੱਥੇ ਬੀਤ ਆ ਤਾਂ ਬੀਤ ਦੇ ਪਿੱਛੇ ਉਹ ਖੜੂਗਾ ਨਹੀਂ ਕੋਈ ਨਹੀਂ ਖੜਦਾ। ਜਵਾਬ ਆ। ਜੇ ਸ਼ੋ ਲੱਗੂਗਾ ਤਾਂ ਉਹ ਬੰਦਾ ਹੈਗਾ ਤਾਂ ਲੱਗੂਗਾ ਨਹੀਂ ਲੱਗਦਾ। ਉਹ ਬੰਦੇ ਨੇ ਬਈ ਇਹੋ ਜਿਹੇ ਠੱਡਾ ਮਾਰਿਆ ਨਾ ਹੂੰ ਸਾਰਾ ਕੁਝ ਹੀ ਟੁੱਟ ਕੇ ਰਹਿ ਗਿਆ ਕਦੇ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਈ ਥੱਪੜ ਤੱਕ ਮਾਰ ਗਿਆ ਉਹ ਬੰਦਾ ਮੇਰੇ ਜਿਹੜੇ ਬੀਤ ਨੇ ਅੱਜ ਤੱਕ ਮਾਪੇ ਤੋਂ ਨਹੀਂ ਥੱਪੜ ਖਾਦਾ ਉਹ ਬੰਦੇ ਤੋਂ ਥੱਪੜ ਖਾ ਗਿਆ ਸੀ ਇੱਕ ਯਾਰੀ ਪਿੱਛੇ ਵੀ ਭਾਈ ਆ ਚਲ ਪੀਤੀ ਚ ਮਾਰ ਗਿਆ ਮਾਰ ਗਿਆ ਹੂੰ ਰੀਜ਼ਨ ਕੀ ਸੀ ਬੀ ਮੈਨੂੰ ਤਾਂ ਕੁਝ ਲੈਣਾ ਸੀ ਹੂੰ ਪਰ ਆਪਦਾ ਹੀ ਲੈਣਾ ਸੀ ਹੂੰ ਕਿਸੇ ਦਾ ਨਹੀਂ ਲੈਣਾ ਸੀ ਉਹਦੇ ਮੈਂ 2 ਮਹੀਨੇ ਤਰਲੇ ਕੱਢਦਾ ਰਿਹਾ ਵੀ ਮੈਨੂੰ ਦੇ 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 ਬਾਈ ਬਣ ਕੇ ਅਗਲੇ ਦਿਨ ਮੈਂ ਉਹਨੂੰ ਕਿਹਾ ਮੈਂ ਤੇਰਾ ਸ਼ੋਹ ਨਹੀਂ ਲਾਉਂਦਾ ਬਾਈ ਉਹ ਵੀ ਤੇ ਹੋਇਸੇ ਉਹ ਆ ਕਿ ਮੇਰੇ ਥੱਪੜ ਮਾਰਾਂਗਾ ਤੂੰ ਸ਼ੋਹ ਕਿਉਂ ਨਹੀਂ ਲਾਉਂਦਾ ਤੂੰ ਮੇਰੇ ਥੱਲੇ ਕੰਮ ਕਰਨਾ ਪਰ ਉਹ ਥੱਲੇ ਕੰਮ ਕਰਨ ਵਾਲਾ ਮੈਨੂੰ A C B C ਇੱਕ 파ਟਨਰ ਆ ਪਾਈਆਂ ਸੀ ਹੂੰ ਪਰ ਉਹ ਬੰਦਾ ਸਮਝ ਗਿਆ ਮੈਨੂੰ ਨੌਕਰੀ ਉਹਨੂੰ ਮੇਰੀ ਫੈਮਲੀ ਦਾ ਇਹ ਪਤਾ ਸੀ ਵੀ ਅੱਗੇ ਪਿਛੇ ਕੋਈ ਨਹੀਂ ਹੈ ਮੇਰੇ ਬਾਪੂ ਵਰਗਾ ਬਈ ਸਾਥ ਬੰਦਾ ਨਹੀਂ ਕੋਈ ਐਟਕ ਕੇ ਹੰਡ ਬਾਪੂ ਮਿਲਿਆ ਬਈ ਨਾ ਜਿੰਦਗੀ 'ਚ ਨਾ ਸ ਮੈਂ ਕਹਿਣਾ ਵੀ ਪ੍ਰਮਾਤਮਾ ਹਰ ਇੱਕ ਨੂੰ ਦਵੇ ਉਹ ਬੰਦੇ ਨੂੰ ਇਹ ਪਤਾ ਵੀ ਮੇਰੇ ਪੁੱਤ ਕਿਵੇਂ ਕਮਾਈ ਕਰੇ ਬਈ ਚਲੋ ਸ਼ਰਾਬ ਪੀਣਾ ਚਲੋ ਆਦਸੀ ਉਹਦੀ ਪਰ ਮੈਂ ਉਹਨੂੰ ਕਦੇ ਰੋਕਿਆ ਵੀ ਨਹੀਂ ਬਈ ਮੈਨੂੰ ਆਖਿਆ ਵੀ ਐਦੂ ਬਾਦ ਚਿੰਨੀ ਮਹਿੰਗੀ ਪੀਣੀ ਆ ਪੀ ਤੇਰਾ ਪੁੱਤ ਕਮਾਉਣਾ ਤੁਸੀਂ ਐਸਾ ਹਿਸਾਬ ਲਓ ਬਈ ਚਲੋ ਖੇਤੀਬਾੜੀ ਕਰਦੇ ਜੀ ਫਾਦਰ ਸਾਹਿਬ ਜਿੱਤੇ ਸੀ ਰੈਂਟ ਦੀ ਉਹਦੇ ਨਾਲ ਇੱਕ ਬਾੜੀ ਖਾਲੀ ਪਈ ਸੀ ਹੂੰ ਬਈ ਉਹ ਉਹਨੂੰ ਇਹ ਹੋ ਗਿਆ ਵੀ 50 ਰੁਪਏ ਸਬਜ਼ੀ ਦੇ ਜਾਂਦੇ ਆ 100 ਜਾਂਦਾ ਦਿੱਲੀ ਦਾ 200 ਸਬਜ਼ੀ ਦਾ ਜਾਂਦਾ ਜਾਵੇ ਨਾ ਬੰਦਾ ਬਈ ਨਾ ਵੀ ਸਾਰੀ ਉਹਨੇ ਸਬਜ਼ੀ ਲਾ ਰੱਖੀ ਹੈ ਹੂੰ ਸਾਰਾ ਕੰਮ ਕਰਦਾ ਬਈ ਘਟੂ ਘਟ ਏਜ ਹੋ ਗਈ 75 ਸਾਲ ਉੱਪਰ 80 ਤੱਕ ਵਾਗੇ ਬਹੁਤ ਹੈ ਯਾਰ ਮਾਰਦਾ ਬਈ ਇੰਨੀ ਕੋਈ ਯਾਰ ਛੱਡ ਦੋ ਪੈਸੇ ਦੀ ਠੱਗਾ ਟੋਰੀ ਬਹੁਤ ਹੋਈ ਹੈ ਮੈਨੂੰ ਭਾਈ ਪੈਸੇ ਨਾਲ ਪਿਆਰ ਨਹੀਂ ਹੈਗਾ ਮੈਂ ਉਹ ਬੰਦੇ ਨੂੰ 42000 ਛੱਡਿਆ 50000 ਇੱਕ ਬੰਦੇ ਕੋਲੇ ਛੱਡਿਆ ਮੈਨੂੰ ਇਹ ਸੀ ਵੀ ਯਾਰੀ ਸਹੀ ਰਹੇ ਪੈਸਾ ਦਾ ਆਉਂਦੀ ਜਾਂਦੀ ਮੈਲ ਹੱਥਾਂ 'ਚ ਕੋਈ ਨਹੀਂ ਅੱਜ ਘੱਟ ਕਮਾ ਲਿਆ ਕੱਲ ਨੂੰ ਵੱਧ ਕਮਾ ਲਾਂਗੇ ਯਾਰ ਪਰ ਬਿਗਿਆੜ ਨਾ ਪਵੇ ਕਿਸੇ ਨਾਲ ਪਰ ਪੈਸਾ ਭਰੀ ਪੈਂਦਾ ਬਈ ਪੈਸਾ ਭਰੀ ਪੈਂਦਾ ਬਈ ਉਹੀ ਗੱਲ ਆ ਬਈ ਜਿਹਦੀ ਜੇਬ ਭਰੀ ਹੈ ਨਾ ਉਹਦਾ ਸਭ ਕੁਝ ਭਾਰਾ ਸਭ ਕੁਝ ਭਾਰਾ ਜਿਹਦੀ ਜੇਬ ਭਰੀ ਨਹੀਂ ਹੈਗੀ ਉਹਦਾ ਸਭ ਕੁਝ ਖਾਲੀ ਹੈ ਪੈਸਿਆਂ ਨਾਲ ਹੀ ਰਿਸ਼ਤੇ ਆ ਬਈ ਪੈਸਿਆਂ ਨਾਲ ਰਿਸ਼ਤੇ ਅੱਜ ਸਿੱਖਿਆ ਬਈ ਮੈਂ ਹੂੰ ਆ ਲਾਈਨ ਚ ਆ ਕੇ ਸੀ 3 ਸਾਲਾਂ ਦੇ ਪੈਸਿਆਂ ਨਾਲ ਰਿਸ਼ਤੇ ਨੇ ਬਈ ਬਰਕਰਾਰ ਪਣੀ ਤੋਂ ਤੁਹਾਡੇ ਵੀ ਇਸ ਫੀਲਡ ਦੇ ਵਿੱਚ ਜਿਵੇਂ ਤੁਹਾਡੀਆਂ ਵੀ ਸਹੇਲੀਆਂ ਨੇ ਕੁੜੀਆਂ ਫਰੈਂਡਾਂ ਨੇ ਤੁਹਾਡੀਆਂ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਮੁੰਡੇ ਦੀ ਇੱਕ ਮੁੰਡਿਆਂ ਦੀ ਯਾਰੀ ਦੇ ਵਿੱਚ ਕਿ ਤੁਸੀਂ ਹੁਣ ਘਰੇ ਵੀ ਰਹਿੰਦੇ ਹੋ ਤੁਸੀਂ ਵੀ ਦੇਖਿਆ ਵੀ ਵੀਤ ਦੇ ਵੀ ਫਰੈਂਡ ਨੇ ਮੁੰਡੇ ਦੀ ਯਾਰੀ ਤੇ ਇੱਕ ਕੁੜੀ ਦੀ ਯਾਰੀ ਦੋਸਤੀਆਂ ਦੇ ਵਿੱਚ ਕਿੰਨਾ ਕ ਫਰਕ ਹੁੰਦਾ ਵੀਰੇ ਮੈਂ ਤਾਂ ਜ਼ਿੰਦਗੀ 'ਚ ਫਰੈਂਡ ਹੀ ਨਹੀਂ ਬਣਾਈ ਮੇਰੇ ਤਾਂ ਅੱਜ ਤੱਕ ਇੱਕ ਵੀ ਫਰੈਂਡ ਨਹੀਂ ਆ ਹੈਗੀ ਇੱਕ ਹਰਿਆਣੇ ਚੋਂ ਕੰਮ ਨਹੀਂ ਕਰਦੀ ਅੱਛਾ ਮਤਲਬ ਮੈਂ ਤਾਂ ਜ਼ਿੰਦਗੀ 'ਚ ਨਾ ਸਕੂਲ 'ਚ ਬਣਾਈ ਨਾ ਕਿਤੇ ਇੱਥੇ ਬਣਾਈ ਮੇਰੀ ਤਾਂ ਕੋਈ ਦੋਸਤ ਹੀ ਨਹੀਂ ਮੇਰੇ ਤਾਂ ਫੋਨ 'ਤੇ ਕੁੜੀਆਂ ਦੇ ਨੰਬਰ ਹੀ ਨਹੀਂ ਹੈਗੇ ਜਿਹੜੀ ਵੀ ਗੱਲਬਾਤ ਕਰਨੀ ਹੈ ਬਈ ਮੈਂ ਕਰਨੀ ਆ ਸਾਰੀ ਮੈਂ ਨਹੀਂ ਮੈਂ ਕਿਸੇ ਨਾਲ ਗੱਲ ਕਰਕੇ ਵੀ ਖੁਸ਼ ਨਹੀਂ ਹੈਗੀ ਹਾਂ ਜੇ ਮੈਨੂੰ ਕੋਈ ਇੱਜ਼ਤ ਨਾਲ ਬੁਲਾ ਰਿਹਾ ਨਾ ਉਹਨੂੰ ਮੈਂ 10% 10 ਗੁਣਾ ਇੱਜ਼ਤ ਦਵਾਂਗੀ ਕਿ ਬਸ ਹਾਂ ਮੈਂ ਜਿਵੇਂ ਤੇਰੇ ਥੱਲੇ ਹੀ ਲੱਗੀ ਹੋਈ ਆ ਮੈਂ ਇੰਨੀ ਜਦਾਂ ਉਹ ਜਾਨੀ ਆਪਾਂ ਨੂੰ ਜਿਸ ਤਰੀਕੇ ਨਾਲ ਬੁਲਾਉਂਗੇ ਆਪਾਂ ਉਸ ਤਰੀਕੇ ਨਾਲ ਦੁਗਣਾ ਹੋਗੇ ਦਮ ਨਾਲ ਬਿਲਕੁਲ ਆਪਾਂ ਨਿਆਰੀ ਦੋਸਤੀ ਤੋਂ ਬਹੁਤ ਦੂਰ ਆਪਾਂ ਤਾਂ ਪਰਖ ਵੀ ਪਰਖਣੀ ਵੀ ਨਹੀਂ ਕਿ ਬਈ ਜੁੰਨਿਆ ਦੀ ਵਧੀਆ ਕਿ ਕੁੜੀਆਂ ਦੀ ਕਿ ਇਹ ਦੇਖਿਆ ਮੇਰੇ ਨਾਲ ਰਹੇ ਹੂੰ ਵੀ ਇਹਦੇ ਨਾਲ ਕੀ ਕੀ ਹੋਇਆ ਵੀ ਕੀ ਪਾ ਵਿਗਤੀਆ ਤੇ ਕੀਤਾ ਮੈਂ ਬਹੁਤ ਕੁੜੀਆਂ ਦਾ ਹੂੰ ਕਿ ਸਾਥ ਦਿੱਤਾ ਕਿ ਬਈ ਇੱਕ ਟਾਈਮ ਮੇਰਾ ਨਹੀਂ ਦਿੱਤਾ ਪਰ ਮੇਰੇ ਨਾਲ ਹੀ ਬਹੁਤ ਬਹੁਤ ਮਾੜੀ ਕਰਕੇ ਗਈਆ ਹੂੰ ਕਿ ਬਸ ਮਤਲਬ ਕਿ ਉਹ ਠੀਕ ਆ ਪਰ ਆਪਾਂ ਫਿਰ ਵੀ ਉਹਨੂੰ ਇੱਕੀ ਗੱਲ ਕਹਾਂਗੇ ਬਹੁਤ ਵਧੀਆ ਕਿ ਭਾਈ ਫਿਰ ਵੀ ਬਚ ਕੇ ਰਹੋ ਭਾਈ ਗਲਤ ਕੰਮਾਂ ਚ ਨਾ ਆ ਜੇ ਟਾਈਮ ਚ ਬਈ ਨਾ ਯਾਰੀ ਰੱਖੋ ਵਾਰ ਦੀ ਹੂੰ ਜਦੋਂ ਬੰਦੇ ਨੂੰ ਆਪਾਂ ਘਰ ਤੱਕ ਲੈ ਆਉਣੇ ਇੱਕ ਥਾਲੀ ਚ ਖਾਣ ਲੱਗ ਜਾਨੇ ਜਦੋਂ ਭੇਤ ਦਿੱਤਾ ਬੰਦੇ ਨੂੰ ਬੰਦਾ ਉਹ ਤੋਂ ਮਾਰਨ ਲੱਗਦਾ ਬੰਦਾ ਇਹ ਨਹੀਂ ਦੇਖਦਾ ਵੀ ਇਹਦੇ ਨੰਗੇ ਪੈਰਾਂ ਦੀ ਕਮਾਈ ਆ ਵੀ ਇਹ ਸਿਰ ਤੋਂ ਅਸਵੀਰ ਤੋਂ ਲੈ ਕੇ ਸ਼ਾਮ ਤੱਕ ਨੱਚਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜਕਾ ਆ ਜਾਂਦਾ ਇਹ ਨਹੀਂ ਦੇਖਦਾ ਵੀ ਇਹਦੇ ਘਰ ਦੇ ਪਿੱਛੇ ਕੀ ਆ ਬੰਦਾ ਇਹ ਦੇਖਦਾ ਵੀ ਪੈਸਾ ਆ ਰਿਹਾ ਤਾਂ ਬਸ ਗੱਲ ਖਤਮ ਤੇ ਉਹ ਬੰਦੇ ਬਾਰੇ ਭਾਈ ਮੈਂ ਜ਼ਿੰਦਗੀ ਚ ਸੋਚ ਨਹੀਂ ਸਕਦਾ ਜੇ ਕੋਈ ਮੈਨੂੰ ਤੀਜਾ ਕਹਿੰਦਾ ਹੁੰਦਾ ਸੀ ਵੀ ਉਹ ਐ ਕਰਦਾ ਮੈਂ ਕਹਿੰਦਾ ਨਾ ਓਏ ਵੱਡਾ ਭਈਆ ਦੇਖ ਕੇ ਥੋੜਾ ਹੂੰ ਮੇਰਾ ਵੱਡਾ ਬ੍ਰਦਰ ਵੀਰੇ ਲੱਗ ਰਿਆਂਦਾ ਸਾਡੇ ਤੋਂ ਪੇਂਡਰ ਰਿਆਂਦਾ ਹੂੰ ਮੈਂ ਉਹਨੂੰ ਭਾਈ ਨਹੀਂ ਮੰਨਿਆ ਉਹ ਬੰਦੇ ਨੂੰ ਭਾਈ ਮੰਨ ਉਹਦੀ ਜਗ੍ਹਾ ਉਹਨੂੰ ਦਿੱਤੀ ਸੀ ਉਹ ਐਸੀ ਛੱਟ ਮਾਰ ਕੇ ਗਿਆ ਭਈ ਐਸਾ ਠੱਡਾ ਮਾਰ ਕੇ ਰਿਆ ਮੇਰਾ ਯਾਰ ਭਾਈ ਕਹਿਣ ਨੂੰ ਹੁਣ ਕਿਸੇ ਨੂੰ ਦਿਲ ਨਹੀਂ ਕਰਦਾ ਦੇਖ ਜ਼ਿੰਦਗੀ ਦੇ ਵਿੱਚ ਭਾਈ ਜਿਵੇਂ ਤੁਸੀਂ ਫਾਦਰ ਸਾਹਿਬ ਦਾ ਜ਼ਿਕਰ ਕੀਤਾ ਪਿਓ ਪਿਓ ਬਹੁਤ ਵੱਡੀ ਚੀਜ਼ ਆ ਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਭਾਈ ਬਹੁਤ ਜ਼ਰੂਰੀ ਆ ਹੋਣਾ ਬਹੁਤ ਜ਼ਰੂਰੀ ਆ ਹਰ ਇੱਕ ਦਾ ਉਹ ਕਹਿੰਦੇ ਵੀ ਇਹ ਮੈਟਰ ਨਹੀਂ ਕਰਦਾ ਤੁਹਾਡਾ ਪਿਓ ਅਮੀਰ ਆ ਗਰੀਬ ਆ ਇਹ ਮੈਟਰ ਨਹੀਂ ਕਰਦਾ ਪਿਓ ਹੋਣਾ ਹੀ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਆ ਭਾਈ ਜਿੱਦਨ ਮੇਰੇ ਨਾਲ ਆ ਮੇਰੇ ਬੱਚੇ ਨਾ ਟੁੱਡਾ ਮੈਂ ਘਰੇ ਦੱਸਿਆ ਮੇਰੇ ਬਾਪੂ ਨੇ ਪਤਾ ਕੀ ਆਖਿਆ ਪੋਤਾ ਪਤਾ ਨਹੀਂ ਕਿੰਨੇ ਕਨੇ ਦੱਬੇ ਆ ਤੇਰੇ ਹੂੰ ਅੱਗੇ ਚੱਲ ਬਹੁਤ ਕੁਝ ਦੇਖਣਾ ਇਹਦਾ ਖੜਾ ਤੇਰਾ ਬਾਪੂ ਦੱਸ ਕੀ ਚਾਹੀਦਾ ਉਹਦਾ ਪਰਸ ਬਾਪੂ ਦਾ ਪਰਸ ਵੀਰੇ ਮੇਰੇ ਕੋਲੇ ਹੁੰਦਾ ਜਿਹੜੇ ਫਾਦਰ ਸਾਹਿਬ ਤੋਂ ਕਦੇ ਮੈਂ ਮੰਗਦਾ ਹੁੰਦਾ ਸੀ ਅੱਜ ਫਾਦਰ ਸਾਹਿਬ ਮੈਨੂੰ ਕਹਿੰਦਾ ਪੁੱਤ ਅੱਜ ਹੀ ਲੈ ਆਈ ਮੈਂ ਕਹਿੰਦਾ ਨਾ ਡੈਡੀ ਤੂੰ ਪੈਸੇ ਰੱਖਿਆ ਕਰ ਪਰਸ ਉਹ ਤਾਂ ਮੈਂ ਕੀ ਕਰਨਿਆ ਤੂੰ ਹੈਗਾ ਅੱਜ ਮੈਂ ਬਾਪੂ ਨੂੰ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਵੀ ਡੈਡੀ ਨਾ ਪੀਆ ਕਰ ਪਰ ਮੈਂ ਅੱਜ ਕਹਿੰਦਾ ਹੁਣ ਦੱਸ ਕਿਹੜੀ ਪੀਣੀ ਆ ਕਿਹੜੀ ਤੇ ਹੱਥ ਰੱਖਣਾ ਜੇ ਤੂੰ ਪੀਣਾ ਨਾ ਤੇਰਾ ਸ਼ੌਂਕ ਆ ਪੀਣਾ ਦੱਸ ਮੈਂ ਆਪਣਾ ਆਪ ਵੇਚ ਕੇ ਲੈ ਆਉਂਗਾ ਪਰ ਤੈਨੂੰ ਪਿਆਉਂਗਾ ਜਰੂਰ ਤੇ ਤੇਰੀ ਹਰ ਇੱਕ ਈ ਚੀਜ਼ ਪੂਰੀ ਕਰਾਂਗਾ ਮੇਰੇ ਫਾਦਰ ਸਾਹਮਣੇ ਵੀਰੇ ਲੀਲਨ ਦਾ ਕੁਰਤਾ ਨਹੀਂ ਪਾ ਕੇ ਦੇਖਿਆ ਸੀ ਅੱਛਾ ਕੁਰਤੇ ਪਜਾਮੇ ਚਿੱਟੇ ਹੁੰਦੇ ਆ ਚਲੋ ਹਾਂ ਤੁਹਾਨੂੰ ਪਤਾ ਜੀਮੀਦਾਰਾਂ ਦੇ ਸ਼ੌਂਕ ਹੁੰਦੇ ਨੇ ਆਏ ਕਦੇ ਮਹਿੰਗੇ ਬੂਟ ਨਹੀਂ ਪਾ ਕੇ ਦਿੱਤੇ ਸੀ ਮੈਂ ਇੱਕ ਦਿਨ ਸ਼ੋਰੂਮ ਤੇ ਲੈ ਗਿਆ ਸ਼ੂਜ਼ ਲੈਂਣ ਲੱਗੇ ਉਹ 4500 ਦਾ ਜੁੱਤਾ ਨਿਕਲਿਆ ਉਹ ਕਿਤੇ ਨਾ ਮੈਂ ਕਿਹਾ ਡੈਡੀ ਨਹੀਂ ਵੀ ਇਹ 500 ਦਾ ਹੁਣ ਪੜ ਤਾਂ ਲੈਂਦੇ ਨੇ ਚਿੱਟ ਲੱਗੀ ਹੁੰਦੀ ਆ ਵੀ ਇੰਨੇ ਪਰਸੈਂਟ ਦਾ ਡਿਸਕਾਊਂਟ ਆ ਤੇ ਡੈਡੀ ਨੇ ਲਿਆ ਉਹਨੂੰ ਮੈਨੇਜਰ ਨੂੰ ਅੱਖ ਮਾਰੀ ਆ ਕਹਿੰਦਾ ਤੂੰ ਐ ਕਦੇ ਵੀ ਸਾਇਜ ਨਹੀਂ ਹੈਗਾ ਫਲਾਨਾ ਨੇ ਇਹ ਮੰਨ ਨਹੀਂ ਪਾਉਣਾ ਦਾ ਪਾਉਣਾ ਮੈਂ ਕਿਸੇ ਫੰਕਸ਼ਨ ਚ ਗਿਆ ਭਾਈ ਉਹੀ ਜੁੱਤੀ ਸੇ ਮੇਰੇ ਪਾਈ ਸੀ ਉਹੀ ਮੇਰੇ ਫਾਦਰ ਸਾਹਿਬ ਦੇ ਪਾਈ ਸੀ ਰਿਸ਼ਤੇਦਾਰ ਦੇਖਦੇ ਰਹਿ ਗਏ ਹੂੰ ਇਹ ਪਿਓ ਨੇ ਪੋਤੜੀ ਪਾਈ ਹੋਈ ਹੂੰ ਤੇ ਪਿਓ ਦੇ ਜੇ ਪੁੱਤ ਦੇ ਉਹ ਜਾਂ ਪਾਇਆ ਤਾਂ ਪਿਓ ਦੇ ਵੀ ਉਹ ਜਾਂ ਪਾਇਆ ਮਾਂ ਦੇ ਵੀ ਉਹ ਜਾਂ ਪਾਇਆ ਆਬ ਦੇ ਪੈਸੇ ਤੇ ਭਾਈ ਮੈਂ ਆ ਆ ਪੈਸ਼ ਨਹੀਂ ਕੀਤੀ ਜਿਹੜਾ ਹੁਣ ਕਮਾਇਆ ਮੇਰੇ ਮਾਪੇ ਮੇਰੀਆਂ ਭੈਣਾਂ ਨੂੰ ਇੰਨਾ ਖੁਸ਼ ਕਰਕੇ ਰੱਖਿਆ ਆਉਤੇ ਜੇਬ ਚ ਕੁਛ ਨਾ ਹੋਵੇ ਪਰ ਉਹਨਾਂ ਨੂੰ ਕਹਿੰਦਾ ਜੀ ਉਹਨਾਂ ਨੇ ਕਹਿੰਦਾ ਵੀ ਆ ਚੀਜ਼ ਚਾਹੀਦੀ ਆ ਗਿਆ ਬਰੇ ਪਹੁੰਚ ਗਈ ਕੀ ਬਤਾ ਉਹਨਾਂ ਦਾ ਲੇਖਾ ਖਾਰਿਆ ਬਾਈ ਮੇਰੇ ਫਾਦਰ ਸਾਹਿਬ ਨੂੰ ਜਾਂਦੇ ਕਹਿੰਦੇ ਹੁੰਦੇ ਸੀ ਵੀ ਗਾਂਧੀ ਕਨੈਕਟਰ ਕੀ ਬਤਾ ਸਿਰਾ ਬੰਦਾ ਮੈਂ ਫਾਦਰ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਲੋਕ ਸੋਨੂੰ ਇਹ ਕਹਿੰਦੇ ਆ ਵੀ ਮੈਨੂੰ ਕਹਦੇ ਪੁੱਛ ਲਾਂਦੇ ਵੀ ਤੂੰ ਗਾਂਧੀ ਦਾ ਮੁੰਡਾ ਮੈਂ ਐਸਾ ਦਿਨ ਲਿਆਉਣਾ ਲੋਕ ਕੀਆ ਕਰਨਗੇ ਵੀ ਗਾਂਧੀ ਤੇਰਾ ਫਾਦਰ ਸੀ ਤੇਰਾ ਵਾਪਸੀ ਅੱਜ ਐਸਾ ਸਮਾਂ ਲਿਆਤਾ ਬਈ ਜਿਹੜੇ ਰਿਸ਼ਤੇਦਾਰ ਮੈਥੋਂ ਮੂੰਹ ਵੜਦੇ ਹੁੰਦੇ ਸੀ ਨਾ ਸੋਨੋ ਹਕੀਕਤ ਦੱਸਦਾ ਭੈਣ ਦੀ ਠੀਕ ਹੈ ਰਿਸ਼ਤੇਦਾਰੀ ਚ ਭੈਣ ਧੀ ਕਿਸੇ ਵਿਆਹ ਚ ਮਿਲ ਗਈ ਮੈਨੂੰ ਨਹੀਂ ਮਿਲੇ ਵੀ ਮੰਨ ਕੇ ਚਲੋ ਉਹਨਾਂ ਦਾ ਜਿਹੜਾ ਘਰ ਦਾ ਸੀ ਉਹ ਮਿਲਿਆ ਮੈਨੂੰ ਤੇ ਉਹਨਾਂ ਨੇ ਵੀਡੀਓ ਬਣਾ ਲਈ ਚਲੋ ਬਣਾ ਕੇ ਉਹ ਕਹਿੰਦੇ ਵੀ ਇਹ ਸੋਡਾ ਰਿਸ਼ਤੇਦਾਰਾਂ ਕਹਿੰਦੇ ਨਹੀਂ ਜੀ ਇਹ ਤਾਂ ਅੱਗੇ ਦੀ ਗਾਂ ਦੀ ਗਾਂ ਰਿਸ਼ਤੇਦਾਰਾਂ ਜਦੋਂ ਮੈਂ ਵੀਡੀਓ ਵਾਇਰਲ ਹੋ ਗਈ ਨਾਮ ਆ ਗਿਆ ਉਸੇ ਕੁੜੀ ਦੀ ਬੋਲਣ ਦੀ ਕੀ ਸੀ ਮੇਰੀ ਨਜ਼ਦੀਕਦਮ ਹੂੰ ਫਲਾਨਾ ਤਰੀਕਾ ਚੇਂਜ ਹੋ ਗਿਆ ਤਰੀਕਾ ਚੇਂਜ ਹੋ ਗਿਆ ਐਡਸ ਹੋਣੀਆਂ ਵੀਡੀਓਜ਼ ਹੋਣੀਆਂ ਸਾਰੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਜਿਹੜੇ ਰਿਸ਼ਤੇਦਾਰ ਕਹਿੰਦੇ ਸੀ ਸਾਡਾ ਤਾਂ ਕੁਝ ਨਹੀਂ ਲੱਗਦਾ ਉਹ ਕਹਿੰਦੇ ਵੀ ਬਾਈ ਨੰਬਰ ਸੇਵ ਕਰ ਲਈ ਮੇਰਾ ਨੰਬਰ ਹੀ ਹੈ ਸਮਾਂ ਦੇਖਿਆ ਹੁਣ ਬਾਈ ਸਕੂਨ ਹੈ ਜ਼ਿੰਦਗੀ ਦੇ ਵਿੱਚ ਬਹੁਤ ਬਾਈ ਹਰ ਚੀਜ਼ ਲਈ ਆ ਬਾਈ ਆਪਣੀ ਕਮਾਈ ਦੀ ਲਈ ਆ ਫਾਦਰ ਸਾਹਿਬ ਨੂੰ ਕਦੇ ਨਹੀਂ ਕਿਹਾ ਵੀ ਆ ਚੀਜ਼ ਮੈਨੂੰ ਦੇ ਦੇ ਹੂੰ ਦਿੱਤਾ ਲਿਆ ਨਹੀਂ ਰਿਸ਼ਤੇਦਾਰ ਤੋਂ ਲੈਣੇ ਹੋਣਗੇ ਦੇਣੇ ਨਹੀਂ ਹੂੰ ਘਰ ਪਾਉਣਾ ਉਹ ਵੀ ਆਪਣੀਆਂ ਪੰਜੇ ਉਂਗਲੀਆਂ 10 ਸੇ ਉਂਗਲੀਆਂ ਦੀ ਕਿਰਤ ਨਾਲ ਪਾਉਣਾ ਬਈ ਕਿਆ ਬਾਤ ਹੈ ਬਥੇਰੇ ਫੋਨ ਆਏ ਸਾਨੂੰ ਬਾਹਰੋਂ ਇੰਟਰਵਿਊਜ਼ ਹੋਈਆਂ ਵੀ ਸਾਨੂੰ ਪੈਸੇ ਪਾਉਣੇ ਆ ਐਂ ਕਰਦਾਨੇ ਆ ਬਾਹ ਕਰਦਾਨੇ ਆ ਅਸੀਂ ਉਹਨਾਂ ਨੂੰ ਕਿਹਾ ਸੀ ਪਿਆਰ ਦੇ ਦੋ ਕੱਲਾ ਹੂੰ ਸਤਕਾਰ ਦੇ ਦੋ ਆਪਸ ਹੀ ਆਪੀ ਲਵਾਂ ਅਜੇ ਤੱਕ ਸਾਲਾ ਕੋਈ ਐਂ ਕਹਦੇ ਵੀ 1 ਰੁਪਿਆ ਵੀ ਲੈਣਾ ਨਾ ਹਾਂ ਕੋਈ ਨਹੀਂ ਕਹਿ ਸਕਦਾ ਬਈ ਮਾਰਾ ਨਹੀਂ ਕੀਤਾ ਕਿਸੇ ਦਾ ਪਰ ਸਾਲਿਆਂ ਨੇ ਕੀਤਾ ਬਥੇਰਾ ਸਾਡਾ ਹਰ ਇੱਕ ਨੇ ਮਾਰਾ ਕੀਤਾ ਖਵਾਇਆ ਖਾਕ ਹੀ ਨਹੀਂ ਆਇਆ ਮਾਂ ਨੇ ਕਿਹਾ ਸੀ ਜਿੱਥੇ ਜਾਏਗਾ ਪੁੱਤ ਰੌਣਕਾਂ ਲਾ ਕੇ ਆਈ ਤੇ ਆਉਂਦਾ ਹੋਇਆ ਰੌਣਕਾਂ ਨਾਲ ਲਈ ਲੋਕ ਕਹਿਣ ਯਾਦ ਕਰਨ ਵੀ ਕੋਈ ਆਇਆ ਸੀ ਤੇ ਅੱਜ ਉਹੀ ਚੀਜ਼ ਬਈ ਜਿੱਥੇ ਮੈਂ ਜਾਣਾ ਨਾ ਇਹ ਹਜ਼ਾਰ ਬੰਦਾ ਸਾਨੂੰ ਦੇਖਦਾ 990 ਬੰਦੇ ਕਹਿੰਦੇ ਆ ਵੀ ਕਿਆ ਬਾਤ ਹੈ ਨਚਾਉਣਾ ਵਿਆਹ ਚ ਤਾਂ ਉਹਨਾਂ ਨੂੰ ਨਚਾਉਣਾ ਨਹੀਂ ਨਚਾਉਣਾ ਹੈ ਕੋਈ ਬੀੜਾ ਸੀ ਕਿਸੇ ਦੀ ਡੇਟ ਰੱਖੀ ਜਾਂਦੀ ਸੀ ਅਸੀਂ ਕਹਿੰਦੇ ਸਾਨੂੰ ਬੁਲਾ ਲਓ ਪਰ ਅੱਜ ਐਸਾ ਟਾਈਮ ਆ ਬਈ ਡੇਟਾਂ ਪੁੱਛ ਕੇ ਰੱਖੀਆਂ ਜਾਂਦੀਆਂ ਬਹੁਤ ਵੱਡੀ ਗੱਲ ਹੈ ਅੱਛਾ ਹੁਣ ਅਗਰ ਇੱਕ ਸਵਾਲ ਕਰਾਂ ਮੈਂ ਕਿ ਤੁਹਾਨੂੰ ਦੋਹਾਂ ਨੂੰ ਕਿ ਮੰਨ ਲਓ ਤੁਹਾਨੂੰ ਦੋਹਾਂ ਨੂੰ ਤੁਹਾਡੇ ਇਸ ਕਿਤੇ ਚੋਂ ਚੱਕ ਕੇ ਰੱਬ ਪਰੇ ਲੈ ਜਾਂਦਾ ਤਾਂ ਫਿਰ ਤੁਸੀਂ ਦੋਏ ਕੀ ਕਰੋਗੇ ਚਾਕੇ ਪਰਾਂ ਲੈ ਗਿਆ ਬਾਈ ਚਲੋ ਰੱਬ ਜਾਣਦਾ ਪਰਮਾਤਮਾ ਪਤਾ ਨਹੀਂ ਕੀ ਦੇ ਕੀ ਰਾਜੀ ਹੈ ਨਾ ਕਿਤੇ ਰਾਜੀ ਹੈ ਨਾ ਕਿਰਤ ਤਾਂ ਕਰਨੀ ਆ ਹੱਥ ਦਾ ਕੰਮ ਜਾਬ ਨੇ ਹੂੰ ਜਿਨ੍ਹਾਂ ਦੇ ਇਹ ਵੀ ਨਹੀਂ ਲਾਏ ਛੜਕਾਂ ਦੇ ਬੈਠੇ ਰੋਂਦੇ ਨੇ ਹੂੰ ਢੜ ਤਾਂ ਉਹਨਾਂ ਦਾ ਵੀ ਭਰਿਆ ਜਾਂਦਾ ਸਾਡੇ ਦਾ ਫੇਰ ਵੀ ਲੱਗੇ ਨੇ ਕੀ ਬਾਤ ਹੈ ਢੜ ਤਾਂ ਭਰਾਂਗੇ ਬਹੁਤ ਡੀ ਗੱਲਾ ਹੂੰ अच्छा ਹੁਣ 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 ਯਾਰ ਦੋਸਤ ਜਾਂ ਜਿਹੜੇ ਹੁਣ ਜਿਹੜੇ ਉਹ ਲੋਕ ਨੇ ਜਿਹੜੇ ਕਦੇ ਦੂਰ ਦੂਰ ਨੂੰ ਕਰਦੇ ਸੀ ਹੁਣ ਨੇੜੇ ਨੇੜੇ ਨੂੰ ਕਰਦੇ ਆ ਬਾਈ ਹਾਂ ਹਾਂ ਬਰੇ ਆ ਜੀ ਢੇਡ ਖੁੱਲੇ ਹੀ ਹੋਣਗੇ ਅੱਛਾ ਹਾਂ ਇਦਾਂ ਹੁੰਦੀਆਂ ਨੇ ਕਦੇ ਇਦਾਂ ਹੁੰਦੀਆਂ ਨੇ ਯਾਰ ਆਪਣਾ ਕੱਪ ਭਜਾਰਿਆ ਕਬੱਡੀ ਕੱਪ ਇੱਕ ਬਣਾਈ ਵੀਡੀਓ ਅੱਛਾ ਮੈਨੂੰ ਵੀ ਹੁਣ ਅੱਗੇ ਭੇਜ ਦੇ ਅੱਛਾ ਸਨਮਾਨ ਰੱਖਾਂਗੇ ਤੇਰਾ ਬਾਈ ਦੇਂਗਾ 5 ਮਿੰਟ ਹਾਂ ਮੈਂ ਕਹਿੰਦਾ ਨਾ ਆ ਜਾਣ ਪੱਕਾ ਹਾਂ ਬਾਈ ਐਂ ਕਰੀ ਬਾਈ ਐਂ ਕਰੀ ਪੀ ਨਾ ਜਿੱਥੇ ਬਈ ਮੇਰੇ ਫੋਨ 'ਚ ਸਾਰੇ 10 ਨੰਬਰ ਸੀ ਹਮ ਅੱਜ 10000 ਪਲੱਸ ਨੰਬਰ 10 ਤੋਂ 10000 ਦਾ ਫਰਕ ਲਾ ਲਉ ਤੁਸੀਂ ਹਮ ਇਹ ਕਿਵੇਂ ਹੈ ਪਰਮਾਤਮਾ ਕਰੇ ਨਾ ਬਈ ਇਹ ਦਿਨ ਮੈਂ ਕਹਿਣਾ ਵੀ ਹਰ ਇੱਕ ਬੰਦਾ ਮਿਹਨਤ ਕਰਦਾ ਕਰਨੀ ਵੀ ਚਾਹੀਦੀ ਹੈ ਕਦੇ-ਕਦੇ ਮੈਂ ਇਹ ਸੋਚਣ ਲੱਗਿਆ ਜੀ ਵੀ ਇਹੋ ਜਿਹੇ ਸਿੰਗਰ ਬੇਟੇ-ਡੇ ਸਿੰਗਰ ਕਿੱਪੀ ਕਰੇ ਵਾਲ ਹੋਗੇ ਹੋਰ ਸਾਬੇ ਹੋਰੀ ਬਈ ਹੋਰੀ ਹੋਗੇ ਹਨਾ ਸਿੱਧੂ ਬਾਈ ਹੋ ਗਿਆ ਮੈਂ ਆਪਣੇ ਦਾ ਉਹੀ ਧੜਕਦਾ ਲੇ ਲਾਂ ਜਣਾ ਗਲਾਬਾ ਹੋ ਗਿਆ ਠੀਕ ਹੈ ਵੀ ਇਹੋ ਜਿਹੇ ਸਿੰਗਰ ਕਦੇ ਰਿਪਲਾਈ ਦੇਣਗੇ ਉਹ ਹੀ ਅਸੀਂ ਮੈਸੇਜ ਕੱਢੀ ਹੁੰਦੇ ਹਾਂ ਹੁਣ ਜੇ ਮੈਂ ਕਿਸੇ ਸਿੰਗਰ ਨੂੰ ਐ ਕਰਦਾ ਨਾ ਹਾਈ ਤਾਂ ਦੂਜਾ ਨਾਲ ਨਹੀਂ ਆਉਂਦਾ ਹਾਂਜੀ ਜਾਨ ਹਾਂ ਡਾਰਲਿੰਗ ਹਾਂ ਸਿੱਧੂ ਜਾਂ ਮੈਨੂੰ ਬਈ ਸਿੱਧੂ ਬਹੁਤ ਕਹਿੰਣ ਲੱਗਦਾ ਸਿੱਧੂ ਤੋਂ ਬਾਅਦ ਬਣਿਆ ਮੈਨੂੰ ਗਲਾਬਾ ਹਾਂ ਮੇਰੇ ਦਿਲ ਚ ਟੈਟੂ ਬਣਿਆ ਹੋਇਆ ਬਾਈ ਦਾ ਕੀ ਬਾਤ ਹੈ ਬਹੁਤ ਕਹਿੰਦਾ ਬਹੁਤ ਨਾਈਸ ਪਰਸਨ ਆ ਜਿਹੜਾ ਵੀ ਹਰ ਇੱਕ ਨੂੰ ਸਪੋਰਟ ਕਰਦਾ ਹੂੰ ਕਿਉਂਕਿ ਆਪ ਵੀ ਬਈ ਤੋਂ ਲੋਟ ਹੈ ਬਿਲਕੁਲ ਨਾ ਤੇ ਉਹ ਉਹ ਜਰੀਏ ਵੀ ਹੋਰ ਕਿਸੇ ਨੂੰ ਨਾ ਦਿਲ ਦੇ ਨਹੀਂ ਲੱਗਦਾ ਦੇਖਣ ਦਾ ਵੀ ਨਹੀਂ ਜਿਹੜਾ ਬੰਦਾ ਦਿਲ ਨੂੰ ਟੱਚ ਕਰਦਾ ਹੋਵੇ ਉਹਨੂੰ ਦੇਖੋ ਹਣਾ ਕਹਿੰਦੇ ਨਾ ਵੀ ਜਿਹੜਾ ਬੰਦਾ ਤੁਹਾਨੂੰ ਇੱਜ਼ਤ ਦਿੰਦਾ ਤਾਂ ਦੋ ਜਿਹੜਾ ਨਹੀਂ ਦਿੰਦਾ ਦਫਾ ਕਰੋ ਹੂੰ ਕੀ ਲੈਣਾ ਕਿਸੇ ਨੂੰ ਬਿਲਕੁਲ ਹੁਣ ਆਹ ਦਿਮਾਗ 'ਚ ਇਹ ਚੀਜ਼ ਆ ਗਈ ਵੀ ਜੇ ਕੋਈ ਯਾਰ ਦੋਸਤ ਬੁਲਾਉਂਦਾ ਪਿਆਰ ਨਾਲ ਠੀਕ ਹੈ ਉਹਨੂੰ ਘਰ ਤੱਕ ਨਾ ਲਿਓ ਨਹੀਂ ਕਹਦੇ ਵੀਰੇ ਸਸੀ ਕਾ ਦੂਰੇ ਕਹਦੇ ਯਾਰ ਦੀ ਜੋ ਪਿੱਟਾ ਪਿੱਛੇ ਕਰਦਾ ਕਰਾਂ ਮੈਂ ਉਹ ਦੂਰੋਂ ਸੱਸਰੀਆ ਕਾਲ ਚੰਗੀ ਆ। ਕੀ ਬਾਤ ਹੈ। ਐਨੀ ਅੱਛਾ ਮੈਂ ਤੁਹਾਡੇ ਤੱਕ ਕੁਝ ਬਸ ਆਖਰੀ ਮੇਰੇ ਇੱਕ ਦੋ ਮਨ ਦੇ ਵਿੱਚ ਸਵਾਲ ਆ ਰਹੇ ਨੇ ਪੜ੍ਹ ਮੈਂ ਉਹ ਪੁੱਛਣੇ ਨੇ। ਇਹ ਚੀਜ਼ ਹੁੰਦੀ ਹੈ ਕਿ ਡਰੈਸ ਅੱਪ ਨੂੰ ਦੇਖ ਕੇ ਮੁੰਡਾ ਅਪਰੋਚ ਕਰਦਾ। ਇਦਾਂ ਹੁੰਦਾ ਕਿ ਅਗਰ ਕੁੜੀ ਦੇ ਬਹੁਤ ਤੰਗ ਕੱਪੜੇ ਪਾਏ ਨੇ ਪਤਾ ਨਹੀਂ ਹੁਣ ਮੈਂ ਸਵਾਲ ਵੀ ਕਿਸ ਤਰੀਕੇ ਨਾਲ ਪੁੱਛ ਰਿਹਾ ਪਰ ਇਹ ਸਵਾਲ ਕਰਨਾ ਮੈਂ ਕਿਉਂਕਿ ਇਹ ਅਸਲ ਦੇ ਵਿੱਚ ਜਿਹੜੀ ਚੀਜ਼ਾਂ ਸਮਾਜ ਦੇ ਵਿੱਚ ਹੋ ਰਹੀਆਂ ਨੇ ਅਗਰ ਮੈਂ ਉਹ ਨਾ ਤੇ ਸਵਾਲ ਨਾ ਕਰਾਂ ਤਾਂ ਮੈਨੂੰ ਲੱਗਦਾ ਮੇਰੀ ਗੱਲ ਵੀ ਅਧੂਰੀ ਹੈ ਵੀ ਇਦਾਂ ਹੁੰਦਾ ਵੀ ਸਾਹਮਣੇ ਡਾਂਸਰ ਨੱਚ ਰਹੀ ਆ ਉਹਦੇ ਕੱਪੜੇ ਕੁਝ ਉਸ ਤਰੀਕੇ ਦੇ ਪਾਏ ਹੋਏ ਨੇ ਤੰਗ ਪਾਏ ਨੇ ਕੁਝ ਗळा ਉਸ ਤਰੀਕੇ ਦਾ ਆ ਤਾਂ ਉਸ ਤੋਂ ਬਾਅਦ ਬੰਦਾ ਉਸ ਤਰੀਕੇ ਦੀ ਅਪਰੋਚ ਕਰਦਾ ਹੈ ਹਾਂਜੀ ਪਤਾ ਕੀ ਆ ਅੱਜ ਤੁਸੀਂ ਫੋਨ 'ਚ ਇੱਕ ਵਾਰ ਇੰਸਟਾ ਖੋਲ ਲਓ ਠੀਕ ਹੈ ਤੇ ਇਨਸਟਾ 'ਚ ਜਿਹੜੀ ਵੀ ਕੁੜੀ ਨੇ ਤਾਂ ਕੱਪੜੇ ਪਾਇਆ ਸਟੇਜ ਨੂੰ ਛੱਡ ਦੋ ਤੁਸੀਂ ਠੀਕ ਹੈ ਜਿਹੜੀ ਵੀ ਕੁੜੀ ਨੇ ਭਾਵੇਂ ਕੋਈ ਘਰੇਲੂ ਕੁੜੀ ਆ ਜਾਂ ਕੋਈ ਸਟੇਜ ਵਾਲੀ ਕੁੜੀ ਆ ਤੇ ਉਹਦੇ ਕਮੈਂਟ ਸੈਕਸ਼ਨ ਖੋਲ ਲਓ ਬਈ ਰਿਪਲਾਈ ਸਾਨੂੰ ਦੇਣ ਦੀ ਲੋੜ ਹੀ ਨਹੀਂ ਤੇ ਇੱਕ ਪਾਸੇ ਹਾਂ ਸਾਈਡ ਆਈਡੀ ਖੋਲੋ ਹਾਂ ਕਾ ਜਲਦੀ ਖੋਲੋ ਅਸੀਂ ਆਪਦੇ ਆਪ ਨੂੰ ਕੋਈ ਸੱਚਾ ਸਵਿੱਤਰਾ ਨਹੀਂ ਕਹਿੰਦੇ ਦੇਖੋ ਪਰਸਨਲ ਲਾਈਫ ਹਰ ਇੱਕ ਦੀ ਹੁੰਦੀ ਆ ਠੀਕ ਹੈ ਲੇਕਿਨ ਜਿਹੜੇ ਕਿਤੇ ਕਰਕੇ ਅਸੀਂ ਬੋਲ ਰਹੇ ਹਾਂ ਹਾਂ ਚਲੋ ਹੋ ਜਾਂਦੀਆਂ ਨੇ ਗਲਤੀਆਂ ਹਨਾ ਤੇ ਸਾਨੂੰ ਨਹੀਂ ਪਤਾ ਸੀ ਕਿੱਥੇ ਕੀ ਗਲਤੀ ਕੀਤੀ ਹੈ ਤਾਂ ਉਹ ਦੱਸ ਨਹੀਂ ਸਕਦਾ ਕੋਈ ਹੈਨਾ ਬਟ ਅਸੀਂ ਕੋਸ਼ਿਸ਼ ਆ ਹੀ ਕਰਦੇ ਆ ਕਿ ਬਈ ਜਿਹੜਾ ਕਿੱਤੇ 'ਚ ਅਸੀਂ ਹੈਗੇ ਨਾ ਤੇ ਅਸੀਂ ਸਾਫ਼ ਸੁਥਰਾ ਵਧੀਆ ਕਰੀਏ ਕਿ ਬਈ ਕੋਈ ਜਿੱਦਾਂ ਕਿਸੇ ਨੂੰ ਗਲਤ ਕਮੈਂਟ ਕਰਦੇ ਸਾਨੂੰ ਕੋਈ ਗਲਤ ਕਮੈਂਟ ਨਾ ਕਰੇ ਅੱਜ ਆਪਾਂ ਅੰਗੂਲ ਕਿਸੇ ਦੇ ਕਰ ਰਹੇ ਆ ਤਾਂ ਤਿੰਨ ਚਾਰ ਆਪਣੇ ਵਾਲੇ ਆ ਗਏ ਆਪਣੇ ਵਾਲੇ ਵੀ ਨੇ ਵੀ ਆਪਾਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਤੁਸੀਂ ਉਹੀ ਚੀਜ਼ ਆ ਗਈ ਨਾ ਬਈ ਜੇ ਚਲੋ ਕੁੜੀ ਨੇ ਨਿਉ ਪਾਇਆ ਕੱਪੜੇ ਖੁੱਲੇ ਪਾਏ ਆ ਨਾ ਨਿੱਗੀ ਦਿਖਾ ਰਹੇ ਆ ਉਹੀ ਗੱਲ ਆ ਵੀ ਆਪਦੇ ਆਪ ਤੇ ਆ ਗਿਆ ਨਾ ਜੇ ਆਪਾਂ ਕੁਝ ਕਰਾਂਗੇ ਤਾਈ ਹਉਡੀਸ ਭੱਜਿਓ ਅੱਛਾ ਇੱਕ ਇੱਕ ਸਵਾਲ ਬੜਾ ਸੋਹਣਾ ਰਹਿ ਗਿਆ ਬਾਈ ਪਿੱਛੇ ਜੇ ਕਾਫੀ ਸਾਲ ਹੋ ਗਏ ਪਿੱਛੇ ਜੇ ਇੱਕ ਭੈਣ ਸੀ ਤੁਹਾਡੀ ਫੀਲਡ ਚੋਂ ਉਹਦੇ ਗੋਲੀ ਵੱਜ ਗਈ ਸੀ ਹਾਂਜੀ ਗੋਲੀ ਵੱਜੀ ਪ੍ਰੈਗਨੈਂਸੀ ਉਹ ਜੀ ਤੇ ਉਹ ਵੀ ਵਿਚਾਰੀ ਇੱਕ ਸ਼ੌਂਕ ਵਜੋਂ ਨਹੀਂ ਇੱਕ ਮਜਬੂਰੀ ਵਜੋਂ ਇਸ ਕਿੱਤੇ ਦੇ ਵਿੱਚ ਆਈ ਸੀ ਕੰਮ ਕਰਦੀ ਸੀ ਤੁਹਾਡੇ ਨਾਲ ਹੋਇਆ ਕਦੇ ਵੀ ਇਸ ਹਥਿਆਰ ਵਾਲੇ ਕਲਚਰ ਦੇ ਵਿੱਚ ਬਾਈ ਅਸੀਂ ਫਾਇਰ ਕੱਢਣਾ ਫਾਇਰਿੰਗ ਹੋਈ ਹੈ ਬਾਈ ਫੇ ਅਸੀਂ ਫਾਇਰ ਕਰਨੇ ਨੇ ਕਰਨੀ ਕਰਨੇ ਨੇ ਕੋਈ ਬੰਦਾ ਅੜ ਗਿਆ ਹੋਵੇ ਹਾਂਜੀ ਹੁੰਦੀ ਹੈ ਬਾਈ ਅੱਛਾ ਜਿੱਦਾਂ ਕੰਮ ਨਹੀਂ ਆ ਜਦੋਂ ਤੁਸੀਂ ਦੱਸ ਰਿਹਾ ਨਾ ਕੁੜੀ ਦੀ ਉਹਦੋਂ ਮੈਂ ਕੰਮ ਨਹੀਂ ਕਰਦੀ ਸੀ ਜਦੋਂ ਮੈਂ ਆ ਵੀਡੀਓ ਦੇਖੀ ਸੀ ਨਾ ਕਿਸੇ ਦਾ ਕਿਸ ਕੋਈ ਦਿਖਾਉਣਾ ਹੁੰਦਾ ਸੀ ਕਿ ਬਈ ਦੇਖੇ ਕੁੜੀ ਡਾਂਸ ਕਰ ਰਹੀ ਆ ਤੇ ਮੈਨੂੰ ਪਤਾ ਵੀ ਨਹੀਂ ਸੀ ਵੀ ਆ ਉਹ ਬਹੁਤ ਜੀ ਸਰ ਦੇ ਵਿੱਚ ਸੀ ਕੀ ਆਰਕੈਸਟਰਾ ਹੁੰਦਾ ਤੇ ਮੈਂ ਬਸ ਵੀਡੀਓ ਦੇਖਦੀ ਹੁੰਦੀ ਸੀ ਫਿਰ ਬਹੁਤ ਟਾਈਮ ਬਾਅਦ ਇਹਨਾਂ ਨੇ ਜਦੋਂ ਦੱਸਿਆ ਬਈ ਸਾਰਿਆਂ ਨੇ ਕਿ ਬਈ ਇੱਥੇ ਕੁੜੀ ਨੇ ਇਹ ਨਾ ਗੋਲੀ ਵੱਜੀ ਮੈਂ ਕਹੋ ਉਹੀ ਹੈ ਕਿ ਜਿਹਨੂੰ ਖਿੱਚ ਕੇ ਲੈ ਕੇ ਜਾਂਦੇ ਸੀ ਫਿਰ ਮੈਨੂੰ ਪਤਾ ਲੱਗਿਆ ਸੀ ਕਿ ਹਾਂ ਬਈ ਉਹ ਉਹੀ ਕੁੜੀ ਸੀ ਸਾਡੀ ਉਹ ਉਹੀ ਚੀਜ਼ ਆ ਗਈ ਨਾ ਬਈ ਆਰਟਿਸਟ ਦੀ ਕਦਰ ਉਹਨੂੰ ਕਿਵੇਂ ਖਿੱਚਿਆ ਗਿਆ ਸੀ ਹਮ ਆਰਟਿਸਟ ਨੂੰ ਬੰਦੇ ਆਏ ਸੋਚ ਰਹੇ ਨੇ ਬਈ ਪੈਸੇ ਦੇ ਕੇ ਬੁਲਾਇਆ ਜਦੋਂ ਤੱਕ ਸਾਡੇ ਕੋਲ ਆ ਗਿਆ 3D ਲਿਆ ਉਹੀ ਚੀਜ਼ ਆ ਗਈ ਬਈ ਆਪਾਂ ਆ ਗਏ ਕਿਸੇ ਦੇ ਸ਼ੋਅ ਤੇ ਇਹਨਾਂ ਨੂੰ ਕੁੱਟੀਏ ਮਾਰੀਏ ਸਾਡੀ ਮਰਜ਼ੀ ਹੈ ਸਾਡੀ ਮਰਜ਼ੀ ਹੈ ਸਾਡਾ ਗੁਲਾਮ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਲਾਮ ਅਸੀਂ ਜੋ ਕਹਾਂਗੇ ਇਹਨੂੰ ਕਰਨਾ ਪਊਗਾ ਤੁਸੀਂ ਇਹ ਦੇਖ ਲਓ ਬਈ ਕਦੇ-ਕਦੇ ਨਾ ਸਾਡਾ ਮੂਡ ਇਹ ਜਾਪ ਹੁੰਦਾ ਚਲੋ ਹਰ ਇੱਕ ਦੀਆਂ ਕਰੀਲੂ ਪ੍ਰੋਬਲਮਾਂ ਚੱਲਦੀਆਂ ਹਨਾ ਪ੍ਰੋਬਲਮ ਤੇ ਮੰਮੀ ਇਹਨਾਂ ਦੇ ਘਰੇ ਚੱਲਦੀਆਂ ਹਨ ਨਾ ਵੀ ਅਸੀਂ ਮਨੋਂ ਇੰਨਾ ਕੁ ਦੁਖੀ ਹੁੰਨੇ ਆ ਜਿਹੜੇ ਅਸੀਂ ਭੁੱਖੇ ਪੇਟ ਜਾਂਦੇ ਆ ਤੇ ਭੁੱਖੀ ਵਾਪਸ ਆ ਜੰਨੇ ਆ ਪਰ ਸਾਹਮਣੇ ਆਡੀਅਨ ਦੇ ਸਾਹਮਣੇ ਸਾਨੂੰ ਮੂੰਹ ਖੋਲਣਾ ਪੈਂਦਾ ਹੱਸਣਾ ਪੈਂਦਾ ਪਰ ਅੰਦਰ ਨਹੀਂ ਪਤਾ ਵੀ ਅੰਦਰ ਸਾਡੇ ਕੀ ਚੱਲ ਰਿਹਾ ਉਹ ਕਹਿੰਦੇ ਜੰਦਾ ਖਾਂਦੇ ਆ ਵਧੀਆ ਰਸਗੁੱਲੇ ਖਾਂਦੇ ਆ ਪਤਾ ਨਹੀਂ ਕੀ ਕੁਝ ਖਾਂਦੇ ਹੁਣ ਚਲੋ ਮੇਰੀ ਲੈਂਗੁਏਜ ਉਹ ਹਰਿਆਣਵੀ ਟੱਚ ਆ ਗਿਆ ਥੋੜਾ ਰਸਗੁੱਲੇ ਖਾਂਦੇ ਆ ਸਾਡੇ ਚ ਵੀ ਬੋਲ ਦਿੰਦੇ ਆ ਮੈਨੂੰ ਵੀ ਤੂੰ ਤਾਂ ਅੱਛਾ ਮਤਲਬ ਕਿ ਪਰ ਸਾਡੇ ਨਾਲ ਇੱਕ ਦਿਨ ਜਿਹੜਾ ਕਹਿੰਦੇ ਨੇ ਚੀਜ਼ਾਂ ਇੱਕ ਦਿਨ ਰਹਿ ਕੇ ਦੇਖੀ ਵੀ ਸਾਡੀ ਸਾਡੇ ਕੋਲੇ ਚਾਹ ਤੱਕ ਨਹੀਂ ਨਾ ਖਾਣਾ ਬਾਈ ਤੁਸੀਂ ਕਿੰਨੇ ਦਿਨ ਖਾਓਗੇ ਨਹੀਂ ਖਾ ਸਕਦੇ ਇੱਕ ਦਿਨ ਖਾ ਲਿਆ ਦੋ ਦਿਨ ਖਾ ਲਿਆ ਅਵੇ ਤੇ ਡੇਲੀ ਤੋਂ ਨਹੀਂ ਖਾ ਸਕਦੇ ਨਹੀਂ ਖਾਦਾ ਜਾਂਦਾ ਨਹੀਂ ਖਾਤੇ ਉਹੀ ਅਸੀਂ ਕਿ ਭਾਈ ਅਸੀਂ ਡੇਲੀ ਕਿੱਦਾਂ ਖਾ ਲਾਂਗੇ ਹੁਣ ਅਸੀਂ ਵੀ ਇੱਥੋਂ ਘਰੇ ਬਾਹਰ ਰਹਿੰਨੇ ਆ ਬਾਕੀ ਭਾਈ ਵੱਡੇ ਹੁਣ ਚੱਲਣ ਕੀ ਲੱਗਿਆ ਭਾਈ ਸੋਨੂੰ ਮੈਂ ਕਲੀਅਰ ਹੀ ਕੱਟ ਬੋਲਦਾ ਵੱਡੇ ਪੈਲੈਸਾਂ 'ਚ ਵੱਡੇ ਵਿਆਹ ਸ਼ਾਦੀ ਹੁੰਦੇ ਨੇ ਨਾ ਉਹ 'ਚ ਕੀ ਹੁੰਦਾ ਡੀਜੇ ਵਾਲਿਆਂ ਦਾ ਖਾਣਾ ਡਰਾਈਵਰਾਂ ਦਾ ਖਾਣਾ ਲਾ ਦਿਓ ਜੀ ਪਿੱਛੇ ਹੈ ਹਾਂ ਸਿੰਪਲ ਦਾਲ ਰੋਟੀ ਬਸ ਐਂਟਰੀ ਨਹੀਂ ਜੀ ਹਾਂਜੀ ਕਿਹਨਾਂ ਨਾਲ ਆਈ ਡੀਜ਼ੇ ਨਾਲ ਐਂਟਰੀ ਨਹੀਂ ਡਰਾਈਵਰਾਂ ਐਂਟਰੀ ਨਹੀਂ ਰੋਟੀ ਪਾਣੀ ਤੋਂ ਰੋਕ ਹੈ ਰੋਟੀ ਪਾਣੀ ਤੋਂ ਕਿਉਂ ਪਲੇਟ ਮੈਂਗੀ ਸਾਡਾ ਪਲੇਟ ਸਿਸਟਮ ਆ ਬਾਈ ਜੀ ਕਿੰਨੇ ਦੇ ਨੇ ਤੁਹਾਡੀ ਡੀਜੀ ਵਾਲੇ ਇੰਨੇ ਜੀ ਅੰਦਰ ਨਾ ਆਇਓ ਬਾਈ ਸਾਡਾ ਪਲੇਟ ਸਿਸਟਮ ਹੈ ਮੈਂ ਤਾਂ ਪਹਿਲੀ ਵਾਰ ਸੁਣ ਰਿਹਾ ਕਾਫੀ ਸ਼ੋਹਾਂ ਤੇ ਸੀ ਬਿਲਕੁਲ ਭੁੱਖੇ ਵੀ ਰਹੇ ਆ ਕਿ ਭਾਈ ਮਤਲਬ ਸਾਡਾ ਮਨ ਕਰ ਰਿਹਾ ਕਿ ਭਾਈ ਜਿਵੇਂ ਆਪ ਟਿੱਡ ਚ ਕੁਛ ਤਾਂ ਮਿਲ ਜੇ ਖੋ ਪੈ ਰਹੀ ਹੈ ਖੋ ਪੈ ਰਹੀ ਹੈ ਨਹੀਂ ਭਾਈ ਨੱਚਣਾ ਕਿਹੜਾ ਸੌਖਾ ਪਿਆ ਬਹੁਤ ਔਖਾ ਬਾਈ ਹੈ ਤੇ ਉਥੇ ਮਤਲਬ ਕਿ ਪਾਣੀ ਵੀ ਬੋਟਲ ਤਾਂ ਮਿਲਦੇ ਨਹੀਂ ਹੁੰਦੇ ਸੀ ਕੈਂਪਰ ਰੱਖ ਦਿੰਦੇ ਆ ਕੈਂਪਰ ਰੱਖ ਦਿੰਦੇ ਨੇ ਵੀ ਪਲੇਸ ਸਿਸਟਮ ਆ ਵੀ ਬੋਟਲ ਨਹੀਂ ਮਿਲਦੀ ਇਹ ਜੋ ਪੀ ਲੋ ਨਲਕੇ ਦਾ ਪਾਣੀ ਭਰਨਾ ਨਾਲ ਕਈ ਵਾਰ ਨਲਕਾ ਉਹਨਾ ਮੋਟਰ ਉਥੇ ਭਰ ਕੇ ਕੈਂਪਰ ਪਾਣੀ ਦਾ ਰੱਖ ਲੈਣਾ ਆ ਚੀਜ਼ਾਂ ਦੇਖਿਆ ਵੀ ਹੋਰ ਦੇਖੋ ਕੈਸ਼ ਗੁੱਟੀ ਡਿੱਗਦੀ ਆ ਜਿਹੜਾ ਹੂੰ 1400 ਰੁਪਏ ਦੀ ਮਿਲਦੀ ਆ ਬਾਈ ਬਲੈਕ ਤੋਂ 10-10 ਸਾਰੀ 1000 ਰੁਪਿਆ ਦੇ ਕੇ ਅਗਲਾ ਠੀਕ ਆ 1000 ਲੈ ਗਿਆ ਸਾਡੇ ਤੋਂ ਪਿੱਛੇ ਸਾਡੇ ਪੱਲੇ ਕੀ ਰਹਿ ਗਿਆ ਹੂੰ 400 ਤਾਂ ਸਾਡੇ ਵੱਲੋਂ ਲੱਗ ਗਿਆ ਉਹ ਦੇ ਕੇ ਅਗਲਾ ਲੱਗਦਾ 1000 ਹੋਰ ਦੇ ਪ੍ਰੋਗਰਾਮ ਬੁੱਕ ਕਰਾਇਆ ਮੈਂ ਫੁੱਫਣਾ ਮੁੰਡੇ ਦਾ ਮਾਮਾ ਆ ਮੈਂ ਹੂੰ ਭਾਈਆ ਆ ਮੈਂ ਹੂੰ ਤੂੰ 1000 ਦੇ ਕੇ 1400 ਦੀ ਅਸੀਂ ਲਈਆ 400 ਘਾਟਾ ਪਹਿਲਾਂ ਗਈ ਜੀ 1000 ਚੋਂ 500 ਦੇ ਕੇ 500 ਜੇਬ ਚ ਪਾ ਗਿਆ ਕਿੰਨੇ ਚ ਪੈ ਗਏ ਬਈ ਅਸੀਂ 900 ਚ ਪੈ ਗਏ ਕੀ ਕਰਾਂਗੇ ਉਹ ਚ ਵੀ ਜਵਾਕ ਜੋਕ ਚੱਲਦੇ ਨੇ ਉੱਥੇ ਨਹੀਂ ਲੜਾਈ ਹੋ ਜਾਂਦੀ ਆ ਛੋੜ ਨਾਲ ਪੈਸੇ ਕਰੇ ਨੇ ਡੇਗਾਂਗੇ ਸੀ ਪੂਰੀ ਡੇਗਣੇ ਨੇ ਅੱਛਾ ਅੜ ਜਾਂਦਾ ਕੰਮ ਅੜ ਜਾਂਦਾ ਗੱਲ ਚੱਤ ਫਾਲਾਂ ਦੇ ਜੀ ਦੇ ਪੈਸੇ ਕੀ ਕਰਾਂ ਕਈ ਫੈਮਿਲੀਜ਼ ਬਹੁਤ ਵਧੀਆ ਹੁੰਦੀਆਂ ਨੇ ਬਈ ਸਮਝਦਿਆਂ ਨੇ ਹਾਂ ਤੇ ਕਈ ਇਹ ਜੀ ਹੁੰਦੀ ਹੈ ਕਿ ਬਈ ਇਹ ਸਮਝਦੇ ਨਹੀਂ ਬਈ ਇਹ ਵੀ ਬੰਦੇ ਆ ਹਾਂ ਜਿਨ੍ਹਾਂ ਨੇ ਬਈ ਉਹੀ ਗੱਲ ਆ ਗਈ ਨਾ ਜਿਨ੍ਹਾਂ ਨੇ ਕਮਾਇਆ ਹੁੰਦਾ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਉਹਨੂੰ ਪਿਓ ਦੀ ਸਾਹਮਣੀ ਆ ਅਸ ਵੀ ਜਿਨ੍ਹਾਂ ਨੇ ਡਾਉਣਾ ਹੈ ਡਾਉਣਾ ਹੈ ਉਹਨਾਂ ਤਾਂ ਫੇਰ ਡਾਉਣਾ ਹੈ ਡਾਉਣਾ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਕੌਣ ਅੱਗੇ ਕਿੱਥੋਂ ਕਿਵੇਂ ਕਿੱਦਾਂ ਆ ਰਹੀ ਹੈ ਉਹਨਾਂ ਨੂੰ ਨਹੀਂ ਦੇਖਣਾ ਸਟੇਜ ਤੇ ਨੱਚ ਰਹੀ ਕੁੜੀ ਸਾਡੀਆਂ ਅੱਖਾਂ ਚ ਸਾਡੀ ਕੁੜੀ ਆ ਹਾਂ ਹੋਰਾਂ ਦੀ ਅੱਖਾਂ 'ਚ ਡਾਂਸਰ ਹੈ। ਹਮ ਕਿੰਨਾ ਫਰਕ ਹੈ ਜੀ? ਇਹ ਨਾਚਰੀ ਆ ਉਹ ਡਾਂਸਰ ਹੈ। ਜੇ ਆਪਾਂ ਹੋਰ ਨੀਚੇ ਕਹਿ ਦਈਏ ਵੀ ਇਹ ਨਾਚਰੀਆਂ ਨੇ। ਅਕਸਰ ਨੱਚ ਤਾਂ ਉਹ ਵੀ ਰਹੀਆਂ ਨੇ। ਬਿਲਕੁਲ ਡਾਂਸਰ ਤਾਂ ਉਹ ਵੀ ਨਹੀਂ ਫਿਰ। ਸਾਰਿਆਂ ਨੂੰ ਇੱਕੋ ਤੱਕੜੀ 'ਚ ਤੋਲੋ ਫਿਰ। ਇੱਕ ਤੱਕੜੀ 'ਚ ਤੋਲੋ। ਹਮ ਫਰਕ ਨਾ ਨਾ ਰੱਖੋ। ਹਮ ਬਾਬੇ ਨੇ ਤਾਂ 13-13 ਤੋਲਿਆ ਸੀ। ਹਮ ਇਹ ਤਾਂ 13 ਦਾ ਘੱਦ ਵੀ ਨਹੀਂ ਕਰ ਦਿੱਤੇ। ਘੱਦ ਵੀ ਨਹੀਂ ਕਰਦੇ। ਹਮ ਇੱਕ ਨਵਰੀ ਸਕੂਲ ਚ ਫੰਕਸ਼ਨ ਸੀਗਾ ਮਤਲਬ ਕਿ ਤੀਆਂ ਦਾ ਸੀ 20 ਦਾ ਸਕੂਲ ਸੀ ਉਹ ਜਿੱਥੇ ਬੀਤ ਪੜਿਆ ਹੋਇਆ ਉਹ ਚ ਸਾਨੂੰ ਇਨਵਾਈਟ ਕੀਤਾ ਤੇ ਮੇਰੇ ਲਈ ਤਾਂ ਬਹੁਤ ਵਧੀਆ ਗੱਲ ਸੀ ਕਿ ਵੀ ਉੱਥੇ ਸਾਨੂੰ ਬੁਲਾਇਆ ਨਾ ਤਾਂ ਉੱਥੇ ਪਹਿਨਾਵਾ ਸਾਡਾ ਗਲਤ ਸੀ ਆਹੀ ਚੀਜ਼ ਸੀ ਜਿੱਦਾਂ ਅਸੀਂ ਹੁਣ ਵੀ ਆ ਮੈਂ ਜਾਂ ਫਿਰ ਅਸੀਂ ਸ਼ੋਅ ਤੇ ਹੁੰਨੇ ਆ ਤੇ ਨਾ ਇੱਕ ਬੰਦੇ ਦਾ ਕਮੈਂਟ ਆਇਆ ਕਮੈਂਟ ਕੀ ਪਤਾ ਨਹੀਂ ਫੋਨ ਕਮੈਂਟ ਹੀ ਆਇਆ ਸੀ ਕਿ ਅਸੀਂ ਉਹ ਵੀਡੀਓ ਪਾਤੀ ਮੈਂ ਉੱਥੇ ਪਰਫਾਰਮ ਕੀਤਾ ਸੀਗਾ ਔਰ ਪਰਫਾਰਮ ਕੀਤਾ ਕਿ ਤਵੀ ਉਹਨਾਂ ਦੀ ਡਿਮਾਂਡ ਸੀਗੀ ਕਿ ਅਸੀਂ ਤੁਹਾਨੂੰ ਦੇਖਣਾ ਬੱਚਿਆਂ ਦੀ ਵੀ ਸੀ ਤੇ ਉੱਥੇ ਕੁੜੀਆਂ ਦੀ ਵੀ ਤੀਆਂ ਦਾ ਫੰਕਸ਼ਨ ਸੀ ਮੈਂ ਤਾਂ ਪਰਫਾਰਮ ਕੀਤਾ ਨਾ ਤਾਂ ਇੱਕ ਇੱਕ ਕਮੈਂਟ ਆਇਆ ਹੋਇਆ ਕਿ ਵੀ ਤੁਸੀਂ ਮਲਗਾਲ ਕੱਢੀ ਹੋਈ ਕਿ ਹੁਣ ਆਹ ਟਾਈਮ ਆ ਗਿਆ ਕਿ ਸਕੂਲ 'ਚ ਵੀ ਬੱਚੇ ਆ ਕੁਝ ਸਿੱਖਦੇ ਆ ਆ ਕੁਝ ਦੇਖਣਗੇ ਤਾਂ ਸਿੱਖਣਗੇ ਕੀ ਮੈਨੂੰ ਐਂ ਦੱਸੋ ਕਿ ਉਹ ਬੱਚੇ ਟੀਵੀ ਨਹੀਂ ਦੇਖਦੇ ਜਾਂ ਬੱਚੇ ਫੋਨ ਨਹੀਂ ਦੇਖਦੇ ਜਿਹਨੇ ਸਿੱਖਣਾ ਨਾ ਉਧਰੋਂ ਵੀ ਸਿੱਖ ਜਾਊਗਾ ਸਭ ਤੋਂ ਵੱਡੀ ਗੰਦੀ ਗੱਲ ਤੁਹਾਨੂੰ ਮੈਂ ਦੱਸਾਂ ਬਈ ਆਪਣੀ ਜੇਨਰੇਸ਼ਨ ਜਿਹੜੀ ਉੱਠ ਰਹੀ ਆ ਉਹਨੂੰ ਪਹਿਲੀ ਫੋਨ ਫੜਾਇਆ ਜਾਂਦਾ ਹਾਂ ਚਾਹੇ ਉਹ ਬਹੁਤ ਖੇਡਣ ਲਈ ਤਿੰਨ ਚਾਰ ਸਾਲ ਦਾ ਹੀ ਹੁੰਦਾ ਹਜੇ ਜਿੱਥੇ ਦਾ ਉਹਨੂੰ ਉਹਦੇ ਦਿਮਾਲਾ ਸਜਾਓ ਠੀਕ ਐ ਉਹਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਓ ਗਰਮਾਣੀ ਪੜਾਓ ਫੇਰ ਚੰਗੀ ਚੀਜ਼ ਸਿੱਖੂਗਾ ਨਾ ਜਦੋਂ ਡਾਇਰੈਕਟਲੀ ਉਹਨੂੰ ਫੋਨ ਫੜਾਤਾ ਠੀਕ ਐ ਫੋਨ ਫੇਰ ਉਹ ਦੇਖੋ ਪੇਰੈਂਟਸ ਬੱਚਿਆਂ ਦੇ ਸਾਹਮਣੇ ਪੇਰੈਂਟਸ ਗੱਲਾਂ ਬਾਤਾਂ ਇਦਾਂ ਦੀਆਂ ਕਰ ਰਹੇ ਨੇ ਠੀਕ ਐ ਜੇਨਰੇਸ਼ਨ ਉਹ ਬੱਚਾ ਦੇਖ ਦੇਖੀ ਸਿੱਖੂ ਬਈ ਮਾਪੇ ਤੇ ਪਤਾ ਲੱਗਦਾ ਮਾਪੇ ਜੇ ਕੁਝ ਕਰ ਰਹੇ ਤਾਂ ਬੱਚਾ ਤਾਂ ਹੀ ਕਰੂਗਾ ਨਾ ਜੇ ਹੁਣ ਜੇ ਉਹੋ ਚੀਜ਼ ਰਿਪੀਟ ਕਰਦਾ ਰਿਪੀਟ ਕਰੂਗਾ ਨਾ ਜੀ ਹੁਣ ਅਸੀਂ ਤਾਂ ਨਹੀਂ ਜੇ ਦੇਖ ਕੇ ਤਾਂ ਨਹੀਂ ਕੁਝ ਕਰੂਗਾ ਬੱਚਾ ਬਿਲਕੁਲ ਹੈ ਜੇ ਬੱਚੇ ਦਾ ਇੰਟਰਸਟ ਵਧਾਵਾਂਗੇ ਕਿਸੇ ਸਾਈਡ ਉਹ ਹੀ ਕਰੂਗਾ ਹੁਣ ਸਾਨੂੰ ਆ ਸਾਨੂੰ ਤੁਸੀਂ ਹਿਸਾਬ ਲਾ ਲਓ ਵੀ ਧਾਰਮਿਕ ਸੰਸਾਨ ਵਾਲੇ ਇੰਨੇ ਕੁ ਲੋਕ ਪਸੰਦ ਕਰਾਂਦੇ ਨੇ ਗਰੰਤੀ ਸਹਿਬਾਨ ਹੋ ਕੇ ਠੀਕ ਹੈ ਜਿਹੜੇ ਕੁੜੀਆਂ ਦਮਾਲਾ ਸਾਹਿਬ ਸਜਾਉਂਦੀਆਂ ਨੇ ਨਾ ਅਮਰ ਚੱਕਿਆ ਵੱਡੇ ਵੱਡੇ ਬਰਸ਼ੁਰਗ ਨੇ ਜਿਹੜੇ ਠੀਕ ਹੈ ਉਹ ਸਾਨੂੰ ਇੰਨਾ ਪਿਆਰ ਕਰਦੇ ਨੇ ਕਿਉਂ ਕਰਦੇ ਨੇ ਕਹਿੰਦੇ ਤੁਸੀਂ ਸਾਫ ਸੁਥਰਾ ਕੰਮ ਕਰਦੇ ਹੋ ਹੂੰ ਕੱਪੜੀ ਸੁਡੀ ਡਰੈਸਾਂਸ ਇਹ ਹੁੰਦੀ ਆ ਵੀ ਅਸੀਂ ਪਰਿਵਾਰ ਚ ਬਹਿ ਕੇ ਸਾਨੂੰ ਦੇਖ ਸਕਦੇ ਆ ਹਾਂ ਕਹਿੰਦਾ ਨਹੀਂ ਇਹੋ ਜਿਹੇ ਵੀਡੀਓਜ਼ ਆ ਜਾਂਦੀਆਂ ਨੇ ਪਤਾ ਨਹੀਂ ਖੜੀ ਖੜੀ ਕੀ ਕਰਦੇ ਹਾਂ ਕਹਿੰਦਾ ਉੱਥੇ ਸਾਨੂੰ ਬੁੜੀਆਂ ਸਾਹਮਣੇ ਮੰਨੀ ਵੀ ਪਾਉਣੀ ਪੈਂਦੀ ਹਾਂ ਬਿਲਕੁਲ ਜੇ ਉੱਥੇ ਅਸੀਂ ਚੰਗਾ ਕੰਮ ਕਰ ਰਹੇ ਆ ਬੱਚੇ ਇਹ ਦੇਖ ਰਹੇ ਆ ਵੀ ਇਹ ਚੰਗਾ ਸਿੱਖਾਂਗੇ ਅਸੀਂ ਕੁਝ ਨਾ ਬਿਲਕੁਲ ਬਿਲਕੁਲ ਸਾਡੀ ਲਾਈਨ ਮਾੜੀ ਆ ਲੋਕਾਂ ਨੇ ਬਣਾਈ ਆ ਪਰ ਸਾਡੇ ਲਈ ਤਾਂ ਨਹੀਂ ਮਾੜੀ ਜਿਨੇ ਸਾਡਾ ਘਰ ਤੋੜਿਆ ਹਾਂ ਸਾਡੇ ਲਈ ਤਾਂ ਚੰਗੀ ਆ ਜੇ ਕਿਸੇ ਗਰੀਬ ਦਾ ਮੁੰਡਾ ਉੱਠ ਕੇ ਜਵਾਕ ਉੱਠ ਕੇ ਮਿਹਨਤ ਕਰਦਾ ਠੀਕ ਹੈ ਤਾਂ ਹੋਰਾਂ ਲਈ ਮਾੜਾ ਉਹਦੇ ਲਈ ਤਾਂ ਨਹੀਂ ਮਾੜਾ ਉਹ ਤਾਂ ਚੰਗਾ ਕਰ ਰਿਹਾ ਹਾਂ ਉਹ ਵੀ ਮੈਂ ਸ਼ੁਰੂਆਤ ਦੇ ਵਿੱਚ ਜੋ ਡੈਫੀਨੇਸ਼ਨ ਦਿੱਤੀ ਸੀ ਵੀ ਕਈ ਵਾਰ ਤੁਹਾਡਾ ਸ਼ੌਂਕ ਤੁਹਾਡੇ ਲਈ ਸ਼ੌਂਕ ਹੁੰਦਾ ਪਰ ਹੋਰਾਂ ਲਈ ਉਹ ਬਿਓ ਵਰਗਾ ਹੁੰਦਾ ਹੈ ਬਿਓ ਫਲਾਣੇ ਲਾਣੇ ਦਾ ਮੁੰਡਾ ਉਹ ਉਹ ਉੱਤੇ ਕਿਉਂ ਜਾ ਰਿਹਾ ਹੈ ਹੁਣ ਵੱਡੇ ਵੱਡੇ ਸ਼ੋਅ ਹੁੰਦੇ ਗਿੱਦਾ ਕਿਵੀਨ ਹਨਾ ਕਿੰਗ ਬਣ ਗਿਆ ਬੈਸਟ ਡਾਂਸਰ ਨਿਕਲ ਗਿਆ ਕੰਮ ਤਾਂ ਉਹ ਵੀ ਨੱਚਣ ਵਾਲਈਆ ਹੂੰ ਵੱਡੇ ਸਿੰਗਰਾਂ ਨੂੰ ਹੱਥ ਪਾ ਕੇ ਦੇਖਣਾ ਕੋਈ ਅੱਲਾ ਲਾਲਾ ਮਾਰਦਾ ਹੂੰ ਨਾਲੇ ਚਾਹ ਪਤਾ ਲੱਗਦਾ ਫਿਰ ਅੱਗੇ ਮੁੜ ਕੇ ਹੱਥ ਵੀ ਨਹੀਂ ਪਾਉਂਦਾ ਹੱਥ ਵੀ ਨਹੀਂ ਪਾਉਂਦਾ ਹੂੰ ਇੱਥੇ ਕੀ ਚੀਜ਼ ਉਹਦੇ ਨੂੰ ਗੱਲ ਨੂੰ ਹੱਥ ਕੀ ਦੇ ਜਾਂਦਾ ਜਿਹੜਾ ਦੱਬਿਆ ਹੋਏ ਬੰਦਾ ਹਮੇਸ਼ਾ ਆਪਣੇ ਦਸਰਲੇ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਦਬ ਦਬ ਇਹਨਾਂ ਦਬਬਾ ਬਟ ਅਸੀਂ ਵੀਰੇ ਫਿਰ ਵੀ ਕਿਸੇ ਨੂੰ ਰਿਪਲਾਈ ਨਹੀਂ ਕਰਦੇ ਕਿਉਂਕਿ ਅਸੀਂ ਕੰਟਰੋਵਰਸੀ ਨਹੀਂ ਛੇੜਨਾ ਚਾਹੁੰਦੇ ਬਿਲਕੁਲ ਵੀ ਠੀਕ ਆ ਬਈ ਜੇ ਤੁਸੀਂ ਕੁਝ ਗੱਲ ਕਹ ਤਾ ਤਾਂ ਠੀਕ ਆ ਬਈ ਬਹੁਤ ਚਲੋ ਅਸੀਂ ਨਹੀਂ ਕਰਦੇ ਅੱਗੇ ਤਹਾਂ ਜਾ ਕੰਮ ਫੇਰ ਵੀ ਆਪਾਂ ਇੱਕ ਹੀ ਗੱਲ ਕਹਿੰਦੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇਹ ਜਿਹੇ ਲਫੜੇ ਚ ਵੜਨਾ ਕਿ ਜਿੱਥੇ ਗੱਲ ਹੋਰ ਵਧੇ ਕਿਉਂਕਿ ਬਈ ਨਾ ਇੱਥੇ ਦਿਮਾਗ ਤੇ ਲੋਕ ਸਟ੍ਰੈਸ ਇੰਨਾ ਖਾ ਪਾ ਦਿੰਦੇ ਆ ਨਾਲ ਵਾਲੇ ਵੀ ਫੇਰ ਵਾਲੇ ਵੀ ਹੂੰ ਵੀ ਇਹ ਸਾਲਾ ਅੱਗੇ ਚੱਲੇ ਹੂੰ ਇਹਨੂੰ ਦੱਬ ਕੇ ਰੱਖ ਦੱਬ ਦੱਬ ਉਹ ਜੀ ਜਾਇਆ ਕਹਿੰਦਾ ਦੁਸ਼ਮਣ ਤਰੱਕੀ ਦੇਣ ਨਹੀਂ ਦੁਸ਼ਮਣ ਤਾਂ ਖੇਤਰ ਦੇ ਹੁੰਦੇ ਆ ਹੂੰ ਕੀ ਬਾਤ ਹੈ ਸੱਚੀ ਗੱਲ ਬਈ ਬੜਾ ਚੰਗਾ ਲੱਗਿਆ ਯਾਰ ਸਾਡੀ ਜਿਹੜੀ ਗੱਲਬਾਤ ਸੀ ਨਵੀ ਕਿੰਨੇ ਟਾਈਮ ਦੀ ਹੋ ਚੁੱਕੀ ਹੈ ਕੀ ਬਾਤ ਹੈ तकरीबन 2 ਘੰਟੇ ਦਾ ਪੋਡਕਾਸਟ ਬਾਈ ਹੋ ਗਿਆ ਗੱਲਾਂ-ਗੱਲਾਂ ਦੇ ਵਿੱਚ ਆਪਾਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ ਪਰ ਮੈਨੂੰ ਬੜਾ ਸਵਾਦ ਆਇਆ ਬਾਈ ਮੈਂ ਜਿੰਨੇ ਪੋਡਕਾਸਟ ਕੀਤੇ ਨੇ ਮੈਂ ਦਿਲੋਂ ਗੱਲਾਂ ਕੀਤੀਆਂ ਤੇ ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਸਾਡੇ ਘਰੇ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਆਖਰ ਦੇ ਵਿੱਚ ਹੁਣ ਭਾਈ ਮੈਂ ਬਾਕੀ ਐਂਕਰ ਵਾਲਾ ਕੰਮ ਵੀ ਕਰ ਲਵਾਂ ਕਰੂੰਗੀ ਕਰੂੰਗੀ ਉਹ ਭਾਈ ਆਖਰ ਦੇ ਵਿੱਚ ਤੁਸੀਂ ਸਾਡੇ ਜਿਹੜੇ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਹੋਵੇ ਤੁਹਾਡੇ ਚਾਹਣ ਵਾਲੇ ਵੇਖ ਰਹੇ ਨੇ ਖੁਸ਼ਾ ਕਰ ਦੇ ਵਿੱਚ ਦੋ ਬੋਲ ਸੋ ਪਹਿਲਾਂ ਤਾਂ ਇੱਕ ਸ਼ਾਇਰੀ ਕਹਿੰਦਾ ਅਸੀਂ ਇਹ ਪਜਾਓ ਜ਼ਮੀਨ ਵਰਗੇ ਸਾਨੂੰ ਬੰਜਰ ਨਾ ਸਮਝੋ ਅਸੀਂ ਨੱਚ ਕੇ ਵਿਰਸਾ ਸਾਹਮਣੇ ਆ ਉਹ ਸਾਨੂੰ ਕੰਜਰ ਨਾ ਸਮਝੋ ਕੀ ਬਾਤ ਸੋ ਤੁਹਾਡਾ ਬੱਚਾ ਅੱਗੇ ਨਿਕਲਣਾ ਚਾਹੁੰਦਾ ਤਾਂ ਜਰੂਰ ਉਹਨੂੰ ਤੋ ਇਹ ਨਾ ਸੋਚੋ ਵੀ ਤੁਹਾਡੀ ਫੀਲਡ ਕੀ ਆ ਤੁਹਾਡਾ ਬੱਚਾ ਪਤਾ ਨਹੀਂ ਕਿੱਥੇ ਜਾ ਸਕਦਾ ਸੋ ਇਹ ਜੀਆਂ ਚੀਜ਼ਾਂ ਤੋਂ ਦੂਰ ਰੱਖੋ ਜਿਹੜੀਆਂ ਤੁਹਾਨੂੰ ਬੱਚੇ ਨੂੰ ਤੁਹਾਡੇ ਤੇ ਬੈਡ ਹੈਬਿਟਸ ਲਗਾ ਸਕਦੀਆਂ ਨੇ ਸੋ ਅਸੀਂ ਚੰਗਾ ਕਰ ਰਹੇ ਹਾਂ ਜੇ ਸਾਨੂੰ ਦੇਖ ਕੇ ਕੋਈ ਉੱਪਰ ਆਉਂਦਾ ਤਾਂ ਆਉਣ ਦਿਓ ਕਿਉਂਕਿ ਹਰ ਫੀਲਡ 'ਚ ਚੰਗਾਈ ਬੁਰੀਾਈ ਹੈਗੀ ਆ ਜੇ ਤੁਸੀਂ ਚੰਗਾ ਸੋਚੋਗੇ ਤਾਂ ਚੰਗਾ ਹੋਊਗਾ ਜੇ ਬੁਰਾ ਸੋਚੋਗੇ ਤਾਂ ਬੁਰਾ ਹੋਊਗਾ ਸੋ ਇਸ ਲਈ ਕੁੜੀਆਂ ਨੂੰ ਵੀ ਅੱਗੇ ਵਧਣ ਦਿਓ ਤਾਂ ਮੁੰਡਿਆਂ ਨੂੰ ਵੀ ਵਧਣ ਦਿਓ ਸੋ ਪਲੀਜ਼ ਐਦਾਂ ਨੂੰ ਜੇ ਕੋਈ ਅੱਗੇ ਜਾ ਰਿਹਾ ਜਾਂ ਕਿਸੇ ਦੀ ਰੋਟੀ ਢੱਡ ਭਰ ਰਿਹਾ ਕਿਸੇ ਦਾ ਕੰਮ ਕਰਕੇ ਤਾਂ ਉਹਨੂੰ ਰੋਕੋ ਨਾ ਉਹਦੀਆਂ ਲੱਤਾਂ ਨਾ ਖਿਚੋ ਉਹਨਾਂ ਅੱਗੇ ਜਾਣ ਦਿਓ ਬਸ ਇਹੀ ਰਿਕਵੈਸਟ ਕਹਨੇ ਤੁਸੀਂ ਵੀ ਦੋ ਬਦਲੋ ਬੋਲ ਤੁਹਾਡੇ ਵੱਲੋਂ ਵੀ ਵੀਰੇ ਬੋਲ ਬਹੁਤ ਖਸ਼ਾ ਪਰ ਮੈਂ ਫਿਰ ਵੀ ਇੱਕ ਹੀ ਗੱਲ ਬੋਲੂਗੀ ਕਿ ਇੱਕ ਨਸ਼ੇ ਪਤੇ ਤੋਂ ਬਿਲਕੁਲ ਹੀ ਦੂਰ ਰਹੋ ਕਿਉਂਕਿ ਜ਼ਿੰਦਗੀ ਖਤਮ ਕਰ ਦਿੰਦਾ ਤੁਹਾਡੇ ਵੀ ਤੇ ਤੁਹਾਡੇ ਜਿਹੜੇ ਪਿੱਛੇ ਹੈਗੇ ਨੇ ਉਹਨਾਂ ਦੀ ਵੀ ਤੇ ਦੂਜੀ ਗੱਲ ਕਿ ਕੋਈ ਵੀ ਸਿਚੁਏਸ਼ਨ ਆ ਨਾ ਉਹਦਾ ਸਾਹਮਣਾ ਕਰੋ ਆਪਦੀ ਜਾਨ ਨਾ ਦੋ ਕਿਉਂਕਿ ਜੇ ਤੁਸੀਂ ਆਪਦੀ ਜਾਨ ਦੇ ਦਿੱਤੀ ਤੁਸੀਂ ਤਾਂ ਸੁਖੀ ਹੋ ਜਾਂਦੇ ਕਿ ਭਈ ਤੁਹਾਨੂੰ ਕਿਸੇ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਣਾ ਬਟ ਉਹ ਹੀ ਚੀਜ਼ਾਂ ਦਾ ਤੇ ਉਸ ਤੋਂ ਵੀ ਕੁਝ ਵੱਧ ਚੀਜ਼ਾਂ ਦਾ ਸਾਹਮਣਾ ਤੁਹਾਡੇ ਪਿੱਛੇ ਵਾਲਿਆਂ ਨੂੰ ਕਰਨਾ ਪੈਣਾ ਜਿੱਦਾਂ ਅਸੀਂ ਮੇਰੀ ਫੈਮਿਲੀ ਕਰ ਰਹੀ ਹੈ ਤਾਂ ਮੈਂ ਕਰਦੀ ਹਾਂ ਸੋ ਬਸ ਇੱਕ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਭਈ ਤੇ ਇੱਕ ਕਿਸੇ ਵੀ ਫੀਲਡ ਨੂੰ ਨਾ ਗਲਤ ਨਾ ਸਮਝੋ ਫੀਲਡ ਕੋਈ ਮਾੜੀ ਨਹੀਂ ਹੈਗੀ ਬੰਦੇ ਮਾੜੇ ਚੰਗੇ ਹੁੰਦੇ ਆ ਮੰਦੇਲੀ ਸੋਚ ਜੇ ਤੁਸੀਂ ਵਧੀਆ ਸੋਚੋਗੇ ਨਾ ਤਾਂ ਅਸੀਂ ਵਧੀਆ ਜੇ ਤੁਸੀਂ ਮਾੜਾ ਸੋਚੋਗੇ ਤਾਂ ਅਸੀਂ ਮਾੜੇ ਆ ਫਿਰ ਵੀ ਅਸੀਂ ਤੁਹਾਡੇ ਬੱਚੇ ਆ ਜੇ ਸਾਡੇ ਤੋਂ ਕੁਝ ਗਲਤੀ ਵਲਤੀ ਹੁੰਦੀ ਹੈ ਤਾਂ ਸਾਨੂੰ ਮਾਫ ਕਰ ਜੀ ਸੋ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਲੋਕਾਂ ਦੀ ਪਰਵਾਹ ਨਾ ਕਰਿਆ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਭੈਣੇ ਤੁਹਾਡਾ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਘਰ ਦੇ ਵਿੱਚ ਆਏ ਥੈਂਕ ਯੂ ਬਈ ਆਸ ਉਮੀਦ ਕਰਦੇ ਆ ਆਪਾਂ ਫੇਰ ਬਹੁਤ ਛੇਤੀ ਮਿਲਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਹੁਣ ਮੇਰੇ ਵਾਲਾ ਪਾਰਟ ਆ ਗਿਆ ਹੁਣ ਮੈਂ ਬਹਿਜਾ ਬਹਿਜਾ ਕਰਾਉਣੀ ਆ ਆਖਰ ਦੇ ਵਿੱਚ ਸੋ ਤੁਸੀਂ ਸਬਸਕ੍ਰਾਈਬ ਕਰ ਲਓ ਪਹਿਲਾਂ ਤਾਂ ਤੇ ਬੈਲ ਆਈਕਨ ਤੇ ਇੱਕ ਸੁੱਨ ਮਾਰ ਮਾਰ ਉਹਨੂੰ ਲਾਲ ਕਰ ਦਿਓ ਉਹ ਇਸ ਕਰਕੇ ਬਈ ਕਿਉਂਕਿ ਮੈਨੂੰ ਮਜ਼ਾ ਆਉਂਦਾ ਜਦੋਂ ਉਹ ਲਾਲ ਹੁੰਦਾ ਫਿਰ ਮੇਰੀ ਵੀ ਗੱਲਾਂ ਲਾਲ ਹੁੰਦੀਆਂ ਤੇ ਮੈਨੂੰ ਮਿਲਦੀ ਆ ਖੁਸ਼ੀ ਕਿ ਸਾਡੇ ਨਾਲ ਬੰਦੇ ਜੁੜਦੇ ਜਾ ਰਹੇ ਨੇ ਪਰ ਇੱਕ ਚੀਜ਼ ਦੀ ਗਮੀ ਹੁੰਦੀ ਆ ਕਿਉਂਕਿ ਅਸੀਂ ਜਦ ਸਾਡੇ ਟੀਵੀ ਤੇ ਸਾਡੇ ਸਕਰੀਨ ਤੇ ਦੇਖਦੇ ਆ ਨਾ ਕਿ ਸਾਨੂੰ ਦੇਖਣ ਵਾਲੇ ਲੋਕ ਬਹੁਤ ਨੇ ਸਬਸਕ੍ਰਾਈਬ ਘੱਟ ਕਰਦੇ ਨੇ ਉੱਤੇ ਫੇਰ ਨਰਾਜ਼ਗੀ ਹੋ ਜਾਂਦੀ ਹੈ ਹੁਣ ਆਪਾਂ ਨੇ ਇੱਕ ਸ਼ਗਨ ਸਕੀਮ ਰੱਖਤੀ ਜਿਹੜੇ ਜਿਹੜੇ ਬੰਦੇ ਸਾਨੂੰ ਸਬਸਕ੍ਰਾਈਬ ਕਰਨਗੇ ਉਹਨਾਂ ਦੇ ਅਸੀਂ ਘਰੇ ਮਿੱਠੇ ਦਾ ਡੱਬਾ ਭੇਜਿਆ ਕਰਾਂਗੇ ਸੋ ਉਮੀਦ ਕਰਦਾ ਤੁਹਾਨੂੰ ਸਾਡਾ ਪੋਡਕਾਸਟ ਸਾਡੀ ਗੱਲਬਾਤ ਚੰਗੀ ਲੱਗੀ ਹੋਊਗੀ ਕਿਉਂਕਿ ਗੱਲਾਂ ਬਹੁਤ ਸੀ 2 ਘੰਟੇ ਦਾ ਸਮਾਂ ਕਿਵੇਂ ਲੰਘ ਗਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਹੁਣ ਤੱਕ ਜਿਨੇ ਪੋਡਕਾਸਟ ਕੀਤੇ ਨੇ ਕੋਈ ਡੇਢ ਘੰਟੇ ਦਾ ਕੋਈ ਸਵਾ ਘੰਟੇ ਦਾ ਕੋਈ ਘੰਟੇ ਦਾ ਕੋਈ 2 2.5 2 ਘੰਟੇ ਦੇ ਵੀ ਕੀਤੇ ਨੇ ਪਰ ਬਹੁਤ ਲੰਬੇ ਟਾਈਮ ਬਾਅਦ ਇਦਾਂ ਹੋਇਆ ਕਿ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਸਮਾਂ 2 ਘੰਟਾ 2 ਘੰਟੇ ਨਿਕਲ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਪਰ ਬੜਾ ਚੰਗਾ ਲੱਗਿਆ ਇੱਕ ਆਖਰ ਦੇ ਵਿੱਚ ਮੇਰੀ ਦਿੱਲੀ ਦਰਖਾਸਤ ਅਪੀਲ ਲਾ ਲੋ ਰਿਕੁਐਸਟ ਲਾ ਲੋ ਕਿ ਮੈਂ ਸਿਰਫ ਇੰਨੀ ਕੁ ਚੀਜ਼ ਚਾਹਉਣਾ ਕਿ ਸਾਡੀ ਜੋ ਇਹ ਗੱਲਬਾਤ ਅਸੀਂ ਕੀਤੀ ਹੈ ਇਹ ਟੋਟਲੀ ਅਨਸਕ੍ਰਿਪਟਿਡ ਸੀ ਇਸ ਗੱਲਬਾਤ ਦੇ ਵਿੱਚੋਂ ਅਗਰ ਤੁਹਾਨੂੰ ਮੈਨੂੰ ਪਤਾ ਇਸ ਗੱਲ ਦੇ ਵਿੱਚ ਹਰ ਇੱਕ ਚੀਜ਼ ਦੇ ਦੋ ਪੱਖ ਹਨ ਤੁਹਾਨੂੰ ਕੋਈ ਚੀਜ਼ਾਂ ਚੰਗੀਆਂ ਨਹੀਂ ਵੀ ਲੱਗਣਗੀਆਂ ਕਿਉਂਕਿ ਅਸੀਂ ਰੱਬ ਨਹੀਂ ਹੈਗੇ ਰੱਬ ਦੇ ਬਣਾਏ ਹੋਏ ਬੰਦੇ ਆ ਸੋ ਕਈ ਵਾਰ ਗੱਲਾਂ ਮੂੰਹ ਚੋਂ ਐਸੀ ਨਿਕਲ ਜਾਂਦੀਆਂ ਨੇ ਤੁਹਾਨੂੰ ਚੰਗੀਆਂ ਨਹੀਂ ਲੱਗੀਆਂ ਹੋਣਗੀਆਂ ਪਰ ਜੇ ਤੁਹਾਨੂੰ ਸਾਡੇ 100 ਦੇ ਵਿੱਚੋਂ ਜੇ 1% ਵੀ ਚੀਜ਼ ਚੰਗੀ ਲੱਗੀ ਤਾਂ ਉਹਨੂੰ ਸ਼ੇਅਰ ਕਰ ਦਿਓ ਯਾਰ ਕਿਉਂਕਿ ਜਿਸ ਸਮੇਂ ਤੁਸੀਂ ਬੈਠ ਕੇ ਸਾਡਾ ਫੋਨ ਤੇ ਟਕ 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 ਕਰ ਰਹੇ ਹੋਗੇ ਤਾਂ ਉਸ ਟਕ ਟਕ ਤੋਂ ਪਹਿਲਾਂ ਤੁਸੀਂ ਮੈਂ ਕਹਿੰਨਾ ਹਜ਼ਾਰਾਂ ਚੀਜ਼ਾਂ ਦੀ ਲੰਬ ਕੱਢੀ ਹੋਊਗੀ ਸ਼ੇਅਰ ਕਰਕੇ WhatsApp ਗਰੁੱਪ ਦੇ ਵਿੱਚ ਮੰਮੀ ਨੂੰ ਭੇਜਦਾ ਬੇਬੇ ਦੇ ਭੇਜਦਾ ਮੁੰਡੇ ਨੂੰ ਭੇਜਦਾ ਯਾਰ ਦੋਸਤ ਨੂੰ ਭੇਜਦਾ ਤੁੱਕੀ ਰਹਿੜਦੀ ਪਰ ਉਸ ਚੀਜ਼ ਦਾ ਕੋਈ ਸੁਆਦ ਨਹੀਂ ਹੋਊਗਾ ਨਾ ਕੋਈ ਸੱਪ ਹੈ ਇਸ ਚੀਜ਼ ਦੇ ਵਿੱਚ ਅਗਰ ਤੁਸੀਂ ਦੋ ਚੀਜ਼ਾਂ ਸ਼ੇਅਰ ਕਰਤੀਆਂ ਤਾਂ ਤੁਸੀਂ ਖੁਦ ਸੋਚੋ ਕਿ ਤੁਹਾਡੇ ਪਰਿਵਾਰ ਦੇ ਪਰਿਵਾਰ ਤੱਕ ਜਦੇ ਵੀਡੀਓ ਜਾਊਗੀ ਕਿਉਂਕਿ ਇਹ ਫੈਮਿਲੀ ਵਾਲੀ ਵੀਡੀਓ ਸੀ ਇੱਕ ਫੈਮਿਲੀ ਚੋਂ ਨਿਕਲੀਆਂ ਹੋਈਆਂ ਗੱਲਾਂ ਸੀਗੀਆਂ ਕਿਵੇਂ ਇੱਕ ਧੀ ਕਿ ਜਿਸ ਨੇ ਐਸਾ ਕੰਮ ਸੰਭਿਆ ਆਪਣੇ ਪਿਓ ਦੇ ਜਾਣ ਤੋਂ ਬਾਅਦ ਕਿ ਅੱਜ ਆਪਣੀ ਮਾਂ ਨੂੰ ਹਰ ਇੱਕ ਸੁੱਖ ਦੇ ਸਕਦੀ ਹੈ ਤੇ ਇੱਕ ਉਹ ਮੁੰਡਾ ਕਿ ਜਿਸ ਨੇ ਇੱਕ ਐਸੀ ਉਮਰ ਦੇ ਵਿੱਚ ਐਸੇ ਕੰਮ ਦੇ ਵਿੱਚ ਪਿਆ ਜਿਸ ਨੂੰ ਉਸਦੇ ਖੁਦ ਦੇ ਘਰ ਵਾਲੇ ਗਲਤ ਸਮਝਦੇ ਸੀ ਪਰ ਅੱਜ ਉਹ ਦੁਨੀਆ ਲਈ ਇੱਕ ਮਿਸਾਲ ਬਣਿਆ ਹੋਇਆ ਹੈ ਕਿ ਨਹੀਂ ਜੇ ਕੰਮ ਕਰਨਾ ਕਿੱਤਾ ਕਰਨਾ ਆਪਣੀ ਕਮਾਉਣੀ ਹੈ ਤੇ ਉਸ ਤੋਂ ਵੱਡਾ ਸੁੱਖ ਕੋਈ ਹੋ ਨਹੀਂ ਸਕਦਾ ਜੇ ਇਦਾਂ ਦੀ ਐਗਜ਼ਾਮਪਲ ਆਪਾਂ ਸੈੱਟ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਕੋਈ ਸ਼ੇਅਰ ਕਰਦੇ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਕਰ ਲੈ ਚੰਗੀ ਉਦਾਹਰਨ ਬਣੋ ਚੰਗੀ ਚੀਜ਼ ਨੂੰ ਸੁਣੋ ਤੇ ਬਾਕੀ ਮੈਂ ਉਮੀਦ ਕਰਦਾ ਤੁਸੀਂ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਕਰ ਲਿਆ ਹੋ ਆਖਰ ਦੇ ਵਿੱਚ ਡੱਬੇ ਤੁਸੀਂ ਕਮੈਂਟ ਦੇ ਵਿੱਚ ਇਹ ਦੱਸ ਦਿਓ ਵੀ ਤੁਹਾਡਾ ਐਡਰੈਸ ਕੀ ਹੈ ਸਾਡੀ ਟੀਮ ਤੁਹਾਨੂੰ ਡੱਬੇ ਭੇਜ ਦੂ ਬਾਕੀ ਉਮੀਦ ਕਰਦਾ ਬਈਏ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਅਸੀਂ ਹੋਰ ਵੀਡੀਓਜ਼ ਹੋਰ ਪੋਡਕਾਸਟ ਕਲਿੱਕ ਕਰਨੀ ਨੇ ਆਪਾਂ ਬਸ ਸਿਰਫ ਕਲਿੱਕ ਬੜੇ ਸੋਹਣੇ ਸੋਹਣੇ ਪੌਡਕਾਸਟ ਤੇ ਬੜੇ ਸੋਹਣੇ ਸੋਹਣੇ ਵੱਡੇ ਕਲਾਕਾਰਾਂ ਨਾਲ ਵੀ ਪੌਡਕਾਸਟ ਰਿਕਾਰਡ ਕੀਤੇ ਪਏ ਨੇ ਬਸ ਤੁਸੀਂ ਸਬਸਕ੍ਰਾਈਬ ਕਰਨਾ ਬੈਲ ਆਈਕਨ ਤੇ ਕਲਿੱਕ ਕਰ ਦੇਣਾ ਆਪਾਂ ਕਲਿੱਕ ਕਰਕੇ ਉਹਨੂੰ ਪ੍ਰੀਮੀਅਰ ਲਾ ਦੇਣਾ ਸ਼ਡਿਊਲ ਕਰ ਦੇਣਾ ਤੇ ਥੋੜੇ ਤੱਕ ਪੌਡਕਾਸਟ ਆਣਾ ਉਮੀਦ ਕਰਦਾ ਵੀਡੀਓ ਚੰਗੀ ਲੱਗੇ ਪੌਡਕਾਸਟ ਚੰਗਾ ਲੱਗਾ ਹੋਵੇ ਸ਼ੇਅਰ ਕਰ ਦਿਓ ਨਵਾਂ ਪੌਡਕਾਸਟ ਬਹੁਤ ਜਲ ਤਤਕ ਲਈ ਮੈਨੂੰ ਯਾਨਕੀ ਗੁਰਪ੍ਰੀਤ ਸਿੰਘ ਵੱਲੋਂ ਦੀ ਇਜਾਜ਼ਤ ਧੰਨਵਾਦ